ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਉਮੀਦ ਆ ਚੜ੍ਹਦੀ ਕਲਾ 'ਚ ਹੋ ਗਏ ਸਾਰੇ ਜਾਣੇ। ਤੁਸੀਂ ਦੇਖਣਾ ਸਟਾਰਟ ਕਰ ਚੁੱਕੇ ਜੀ ਦੇਸੀ ਇਕਨੋਮਿਸਟ ਚੈਨਲ, ਤੁਹਾਡਾ ਆਪਣਾ ਪਹਿਲਾ ਪੰਜਾਬੀ ਬਿਜ਼ਨਸ ਚੈਨਲ ਜਿੱਥੇ ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਸਟਾਕ ਮਾਰਕੀਟ ਦੀ, ਇਕਨੋਮੀ ਦੀ ਅਤੇ ਰੀਅਲ ਸਟੇਟ ਦੀ। ਅਤੇ ਸ਼ਾਮ ਦਾ ਟਾਈਮ ਹੈ ਜੀ, ਮਾਵੀ ਵੀਰ ਮੇਰੇ ਨਾਲ ਸ਼ਾਮਲ ਹੋ ਚੁੱਕਿਆ। ਕੀ ਹਾਲ ਚਾਲ ਹੈ ਮਾਵੀ? ਬਹੁਤ ਵਧੀਆ ਭਾਅ ਜੀ, ਬਹੁਤ ਵਧੀਆ, ਠੀਕ ਠਾਕ ਹੋ? ਰੋਜ਼ ਤੁਸੀਂ ਲੇਟ ਕਰਾ ਦੇਣੀ ਕੰਮ, ਮੈਨੂੰ ਜੱਜ ਜੇ ਨਹੀਂ ਰਿਹਾ ਨਾ, ਕੰਮ ਥੋੜ੍ਹਾ ਖਿੱਚ ਕੇ ਰੱਖਣਾ ਪੈਣਾ ਮੈਨੂੰ। ਸੈਟਿੰਗ ਆ ਹੀ ਨਹੀਂ ਰਹੀ ਨਵੀਂ, ਰੋਜ਼ ਕੋਈ ਨਾ ਕੋਈ, ਕਦੇ ਸਕਰੀਨ ਲਿਆਉਂਦੀ, ਕਦੇ ਨਵੀਆਂ ਕੇਬਲਾਂ ਲਿਆਉਂਦੀ, ਕਦੇ ਮਿਕਸਰ ਲਿਆਉਂਦਾ, ਕੋਈ ਨਾ ਕੋਈ ਪੰਗਾ ਲਈ ਰੱਖਦੇ ਹੈਗੇ ਹਾਂ ਅਤੇ ਐਂਡ ਮੂਮੈਂਟ ਤੱਕ ਕੁਛ ਨਾ ਕੁਛ ਐਡਜਸਟਮੈਂਟ ਚੱਲਦੀ ਰਹਿੰਦੀ ਆ। ਅਪੋਲਜੀ ਫੋਰ ਦੈਟ, ਅਪੋਲਜੀ ਫੋਰ ਦ ਡਿਲੇ, ਬਟ ਆਪਾਂ ਆ ਗਏ ਹਾਂ ਹੁਣ, ਆਪਾਂ ਕੰਮ ਹੀ ਪੂਰੀ ਕਰ ਦੇਣੀ ਆ। ਸਪੀਡ ਨਾਲ ਖਿੱਚ ਕੇ ਆਪਾਂ ਗੱਲਬਾਤ ਕਰਾਂਗੇ, ਕੋਈ ਗੱਲ ਹੀ ਨਹੀਂ। ਇਹੀ ਤਾਂ ਹੈਗਾ, ਹੁਣ ਸਪੀਡ ਖਿੱਚਣੀ ਪੈਣੀ, ਥੋੜ੍ਹਾ ਜਿਹਾ ਲੇਟ ਚੱਲ ਰਹੀ ਹੈ, ਬਟ ਰਾਮ ਰਾਮ ਜੀ ਕਹਿੰਦੇ ਆ, ਸਤਿ ਸ਼੍ਰੀ ਅਕਾਲ ਸਾਰਿਆਂ ਦੀ ਆ ਚੁੱਕੀ ਆ। ਸੋ ਜਿਹੜੇ ਸਾਡੇ ਨਾਲ ਯੂਟਿਊਬ ਦੇ ਉੱਤੇ ਜੁੜ ਚੁੱਕੇ ਆ, ਤੁਸੀਂ ਟੈਸਟ ਕਰ ਲਿਓ ਅੱਜ, ਜਿਹੜਾ ਮੈਂ ਦਿਲ ਖੁਸ਼ ਹੋਇਆ ਨਾ, ਜਿੰਨੇ ਬੰਦੇ ਦੇਖ ਰਹੇ ਆ ਉਨੇ ਲਾਈਕ ਆ। ਜਿਹੜਾ ਯੂਟਿਊਬ ਵਾਲਾ ਕੰਮ ਆ, ਇਹ ਹੁਣ ਤੁਹਾਡਾ ਜਿਹੜਾ ਪਿਆਰ ਆ ਨਾ, ਇਹ ਗਦ ਗਦ ਕਰਕੇ ਜਿਹੜਾ ਆ ਰਿਹਾ ਵਾ, ਇਹ ਇੱਕ ਜਿਹੜੀ ਚੀਜ਼ ਨਵਾਂ ਰੰਗ ਬੰਨ ਰਿਹਾ, ਅਤੇ ਕਾਫੀ ਚੀਜ਼ਾਂ, ਮਸਾਲਾ, ਟੋਪਿਕ ਜਿਹੜੇ ਅੱਜ ਰੀਅਲ ਸਟੇਟ ਅਤੇ ਹੋਰ ਕੀ ਕੁਛ ਚੱਲ ਰਿਹਾ ਕੈਨੇਡਾ ਦੀ ਮਾਰਕੀਟ ਦੇ ਵਿੱਚ, ਉਹ ਆਪਾਂ ਡਿਸਕਸ ਕਰਾਂਗੇ ਸਾਰਾ ਕੁਛ। ਟੋਪਿਕ ਥੋੜ੍ਹਾ ਜਿਹਾ ਆਪਾਂ ਦੱਸ ਦਿੰਦੇ ਹਾਂ, ਟੋਪਿਕ ਅੱਜ ਦਾ ਜਿਹੜਾ ਆਪਾਂ ਡਿਸਕਸ ਕਰਾਂਗੇ, ਤੁਸੀਂ ਪਹਿਲਾਂ ਹੀ ਆਪਣਾ ਕਾਪੀ ਪੈਨ ਨੋਟ ਕਰਕੇ ਰੱਖ ਲਓ, ਜਿਹੜੇ ਵੀ ਤੁਸੀਂ ਕਮੈਂਟ ਕਰਨੇ ਆ ਜਾਂ ਫਿਰ ਤੁਸੀਂ ਬਾਅਦ ਵਿੱਚ ਕਾਲ ਕਰਕੇ ਦੱਸਣਾ, ਤੁਹਾਡੇ ਤਾਂ ਕਿ ਤੁਹਾਡੇ ਕੋਲ ਮਟੀਰੀਅਲ ਹੋਵੇ। ਟੋਪਿਕ ਆਪਾਂ ਗੱਲ ਕਰਨੀ ਹੈ ਕ੍ਰੈਡਿਟ ਦੀ, ਕ੍ਰੈਡਿਟ ਕਿਉਂਕਿ ਜਿਹਨੂੰ ਕਰਜ਼ਾ ਕਹਿ ਦਿੰਦੇ ਆ, ਕਰਜ਼ਾ ਕਹਿ ਦਿੰਦੇ ਆ, ਪੰਜਾਬੀ ਵਾਲਾ ਕਰਜ਼ਾ, ਕਰਜ਼ਾ ਕਿੰਨਾ ਕੁ ਜ਼ਰੂਰੀ ਹੈ ਇਹਨਾਂ ਕੰਟਰੀਜ਼ ਦੇ ਵਿੱਚ, ਅਤੇ ਜੇ ਤੁਸੀਂ ਪ੍ਰੋਸਪਰ ਕਰਨਾ ਹੈ ਜਾਂ ਇੱਥੇ ਲਾਈਫ ਕੱਢਣੀ ਹੈਗੀ ਆ। ਸੋ ਕਿਹੜੀਆਂ ਕਿਹੜੀਆਂ ਕੰਡੀਸ਼ਨ ਹੁੰਦੀਆਂ ਕਰਜ਼ਾ ਲੈਣ ਦੀਆਂ, ਅਤੇ ਕਿੱਦਾਂ ਉਹਨੂੰ ਮੈਨੇਜ ਕਰਨਾ ਚਾਹੀਦਾ, ਅਤੇ ਤੁਹਾਡਾ ਕੀ ਪ੍ਰੋਸਪੈਕਟ ਹੈਗਾ, ਬੰਦੇ ਨੂੰ ਡੈਟ ਫਰੀ ਰਹਿਣਾ ਚਾਹੀਦਾ ਆ ਜਾਂ ਫਿਰ ਕਰਜ਼ਾ ਲੈ ਕੇ ਚੀਜ਼ਾਂ ਮੰਨਣੀਆਂ ਚਾਹੀਦੀਆਂ, ਇੰਜੋਏ ਕਰਨੀ ਚਾਹੀਦੀਆਂ। ਕਹਿੰਦੇ ਲਾਈਫ ਇੱਕੋ ਹੀ ਹੈ ਨਾ, ਅਤੇ ਕਿਉਂਕਿ ਦੁਨੀਆ ਦੇ ਨਾਲ ਹੀ ਦੁਨੀਆਦਾਰੀ ਚੱਲਦੀ ਹੈਗੀ, ਡੈਟ ਵਾਲੀ ਇਕੋਨਮੀ ਹੈਗੀ ਹੈ, ਅਤੇ ਇਹਦੇ ਉੱਤੇ ਆਪਾਂ ਡਿਟੇਲ ਡਿਸਕਸ਼ਨ ਕਰਾਂਗੇ ਵੀ ਕਿੰਨਾ ਕੁ ਇੰਪੋਰਟੈਂਟ ਹੈਗਾ ਕਰਜ਼ਾ, ਡੈਟ ਅਤੇ ਕ੍ਰੈਡਿਟ ਦਾ ਕੀ ਰੋਲ ਹੈਗਾ, ਅਤੇ ਕਿੱਦਾਂ ਆਪਾਂ ਕ੍ਰੈਡਿਟ ਨੂੰ ਐਸਟੈਬਲਿਸ਼ ਕਰਨਾ ਆ ਆਪਣੇ ਫੇਵਰ ਦੇ ਵਿੱਚ। ਸੋ ਸਾਰੀ ਗੱਲ 'ਤੇ ਡਿਟੇਲ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ ਜੀ। ਸ਼ੁਰੂ ਤੋਂ ਕਰਾਂਗੇ ਕਿ ਇਸ ਕੰਟਰੀ ਦੇ ਵਿੱਚ ਜਿਹੜਾ ਡੈਟ ਇਕੋਨਮੀ ਜਾਂ ਫਾਈਨੈਂਸ਼ੀਅਲ ਸੈਕਟਰ ਹੈਗਾ ਕਿੱਦਾਂ ਵਰਕ ਅਰਾਊਂਡ ਕਰਦਾ, ਅਤੇ ਤੁਸੀਂ ਕਿੱਦਾਂ, ਕਈ ਵਾਰ ਇੱਦਾਂ ਹੁੰਦਾ ਕਿ ਥੋੜ੍ਹੀਆਂ ਜਿਹੜੀਆਂ ਡੈਫੀਨੇਸ਼ਨਸ ਨੇ ਉਹ ਘੁੰਮ ਘੁੰਮਾ ਕੇ ਜੋ ਇੱਕ ਦੂਜੇ ਤੋਂ ਚੱਲਦੀਆਂ ਨੇ, ਕਈ ਵਾਰ ਮਿਸ ਰੀਪ੍ਰਜੈਂਟੇਸ਼ਨ ਉਹਨਾਂ ਦੀ ਇਟਸੈਲਫ ਹੋ ਜਾਂਦੀ ਆ, ਅਤੇ ਉਹਦੇ 'ਤੇ ਥੋੜ੍ਹੀ ਵਿਚਾਰਨਾ ਅੱਜ ਗੱਲਬਾਤ ਕਰਾਂਗੇ ਅਤੇ ਸਾਂਝ ਪਾਵਾਂਗੇ। ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਇਸ 'ਤੇ ਮੁੱਦੇ 'ਤੇ ਜ਼ਰੂਰ ਗੱਲਬਾਤ ਕਰਿਓ, ਕਿਉਂਕਿ ਇੱਕ ਬਹੁਤ ਵੱਡਾ ਹਿੱਸਾ ਆਪਣੀ ਲਾਈਫ ਦਾ ਕੈਨੇਡਾ ਦੇ ਵਿੱਚ ਇਹ। ਸੋ ਇਸ ਚੀਜ਼ ਨੂੰ, ਟੋਪਿਕ ਨੂੰ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਰਹਿੰਦਾ ਹੈ। ਸੋ ਕਈ ਵਾਰ ਤੁਹਾਡੇ ਤੋਂ ਵੀ ਜਾਣਨ ਦਾ ਬਹੁਤ ਚੀਜ਼ਾਂ ਦਾ ਮੌਕਾ ਮਿਲਦਾ, ਜਿਵੇਂ ਕੱਲ੍ਹ ਆਪਾਂ ਜੋ ਟੋਪਿਕ 'ਤੇ ਆਪਣੀ ਗੱਲਬਾਤ ਕਰ ਰਹੇ ਸੀ, ਅਤੇ ਬਹੁਤ ਸਰੋਤਿਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਅੱਗੇ ਦੱਸੀਆਂ, ਹੈ ਨਾ, ਅਤੇ ਇਹਨਾਂ ਚੀਜ਼ਾਂ ਦੇ ਨਾਲ ਸਾਨੂੰ ਵੀ ਕੁਛ ਨਾ ਕੁਛ ਸਿੱਖਣ ਦਾ ਮੌਕਾ ਮਿਲਦਾ ਹੈ। ਅਤੇ ਸੋ ਜਿਹੜੀ ਅੱਜ ਗੱਲਬਾਤ ਹੋਏਗੀ ਡੈਟ 'ਤੇ ਹੋਏਗੀ, ਉਸ ਤੋਂ ਪਹਿਲਾਂ ਡੈਟ 'ਤੇ ਜਾਣ ਤੋਂ ਪਹਿਲਾਂ ਕੁਛ ਆਪਾਂ ਕਹਿੰਦੇ ਜੀ ਨਿਊਜ਼ ਕਵਰ ਕਰਾਂਗੇ, ਕੁਛ ਫਾਈਨੈਂਸ ਦੀਆਂ ਨਿਊਜ਼ ਕਵਰ ਕਰਾਂਗੇ ਕਿ ਸਟਾਕ ਮਾਰਕੀਟ ਵਿੱਚ ਚੱਲ ਰਿਹਾ, ਛੋਟੀ ਜਿਹੀ ਝਾਕ ਉਹਦੇ 'ਤੇ ਪਾ ਕੇ ਉਸ ਤੋਂ ਬਾਅਦ ਆਪਾਂ ਮੇਨ ਟੋਪਿਕ 'ਤੇ ਜਾਵਾਂਗੇ। ਅਤੇ ਉਸ ਨਿਊਜ਼ ਨੂੰ ਕਵਰ ਕਰਨ ਤੋਂ ਵੀ ਪਹਿਲਾਂ ਆਪਾਂ ਜਿਹੜਾ ਅੱਜ ਕਰਾਂਗੇ ਦੋ ਪ੍ਰੋਪਰਟੀ ਦੀ ਗੱਲਬਾਤ, ਅਤੇ ਆਪਣੀਆਂ ਖੁਦ ਦੀਆਂ ਲਿਸਟਿੰਗਸ ਹੈਗੀਆਂ ਨੇ, ਅਤੇ ਜਿਹੜੀ ਕਿ ਪਹਿਲੀ ਲਿਸਟਿੰਗ ਦੀ ਮੈਂ ਗੱਲ ਕਰਨ ਜਾ ਰਿਹਾ, ਇਹ ਹੈਗੀ ਹੈ ਜੀ ਸਾਰਨੀਆਂ ਦੇ ਵਿੱਚ ਆਪਣੀ ਖੁਦ ਦੀ ਲਿਸਟਿੰਗ। ਆਪਾਂ ਤੁਹਾਨੂੰ, ਜੇ ਤੁਸੀਂ ਸਾਡੇ ਨਾਲ ਯੂਟਿਊਬ ਦੇ ਉੱਤੇ ਬਣੇ ਹੋਏ ਆ, ਤਾਂ ਤੁਹਾਨੂੰ ਜਿਹੜਾ ਆਪਣਾ ਇਹ ਆ ਸਾਰੇ ਨੰਬਰ ਵਗੈਰਾ ਕੈਲਕੂਲੇਟ ਆਪਾਂ ਕਰਕੇ ਦਿਖਾ ਦਿੰਦੇ ਹਾਂ, ਕਿ ਸਾਰੀਆਂ ਫੋਟੋਜ਼ ਵਗੈਰਾ ਦਿਖਾ ਦਿੰਦੇ ਹਾਂ। ਪ੍ਰਾਈਵੇਟ ਡੀਲ ਹੈ ਜੀ, ਆਫ ਮਾਰਕੀਟ ਪ੍ਰੋਪਰਟੀ ਹੈ, ਜੇ ਤੁਸੀਂ ਦੇਖ ਰਹੇ ਹੋ ਜਾਂ ਤੁਸੀਂ ਕੋਈ ਜਾਣਕਾਰੀ ਇਸ ਚੀਜ਼ ਦੇ ਬਾਰੇ ਚਾਹੀਦੀ ਹੋਈ ਤਾਂ ਸਾਨੂੰ ਤੁਸੀਂ ਕੋਂਟੈਕਟ ਜ਼ਰੂਰ ਕਰ ਲਿਓ। ਹੁਣ ਜਿਵੇਂ ਤੁਸੀਂ ਫੋਟੋਜ਼ ਉੱਪਰ ਦੇਖ ਰਹੇ ਹੋ, ਇਹ ਆਪਣਾ ਕਿਹੜਾ ਪ੍ਰੋਪਰਟੀ ਹੈਗੀ ਸਾਰਨੀਆਂ ਦੇ ਵਿੱਚ ਹੈ ਜੀ। ਸੋ 50x100 ਦਾ ਲੋਟ ਹੈ, ਅਤੇ ਉੱਪਰ ਮੇਨ ਜਿਹੜੇ ਫਲੋਰ ਦੇ ਉੱਤੇ ਦੋ ਬੈਡਰੂਮ ਦੀ ਯੂਨਿਟ ਹੈ, ਨਾਲ ਵਾਸ਼ਰੂਮ, ਅਤੇ ਨਾਲ ਜਿਹੜੇ ਤੁਹਾਡਾ ਆਪਣਾ ਮੇਨ ਕਿਚਨ ਵਗੈਰਾ ਆ ਜਾਂਦਾ, ਅਤੇ ਅਬਾਊਟ 6 ਜਿਹੜੀਆਂ 6 ਗੱਡੀਆਂ ਦੀ ਪਾਰਕਿੰਗ ਸਪੋਟ ਹੈਗੀਆਂ ਨੇ ਉੱਥੇ ਜੀ, 6 ਗੱਡੀਆਂ ਤੁਹਾਡੀਆਂ ਖੁੱਲੀਆਂ ਡੁੱਲੀਆਂ ਲੱਗਦੀਆਂ। ਅਤੇ ਜੇ ਤੁਸੀਂ ਗੱਲਬਾਤ ਕਰੋ ਮੇਨ ਸਟਰੀਟ ਦੀ, ਤਾਂ ਅਬਾਊਟ ਜਿਹੜੀ ਇਹ ਮੇਨ ਸਟਰੀਟ ਦੇ ਉੱਤੇ ਤੁਸੀਂ ਦੋਨੇ ਪਾਸੇ ਪਾਰਕਿੰਗ ਲਾ ਕੇ, ਅਤੇ ਖੁੱਲੀ ਡੁੱਲੀ ਜਗ੍ਹਾ ਹੈਗੀ ਤੁਹਾਨੂੰ ਜਿਹੜੀ ਆ ਗੱਡੀਆਂ ਮੂਵ ਔਰ ਲੋਕੇਸ਼ਨ ਵੀ ਬਹੁਤ ਵਧੀਆ, ਕਿਉਂਕਿ ਗੁਰਦੁਆਰਾ ਸਾਹਿਬ ਦੇ ਵੀ ਨੇੜੇ ਤੇੜੇ ਹੈ ਨਾ ਜੀ, ਗੁਰਦੁਆਰਾ ਸਾਹਿਬ ਦੇ ਨੇੜੇ ਤੇੜੇ ਆ, ਅਤੇ ਲੈਮਟਨ ਕਾਲਜ ਵੀ ਹੈਗਾ ਉੱਥੇ ਜੀ, ਉੱਥੇ ਵੀ ਨੇੜੇ ਤੇੜੇ ਜੀ, ਅਤੇ ਨਾਲ ਹੀ ਜਿਹੜਾ ਹੋਸਪਿਟਲ ਹੈਗਾ ਬਹੁਤ ਹੀ ਵਾਕਿੰਗ ਡਿਸਟੈਂਸ 'ਤੇ ਹੈਗਾ, ਜੋ ਵੀ ਭਾਈ ਭੈਣ ਛੋਟੀ ਸਿਟੀ ਦੇ ਵਿੱਚ ਜਾ ਕੇ ਗਰੋ ਕਰਨਾ ਚਾਹੁੰਦੇ, ਉਹਨਾਂ ਲਈ ਬਹੁਤ ਵਧੀਆ ਆਪਸ਼ਨ ਹੋ ਸਕਦਾ, ਖਾਸ ਕਰਕੇ ਜਦੋਂ ਤੁਸੀਂ ਆਪਣੇ ਕਰ ਲਿਆ ਡਾਊਨ ਫੋਨ, ਬਾਅਦ ਚੋਂ ਕਰ ਲੈਂਦਾ ਹੁਣ 2 ਮਿੰਟ ਥੋੜ੍ਹਾ ਜਿਹਾ ਮੇਰੇ ਕੋਲ ਨਹੀਂ ਲੱਗਿਆ, ਦੱਸ ਓਕੇ। ਸੋ ਲੈਟਸ ਕੰਟੀਨਿਊ ਵਿਦ ਦਿਸ ਵਨ। ਹਾਂਜੀ, ਸੋ ਜਿਹੜਾ ਵੀ ਭਾਈ ਭੈਣ ਆਪਣੇ ਹੋਸਪਿਟਲ ਦੀ ਫੀਲਡ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਲਈ ਜੋਬ ਓਪਰਚੁਨਿਟੀਜ਼ ਵਧੀਆ ਹੈਗੀਆਂ ਨੇ ਗੁਰੂ ਘਰ
ਇਹਦੇ ਚ ਇਹ ਦੱਸ ਦਿੰਦੇ ਵੀ ਦੋ ਬੈਡਰੂਮ ਥੱਲੇ ਹੈਗੇ ਨੇ, ਕਿਚਨ ਫਲੋਰ ਸਭ ਕੁ ਬਣਿਆ, ਵਾਸ਼ਰੂਮ ਹੈਗਾ, ਤੇ ਉੱਪਰ ਜਿਹੜੀ ਆਹ ਵਾਲੀ ਜਿਹੜੀ ਚੀਜ਼ ਦੇਖ ਰਹੇ ਆ ਨਾ, ਦਿਸ ਇਜ਼ ਵੈਰੀ ਯੂਜ਼ਫੁਲ ਜੀ, ਜਿਹਨੂੰ ਐਟਿਕ ਕਹਿ ਦਿੰਦੇ, ਸਾਡੇ ਤਾਂ ਐਟਿਕ ਕਹਿੰਦੇ ਸੀ, ਕੀ ਕਹਿੰਦੇ ਐਟਿਕ ਹੀ ਕਹਿ ਦਿੰਦੇ ਭਾਅ ਜੀ, ਤੇ ਇਹ ਪਰ ਐਟਿਕ ਇੱਦਾਂ ਦਾ ਹੈਗਾ ਕਿ ਬੜਾ ਯੂਜ਼ਫੁਲ ਹੈਗਾ, ਇੱਥੇ ਐਟਿਕ ਜਿਹੜਾ ਰੈਂਟ ਆਊਟ ਕੀਤਾ ਗਿਆ ਬਿਕੋਜ਼ ਇਹਨਾਂ ਨੇ ਥੋੜੇ ਜਿਹੇ ਪੈਸੇ ਲਾ ਕੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਪਰਟੀ ਡਿਜ਼ਾਈਨ ਕੀਤੀ ਆ ਰੈਂਟ ਲਈ, ਤੇ ਇੱਥੇ ਆਪਣੇ ਦੋ ਜਣੇ ਰਹਿੰਦੇ ਨੇ, ਤੇ ਉਹ ਤੁਹਾਨੂੰ ਬਹੁਤ ਵਾਕੇਬਲ ਹੈ, ਖੁੱਲੀ ਡੁੱਲੀ ਹੈਗੀ ਆ, ਤੇ ਐਂਡ ਲਾਈਟ ਬਹੁਤ ਵਧੀਆ ਇਹਦੇ ਚ, ਬੇਸਮੈਂਟ ਨਾਲੋਂ ਤਾਂ ਬਹੁਤ ਵਧੀਆ ਚੀਜ਼ ਲੱਗੀ ਆਪਾਂ ਦੇਖ ਕੇ ਆਏ ਜੀ, ਇਹ ਸਟੂਡੈਂਟ ਨੂੰ ਰੈਂਟ ਆਊਟ ਕੀਤੀ ਹੋਈ ਆ, ਤੇ ਉਸ ਤੋਂ ਇਲਾਵਾ ਜਿਹੜਾ ਇੱਥੋਂ ਰੈਂਟ ਆ ਰਿਹਾ ਵਾ, ਤੇ ਇਹਦੀ ਜਿਹੜੀ ਸੈਪਰੇਟ ਐਂਟਰੈਂਸ ਹੈਗੀ ਆ ਇਸ ਚੀਜ਼ ਦੇ ਲਈ ਵੀ, ਤੇ ਉਸ ਤੋਂ ਬਾਅਦ ਇੱਕ ਬੈਡਰੂਮ ਦੀ ਬੇਸਮੈਂਟ ਹੈਗੀ ਆ ਜੀ, ਬੇਸਮੈਂਟ ਦੇ ਵਿੱਚ ਹਾਫ ਵਾਸ਼ਰੂਮ ਤੇ ਕਿਚਨ ਵਗੈਰਾ ਬਣੀ ਹੋਈ ਆ, ਤੇ ਉਸ ਤੋਂ ਇਲਾਵਾ ਜਿਹੜਾ ਰੈਂਟ ਆ ਰਿਹਾ ਇਹ ਬੇਸਮੈਂਟ ਦੀ ਵਿਦ ਇਹ ਸੈਪਰੇਟ ਐਂਟਰੈਂਸ ਹੈਗੀ ਆ, ਬੇਸਮੈਂਟ ਦੀ ਵੀ ਸੈਪਰੇਟ ਐਂਟਰੈਂਸ ਹੈਗੀ ਆ, ਤੇ ਉੱਪਰ ਜਿਹੜਾ ਫਲੋਰ ਆ ਉਹਦੀ ਵੀ ਸੈਪਰੇਟ ਐਂਟਰੈਂਸ ਬੈਕ ਤੋਂ ਹੈ। ਟੋਟਲ 3 ਵਾਸ਼ਰੂਮ ਆ ਇਹਦੇ ਵਿੱਚ, ਹਾਂਜੀ, ਤੇ ਬੇਸਮੈਂਟ ਵਿੱਚ ਆਪਣਾ ਵਾਸ਼ਰੂਮ ਹੈਗਾ, ਹਾਂਜੀ, ਤੇ ਉੱਪਰ ਵਾਲਿਆਂ ਵਾਸਤੇ ਉਹਨਾਂ ਦਾ ਆਪਣਾ ਵਾਸ਼ਰੂਮ ਹੈਗਾ, ਹਾਂਜੀ, ਤੇ ਮੇਨ ਫਲੋਰ ਦਾ ਆਪਣਾ ਵਾਸ਼ਰੂਮ ਹੈਗਾ, ਰਾਈਟ। ਸੋ ਜੇ ਕੋਈ ਤੁਸੀਂ ਕੋਈ ਫਰਸਟ ਟਾਈਮ ਹੋਮ ਬਾਇਰ ਹੋ ਤਾਂ ਤੁਹਾਡੇ ਲਈ ਬਹੁਤ ਵਧੀਆ ਡੀਲ ਹੋ ਸਕਦੀ ਹੈ, ਬਿਕੋਜ਼ ਜੇ ਇਹਦੇ ਅਸੀਂ ਨੰਬਰ ਕ੍ਰੰਚ ਕੀਤੇ ਸੀ, ਜੇ 4.5-4.25 ਦੀ ਪ੍ਰੋਪਰਟੀ ਹੈਗੀ ਆ, ਤੁਹਾਡਾ 6% ਦੇ ਉੱਤੇ ਜੇ ਤੁਸੀਂ 5% ਲਾ ਕੇ ਚੱਲੋ, 5% ਤੇ ਵੀ ਹੋ ਸਕਦੀ, ਹਾਂਜੀ 5% ਤੇ ਵੀ ਹੋ ਸਕਦੀ, ਤਾਂ ਜਿਹੜਾ ਇਹਦੇ ਤੁਹਾਡੇ ਨੰਬਰ ਬਣਦੇ ਨੇ ਉਹ ਤੁਹਾਨੂੰ ਆਪਾਂ ਡਿਸਪਲੇ ਕਰ ਦਿੰਦੇ ਹਾਂ। 6.5% ਦੇ ਨਾਲ 5% ਤੁਸੀਂ, ਤੁਹਾਨੂੰ ਸਿਰਫ ਮਤਲਬ 21,000 ਚਾਹੀਦਾ ਡਾਊਨ ਪੇਮੈਂਟ, ਤੇ 4,19,000 ਦੀ ਤੁਹਾਡੀ ਮੋਰਗੇਜ ਪੈਣੀ ਹੈ CMAC ਤੇ ਪ੍ਰੀਮੀਅਮ ਪਾ ਕੇ, ਤੇ ਤੁਹਾਡੀ ਜਿਹੜੀ ਕਲੋਜ਼ਿੰਗ ਵਾਸਤੇ ₹25,000 ਚਾਹੀਦਾ ਹੋਣਾ, $25,000 ਨੋਟ ਰੁਪਏ, ਤੇ 2900 ਦੇ ਆਸ ਪਾਸ ਤੁਹਾਡੀ ਕੈਰੀ ਓਨ ਕੋਸਟ ਬਣਦੀ ਹੈ, ਸਿਰਫ 5% ਡਾਊਨ ਦੇ 5% ਦੇ ਹਿਸਾਬ ਨਾਲ ਤੁਹਾਡੀ $2900 ਪੇਮੈਂਟ ਬਣਦੀ ਆ। ਤੇ ਹੁਣ ਇਹਨੂੰ ਮੈਂ ਕਿਹੜੇ ਸਟਰਕਚਰ ਦੇਖ ਰਿਹਾ, ਇਹਦੇ ਵਿੱਚ $1,700 ਰੈਂਟ ਆ ਰਿਹਾ, $1,700 ਬੇਸਮੈਂਟ ਦੇ ਉੱਪਰੋਂ ਮਿਲਾ ਕੇ ਰੈਂਟ ਮਿਲਾ ਕੇ ਰੈਂਟ ਆ ਰਿਹਾ, ਬੇਸਮੈਂਟ ਚ 1100 ਆ ਰਿਹਾ, ਉੱਪਰੋਂ 700 ਆ ਰਿਹਾ, ਤਾਂ 1700 ਟੋਟਲ ਜਿਹੜਾ 1700-1800 ਜਿਹੜਾ ਡਾਲਰ ਰੈਂਟ ਆ ਰਿਹਾ, ਤਾਂ ਪਿੱਛੇ ਕਿੰਨਾ ਰਹਿ ਗਿਆ ਭਾਜੀ 2900 ਦੇ ਹਿਸਾਬ ਨਾਲ 1100 ਜੇਬ ਚੋਂ ਪੈਣਾ ਹੈਗਾ ਜੀ। ਸੋ ਇੰਨਾ ਕੁ ਤੁਸੀਂ ਜੇ ਮੰਨ ਲਓ ਇੱਥੇ ਤੁਸੀਂ ਬੇਸਮੈਂਟ ਵੀ ਦੇਖਦੇ ਹੋ, ਜਿਵੇਂ ਆਪਣੇ ਬ੍ਰੈਂਪਟਨ ਹੋ ਗਿਆ, ਤਾਂ ਇੱਥੇ ਇੱਕ ਬੈਡਰੂਮ ਦੀ ਬੇਸਮੈਂਟ ਹੀ $1,500-1600 ਨੂੰ ਹੋਈ ਹੋਈ ਹੈ, ਰਾਈਟ ਨਾਓ, ਰਾਈਟ। ਸੋ ਨਾਲੇ ਤੁਹਾਡੀ ਲਿਵਿੰਗ ਪ੍ਰੋਪਰ ਹੁੰਦੀ ਆ, ਆਪਦੇ ਵਧੀਆ ਜਗ੍ਹਾ ਤੇ ਰਹਿੰਦੇ ਹੋ, ਤੇ ਨਾਲੇ ਤੁਹਾਡੀ ਇਕੁਇਟੀ ਬਣ ਰਹੀ ਆ, ਮਤਲਬ ਇਹਨੂੰ ਕਹਿੰਦੇ ਆ ਪੋਜ਼ਿਟਿਵ ਕੈਸ਼ ਫਲੋ। ਅਗਰ ਉਹ ਵੀ ਰੈਂਟ ਤੇ ਦੇਣਾ ਹੋਵੇ 1300-1400 ਉਸ ਮੇਨ ਫਲੋ ਦਾ ਰੈਂਟ ਆ ਜਾਏਗਾ। ਜਿਹੜੀ ਮੈਂ ਮਾਰਕੀਟ ਐਨਾਲਿਸਿਸ ਕੀਤੀ ਸੀ, ਤਾਂ ਜਿਹੜੇ ਜੇ ਤੁਸੀਂ ਰੈਂਟ ਤੇ ਦੇਣੀ ਉਹ ਯੂਨਿਟ ਨਹੀਂ ਰਹਿਣਾ ਹੈਗਾ, ਤਾਂ ਅਬਾਊਟ $1,500-1600 ਜਿਹੜਾ ਤੁਹਾਡਾ ਉੱਥੋਂ ਬਣ ਸਕਦਾ ਜੀ, ਰਾਈਟ ਰੈਂਟ। ਸੋ ਟੋਟਲ ਮਿਲਦਾ 33-3400 ਆਰਾਮ ਨਾਲ ਘਰ ਚੋਂ ਰੈਂਟ ਨਿਕਲਦਾ, ਤੇ 2900 ਤੁਹਾਡੇ ਖਰਚੇ ਆ, ਤੇ ਪੋਜ਼ਿਟਿਵ ਕੈਸ਼ ਫਲੋ ਵਾਲੀ ਪ੍ਰੋਪਰਟੀ ਹੈ, ਜਸਟ ਜੇ ਤੁਸੀਂ ਨਹੀਂ ਵੀ ਰਹਿਣਾ ਹੈ, ਇਨਵੈਸਟਮੈਂਟ ਪੁਆਇੰਟ ਵਿਊ ਨਾਲ ਵੀ ਬਹੁਤ ਵਧੀਆ ਪ੍ਰੋਪਰਟੀ ਹੈਗੀ ਜੀ। ਸੋ ਦਿਸ ਇਜ਼ ਕਾਇੰਡ ਆਫ ਨੋ ਬ੍ਰੇਨਰ, ਲਾਈਕ ਅਗਰ ਤੁਸੀਂ 10% ਮਾ ਵੀ ਡਾਊਨ ਕਰਕੇ ਕਰਦੇ ਹੋ ਨਾ, 10% ਦੇ ਹਿਸਾਬ ਨਾਲ ਤਾਂ ਕੁਛ ਵੀ ਨਹੀਂ ਰਹਿਣਾ, 2400 ਨਹੀਂ 20% ਬਣ ਗਏ, ਇਹ ਬਾਜੀ 20% 20% ਦੇ ਹਿਸਾਬ ਨਾਲ, ਸੌਰੀ 20% ਦੇ ਹਿਸਾਬ ਨਾਲ 2400 ਸਮਥਿੰਗ ਤੁਹਾਡੀ ਆਉਂਦੀ ਹੈ, $1,000 ਤੁਸੀਂ ਜੇਬ ਚ ਪਾ ਸਕਦੇ ਹੋ। ਹਾਂਜੀ 2400 ਆਪਾਂ ਦੱਸ ਰਹੇ ਹਾਂ ਤੁਹਾਨੂੰ ਇਨਕਲੂਡਿੰਗ ਪ੍ਰੋਪਰਟੀ ਟੈਕਸ, ਪ੍ਰੋਪਰਟੀ ਟੈਕਸ। ਸੋ ਪ੍ਰੋਪਰਟੀ ਟੈਕਸ ਪਾ ਕੇ $2,400 ਬਣਦਾ ਆ, ਤੇ ਮੰਨ ਲਓ ਹੁਣ ਜੇ ਤੁਸੀਂ 1700 ਰੈਂਟ ਆ ਰਿਹਾ, ਤਾਂ ਤੁਸੀਂ ਕਿੰਨਾ ਇੱਕ ਆਪਣੀ ਜੇਬ ਚ ਪਾਓਗੇ, $500-600 ਤੁਹਾਡੀ ਜੇਬ ਚ ਪੈ ਰਿਹਾ ਹੈਗਾ, ਹੈ ਨਾ ਜੀ। ਸੋ ਇਹ ਨੰਬਰ ਸੀਗੇ ਜੀ ਆਪਣੇ ਸਾਰਨੀ ਵਾਲੀ ਪ੍ਰੋਪਰਟੀ ਦੇ। ਸੋ ਜ਼ਿਆਦਾ ਜਾਣਕਾਰੀ ਚਾਹੀਦੀ ਹੋਈ ਤਾਂ ਤੁਸੀਂ ਸਾਨੂੰ ਕੋਂਟੈਕਟ ਜ਼ਰੂਰ ਕਰ ਲਿਓ, ਅਤੇ ਉਸ ਤੋਂ ਬਾਅਦ ਜਿਹੜੀ ਪ੍ਰੋਪਰਟੀ ਆਪਾਂ ਲੈ ਕੇ ਜਾ ਰਹੇ ਹਾਂ ਤੁਹਾਨੂੰ, ਇਹ ਪ੍ਰੋਪਰਟੀ ਆਪਣੀ ਹੈਗੀ ਹੈ ਜੀ ਵੁੱਡ ਸਟਾਕ ਦੇ ਵਿੱਚ। ਇਹ ਪ੍ਰੋਪਰਟੀ ਦਾ ਫਰੰਟ ਹੈਗਾ ਡਬਲ ਕਾਰ ਗਰਾਜ ਆ ਜੀ, 4 ਗੱਡੀਆਂ ਦੀ ਪਾਰਕਿੰਗ ਸਪੇਸ ਹੈਗੀ ਆ, ਤੇ ਕਾਰਨਰ ਲਾਟ ਆ 36x134 ਦਾ ਲਾਟ ਹੈਗਾ ਜੀ ਜੀ। 4 ਬੈਡਰੂਮ ਨੇ, 2.5 ਬਾਥ ਨੇ, ਤੇ 2 ਜਿਹੜੇ ਲਿਵਿੰਗ ਸਪੇਸ ਹੈਗਾ ਮੇਨ ਫਲੋਰ ਦੇ ਉੱਤੇ, ਫਾਰਮਲ ਤੇ ਫੈਮਿਲੀ, ਰਾਈਟ। ਤੇ ਉਸ ਤੋਂ ਬਾਅਦ ਜੇ ਕਿਚਨ ਦੀ ਗੱਲ ਕਰੀਏ, ਕਿਚਨ ਦੇ ਵਿੱਚ ਜਿਹੜਾ ਕੁਆਡਸ ਦੇ ਕਾਊਂਟਰ ਟੋਪ ਵਗੈਰਾ ਹੈਗੇ ਨੇ, ਕਿਚਨ ਐਡ ਦੇ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਹੈਗੇ ਨੇ 5, ਤੇ ਜਿਹੜੀ 10-ਫੁੱਟ ਸੀਲਿੰਗ ਹੈ ਜੀ, ਤੇ ਸਾਰੇ ਥਰੂ ਆਊਟ ਘਰ ਦੇ ਵਿੱਚ ਕੈਲੀਫੋਰਨੀਆ ਸ਼ਟਰਸ, ਤੇ ਉਸ ਦੇ ਨਾਲ ਨਾਲ ਜਿਹੜਾ ਹੈਗਾ ਪੋਟ ਲਾਈਟਾਂ ਲੱਗੀਆਂ ਹੋਈਆਂ ਨੇ। ਬਿਲਕੁਲ ਨਵਾਂ ਜਿਹਾ ਘਰ ਆ, 3-4 ਸਾਲ ਦੀ ਏਜ ਹੈਗੀ ਆ, ਤੇ ਹਾਂਜੀ 2019 ਦਾ ਬਿਲਟ ਹੈਗਾ ਇਹ। ਸੋ ਜੇ ਇਸ ਦੇ ਬਾਰੇ ਜਾਣਕਾਰੀ ਚਾਹੀਦੀ ਹੋਈ ਤਾਂ ਜਰੂਰ ਤੁਸੀਂ ਇਨਕੁਆਇਰ ਕਰ ਸਕਦੇ ਆ, ਤੇ ਮੈਂ ਲਗਾ ਲਈ ਤੰਗ ਕਰਨਾ ਵੀ ਥੱਲੇ। ਸੋ ਇਹ ਘਰ ਤੁਸੀਂ ਫੋਟੋ ਦੇਖ ਸਕਦੇ, ਘਰ ਬਹੁਤ ਸੋਹਣਾ ਬਣਿਆ ਹੋਇਆ, ਤੇ ਰਹਿਣ ਵਾਸਤੇ ਆਪਦੇ ਰਹਿਣ ਵਾਸਤੇ ਮਤਲਬ ਠੀਕ ਹੈਗਾ, ਵਧੀਆ ਬਣਿਆ ਹੈਗਾ ਵੁੱਡ ਸਟਾਕ ਦੇ ਵਿੱਚ। ਜੇ ਤੁਸੀਂ ਨਵਿਆਂ ਦੇ ਨਾਲੋਂ ਕੰਪੇਅਰ ਕਰੋਗੇ ਅੱਜ ਕੱਲ੍ਹ ਮਿਲ ਰਹੇ ਡੈਵਲਪਰ ਨਾਲੋਂ, ਉਹਦੇ ਨਾਲੋਂ ਔਰ ਕਾਫੀ ਵੈਲਿਊ ਵੀ ਹੁਣ ਡਰੋਪ ਹੋਈ ਹੈ, ਜਿਹੜੇ
ਵੈਲਿਊ ਤੇ ਲਿਆ ਸੀ ਬਾਈ ਨੇ ਜੀ, ਉਸ ਤੋਂ ਵੀ ਹੁਣ ਨੀਚੇ ਆਪਾਂ ਵੇਚ ਰਹੇ ਹਾਂ ਜੀ। ਸੋ ਇਹਦਾ ਪ੍ਰਾਈਸ ਐਡਜਸਟ ਕੀਤਾ ਸੀ ਜਦੋਂ ਇਨੀਸ਼ੀਅਲੀ ਸਟੇਜ ਤੇ ਆਪਾਂ ਲਿਸਟ ਕੀਤਾ ਹੈ 899 ਦਾ ਲਿਸਟ ਕੀਤਾ ਸੀ ਤੇ ਹੁਣ ਪ੍ਰਾਈਸ ਡ੍ਰੌਪ ਕਰਕੇ 840 ਦਾ ਆਪਾਂ ਦੁਬਾਰਾ ਲਿਸਟ ਕੀਤਾ ਹੈ। ਸੋ ਅਬਾਊਟ $60,000 ਦਾ ਪ੍ਰਾਈਸ। 4 ਬੈਡਰੂਮਾਂ ਮਾ ਵੀ ਐਂਡ 2 ਬੈਡਰੂਮ ਤਾਂ ਬਹੁਤ ਖੁੱਲੇ ਖੁੱਲੇ ਆ। ਹਾਂਜੀ, ਤੀਜਾ ਬੈਡਰੂਮ ਦੇ ਵਿੱਚ ਵੀ ਪੂਰੀ ਉਹ ਹੈਗੀ ਆ, ਕਵਰਡ ਵਗੈਰਾ ਵੀ ਕਹਿੰਦੇ ਆ ਤੇ ਵਾਕ ਇਨ ਹੈਗੀ ਆ ਤੇ ਬਹੁਤ 3 ਬੈਡਰੂਮ ਸਾਰੀ ਬੈਡਰੂਮ ਖੁੱਲੇ ਐਕਚੁਅਲੀ, ਬਹੁਤ ਵਧੀਆ ਸਪੇਸ ਹੈਗੀ ਆ ਜੀ, ਬਹੁਤ ਵਧੀਆ ਸਪੇਸ ਹੈਗੀ ਆ ਸਾਰੇ। ਖਾਸ ਕਰਕੇ ਜਿਹੜਾ ਆਪਾਂ ਜੀ ਜਿਹੜੇ ਵੱਡੇ ਬੈਡਰੂਮ ਦੀ ਤੁਸੀਂ ਗੱਲ ਕਰਦੇ ਹੋ, ਇਕੁਅਲ ਸਾਈਜ਼ ਹੈਗਾ ਪ੍ਰਾਇਮਰੀ ਰੂਮ ਦੇ ਹਿਸਾਬ ਦੇ ਨਾਲ ਜੀ, ਕੁਝ ਨਹੀਂ ਤਾਂ ਘਰ ਦੇ ਵਿੱਚ ਇੱਕ ਰੂਮ ਹੀ ਵੱਡਾ ਹੁੰਦਾ, ਬਾਕੀ ਸਾਰੇ ਛੋਟੇ ਛੋਟੇ ਹੁੰਦੇ ਨੇ ਰਾਈਟ। ਪਰ ਇਹਦੇ ਵਿੱਚ ਜਿਹੜੇ ਰੂਮ ਦਾ ਸਾਈਜ਼ ਆ ਬਹੁਤ ਵਧੀਆ ਹੈਗਾ ਜੀ, ਬੇਸਮੈਂਟ ਬਹੁਤ ਖੁੱਲੀ ਡੁੱਲੀ ਬਣੀ ਹੋਈ ਹੈ, ਜੇ ਕੱਲ੍ਹ ਤੁਸੀਂ ਫਿਨਿਸ਼ ਕਰਨੀ ਆ ਆ ਬਣਾਉਣੀ ਹੈ ਤਾਂ 2 ਬੈਡਰੂਮ ਦੀ ਜਿਹੜੀ ਬੇਸਮੈਂਟ ਆ ਬਹੁਤ ਖੁੱਲੀ ਡੁੱਲੀ ਬਣ ਜਾਏਗੀ ਰਾਈਟ ਜੀ। ਬਿਲਕੁਲ ਵਧੀਆ ਬਣ ਸਕਦੀ ਹੈ। ਹਾਂਜੀ, ਸੋ ਜੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ ਹੋਈ ਤਾਂ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰ ਲੈਣਾ, ਨੰਬਰ ਆਪਣੀ ਸਕਰੀਨ 'ਤੇ ਆ ਰਿਹਾ 416-726-1515 ਜਾਂ 905-490-1212 'ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹਾਂ। ਅਤੇ ਇਸ ਤੋਂ ਬਾਅਦ ਆਪਾਂ ਜਿਹੜੇ ਨੰਬਰ ਕੈਲਕੂਲੇਟ ਕਰਦੇ ਹਾਂ ਜੀ, ਨੰਬਰ ਕੈਲਕੂਲੇਟ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ। ਸੋ 840 ਦੀ ਪ੍ਰੋਪਰਟੀ ਹੈ ਜੀ ਅਤੇ $4,000 ਦਾ ਪ੍ਰੋਪਰਟੀ ਟੈਕਸ ਹੈਗਾ। ਸੋ 840 ਦੇ ਹਿਸਾਬ ਨਾਲ 5% ਤਾਂ ਨਹੀਂ ਹੋਣੀ, 10% ਆਪਾਂ ਨੂੰ ਚਾਹੀਦੀ ਹੋਣੀ ਮਿਨੀਮਮ। ਹਾਂਜੀ, ਸੋ 20% ਹੀ ਲਾ ਲਓ, 10-20% ਲਾ ਲਓ। ਚਲੋ ਚਲ 20% ਦੇ ਨਾਲ ਕੰਪੈਰੀਜ਼ਨ ਕਰਕੇ ਦੇਖਦੇ ਹਾਂ ਆਪਾਂ। ਸੋ ਜੇ ਅਗਰ 20% ਦੇ ਨਾਲ ਤੁਸੀਂ ਕਰਦੇ ਹੈਗੇ ਤਾਂ ਤੁਹਾਡੀ ਡਾਊਨ ਪੇਮੈਂਟ ਬਣਦੀ ਹੈ 71 ਦੇ ਆਸ ਪਾਸ ਅਤੇ ਮੋਰਗੇਜ ਤੁਹਾਡੀ CMSC ਤੋਂ ਕੁਛ ਪੈਣਾ ਨਹੀਂ ਹੈਗਾ, 6,72,000 ਦੀ ਮੋਰਗੇਜ। ਹਾਂਜੀ, ਮੋਰਗੇਜ ਅਮਾਊਂਟ ਤੁਹਾਡਾ ਬਣੇਗਾ 6,72,000 ਦਾ ਅਤੇ ਕਲੋਜਿੰਗ ਵਾਸਤੇ 81 ਦੇ ਆਸ ਪਾਸ ਚਾਹੀਦਾ ਹੋਏਗਾ ਇਸ ਪ੍ਰੋਪਰਟੀ ਨੂੰ। ਅਤੇ ਟੋਟਲ ਕੈਰੀ ਓਨ ਕੋਸਟ ਬਣਦੀ ਆ 4,800 ਦੇ ਆਸ ਪਾਸ ਪ੍ਰੋਪਰਟੀ ਟੈਕਸ ਇਨਕਲੂਡ ਕਰਕੇ ਐਕਚੁਅਲੀ। ਸੋ ਇਹ ਆਪਾਂ ਨੰਬਰ ਤੁਹਾਨੂੰ ਦੱਸ ਰਹੇ ਹਾਂ 6.5% ਦੇ ਉੱਤੇ ਅਤੇ ਇਹ 20% ਡਾਊਨ ਕਰਕੇ ਇਹਦਾ ਜੀ। ਬਿਲਕੁਲ, ਸੋ 4,800 ਦੇ ਵਿੱਚ ਤੁਸੀਂ ਇਹ ਪ੍ਰੋਪਰਟੀ ਮਤਲਬ ਕੈਰੀ ਓਨ ਕਰ ਸਕਦੇ ਹੈਗੇ 20% ਡਾਊਨ ਕਰਕੇ। ਸੋ ਇਹ 2 ਪ੍ਰੋਪਰਟੀਆਂ ਸੀਗੀਆਂ ਜੀ ਸਾਡੀਆਂ ਅਤੇ ਵਧੀਆ ਵੈਲਿਊ ਤੇ ਲੱਗ ਰਹੀਆਂ ਇਸ ਟਾਈਮ। ਹਾਂਜੀ, ਤੇ ਤੁਸੀਂ ਹੋਰ ਕੋਈ ਮਾਲੂਮਾਤ ਚਾਹੁੰਦੇ ਹੋ ਤਾਂ ਸਾਨੂੰ ਕੰਟੈਕਟ ਕਰ ਲਓ। ਤੇ ਇਸ ਤੋਂ ਇਲਾਵਾ ਜੇ ਇੱਕ ਪ੍ਰੋਪਰਟੀ ਹੋਰ ਡਿਸਕਸ ਕਰ ਲਾਂ ਮੈਂ, ਉਹ ਆਪਣੀ ਪ੍ਰੋਪਰਟੀ ਲੰਡਨ ਦੇ ਵਿੱਚ ਜਿਹੜੀ ਵਿਦ ਕਮਰਸ਼ੀਅਲ ਔਨ ਦਾ ਮੇਨ ਫਲੋਰ ਜਿੱਥੇ ਯੂਨਿਟ ਹੈਗੀ ਹੈ ਅਤੇ ਉੱਪਰ ਉਹਦੇ 4 ਬੈਡਰੂਮ ਦਾ ਅਪਾਰਟਮੈਂਟ ਹੈਗਾ ਜੀ ਅਤੇ 8-9 ਗੱਡੀਆਂ ਦੀ ਪਾਰਕਿੰਗ ਸਪੇਸ ਹੈਗੀ ਹੈ ਜੀ। ਉਹਦੇ ਬਾਰੇ ਜ਼ਿਆਦਾ ਜਾਣਕਾਰੀ ਚਾਹੀਦੀ ਹੋਈ ਤੁਸੀਂ ਸਾਨੂੰ ਉਹ ਵੀ ਕੰਟੈਕਟ ਕਰ ਸਕਦੇ ਹਾਂ ਅਤੇ ਉਹਦੇ ਵੀ ਜਿਹੜੇ ਨੰਬਰਸ ਹੈਗੇ ਬਹੁਤ ਵਧੀਆ, ਅਬਾਊਟ $6,000 ਉਹਦਾ ਰੈਂਟ ਆ ਰਿਹਾ ਵਾ। ਸੋ ਡਬਲ ਜ਼ੋਨ ਹੀ ਹੈਗੀ, ਕਮਰਸ਼ੀਅਲ ਪਲੱਸ ਰੈਜ਼ੀਡੈਂਸ਼ੀਅਲ ਇੱਕ ਪ੍ਰੋਪਰਟੀ। ਜੇ ਤੁਸੀਂ ਉੱਦਾਂ ਦੀ ਕੋਈ ਚੀਜ਼ ਦੇਖ ਰਹੇ ਹੋ ਕਿ ਦੋਨੇ ਆਪਸ਼ਨ ਤੁਹਾਡੇ ਕੋਲ ਕਮਰਸ਼ੀਅਲ ਪਲੱਸ, ਜੇ ਖਾਸ ਕਰਕੇ ਕੋਈ ਬੰਦਾ ਕਮਰਸ਼ੀਅਲ ਕੰਮ ਵਗੈਰਾ ਕਰਦਾ, ਸਲੂਨ ਵਗੈਰਾ ਦਾ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਉੱਥੇ ਰਹਿ ਸਕਦੇ ਹੋ। ਉੱਪਰ ਤੁਸੀਂ 4 ਬੈਡਰੂਮ ਦਾ ਅਪਾਰਟਮੈਂਟ, ਉੱਥੇ ਤੁਸੀਂ ਰਹਿ ਸਕਦੇ ਹੋ ਅਤੇ ਥੱਲੇ ਤੁਸੀਂ ਆਪਣਾ ਬਿਜ਼ਨਸ ਕਰ ਸਕਦੇ ਹਾਂ ਰਾਈਟ। ਅਤੇ ਰਾਈਟ ਨਾ ਉਹ ਅਬਾਊਟ $3,000 ਦਾ ਬਿਜ਼ਨਸ ਰੈਂਟ 'ਤੇ ਹੈਗਾ ਆ ਅਤੇ ਬਹੁਤ ਵਧੀਆ ਕਮਰਸ਼ੀਅਲ ਲੀਜ਼ ਦਿੱਤੀ ਹੋਈ ਆ ਅਗਲੇ 2-3 ਸਾਲਾਂ ਲਈ। ਅਤੇ ਜੇ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਈ ਤਾਂ ਉਹਦੇ ਲਈ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹਾਂ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਅਪਾਰਟਮੈਂਟ ਵਗੈਰਾ ਦੇਖ ਰਹੇ ਹੋ 4,00,000 ਦੀ ਰੇਂਜ ਦੇ ਵਿੱਚ, ਆਪਣੇ ਕੋਲ ਹੈਮਿਲਟਨ ਦੇ ਵਿੱਚ ਡਬਲ ਫਲੋਰ 2 ਸਟੋਰੀ ਅਪਾਰਟਮੈਂਟ ਹੈਗਾ ਜੀ, 3 ਬੈਡਰੂਮ ਨੇ ਅਤੇ ਉਸਦੇ ਨਾਲ 1 ਬਾਥਰੂਮ ਅਤੇ ਨਾਲ ਹੀ ਜਿਹੜਾ ਸਟੋਰੇਜ ਸਪੇਸ ਹੈਗੀ ਆ। ਅਤੇ ਮੇਨ ਫਲੋਰ ਦੇ ਉੱਤੇ ਤੁਹਾਡੇ ਕੋਲ ਲਿਵਿੰਗ, ਡਾਇਨਿੰਗ ਅਤੇ ਹਾਫ ਵਾਸ਼ਰੂਮ। ਇਹ ਅਸੀਂ ਉਸ ਪ੍ਰੋਪਰਟੀਆਂ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਆਫ ਮਾਰਕੀਟ ਪ੍ਰੋਪਰਟੀਆਂ, ਜਿਹੜੀਆਂ ਤੁਹਾਨੂੰ ਹੋਰ ਵੀ ਮਾਰਕੀਟ ਨਾਲ ਸਸਤੀਆਂ ਪੈਣਗੀਆਂ। ਜੇਕਰ ਜਦੋਂ ਤੁਸੀਂ ਲਿਸਟਿੰਗ ਵਾਲੀ ਪ੍ਰੋਪਰਟੀ ਲੈਂਦੇ ਹੋ ਤੁਹਾਨੂੰ ਦੋਨੋਂ ਸਾਈਡ ਉਹ ਵੀ ਹੋ ਜਾਂਦਾ ਆ, ਯੂਨੋ ਕਮਿਸ਼ਨ ਵਗੈਰਾ ਹੋ ਜਾਂਦਾ। ਜਦੋਂ ਆਪਾਂ ਇੱਦਾਂ ਕਰਦੇ ਹੈਗੇ ਹਾਂ ਡੀਲ ਆਫ ਮਾਰਕੀਟ ਤੇ ਥੋੜ੍ਹਾ ਬਹੁਤ ਕਮਿਸ਼ਨ ਦੇ ਵਿੱਚ ਬੱਚਤ ਹੋ ਜਾਂਦੀ ਆ, ਉਹੀ ਕਿਤੇ ਨਾ ਕਿਤੇ ਪਾਸ ਔਨ ਹੋ ਜਾਂਦੀ ਹੈ ਨਾ ਬਾਇਰ ਨੂੰ। ਸੋ ਇਹ ਚੀਜ਼ ਆਪਾਂ ਇਸ ਲਈ ਦੱਸ ਰਹੇ ਹਾਂ। ਅਦਰਵਾਈਜ਼ ਵੈਸੇ ਵੀ ਤੁਸੀਂ ਕਿਤੇ ਵੀ ਪ੍ਰੋਪਰਟੀ ਦੇਖ ਰਹੇ ਹੋ ਅੱਜ ਦੀ ਡੇਟ ਵਿੱਚ ਇੱਕ ਵਾਰੀ ਕੰਸਲਟ ਜ਼ਰੂਰ ਕਰਿਓ, ਬਹੁਤ ਵਧੀਆ ਵਧੀਆ ਵੈਲਿਊਏਸ਼ਨ ਤੇ ਅਸੀਂ ਰੋਜ਼ ਸਰਚ ਕਰਦੇ ਹਾਂ ਵੀ ਕਿੱਥੇ ਵੈਲਿਊਏਸ਼ਨ ਪ੍ਰੋਪਰਟੀ ਹੈਗੀਆਂ ਸਾਡੇ ਹੈ ਨਾ ਬਾਇਰ ਵਾਸਤੇ, ਇਨਵੈਸਟਰ ਵਾਸਤੇ। ਅਤੇ ਸਾਨੂੰ ਇੱਕ ਵਾਰੀ ਜ਼ਰੂਰ ਕੰਟੈਕਟ ਕਰਿਓ, ਸਾਡੇ ਕੋਲ ਕਾਫੀ ਲਿਸਟਾਂ ਬਣਾਈਆਂ ਹੋਈਆਂ ਜਿਹੜੀਆਂ ਵਧੀਆ ਵੈਲਿਊ ਤੇ ਪ੍ਰੋਪਰਟੀਜ਼ ਅਸੀਂ ਦੇਖ ਰਹੇ ਹਾਂ ਡਿਫਰੈਂਟ ਸ਼ਹਿਰਾਂ 'ਚ, ਖਾਸ ਕਰ ਲੰਡਨ ਵਾਲੀ ਸਾਈਡ ਤਾਂ ਕਾਫੀ ਵਧੀਆ ਵੈਲਿਊ ਤੇ ਪ੍ਰੋਪਰਟੀਜ਼ ਮਿਲ ਰਹੀਆਂ। ਲੰਡਨ ਸ਼ਹਿਰ ਦੇ ਵਿੱਚ ਕਾਫੀ ਬਹੁਤ ਵਧੀਆ ਪ੍ਰੋਪਰਟੀਜ਼ ਬਹੁਤ ਵਧੀਆ ਰੇਟ 'ਤੇ ਆ ਰਹੀਆਂ ਨੇ ਜੀ, ਅਤੇ ਖਾਸ ਕਰਕੇ ਜਿਹੜੇ ਬੰਗਲੋਜ਼ ਹੈਗੇ ਉਹ ਵੀ 6.5-6 ਦੀ ਰੇਂਜ ਦੇ ਵਿੱਚ ਉੱਥੇ ਆ ਚੁੱਕੇ ਨੇ ਹੁਣ ਨਾ ਜੀ। ਤੋਂ ਵੈਲਿਊ ਵਧੀਆ ਮਿਲ ਰਹੀ ਹੈ। ਤੇ ਇਹ ਸੀਗਾ ਜੀ ਅੱਜ ਦਾ ਆਪਣੀ ਰੀਅਲ ਏਸਟੇਟ ਦੀ ਸੈਗਮੈਂਟ ਗੱਲਬਾਤ, ਤੇ ਆਪਾਂ ਹੁਣ ਖਬਰਾਂ ਵਾਲੀ ਸਾਈਡ ਨੂੰ ਚਾਹੁੰਦੇ ਹਾਂ। ਸੋ ਹੁਣ ਖਬਰਾਂ ਤੇ ਗੱਲਬਾਤ ਕਰਦੇ ਆ ਜੀ, ਤੇ ਖੁੱਲੀ ਜੀ ਫੀਲਡ ਕਰਦੇ ਆ ਜੀ। ਮੇਨ ਜਿਹੜੀਆਂ ਖਬਰਾਂ ਸਭ ਤੋਂ ਜ਼ਿਆਦਾ ਮਾਵੀ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਇਸ ਟਾਈਮ ਬਣਿਆ ਹੋਇਆ ਨਾਟ ਓਨਲੀ ਕੈਨੇਡਾ ਆਲਸੋ ਇਨ US ਇਜ਼ ਬੌਂਡ ਯੀਲਡ। ਬੌਂਡ ਯੀਲਡ ਇਸ ਲੈਵਲ ਤੇ ਪਹੁੰਚ ਕੇ 2007 ਤੋਂ ਬਾਅਦ ਜਿਹੜਾ ਲੈਵਲ ਸੀ ਉਹ ਹੁਣ ਦੇਖਣ ਨੂੰ ਮਿਲ ਰਿਹਾ। ਖਾਸ ਕਰ 5-year ਬੌਂਡ ਯੀਲਡ ਕੈਨੇਡਾ ਦੇ ਵਿੱਚ 4.3 ਤੋਂ ਉੱਪਰ ਟੱਪ ਗਈ ਹੈ,
ਸੋ ਇਹਦਾ ਕੀ ਮਤਲਬ ਆ, ਮਤਲਬ ਵੀ ਇੰਟਰਸਟ ਰੇਟ ਉੱਪਰ ਹੋਰ ਜਾ ਸਕਦੇ, ਜਿਹੜੇ ਲੋਕ ਕਹਿ ਰਹੇ ਨਾ, ਕੁਛ ਰਿਪੋਰਟਸ ਮੈਂ ਦੇਖ ਰਿਹਾ ਸੀ, ਕੁਛ ਲੋਕ ਕਹਿ ਰਹੇ ਵੀ ਇੰਟਰਸਟ ਰੇਟ ਨੀਚੇ ਆ ਜਾਣਗੇ, ਇੰਟਰਸਟ ਰੇਟ ਸਿਰਫ ਅਤੇ ਸਿਰਫ ਉਸ ਦਿਨ ਨੀਚੇ ਆ ਸਕਦੇ ਆ ਜੇ ਇੱਥੇ ਅਨਪਲੋਇਮੈਂਟ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਜਾਂ ਜੀ ਡੀ ਪੀ ਬਹੁਤ ਜ਼ਿਆਦਾ ਨੈਗੇਟਿਵ ਦੇ ਵਿੱਚ ਹੋ ਗਈ। ਮੈਨੂੰ ਲੱਗਦਾ ਨਹੀਂ ਜਿਹੜੇ ਹਿਸਾਬ ਨਾਲ ਬੌਂਡ ਯੀਲਡ ਵਗੈਰਾ ਉੱਪਰ ਜਾ ਰਹੀ ਹੈ, ਇੰਟਰਸਟ ਰੇਟ ਨੀਚੇ ਆਉਣ ਦਾ ਕੋਈ ਵੀ ਦੂਰ ਦੂਰ ਤੱਕ ਸਾਈਨ ਵੀ ਹੈਗਾ ਆ। ਸੋ ਇਹ ਬਹੁਤ ਵੱਡੀ ਐਕਚੁਅਲੀ ਰਿਕੁਐਸਟ ਇਹੀ ਰਹੇਗੀ, ਸੋ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋ, ਜੇ ਤੁਸੀਂ ਕੋਈ ਪ੍ਰੋਪਰਟੀ ਵਗੈਰਾ ਦੇਖ ਰਹੇ ਹੋ, ਟਰਾਈ ਕਰੋ ਕਿ ਜਿਹੜੀ ਆਪਣੀ ਮੌਰਗੇਜ ਦੀ ਹੈ ਨਾ ਡਿਊ ਡੈਲੀਜੈਂਸ, ਉਹ ਵੀ ਬਹੁਤ ਨਾਲ ਦੀ ਨਾਲ ਕਰੋ, ਤੁਹਾਡੇ ਲਈ ਜਿਹੜੀ ਮੌਰਗੇਜ ਦਾ ਕਿੱਦਾਂ ਦਾ ਪ੍ਰੋਡਕਟ ਤੁਹਾਡੇ ਲਈ ਵਧੀਆ ਰਹਿ ਸਕਦਾ ਵਾ। ਤੁਹਾਨੂੰ ਫਿਕਸ ਚਾਹੀਦਾ, ਵੇਰੀਏਬਲ ਚਾਹੀਦਾ, ਤਾਂ ਤੁਸੀਂ ਜੇ ਫਿਕਸ ਲੈ ਰਹੇ ਹੋ ਤਾਂ ਫਿਕਸ ਤੁਹਾਨੂੰ ਕਿੰਨੇ ਕੁ ਸਾਲ ਦਾ ਚਾਹੀਦਾ, ਰਾਈਟ? ਇਹਦੇ 'ਤੇ ਵੀ ਆਪਾਂ ਇੱਕ ਅਨਦਰ ਟੋਪਿਕ ਕਰਾਂਗੇ ਜਿੱਥੇ ਆਪਾਂ ਖੁੱਲ੍ਹੀ ਗੱਲਬਾਤ ਕਰਾਂਗੇ ਮੌਰਗੇਜਿਸ 'ਤੇ। ਇਹ ਕੁਛ ਬਾਕੀ ਖਬਰਾਂ ਦੀ ਗੱਲ ਕਰਦੇ ਹਾਂ, ਜਿਹੜੇ ਖਬਰ ਬਾਕੀ ਜਿਹੜੇ ਮੇਨ ਸਟ੍ਰੀਮ ਮੀਡੀਆ ਦੱਸ ਰਿਹਾ, ਉਹਨਾਂ ਦੇ ਵਿੱਚੋਂ ਜਿਹੜੀ ਖਬਰ ਇੱਕ ਆ ਰਹੀ ਹੈ ਮਿਸੀਸਾਗਾ ਤੋਂ, ਕਹਿੰਦੇ ਨੋ ਹਾਊਸਿੰਗ ਟਾਈਪ ਇਜ਼ ਅਫੋਰਡੇਬਲ ਫੋਰ ਮੀਡੀਅਨ ਇਨਕਮ ਅਰਨਰ ਇਨ ਮਿਸੀਸਾਗਾ, ਦੈਟਸ ਅ ਰਿਪੋਰਟ, ਯੂ ਨੋ ਜਿਹੜੀ ਰਿਪੋਰਟ ਦੇ ਕਿਹਾ, ਕਹਿੰਦੇ ਮੀਡੀਅਨ ਇਨਕਮ ਜਿਹੜੀ ਹੈਗੀ ਆ 89,000 ਦੇ ਆਸ ਪਾਸ ਹੈਗੀ ਹੈ ਮਿਸੀਸਾਗਾ ਦੇ ਵਿੱਚ, ਅਤੇ ਦੈਟ ਮੀਨਸ ਤੁਸੀਂ ਜਿਹੜਾ ਘਰ ਤੁਸੀਂ ਕਰ ਸਕਦੇ ਹੋ 4,00,000 10 ਹਜ਼ਾਰ ਦਾ ਤੁਸੀਂ ਅਫੋਰਡ ਕਰ ਸਕਦੇ ਹੋ, ਰਾਈਟ? ਇਹ ਨੰਬਰ ਦੇ ਵਿੱਚ ਪਰ ਮਿਸੀਸਾਗਾ ਦੇ ਵਿੱਚ ਲੰਡਨ ਚ ਵੀ ਨਹੀਂ ਮਿਲ ਰਿਹਾ ਹੈਗਾ, ਇੱਥੇ ਸਟੂਡੀਓ ਵੀ ਨਹੀਂ ਮਿਲਦਾ ਮਿਸੀਸਾਗਾ ਦੇ ਵਿੱਚ ਤਾਂ, ਕਿਉਂਕਿ ਮੈਂ ਮਿਸੀਸਾਗਾ 'ਚ ਰਹਿੰਦਾ, ਮੈਨੂੰ ਪਤਾ ਇੱਥੇ ਤਾਂ ਕੁਛ ਵੀ ਨਹੀਂ ਹੈਗਾ 4,00,000 ਦੀ ਰੇਂਜ 'ਚ। ਸੋ ਮੀਡੀਅਨ ਇਨਕਮ ਦੇ ਉੱਪਰ ਇਟਸ ਲਾਈਕ ਅਨਅਫੋਰਡੇਬਿਲਿਟੀ ਇਜ਼ ਬਿਗ ਨੋ ਨੋ। ਹਾਲੇ ਜਿਹੜੇ ਲੋਕ ਕਹਿੰਦੇ ਆ ਨਾ ਵੀ ਇੱਥੋਂ ਵੀ, ਅੱਜ ਮੈਂ ਨਵਾਂ ਵੀ ਦੇਖ ਰਿਹਾ ਸੀ, ਕਿਸੇ ਨੇ ਵੀਡੀਓ ਪਾਇਆ, ਕਹਿੰਦੇ ਵੀ CMSC ਦੀ ਰਿਪੋਰਟ ਆਈ ਹੈਗੀ ਆ ਵੀ ਉਹਦੇ ਕਰਕੇ ਜਿਹੜੇ ਘਰਾਂ ਦੀ ਡਿਮਾਂਡ ਆ ਉਹ ਪੂਰੀ ਨਹੀਂ ਹੋ ਰਹੀ, ਅਤੇ ਕਿੰਨੇ ਲੱਖ ਘੱਟ ਰਹੀ ਹੈ, ਅਤੇ ਉਹਦੇ ਕਰਕੇ ਕਹਿੰਦੇ ਵੀ ਜਿਹੜਾ 1 ਮਿਲੀਅਨ ਦਾ, ਕਹਿੰਦੇ ਪਹਿਲਾਂ ਅਗਲੇ 5-7 ਸਾਲਾਂ ਦੇ ਵਿੱਚ 1.8 ਮਿਲੀਅਨ ਦਾ ਹੋ ਜੂਗਾ, ਅਤੇ ਮਤਲਬ ਇਹ ਉਹਨਾਂ ਦਾ ਅਨੈਲਿਸਿਸ ਸੀਗਾ ਵੀ ਸਿਰਫ ਡਿਮਾਂਡ ਕਰਕੇ। ਮਤਲਬ ਕੋਈ ਇਕੋਨਮੀ ਜੇ ਤੁਹਾਨੂੰ ਨਹੀਂ ਪੜ੍ਹਨੀ ਆਉਂਦੀ, ਇੱਕ ਲੋਜਿਕ ਤਾਂ ਯੂਜ਼ ਕਰ ਸਕਦਾ ਬੰਦਾ, ਇੱਕ ਬੇਸਿਕ ਸੈਂਸ ਰੱਬ ਨੇ ਸਾਰਿਆਂ ਨੂੰ ਦਿੱਤੀ ਹੈ ਜੇ ਤੁਹਾਨੂੰ ਬਾਕੀ ਚੀਜ਼ਾਂ ਨਹੀਂ ਪੜ੍ਹਨੀ ਆਉਂਦੀਆਂ, ਰਾਈਟ? ਕਿਉਂਕਿ ਲੋਜਿਕ ਇਹ ਕਹਿੰਦਾ ਵੀ ਜਦ ਤੱਕ ਤੁਹਾਡੀ ਇਨਕਮ ਨਹੀਂ ਵੱਧਦੀ, ਯੂ ਕੈਨ ਨੋਟ ਬਾਏ ਲੋਟ ਆਫ ਸਟੱਫ ਜੀ। ਜਦੋਂ ਤੁਹਾਡਾ ਜੇਬ 'ਚ ਪੈਸੇ ਹੁੰਦੇ ਆ, ਬੰਦਾ ਕੁਛ ਵੀ ABC ਜਾ ਕੇ ਬਾਏ ਕਰਦਾ, ਹਰ ਇਨਵੈਸਟਮੈਂਟ ਵੀ ਕਰਦਾ ਹੈਗਾ ਜੀ। ਜੇ ਜੇਬ 'ਚ ਪੈਸੇ ਨਹੀਂ ਹੁੰਦੇ, ਤੁਸੀਂ ਵਧੀਆ ਇਨਵੈਸਟਮੈਂਟ ਜਾਂ ਵਧੀਆ ਚੀਜ਼ਾਂ ਤੋਂ ਵੀ ਬੰਦਾ ਗਰੇਜ ਕਰਦਾ ਹੈਗਾ। ਸੋ ਸੇਮ ਸਿਚੁਏਸ਼ਨ ਹੈਗੀ ਆ ਇਸ ਟਾਈਮ। ਸੋ ਇਹ ਪਹਿਲੀ ਨਿਊਜ਼ ਸੀ, ਇਸਦੇ ਰਿਲੇਟਿਵਲੀ ਆਪਾਂ ਦੂਜੀਆਂ ਨਿਊਜ਼ ਹੈਗੀਆਂ। ਟੋਰਾਂਟੋ ਦੇ ਵਿੱਚ ਜਿਹੜੀ ਇੱਕ ਮੇਨ ਚੀਜ਼ ਹੋ ਰਹੀ ਆ ਖਾਸ ਕਰਕੇ, ਹਾਂਜੀ, ਸੋ ਟੋਰਾਂਟੋ ਦੇ ਵਿੱਚ ਕਹਿੰਦੇ 30% ਆਫ ਟੋਰਾਂਟੋ ਜਿਹੜੀਆਂ ਆਫਿਸ ਬਿਲਡਿੰਗ ਹੈਗੀਆਂ ਸੀ ਉਹ ਐਬਸੋਲੂਟਲੀ ਉਹਨਾਂ ਦੀ ਲੀਜ਼ਿੰਗ ਟਫ ਹੋ ਰਹੀ ਹੈ, ਅਤੇ ਜਿਹੜੇ ਮਜੋਰਟੀ ਇੱਦਾਂ ਦੀ ਆਫਿਸ ਬਿਲਡਿੰਗਸ ਹੈਗੀਆਂ ਨੇ ਉਹਨਾਂ ਨੂੰ ਹੁਣ ਜਿਹੜਾ ਕਨਵਰਟ ਕੀਤਾ ਜਾ ਰਿਹਾ ਹੈ ਉਹ ਹੈਗਾ ਰੈਂਟਲ ਯੂਨਿਟ ਦੇ ਵਿੱਚ, ਤਾਂ ਕਿ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਆ ਉਹਨੂੰ ਥੋੜ੍ਹਾ ਜਿਹਾ ਉਹ ਹਿਸਾਬ ਨਾਲ ਨਜਿੱਠਿਆ ਜਾ ਸਕੇ, ਰਾਈਟ? ਅਤੇ ਜਿਹੜੀਆਂ ਆਬਸੋਲੀਟ ਬਿਲਡਿੰਗ ਹੈਗੀਆਂ ਲੀਜ਼ਿੰਗ ਬਿਲਡਿੰਗਾਂ, ਅਤੇ ਉਹਦੇ ਨਾਲ ਫਿਰ ਕਹਿੰਦੇ ਥੋੜ੍ਹੀ ਬਹੁਤ ਰੈਂਟਲ ਜਿਹੜੀ ਪ੍ਰੋਬਲਮ ਹੈ ਥੋੜ੍ਹੀ ਸੋਲਵ ਕਰਨ ਦੀ ਕੋਸ਼ਿਸ਼ ਕਰ ਰਿਹਾ, ਬਟ ਮੈਨੂੰ ਲੱਗਦਾ ਨਹੀਂ ਕੋਈ ਬਹੁਤ ਜ਼ਿਆਦਾ ਫਰਕ ਪਊਗਾ। ਆਇਰਨ ਕੰਡੀਸ਼ਨ ਕਿੱਦਾਂ ਦੀ ਹੋਊਗੀ ਜੇ ਉਹਨਾਂ ਦੇ ਵਿੱਚ ਜਾ ਕੇ ਕੋਈ ਲੋਕ ਰਹਿੰਦੇ ਵੀ ਹੈਗੇ ਨੇ, ਰਾਈਟ? ਅਤੇ ਉਸ ਤੋਂ ਇਲਾਵਾ ਜਿਹੜੀ ਖਾਸ ਕਰਕੇ ਜਿਹੜੀ ਮੇਨ ਆ ਜਿਹੜੀ ਨਿਊਜ਼ ਆਪਾਂ ਮੈਂ ਦੇਖ ਰਿਹਾ ਸੀ, ਇਹ ਕਹਿ ਰਹੇ ਕਿ ਜਿਹੜੀਆਂ ਖਾਸ ਕਰਕੇ ਜਿਹੜੀਆਂ ਹੁਣ ਜਿਵੇਂ ਕੋਵਿਡ ਤੋਂ ਬਾਅਦ ਭਾਅ ਜੀ ਜਿਹੜੀਆਂ ਖਾਸ ਕਰਕੇ ਜਿਹੜੀ ਰੀਅਲ ਸਟੇਟ ਆ ਕਮਰਸ਼ੀਅਲ ਉਹ ਬਹੁਤ ਡਾਮਾਡੋ ਹੋ ਚੁੱਕੀ ਹੈ, ਰਾਈਟ? ਉਸ ਤੋਂ ਬਾਅਦ ਜਿਹੜੀ ਉਨੀ ਜਿਹੜੀ ਹਾਊਸ ਆਫਿਸ ਸਪੇਸ ਆ ਉਨੀਆਂ ਯੂਨਿਟਾਂ ਦੁਬਾਰਾ ਲੀਜ਼ 'ਤੇ ਨਹੀਂ ਆ ਰਹੀਆਂ ਹੈਗੀਆਂ, ਬਿਕੋਜ਼ ਬਹੁਤ ਜਿਹੜੀਆਂ ਕੰਪਨੀਆਂ ਨੇ ਆਪਣੇ ਵਰਕਰਸ ਨੂੰ ਉਹ ਘਰੋਂ ਹੀ ਕੰਮ ਕਰਨ ਦੀ ਜਿਹੜੀ ਇਜਾਜ਼ਤ ਦੇ ਰਹੀਆਂ ਨੇ, ਰਾਈਟ? ਸੋ ਉਸ ਵਜ੍ਹਾ ਦੇ ਕਰਕੇ ਜਿਹੜੀਆਂ ਬਹੁਤੀਆਂ ਆਫਿਸ ਬਿਲਡਿੰਗਾਂ ਨੇ ਉਹਨਾਂ ਨੂੰ ਜਿਹੜਾ ਕਨਵਰਟ ਕੀਤਾ ਜਾ ਰਿਹਾ ਹੈਗਾ ਹਾਊਸਿੰਗ ਦੇ ਵਿੱਚ। ਪਰ ਉਹ ਕਹਿੰਦੇ ਲਾਈਫ ਕਿੱਦਾਂ ਦੀ ਹੋਊ ਤੋ ਲਿਵਿੰਗ, ਉਹਨਾਂ ਨੇ ਕੁਛ ਐਗਜ਼ਾਮਪਲ ਦਿੱਤੀ ਹੈ, ਫੋਟੋ ਮੈਂ ਟਰਾਈ ਕਰਦਾ ਸ਼ੇਅਰ ਕਰਨ ਦੇ ਆਪਣੇ, ਅਤੇ ਇੱਦਾਂ ਜਿਵੇਂ ਇੱਕ ਆਫਿਸ ਸਟਰਕਚਰ ਡਿਫਰੈਂਟ ਹੁੰਦਾ ਯਾਰ, ਉਹ ਇੱਦਾਂ ਇੱਦਾਂ ਲੱਗੂ ਕੈਬਨ ਟਾਈਪ ਜੀ ਤੁਹਾਡੀ ਲਿਵਿੰਗ ਹੋਊਗੀ, ਰਾਈਟ? ਜੀ। ਸੋ ਦਿਸ ਇਜ਼ ਹਾਊ ਇਟਸ ਗੋਨਾ ਲੁੱਕ ਇਫ ਯੂ ਦੇ ਕਨਵਰਟ ਇਟ, ਰਾਈਟ? ਸੋ ਆਈ ਡੋਨਟ ਨੋ ਕਿੰਨੇ ਕੁ ਲੋਕ ਆਪਟ ਕਰਨਗੇ ਜਾਂ ਰੈਂਟਲ ਦੇ ਲਈ ਥੋੜ੍ਹਾ ਜਿਹਾ ਹੋ ਸਕਦਾ। ਹੁਣ ਜਦੋਂ ਰੈਂਟਲ ਤੁਹਾਨੂੰ ਪਤਾ ਇਸਦੀ ਲੋੜ ਹੀ ਹੈਗੀ ਆ, ਉਹ ਤਾਂ ਬੰਦਾ ਅਗਲਾ ਕਹਿੰਦਾ ਕਿ ਜਿੱਥੇ ਵੀ ਸਾਨੂੰ ਮਿਲਦਾ ਵਾ, ਜਿੱਥੇ ਜਗ੍ਹਾ ਮਿਲਦੀ ਆ ਦੱਸ ਓਕੇ, ਰਾਈਟ? ਪਰ ਉਹੀ ਹੈ ਕਿ ਜਿਹੜੇ ਬੰਦੇ ਕੋਲ ਥੋੜ੍ਹੀ ਮੋਟੀ ਚੋਇਸ ਹੈਗੀ ਆ ਉਹ ਤਾਂ ਬੰਦਾ ਹਰ ਕੋਈ ਆਪਣਾ ਦੇਖਦਾ ਕਿ ਸਾਡੇ ਕੋਲ ਥੋੜ੍ਹੀ ਜਿਹੀ ਬੈਟਰ ਲਿਵਿੰਗ ਹੋਵੇ, ਤਾਂ ਕਿ ਜਿਹੜਾ ਬੰਦਾ ਆਪਣੇ ਹਿਸਾਬ ਦੇ ਨਾਲ ਜਿਹੜੀਆਂ ਚੀਜ਼ਾਂ ਬਾਹਰੋਂ ਵੀ ਤੁਸੀਂ ਕਰ ਸਕੋ। ਪਰ ਜਦੋਂ ਹੁਣ ਅਫੋਰਡੇਬਿਲਟੀ ਦੀ ਗੱਲ ਆ ਜਾਂਦੀ ਆ, ਆਬਵੀਅਸਲੀ ਜਦੋਂ ਥੋੜ੍ਹੀਆਂ ਵੱਧ ਯੂਨਿਟ ਆਉਣਗੀਆਂ ਮੇ ਵੀ ਜਿਹੜੇ ਦੂਸਰੇ ਪ੍ਰਾਈਸ ਪੁਆਇੰਟ ਹੈਗੇ ਆ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਧੱਕਾ ਲੱਗੇ ਅਤੇ ਉਹ ਵੀ ਥੱਲੇ, ਕਿਉਂਕਿ ਹੁਣ ਜਦੋਂ ਇਨਵਰਟੋਰੀ ਵੱਧ ਜਾਂਦੀ ਮਾਰਕੀਟ ਦੇ ਵਿੱਚ, ਆਬਵੀਅਸਲੀ ਜਿਹੜੇ ਹੋਰ ਰੈਂਟਲ ਆ
ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਰੈਂਟ ਘਟਾ ਕੇ ਜਿਹੜਾ ਰੈਂਟ ਆਊਟ 'ਤੇ ਕਰਨਾ ਪੈਣਾ ਹੈ ਨਾ, ਪਰ ਜਿਹੜਾ ਕੋਈ ਛੋਟਾ ਸਪੇਸ ਦੇਖ ਰਿਹਾ ਵਾ, ਇਨੀਸ਼ੀਅਲ ਸਟਾਰਟਿੰਗ 'ਤੇ ਦੇਖ ਰਿਹਾ ਵਾ, ਉਹਦੇ ਲਈ ਕੁਛ ਹੈਲਪ ਆਊਟ ਹੋ ਸਕਦੀ ਹੈ ਨਾ? ਹਾਂ ਨਹੀਂ ਬਿਲਕੁਲ, ਰੈਂਟਲ ਦੀ ਪ੍ਰੋਬਲਮ ਹੈਗੀ ਆ ਔਰ ਬਹੁਤ ਸਾਰੇ ਟੈਂਟ ਇਹ ਸਭ ਆਪਾਂ ਦੇਖ ਰਹੇ ਹਾਂ, ਮੈਨੂੰ ਲੱਗਦਾ ਉਹਨੂੰ ਮੱਦੇ ਨਜ਼ਰ ਰੱਖ ਕੇ ਇੱਦਾਂ ਦੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਔਰ ਪਤਾ ਹੈ ਵਿੰਟਰ ਆਉਣ ਵਾਲਾ ਆ ਅਤੇ ਲੋਕਾਂ 'ਚ ਚਾਹਾਕਾਰ ਮੱਚੂਗਾ ਅਤੇ ਪ੍ਰੋਬਲਮ ਹੋਰ ਆਉਣਗੀਆਂ, ਔਰ ਨਹੀਂ ਤਾਂ ਲੋਕਾਂ ਸਟੇਸ਼ਨਾਂ 'ਤੇ ਜਾਂ ਹੋਰ ਜਗ੍ਹਾ 'ਤੇ ਤੁਹਾਨੂੰ ਆਮ ਹੀ ਲੋਕ ਦੇਖਣ ਨੂੰ ਮਿਲਣਗੇ, ਕਿਉਂਕਿ ਆਈ ਡੋਂਟ ਥਿੰਕ ਸੋ ਟੈਂਟ ਦੇ ਵਿੱਚ ਤੁਸੀਂ ਵਿੰਟਰ 'ਚ ਸਰਵਾਈਵ ਕਰ ਸਕਦੇ ਹੋ, ਤਾਂ ਬਹੁਤ ਔਖਾ ਵਾ ਜੀ ਇੱਥੇ ਜੀ, ਕਿਉਂਕਿ ਹੁਣ ਤੱਕ ਤਾਂ ਤੁਸੀਂ ਦੇਖਿਆ ਟੈਂਟ ਸਿਟੀਆਂ ਦੇ ਵਿੱਚ ਦੇਖ ਰਹੇ ਸੀਗੇ ਜਿਹੜੀ ਦਿਨ ਬ ਦਿਨ ਵੱਧ ਰਹੀਆਂ ਸੀਗੀਆਂ, ਪਰ ਹੁਣ ਜਦੋਂ ਵੈਦਰ ਇੰਨਾ ਹਾਰਸ਼ ਹੋ ਜਾਂਦਾ ਆ ਫਿਰ ਉਸ ਟਾਈਮ ਦੇ ਉੱਤੇ ਬਾਹਰ ਰਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ, ਖਾਸ ਕਰ ਜਦੋਂ ਮਾਈਨਸ ਦੇ ਵਿੱਚ ਟੈਂਪਰੇਚਰ ਚਲੇ ਜਾਂਦਾ ਅਤੇ ਠੰਡੀਆਂ ਹਵਾਵਾਂ ਚੱਲਦੀਆਂ ਨੇ, ਫਿਰ ਬਹੁਤ ਜਿਹੜੀ ਮੁਸ਼ਕਿਲ ਹੋ ਜਾਂਦੀ ਹੈ, ਬਹੁਤ ਟਾਈਮ ਕੱਟਣਾ ਬਾਹਰ ਬਹੁਤ ਔਖਾ ਹੋ ਜਾਂਦਾ ਆ। ਅਤੇ ਇਸ ਦੇ ਨਾਲ ਜਿਹੜੀ ਨੈਕਸਟ ਨਿਊਜ਼ ਆ ਰਹੀ ਆ, ਹੁਣ ਜਿਹੜੇ ਹਿਸਾਬ ਦੇ ਨਾਲ ਰੈਂਟ ਵੱਧ ਰਹੇ ਨੇ ਟੋਰਾਂਟੋ ਦੇ ਵਿੱਚ ਜਾਂ ਤੁਸੀਂ ਬਰੈਂਪਟਨ ਦੇ ਵਿੱਚ ਆਖ ਲਓ, ਉਹ ਕਹਿ ਰਹੇ ਕਿ ਜਿਹੜੇ ਇਕੁਅਲੈਂਟ ਹੈਗੇ ਜੇ ਤੁਸੀਂ 18 ਮਹੀਨੇ ਦਾ ਰੈਂਟ ਸੇਵ ਕਰ ਲਓ ਜੀ, ਰਾਈਟ, ਖਾਸ ਕਰਕੇ ਜਿਹੜੇ ਟੋਰਾਂਟੋ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਨੰਬਰਸ ਨੇ ਇਹ ਜੁਕਾਸਾ ਜਿਹੜੀ ਰੀਅਲ ਸਟੇਟ ਫਰਮ ਆ ਉਹਨਾਂ ਵੱਲੋਂ ਰਿਪੋਰਟ ਦਿੱਤੀ ਗਈ ਆ, ਉਹ ਕਹਿੰਦੇ ਕਿ ਜੇ ਇੱਕ ਬੈਡਰੂਮ ਦੇ ਕੌਂਡੋ ਦਾ ਰੈਂਟ ਦੇਖੀਏ $2,532 ਜਿਹੜਾ ਡਾਲਰ ਪਰ ਮੰਥ ਦਾ ਬਣ ਰਿਹਾ ਵਨ ਬੈਡਰੂਮ ਦਾ ਰੈਂਟ ਟੋਰਾਂਟੋ ਦੇ ਵਿੱਚ, ਅਤੇ ਜੇ ਤੁਸੀਂ ਕਹਿੰਦੇ 18 ਮਹੀਨੇ ਲਈ ਸੇਵ ਕਰੋ ਤਾਂ ਅਬਾਊਟ $52,000 ਬਣ ਜਾਂਦਾ, ਅਤੇ ਕਹਿੰਦੇ ਤੁਸੀਂ ਇੰਨਾ ਇੱਕ $52,000 ਦੇ ਕੇ ਇੱਕ ਵਨ ਬੈਡਰੂਮ ਸਟੂਡੀਓ ਜਾਂ ਕੌਂਡੋ ਵਨ ਬੈਡਰੂਮ ਕੌਂਡੋ ਦੀ ਜਿਹੜੀ ਡਾਊਨ ਪੇਮੈਂਟ ਤੁਸੀਂ ਕਰ ਸਕਦੇ ਹੋ। ਹਾਂ ਲੇਕਿਨ ਇਹ ਆਰਗੂਮੈਂਟ ਤਾਂ ਸਹੀ ਹੈ, ਬਟ ਗੱਲ ਇਹ ਆ ਵੀ ਮੌਰਗੇਜ ਵੀ ਤਾਂ ਹੁੰਦੀ ਹੋਣੀ ਚਾਹੀਦੀ ਹੈ, ਐਲੀਜੀਬਿਲਿਟੀ ਸਾਰੀਆਂ ਚੀਜ਼ਾਂ, ਰਾਈਟ, ਸੀ ਉਹ ਤਾਂ ਚਲੋ ਇਹਨਾਂ ਦੀਆਂ ਰਿਪੋਰਟਾਂ ਹੁੰਦੀਆਂ ਨੇ, ਕੁਛ ਨਾ ਕੁਛ ਨੰਬਰ ਉੱਪਰ ਥੱਲੇ ਕਰਕੇ ਜ਼ਰੂਰ ਦਿੰਦੇ ਨੇ, ਪਰ 50,000 ਲੋੜ ਹੀ ਹੈ ਯਾਰ ਨਾ, ਮਤਲਬ 18 ਮਹੀਨਿਆਂ ਦਾ ਰੈਂਟ ਇੱਕਦਮ ਲੈਣਾ ਹੈ ਨਾ। ਭਾਜੀ ਮੈਂ ਇੱਥੋਂ ਤੱਕ ਦੇਖਿਆ ਕਿ ਹੁਣ ਲੋਕ ਸਾਲ ਸਾਲ ਦਾ ਰੈਂਟ ਵੀ ਅਪ ਫਰੰਟ ਦੇ ਰਹੇ ਨੇ, ਕਈ ਵਾਰ ਜਦੋਂ ਹੁਣ ਰੈਂਟਲ ਦੇ ਵਿੱਚ ਐਡਾ ਕੰਪੀਟੀਸ਼ਨ ਹੁੰਦਾ ਨਾ, ਤਾਂ ਹੁਣ ਪਹਿਲਾਂ ਇਹੀ ਪੁੱਛਦੇ ਵੀ ਚਲੋ ਜਿੱਦਾਂ ਦਾ ਕ੍ਰਾਈਟੀਰੀਆ ਹੈਗਾ ਪਰ ਅਪ ਫਰੰਟ 'ਤੇ ਤੁਸੀਂ ਕਿੰਨਾ ਰੈਂਟ ਦੇ ਸਕਦੇ ਹੋ, ਕੋਈ ਬੰਦਾ 6 ਮਹੀਨੇ ਦਾ ਕਹਿੰਦਾ ਅਤੇ ਕੋਈ ਸਾਲ ਦਾ, ਅਤੇ ਮੈਂ ਇੱਦਾਂ ਦੀ ਵੀ ਮੇਰੇ ਨਾਲ ਇੱਕ ਆਪਣੀ ਟੀਮ ਦੀ ਉਹਨਾਂ ਨਿਮਿਸ਼ ਉਹਨਾਂ ਨੇ ਕੀਤੀ ਸੀ ਡੀਲ, ਅਤੇ $72,000 ਭਾਜੀ ਉਹਨਾਂ ਨੇ ਰੈਂਟ ਅਪ ਫਰੰਟ, ਨਹੀਂ ਮੇਰੇ ਕੋਲ ਚੈੱਕ ਦੀ ਫੋਟੋ ਪਈ ਆ ਉਹ ਕਿ $72,000 ਅਪ ਫਰੰਟ ਰੈਂਟ ਦਿੱਤਾ ਉਹ ਬੰਦੇ ਨੇ, ਰਾਈਟ। ਸੋ ਤੁਸੀਂ ਹਿਸਾਬ ਲਾ ਸਕਦੇ ਕਿ ਰੈਂਟਲ ਮਾਰਕੀਟ ਦੇ ਵਿੱਚ ਵੀ ਕੀ ਕੁਛ ਚੱਲ ਰਿਹਾ ਰਾਈਟ ਨਾਊ। ਮੈਂ ਖੁਦ ਜਦੋਂ ਨਵਾਂ ਆਇਆ ਸੀ ਕੈਨੇਡਾ ਚ ਅੱਜ ਤੋਂ 3 ਸਾਲ ਪਹਿਲਾਂ, ਮੈਂ 6 ਮਹੀਨੇ ਦਾ ਰੈਂਟ ਦਿੱਤਾ ਸੀਗਾ, $20,000 ਮੈਂ ਐਡਵਾਂਸ ਦਿੱਤਾ ਸੀ ਉਸ ਟਾਈਮ, ਫਿਰ ਦੂਰ ਕਿਉਂ ਜਾਣਾ ਅਤੇ ਕਿਉਂਕਿ ਮੈਨੂੰ ਸਮਝ ਨਹੀਂ ਆਉਂਦੀ, ਨਵੇਂ ਬੰਦੇ ਨੂੰ ਵੀ ਬੜਾ ਸਕਰੂਟਨਾਈਜ਼ ਕਰਦੇ ਆ ਵੀ ਤੁਸੀਂ ਕ੍ਰੈਡਿਟ ਸਕੋਰ ਨਹੀਂ ਤੁਹਾਡਾ ਹੈਗਾ, ਰਾਈਟ। ਸੋ ਨਵੇਂ ਆਏ ਤਾਂ ਹੁਣ ਕ੍ਰੈਡਿਟ ਸਕੋਰ ਤਾਂ ਟਾਈਮ ਲੱਗੂਗਾ ਨਾ ਬਿਲਡ ਕਰਨ ਦਾ, ਅਕਾਊਂਟ ਖੁੱਲੂਗਾ ਅਤੇ ਸਾਰਾ ਕੁਛ ਹੋਊਗਾ। ਸੋ ਬੜਾ ਅਜੀਬ ਜਿਹਾ ਸੀਗਾ, ਅਸੀਂ ਕਿ ਫਿਰ ਤੁਸੀਂ ਪੈਸੇ ਲੈ ਲਓ ਜਿਹੜੇ ਇਨਸਕਿਉਰਟੀ ਹੈਗੀ ਆ ਜੀ, ਹੁਣ ਉਹ ਤਾਂ ਦਿਨ ਦਿਨ ਥੋੜ੍ਹਾ ਜਿਹਾ ਵੱਧਦਾ ਹੀ ਜਾ ਰਿਹਾ ਜੀ, ਰਾਈਟ। ਸੋ ਇਹ ਵੀ ਇੱਕ ਬੜਾ ਇੱਕ ਫਲੋਡ ਜਿਹਾ ਆਰਗੂਮੈਂਟ ਹੁੰਦਾ ਨਵੇਂ ਬੰਦੇ ਨੂੰ, ਲੋਕ ਮੰਨ ਲਾ ਨਹੀਂ, ਕਈ ਇੱਦਾਂ ਵੀ ਆ ਭਾਜੀ ਕਈ ਮੰਗਦੇ ਵੀ ਨਹੀਂ ਹੈਗੇ, ਕਈ ਜਿਹੜੇ ਟੈਨੈਂਟ ਆ ਉਹੀ ਅਪ ਫਰੰਟ ਦੇ ਰਹੇ ਆ ਕਿ ਐਜ਼ ਏ ਆਪਸ਼ਨ ਕਿ ਜੇ ਹੁਣ 10 ਬੰਦੇ ਲਾਈਨ 'ਚ ਖੜੇ ਆ ਤਾਂ ਜੇ ਮੈਂ 6 ਮਹੀਨੇ ਦਾ ਰੈਂਟ ਦੇਦਾ ਤਾਂ ਮੈਂ ਉਸ ਲਾਈਨ ਦੇ ਵਿੱਚੋਂ ਉਹਨਾਂ ਨਾਲੋਂ ਅੱਗੇ ਨਿਕਲ ਜਾਊਂਗਾ, ਰਾਈਟ। ਸੋ ਇਸ ਕਰਕੇ ਜਿਹੜਾ ਹੈਗਾ ਉਹ ਚੀਜ਼ਾਂ ਚੱਲਦੀਆਂ ਨੇ, ਉਹ ਕਿਸੇ ਲਈ ਬੈਨੀਫਿਟ ਵੀ ਕਰ ਰਹੀਆਂ, ਖਾਸ ਕਰਕੇ ਜਿਹਦੇ ਕੋਲ ਪੈਸੇ ਪਏ ਆ ਉਹਨੂੰ ਜਿਹੜੀ ਰੈਂਟਲ ਯੂਨਿਟ ਓਬਵੀਅਸਲੀ ਮਿਲ ਜਾਂਦੀ ਆ, ਪਰ ਜਿਹੜਾ ਆਮ ਬੰਦਾ ਜਿਹਨੇ 2-4 ਮਹੀਨੇ ਦੀ ਸੇਵਿੰਗ ਹੁੰਦੀ ਹੈ ਜਿਹਦੇ ਕੋਲ, ਉਹਨਾਂ ਲਈ ਔਖਾ ਹੈਗਾ, ਉਹਨਾਂ ਲਈ ਸਕਣ ਦੀ ਜ਼ਿਆਦਾ ਕੰਪੀਟੀਸ਼ਨ ਉਹ ਚੀਜ਼ਾਂ ਦੇ ਵਿੱਚ ਕ੍ਰੀਏਟ ਹੋ ਜਾਂਦਾ, ਰਾਈਟ। ਪਰ ਇਹ ਚੀਜ਼ਾਂ ਤਾਂ ਚਲੋ ਨਾਲ ਦੀ ਨਾਲ ਚੱਲਦੀਆਂ ਰਹਿੰਦੀਆਂ ਨੇ, ਜਿਹੜੀਆਂ ਖਬਰਾਂ ਸੀਗੀਆਂ ਉਸ ਤੋਂ ਅੱਗੇ ਜਿਹੜੀ ਖਬਰ ਆ ਰਹੀ ਆ ਉਹ ਆ ਰਹੀ ਹੈ, ਕਹਿੰਦੇ ਫੀਮੇਲ ਇਜ਼ ਇਨ ਕ੍ਰਿਟੀਕਲ ਕੰਡੀਸ਼ਨ ਆਫਟਰ ਸੀਰੀਅਸ ਕ੍ਰੈਸ਼ ਰੋਡ ਕਲੋਜ਼ ਇਨ ਕੈਲਡਨ, ਕੈਲਡਨ ਦੇ ਵਿੱਚ ਐਕਸੀਡੈਂਟ ਹੋਇਆ ਹੈਗਾ ਇਹ, ਤੇ ਸਵੇਰੇ ਸਵੇਰ ਦੇ ਟਾਈਮ ਦੀ ਇਹ ਖਬਰ ਹੈਗੀ 9:45 ਕਹਿੰਦੇ ਉੱਥੇ ਐਨਸਲੇਕ ਬਿਟਵੀਨ ਫਿਨਿਟਰੀ ਸਾਈਡ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਹੈ, ਪੈਟਰਸਨ ਸਾਈਡ ਰੋਡ ਦੇ ਉੱਤੇ ਆ। ਸੋ OPP ਉਹਨਾਂ ਨੇ ਕਨਫਰਮ ਕੀਤਾ ਹੈਗਾ। ਸੋ ਇਹ ਥੋੜ੍ਹੀ ਜਿਹੀ ਮੰਦਭਾਗੀ ਖਬਰ ਆ ਬਰੈਂਪਟਨ ਅਤੇ ਇੱਧਰ ਕੈਲੇਡਨ ਵਾਲਿਆਂ ਵਾਸਤੇ। ਸੋ ਇਹ ਮੇਨ ਅੱਜ ਦੀਆਂ ਖਬਰਾਂ ਸੀਗੀਆਂ। ਇਸ ਤੋਂ ਇਲਾਵਾ ਜੇ ਇੰਟਰਨੈਸ਼ਨਲ ਆਪਾਂ ਗੱਲ ਕਰੀਏ, ਮਾਰਕੀਟ ਵਿੱਚ ਥੋੜ੍ਹਾ ਜਿਹਾ ਰੀਬਾਊਂਡ ਆਇਆ ਆਫਟਰ GDP ਦੇ ਨੰਬਰ US ਦੇ ਆਏ ਨੇ। GDP ਦੇ ਨੰਬਰ ਐਜ ਪਰ ਐਕਸਪੈਕਟੇਸ਼ਨ ਸੀਗੇ, 2.2 ਦੀ ਐਕਸਪੈਕਟੇਸ਼ਨ ਕੀਤੀ ਸੀ, 2.1 ਆਈ ਹੈਗੀ ਹੈ। ਸੋ ਉਸ ਤੋਂ ਬਾਅਦ ਜਿਹੜੇ ਜੋਬ ਨੰਬਰ ਆਏ ਸੀਗੇ, ਜੋਬ ਨੰਬਰ ਪਹਿਲਾਂ ਲੱਗਦੇ ਸੀ ਵੱਧ ਕੇ ਆਉਣਗੇ, ਲੇਕਿਨ ਵੱਧ ਕੇ ਨਹੀਂ ਆਏ, ਉਹ ਵੀ ਔਨ ਪਾਰ ਹੀ ਰਹੇ ਨੇ, ਉਦੋਂ ਘੱਟ ਕੇ ਆਏ ਨੇ। ਸੋ ਜਿਹੜਾ ਥੋੜ੍ਹਾ ਜਿਹਾ ਮਾਰਕੀਟ ਨੂੰ ਲੱਗਿਆ ਵੀ ਸ਼ਾਇਦ ਕਿਸੇ ਨਾ ਕਿਤੇ ਫਰਕ ਪੈ ਸਕਦਾ, ਪਹਿਲਾਂ ਲੱਗ ਰਿਹਾ ਸੀ ਇੰਟਰਸਟ ਰੇਟ ਵਧੂਗਾ, ਸੋ ਉਹ ਅੱਜ ਕਾਫੀ ਦਿਨਾਂ ਬਾਅਦ ਅੱਜ ਗ੍ਰੀਨ ਡੇ ਦੇਖਣ ਨੂੰ ਮਿਲਿਆ ਮਾਰਕੀਟ ਦੇ ਵਿੱਚ। ਸੋ ਇਹ ਇੱਕ ਥੋੜ੍ਹਾ ਜਿਹਾ US ਮਾਰਕੀਟ ਦਾ ਆਪਾਂ ਸਟਾਕ ਮਾਰਕੀਟ ਕਹਿ ਸਕਦੇ ਹਾਂ ਥੋੜ੍ਹਾ ਪੋਜ਼ਿਟਿਵ ਡੇ ਸੀਗਾ ਅੱਜ। ਅਤੇ ਇਸ ਤੋਂ ਬਿਨਾਂ ਕੁਛ ਹੋਰ ਜਿਹੜੇ ਨਿਊਜ਼ ਸੀਗੀਆਂ, ਸੋਰੀ, ਅਰਟੀਜ਼ੀਆ ਦੀ, ਅਰਟੀਜ਼ੀਆ ਅਰਜ਼ੀਆ
ਸੋਰੀ ਰਜ਼ੀਆ ਨੇ ਲੌਸ ਕੀਤਾ 6 million ਦਾ ਨੈੱਟ ਲੌਸ ਇਨ ਕੁਆਟਰ 2 ਦੇ ਜਿਹੜੇ ਰਿਜ਼ਲਟ ਆਏ ਨੇ। ਸੋ ਜਿਹੜਾ CEO ਕਹਿੰਦਾ ਕਹਿੰਦਾ ਸਾਡੇ ਰਿਜ਼ਲਟ ਕਹਿੰਦੇ ਨੇ ਡਜ਼ ਨਾਟ ਮੀਟ ਦ ਹਾਈ ਸਟੈਂਡਰਡ ਆਫਕੋਰਸ। ਖਾਸ ਕਰਕੇ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਇਹਨਾਂ ਨੂੰ ਜਿਹੜੀ ਲਗਜ਼ਰੀ ਲਿਵਿੰਗ ਹੈ ਨਾ, ਚਾਹੇ ਲਗਜ਼ਰੀ ਬ੍ਰਾਂਡ ਹੈਗੇ ਨੇ, ਚਾਹੇ ਲਗਜ਼ਰੀ ਡਾਇਨਿੰਗ ਆ ਜਾਂ ਫੂਡ ਪਲੇਸਿਸ ਨੇ, ਜਦੋਂ ਮਾਰਕੀਟ ਦੇ ਵਿੱਚ ਮਾਰਕੀਟ ਸ਼੍ਰਿੰਕ ਹੁੰਦੀ ਹੈ, ਖਾਸ ਕਰਕੇ ਜਿਹੜੀ ਪਹਿਲੀ ਹਿੱਟ ਹੁੰਦੀ ਆ ਉਹ ਇਹੀ ਵੱਡੀਆਂ ਕੰਪਨੀਆਂ 'ਤੇ, ਇਹੀ ਲਗਜ਼ਰੀ ਬ੍ਰਾਂਡਾਂ 'ਤੇ, ਇਹੀ ਜਿਹੜੀ ਆਊਟਡੋਰ ਈਟਿੰਗ ਸਪੇਸਿਸ ਹੈਗੀਆਂ ਨੇ ਜਾਂ ਪਲੇਸਿਸ ਹੈਗੇ ਨੇ, ਉਹਨਾਂ ਨੂੰ ਸਭ ਤੋਂ ਪਹਿਲਾਂ ਲੱਗਦੀ ਹੈ। ਕਿਉਂਕਿ ਜਿਹੜਾ ਬੰਦਾ ਕੋਈ ਬੰਦਾ ਸ਼੍ਰਿੰਕ ਕਰ ਰਿਹਾ, ਆਪਣਾ ਬਜਟ ਸ਼੍ਰਿੰਕ ਕਰ ਰਿਹਾ, ਉਹ ਪਹਿਲਾਂ ਸਾਰੀਆਂ ਇਹੀ ਚੀਜ਼ਾਂ ਆਪਣੇ ਬਜਟ ਦੇ ਵਿੱਚੋਂ ਕੱਟ ਡਾਊਨ ਕਰਦਾ, ਰਾਈਟ? ਸੋ ਉਸਦੇ ਨਾਲ ਨਾਲ ਇਹ ਹੌਲੀ ਹੌਲੀ ਜਿਹੜਾ ਇੰਪੈਕਟ ਆ ਲੋਅਰ ਮਿਡਲ ਕਲਾਸ, ਮਿਡਲ ਜਿਹੜੀਆਂ ਚੀਜ਼ਾਂ ਤੁਹਾਡੀਆਂ ਲੋੜੀਂਦੀਆਂ ਹੈਗੀਆਂ ਨੇ ਬਜਟ ਦੇ ਵਿੱਚੋਂ ਕੱਟ ਡਾਊਨ ਹੁੰਦੀਆਂ ਨੇ, ਪਰ ਜਿਹੜਾ ਪਹਿਲੀ ਸੱਟ ਹੈਗੀ ਉਹ ਇਹਨਾਂ ਚੀਜ਼ਾਂ ਦੇ ਉੱਤੇ ਵੱਜਦੀ ਹੈ, ਰਾਈਟ? ਸੋ ਮੇ ਬੀ ਹਜੇ ਤਾਂ ਰਿਜ਼ੀਆ ਨੇ ਸ਼ੁਰੂ ਕੀਤਾ, ਮੇ ਬੀ ਹੁਣ ਉਹ ਜਿਹੜੇ ਹੋਰ ਵੀ ਜਿਹੜੀਆਂ ਕੰਪਨੀਆਂ ਦੇ ਨੰਬਰ ਆਉਣੇ, ਮੇ ਬੀ ਉਹ ਵੀ ਜਿਹੜੇ ਖਾਸ ਕਰਕੇ ਲਗਜ਼ਰੀ ਬ੍ਰਾਂਡ ਨੇ, ਬਿਲਕੁਲ ਸਾਰੇ ਦੇ ਨੰਬਰ ਡਾਊਨ ਸਾਈਡ ਆਏ ਨੇ। ਈਵਨ ਜਿਹੜੇ ਵੱਡੇ ਵੱਡੇ ਬ੍ਰਾਂਡ ਲੂਲੂ ਲੈਵਨ, ਨਾਇਕੀ, ਇਹ ਸਾਰੇ ਹੁਣ ਪ੍ਰੈਸ਼ਰ ਫੀਲ ਕਰ ਰਹੇ ਨੇ ਇਹਨਾਂ ਦੇ ਸਟਾਕਸ। ਤੁਸੀਂ ਦੇਖੋਗੇ ਜਿੰਨੀਆਂ ਵੀ ਡਿਸਕ੍ਰਿਸ਼ਨਰੀ ਸਰਵਿਸਿਜ਼ ਹੈਗੀਆਂ ਜੋ ਤੁਸੀਂ ਵੀ ਕਿਹਾ, ਉਹਨਾਂ ਦੇ ਵਿੱਚ ਦੇਖਣ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਆ। ਤਾਂ ਰੀਜ਼ਨ ਲੋਕਾਂ ਦੀ ਜੇਬ 'ਚ ਪੈਸੇ ਘੱਟ ਆ, ਸਪੈਂਡਿੰਗ ਘੱਟ ਹੋ ਰਹੀ ਆ, ਰਾਈਟ? ਕਿਉਂਕਿ ਡਿਸਕ੍ਰਿਸ਼ਨਰੀ ਹੁੰਦੀ ਆ, ਕਿਉਂਕਿ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਹੁੰਦੀਆਂ, ਗਰੋਸਰੀ ਜਾਂ ਹੋਰ, ਉੱਥੇ ਤਾਂ ਬੰਦੇ ਨੇ ਖਰਚਣਾ ਹੀ ਖਰਚਣਾ ਆ। ਅਤੇ ਈਵਨ ਤੁਸੀਂ ਕਾਰ ਜਿਹੜੇ ਕਾਰ ਮੇਕਰ ਆ ਜਾਂ ਹੋਰ, ਉਹਨਾਂ ਦੀ ਸੇਲ ਦੇ ਵਿੱਚ ਵੀ ਡਰੋਪ ਦਿਨੋਂ ਦਿਨ ਦੇਖਣ ਨੂੰ ਮਿਲ ਰਿਹਾ। ਟੈਸਲਾ ਦੇ ਨੰਬਰ ਆਉਣ ਵਾਲੇ ਨੇ, ਮੈਨੂੰ ਲੱਗਦਾ ਇਸ ਵੀਕ ਜਾਂ ਨੈਕਸਟ ਵੀਕ, ਜਿਹੜੀਆਂ ਡਿਲੀਵਰੀਜ਼ ਕਿੰਨੀਆਂ ਡਿਲੀਵਰੀ ਕਰਦੇ ਨੇ ਜੀ, ਉਹ ਵੀ ਇੱਕ ਦੇਖਣ ਵਾਲਾ ਨੰਬਰ ਹੋਊਗਾ ਜੀ। ਸੋ ਇਹ ਮੇਨ ਮੇਨ ਨਿਊਜ਼ ਸੀਗੀਆਂ। ਹੁਣ ਆਪਾਂ ਫਿਰ ਖੋਲ ਦਈਏ ਫਲੋਰ। ਹਾਂਜੀ, ਹੁਣ ਆਪਾਂ ਜਿਹੜਾ ਮੇਨ, ਅੱਜ ਤੁਹਾਨੂੰ ਪਹਿਲਾਂ ਵੀ ਡਿਸਕਸ ਕਰਕੇ ਹਟੇ ਹਾਂ ਕਿ ਜਿਹੜਾ ਮੇਨ ਟੌਪਿਕ 'ਤੇ ਅੱਜ ਆਪਾਂ ਗੱਲਬਾਤ ਕਰਾਂਗੇ ਉਹ ਹੋਏਗਾ ਕ੍ਰੈਡਿਟ ਜੀ। ਕ੍ਰੈਡਿਟ ਤੁਸੀਂ ਖਾਸ ਕਰਕੇ ਜਦੋਂ ਨਵਾਂ ਬੰਦਾ ਆਉਂਦਾ, ਪਹਿਲਾਂ ਤਾਂ ਉਹਨੂੰ ਕਿੰਨਾ ਚਿਰ ਸਮਝ ਨਹੀਂ ਲੱਗਦਾ ਕਿ ਕ੍ਰੈਡਿਟ ਕਿਹੜੀ ਗੱਲਬਾਤ ਕਰਦੇ ਆ, ਕੀ ਹੁੰਦਾ ਕ੍ਰੈਡਿਟ, ਇਹ ਕਿਵੇਂ ਵਰਕ ਕਰਦਾ, ਰਾਈਟ? ਅਤੇ ਹੌਲੀ ਹੌਲੀ ਜਦੋਂ ਤੱਕ ਬੰਦੇ ਨੂੰ, ਕਈ ਵਾਰ ਲੋਕਾਂ ਨੂੰ ਸਮਝ ਲੱਗਦਾ ਉਦੋਂ ਤੱਕ ਤਾਂ ਉਹ ਬਹੁਤ ਡੂੰਘਾ ਚੀਜ਼ ਦੇ ਵਿੱਚ ਜਾ ਚੁੱਕੇ ਹੁੰਦੇ ਨੇ, ਅਤੇ ਆਲਰੇਡੀ ਜਿਹੜਾ ਆਪਣਾ ਕ੍ਰੈਡਿਟ ਆ ਉਹ ਸਕਰੂ ਅਪ ਕਰ ਚੁੱਕੇ ਹੁੰਦੇ ਨੇ, ਅਤੇ ਕਾਫੀ ਟਾਈਮ ਉਹਨਾਂ ਨੂੰ ਲੱਗ ਜਾਂਦਾ ਇਹ ਚੀਜ਼ਾਂ ਨੂੰ ਸੌਰਟ ਆਊਟ ਕਰਦੇ ਹੋਏ, ਖਾਸ ਕਰਕੇ ਜਿਹੜੇ ਆਪਣੇ ਭਾਈ ਭੈਣ ਯੰਗ ਆ ਰਹੇ ਨੇ, ਹੈ ਨਾ? ਤਾਂ ਉਹ ਅਕਸਰ ਛੋਟੀਆਂ ਮੋਟੀਆਂ ਗਲਤੀਆਂ ਕਰਦੇ ਨੇ, ਅਤੇ ਜਦੋਂ ਤੁਸੀਂ ਥੋੜ੍ਹਾ ਜਿਹਾ ਲਾਈਫ ਦੇ ਵਿੱਚ ਅੱਗੇ ਜਾਂਦੇ ਹੋ, ਕਈ ਵਾਰ ਉਦੋਂ ਤੁਹਾਨੂੰ ਰੀਅਲਾਈਜ਼ ਹੁੰਦਾ ਕਿ ਭਾਈ ਇਹ ਚੀਜ਼ ਨੂੰ ਤੁਹਾਨੂੰ ਕਿੰਨਾ ਸੀਰੀਅਸ ਲੈਣਾ ਚਾਹੀਦਾ ਸੀਗਾ, ਰਾਈਟ? ਸੋ ਇਸ ਚੀਜ਼ ਦੇ ਉੱਤੇ ਗੱਲਬਾਤ ਕਰਾਂਗੇ ਜੀ, ਅਤੇ ਗੱਲਬਾਤ ਕਰਾਂਗੇ ਕ੍ਰੈਡਿਟ ਦੇ ਉੱਤੇ, ਜਿਹਨੂੰ ਬੇਸਿਕਲੀ ਆਪਾਂ ਕਹਿ ਦਿੰਦੇ ਹਾਂ ਕਰਜ਼ਾ ਜੀ। ਖਾਸ ਕਰਕੇ ਬੜਾ ਸੀਰੀਅਸ ਵਰਡ ਹੁੰਦਾ ਜਦੋਂ ਆਪਾਂ ਪਿੱਛੇ, ਜਦੋਂ ਆਪਾਂ ਜਿਹੜੇ ਪਿੰਡਾਂ 'ਚੋਂ, ਜਿਹੜੀ ਕੰਟਰੀ ਦੇ ਵਿੱਚੋਂ ਆਏ ਹਾਂ, ਉੱਥੇ ਜਦੋਂ ਕਰਜ਼ੇ ਦੀ ਗੱਲਬਾਤ ਕਰਦੇ ਸੀ ਤਾਂ ਬੜਾ ਇੱਕ ਬੜਾ ਸੀਰੀਅਸ ਚੀਜ਼ ਲੱਗਦੀ ਹੁੰਦੀ ਸੀ ਕਿ ਵੀ ਕਰਜ਼ੇ ਦੀ ਗੱਲ ਹੋ ਰਹੀ ਹੈ ਅਤੇ ਕਿਸੇ ਨੇ ਕਰਜ਼ਾ ਲਿਆ ਜਾਂ ਕਰਜ਼ਾ ਲੈਣ ਜਾ ਰਿਹਾ, ਤਾਂ ਇਹ ਚੀਜ਼ ਨੂੰ ਬੜਾ ਨੈਗੇਟਿਵਲੀ ਦੇਖਿਆ ਜਾਂਦਾ ਸੀ। ਬੰਦਿਆਂ ਨੂੰ ਅਕਸਰ ਕੀਤਾ ਜਾਂਦਾ ਸੀ ਕਿ ਕੋਈ ਚੱਕਰ ਵੱਡਾ ਹੀ ਪਿਆ ਹੋਇਆ ਜੀ, ਇਹਨਾਂ ਨੇ ਕਰਜ਼ਾ ਲਿਆ, ਰਾਈਟ ਜੀ? ਰਾਈਟ, ਇੱਕੋ ਜ਼ਮਾਨਾ ਸੀ ਜਦੋਂ ਕਰਜ਼ੇ ਨੂੰ ਇੱਦਾਂ ਦੇਖਿਆ ਜਾਂਦਾ ਸੀਗਾ। ਹੁਣ ਤਾਂ ਲੋਕ ਸ਼ੇਖੀ ਮਾਰਦੇ ਆ ਕਰਜ਼ੇ ਦੀ, ਅਤੇ ਕਹਿਣਗੇ ਵੀ ਉਹ ਭਾਈ ਤੁਹਾਡੇ ਕੋਲ ਤਾਂ ਉਹਦੀ ਪ੍ਰੋਪਰਟੀ ਨਹੀਂ ਜਿੰਨਾ ਮੇਰੇ ਕੋਲ ਕਰਜ਼ਾ ਜੀ। ਸੋ ਇਹ ਚੀਜ਼ ਨੂੰ ਬੜਾ ਉਸ ਨਜ਼ਰੀਏ ਨਾਲ ਦੇਖਾਂਗੇ ਵੀ ਕਰਜ਼ਾ ਹੈਗਾ ਆ, ਆਪਾਂ ਇੱਕ ਜਿਹੜੀ ਸਿਟੀ 'ਚੋਂ, ਜਿਹੜੀ ਪਿੰਡਾਂ 'ਚੋਂ ਨਿਕਲ ਕੇ ਆਏ ਹਾਂ, ਉੱਥੇ ਆਪਾਂ ਕਿੱਦਾਂ ਦੇਖਦੇ ਸੀ, ਅਤੇ ਹੁਣ ਆਪਾਂ ਜਦੋਂ ਇਸ ਕੰਟਰੀ, ਇਸ ਮੁਲਕ ਦੇ ਵਿੱਚ ਆ ਜਾਂਦੇ ਹਾਂ, ਤਾਂ ਹੁਣ ਆਪਾਂ ਕਿਵੇਂ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਓਬਵੀਅਸਲੀ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਸੁੱਖ ਸਹੂਲਤ ਵੀ ਹੈਗੀ ਹੈ, ਜਿਹੜਾ ਇੱਕ ਕਰਜ਼ਾ ਦਿੱਤਾ ਗਿਆ, ਅਦਰਵਾਈਜ਼ ਬਹੁਤੀਆਂ ਚੀਜ਼ਾਂ ਤੁਸੀਂ ਅਫੋਰਡ ਵੀ ਨਾ ਕਰ ਪਾਓ। ਪਰ ਜੇ ਤੁਹਾਡੀਆਂ ਵੀ ਹਰ ਇੱਕ ਪਰਸਨਲ ਸਟੋਰੀਜ਼ ਹੋਣਗੀਆਂ, ਜਾਂ ਤੁਸੀਂ ਵੀ ਕਈ ਵਾਰ ਕੋਈ ਚੀਜ਼ ਡਿੱਗ ਕੇ ਸਿੱਖੀ ਹੋਣੀ ਆ, ਜਾਂ ਕੁਛ ਤੁਹਾਨੂੰ ਲੈਸਨ ਲਰਨ ਕੀਤਾ ਹੋਣਾ, ਤੁਸੀਂ ਵੀ ਜਿਹੜਾ ਚੀਜ਼ ਦੇ ਵਿੱਚ ਆਪਣੀ ਸਟੋਰੀ ਜਾਂ ਆਪਣਾ ਜਿਹੜਾ ਵੀ ਐਕਸਪੀਰੀਅੰਸ ਰਿਹਾ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹਾਂ। ਅਤੇ ਸਟੂਡੀਓ ਦੇ ਨੰਬਰ ਬਣੇ ਰਹਿਣਗੇ ਜੀ, ਤੁਸੀਂ ਨੰਬਰ ਨੋਟ ਕਰ ਲਓ, 6473386800 ਸਾਡਾ ਨੰਬਰ ਹੈਗਾ ਸਟੂਡੀਓ ਦਾ, ਇਸ ਨੰਬਰ 'ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹਾਂ। ਪਰ ਜਦੋਂ ਟੈਕਨੀਕਲ ਪਾਰਟ ਦੀ ਗੱਲਬਾਤ ਆਉਂਦੀ ਆ ਤਾਂ ਟੈਕਨੀਕਲ ਪਾਰਟ ਕਰਾਂਗੇ, ਜਿੱਥੋਂ ਆਪਾਂ ਡੈਫੀਨੇਸ਼ਨ ਦੀ ਗੱਲ ਕਰ ਲੈਂਦੇ ਹਾਂ, ਅਤੇ ਡੈਫੀਨੇਸ਼ਨ ਕਰਜ਼ੇ ਦੀ ਜਦੋਂ ਕ੍ਰੈਡਿਟ ਦੀ ਗੱਲਬਾਤ ਕੀਤੀ ਜਾਂਦੀ ਆ ਜੀ। ਹਾਂਜੀ, ਸੋ ਕ੍ਰੈਡਿਟ ਭਾਜੀ, ਜਦੋਂ ਇੱਥੇ ਇੱਕ ਨਵਾਂ ਫੈਂਸੀ ਨਾਮ ਕ੍ਰੈਡਿਟ ਜਿਹਨੂੰ ਕਹਿ ਦਿੰਦੇ ਹਾਂ, ਸੋ ਕ੍ਰੈਡਿਟ ਕੀ ਹੁੰਦਾ ਆਪਾਂ ਇੱਥੇ ਸ਼ੁਰੂ ਕਰ ਲੈਂਦੇ ਹਾਂ, ਪਹਿਲਾਂ ਆਪਾਂ ਟੈਕਨੀਕਲੀ ਗੱਲ ਕਰ, ਟੈਕਨੀਕਲੀ ਗੱਲਬਾਤ ਕਰ ਲੈਂਦੇ ਹਾਂ, ਫਿਰ ਆਪਾਂ ਟੈਕਨੀਕਲ ਇੱਕ ਵਾਰੀ ਕਵਰ ਕਰ ਲਈਏ, ਸਾਰਿਆਂ ਨੂੰ ਦੱਸ ਦਈਏ, ਅਤੇ ਜਿਹਨਾਂ ਨੂੰ ਐਗਜੈਕਟਲੀ ਪਤਾ ਹੋਊਗਾ ਜਾਂ ਤੁਸੀਂ ਕਿੱਦਾਂ ਦਾ ਕੋਈ ਐਕਸਪੀਰੀਅੰਸ ਰਿਹਾ, ਜਾਂ ਤੁਸੀਂ ਕੋਈ ਇੱਦਾਂ ਦਾ ਕੀ ਚੀਜ਼ ਕੀਤਾ ਸੀ ਕਿ ਤੁਸੀਂ ਕ੍ਰੈਡਿਟ ਬੈਟਰ ਕੀਤਾ, ਜਾਂ ਤੁਹਾਡਾ ਕੋਈ ਸਕਰੂ ਅਪ ਹੋ ਗਿਆ ਸੀ ਕਿਸੇ ਨਾ ਕਿਸੇ ਚੀਜ਼ ਕਰਕੇ, ਉੱਦਾਂ ਦੀਆਂ ਸਟੋਰੀਜ਼ ਜਾਂ ਉੱਦਾਂ ਦੇ ਜਿਹੜੇ ਓਪੀਨੀਅਨ ਆ, ਸਾਨੂੰ ਜ਼ਰੂਰ ਕਾਲ ਕਰਕੇ ਦੱਸਿਓ। ਅਤੇ ਉਸ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਭਾਜੀ, ਕ੍ਰੈਡਿਟ ਤੋਂ ਸ਼ੁਰੂ ਕਰ ਲੈਂਦੇ ਹਾਂ। ਸੋ ਕ੍ਰੈਡਿਟ ਐਕਚੁਅਲੀ ਕਿੱਦਾਂ ਐਕਸਪਲੇਨ ਕਰਾਂਗੇ, ਐਕਚੁਅਲੀ ਹੁੰਦਾ ਕੀ ਹੈ, ਜੋ ਕਾਹ ਤੋਂ ਬੰਦਾ ਲੈਂਦਾ ਆ ਜੀ।
ਸੋ ਖਾਸ ਕਰਕੇ ਜਦੋਂ ਤੁਹਾਡੇ ਕੋਲ ਕੋਈ ਮੰਨ ਲਓ ਕਿ ਹੁਣ ਮੈਂ $100 ਦੀ ਚੀਜ਼ ਲੈਣੀ ਆ ਰਾਈਟ ਮੇਰੇ ਕੋਲ 50 ਹੈਗੇ ਆ ਜਾਂ 50 ਮੈਂ ਕਿਸੇ ਤੋਂ ਉਧਾਰੇ ਮੰਗ ਲਾਂ ਮਤਲਬ ਕਿਸੇ ਤੋਂ ਡੈਟ ਲੈ ਲਾਂ ਬੇਸਿਕਲੀ ਉਹ ਚੀਜ਼ ਹੋ ਜਾਂਦੀ ਹੈ ਕਿ ਇੱਕ ਕਰਜ਼ੇ ਦੇ ਰੂਪ ਨੂੰ ਆਪਾਂ ਕ੍ਰੈਡਿਟ ਕਹਿ ਦਿੰਦੇ ਹਾਂ ਵੀ ਮੇਰੇ ਕੋਲ ਇੰਨਾ ਕ੍ਰੈਡਿਟ ਸੋ ਇੰਗਲਿਸ਼ ਦੇ ਵਿੱਚ ਡੈਫੀਨੇਸ਼ਨ ਹੈਗੀ ਹੈ ਅਬਿਲਿਟੀ ਆਫ ਦ ਕੰਜ਼ਿਊਮਰ ਟੂ ਅਕਵਾਇਰ ਗੁੱਡਸ ਔਰ ਸਰਵਿਸਿਜ਼ ਪ੍ਰਾਇਰ ਟੂ ਦ ਪੇਮੈਂਟ ਵਿਦ ਦ ਫੇਥ ਦੈਟ ਪੇਮੈਂਟ ਵਿਲ ਬੀ ਮੇਡ ਇਨ ਦ ਫਿਊਚਰ ਜੀ ਸੋ ਵੀ ਪੇਮੈਂਟ ਕਰਾਂਗੇ ਕਿ ਪੇਮੈਂਟ ਕਰਾਂਗੇ ਚੀਜ਼ ਦੇ ਤੋਂ ਸਾਨੂੰ ਸਮਾਨ ਦੇ ਦੋ ਕੋਈ ਗੱਲ ਨਹੀਂ ਜਿਵੇਂ ਆਪਾਂ ਆਧਾਰ ਲੈ ਲੈਂਦੇ ਸੀਗੇ ਇੰਡੀਆ ਦੇ ਵਿੱਚ ਆਧਾਰ ਵੀ ਆਪਾਂ ਨੇ ਤਾਂ ਖਾਸ ਕਰਕੇ ਚੱਲਦਾ ਹੁੰਦਾ ਸੀ ਸੌਦਾ ਪੱਤਾ ਆਪਣਾ ਥੋੜ੍ਹਾ ਜਿਹਾ ਪੇਮੈਂਟ ਪਿੱਛੇ ਚੱਲਦੀਆਂ ਹੁੰਦੀਆਂ ਸੀਗੀਆਂ ਤਾਂ ਉੱਥੇ ਆਪਣਾ ਜਿਹੜਾ ਮੇਨ ਖਾਸ ਕਰਕੇ ਜਿਹੜਾ ਕੋਈ ਬੰਦਾ ਫਸਲਾਂ ਫੁਸਲਾਂ ਬੀਜਦਾ ਸੀ ਤਾਂ ਉਹਨੂੰ ਕਹਿ ਦਿੰਦੇ ਸੀਗੇ ਕਿ ਬਈ ਤੁਹਾਨੂੰ 6 ਮਹੀਨੇ ਤੇ ਦੇਵਾਂਗੇ ਹਨਾ ਬਿਲਕੁਲ ਛਮਾਹੀ ਗੱਲ ਕਰ ਦਿੰਦੇ ਸੀ ਜੱਟ ਤੇ ਬਾਣੀ ਦੀ ਗੱਲ ਐਂ ਚੱਲਦੀ ਸੀ ਹਨਾ ਤੇ ਆਪਾਂ ਸੌਦਾ ਚੱਕੀ ਜਾਂਦੇ ਸੀ ਉਹ ਥੋੜ੍ਹਾ ਬਹੁਤ ਵਿਆਜ ਲਾ ਕੇ ਐਂਡ 6 ਮਹੀਨੇ ਬਾਅਦ ਸੈਟਲ ਹੁੰਦਾ ਸੀ ਉਹ ਵੀ ਇੱਕ ਤਰ੍ਹਾਂ ਦਾ ਕ੍ਰੈਡਿਟ ਹੀ ਹੁੰਦਾ ਸੀਗਾ ਤੋ ਉਹਨੂੰ ਛੋਟੇ ਲੈਵਲ ਤੋਂ ਚੀਜ਼ਾਂ ਸਟਾਰਟ ਹੋ ਕੇ ਹੁਣ ਇਹ ਬਹੁਤ ਵੱਡੇ ਲੈਵਲ 'ਤੇ ਲੀਗਲਾਈਜ਼ ਹੋ ਗਈਆਂ ਕੋਂਟਰੈਕਟ ਹੋਣ ਲੱਗ ਗਏ ਰਾਈਟ ਯੂਨੋ ਬੌਂਡਸ ਹੋਣ ਲੱਗ ਗਏ ਮੌਰਗੇਜਸ ਹੋਣ ਲੱਗ ਗਈਆਂ ਬਹੁਤ ਸਾਰੀਆਂ ਚੀਜ਼ਾਂ ਉੱਤੇ ਚਲਾ ਗਿਆ ਸੋ ਇਹਨਾਂ ਕੰਟਰੀਆਂ ਦੇ ਵਿੱਚ ਇੱਕ ਬੜਾ ਸਟ੍ਰੀਮਲਾਈਨ ਸੈਟਅਪ ਹੈਗਾ ਆ ਜਿਹੜਾ ਤੁਹਾਨੂੰ ਤੁਹਾਡੀ ਕ੍ਰੈਡੀਬਿਲਿਟੀ ਚੈੱਕ ਕਰਦੇ ਆ ਉਹਨਾਂ ਨੇ ਕ੍ਰੈਡਿਟ ਸਕੋਰ ਕਾਇੰਡ ਆਫ ਬਣਾਇਆ ਬੜਾ ਜਿਹਾ ਤੁਸੀਂ ਹਾਂਜੀ ਸੋ ਕ੍ਰੈਡਿਟ ਸਕੋਰ ਭਾਜੀ ਇੱਦਾਂ ਹੁੰਦਾ ਕਿ ਜਦੋਂ ਤੁਸੀਂ ਇਹਨਾਂ ਨਵੀਆਂ ਕੰਟਰੀਆਂ ਦੇ ਵਿੱਚ ਆਉਂਦੇ ਆ ਨਾ ਤਾਂ ਤੁਹਾਡਾ ਜਿਵੇਂ ਹੁਣ ਆਪਾਂ ਇੰਡੀਆ ਹੁੰਦੇ ਸੀਗੇ ਜੇ ਆਪਣਾ ਕੋਈ ਨਵਾਂ ਬੰਦਾ ਉੱਥੇ ਮੂਵ ਹੁੰਦਾ ਸੀ ਜਾਂ ਕੋਈ ਆਸੇ ਪਾਸੇ ਤੇ ਮੂਵ ਹੋ ਜਾਏ ਕਦੋਂ ਉਹਨੂੰ ਜਾਣਦਾ ਨਹੀਂ ਸੀ ਕੋਈ ਫਿਰ ਬੰਦਾ ਕੋਈ ਕਹਿ ਦਿੰਦਾ ਸੀ ਕਿ ਜੇ ਤੁਹਾਡੇ ਕੋਲ ਤੁਸੀਂ ਕਿਸੇ ਦੁਕਾਨ ਵਾਲੇ ਨੂੰ ਜਾਣਦੇ ਆ ਜਾਂ ਕੋਈ ਬੰਦਾ ਕਰਜ਼ਾ ਦਿੰਦਾ ਤਾਂ ਤੁਸੀਂ ਉਹ ਕਹਿੰਦੇ ਸੀ ਭਾਈ ਆਪਾਂ ਨੂੰ ਜਾਣਦਾ ਵਾ ਕਿ ਮੇਰਾ ਰੈਫਰੈਂਸ ਹੈਗਾ ਬੰਦਾ ਤੈਨੂੰ ਪੈਸੇ ਮੋੜ ਦੂਗਾ ਯਾਨੀ ਤੀਜੇ ਦੇ ਉੱਤੇ ਗਵਾਹੀ ਜਿਹਨੂੰ ਦਿੰਦੇ ਸੀ ਕਿ ਮੇਰੇ ਬਿਹਾਫ ਤੇ ਤੂੰ ਇਹਨੂੰ ਦੇ ਦੇ ਤੇ ਇਹ ਬੰਦਾ ਪੇਮੈਂਟ ਕਰ ਦੂਗਾ ਰਾਈਟ ਹੁਣ ਇੱਥੇ ਜਦੋਂ ਹਾਂਜੀ ਇੱਥੇ ਆਉਂਦੇ ਇੱਥੇ ਤਾਂ ਗਵਾਂਢੀ ਨੂੰ ਨਹੀਂ ਜਾਣਦਾ ਤੇ ਜਿਹੜੀ ਜ਼ਿੰਮੇਵਾਰੀ ਲੈਣੀ ਉਹ ਤਾਂ ਦੂਰ ਦੀ ਗੱਲ ਆ ਰਾਈਟ ਸੋ ਹੁਣ ਇੱਥੇ ਇਹਨਾਂ ਨੇ ਕੀ ਸਿਸਟਮ ਕੀਤਾ ਹੈਗਾ ਇੱਥੇ ਕਹਿੰਦੇ ਕਿ ਅਸੀਂ ਇੱਕ ਇੱਦਾਂ ਦਾ ਸਿਸਟਮ ਸੈਟਅਪ ਕਰ ਦਿੰਦੇ ਹਾਂ ਕਿ ਜਿਹੜਾ ਇੱਕ ਬੰਦੇ ਦੀ ਤੁਸੀਂ ਛੋਟੇ ਅਮਾਊਂਟ ਤੋਂ ਸ਼ੁਰੂ ਕਰੋ ਤੁਸੀਂ ਆਪਣੀ ਕ੍ਰੈਡਿਟ ਹਿਸਟਰੀ ਬਣਾਓ ਆਪਣਾ ਲੈਣ ਦੇਣ ਸਾਨੂੰ ਦਿਖਾਓ ਉਸ ਦੇ ਬੇਸ ਤੇ ਅਸੀਂ ਤੁਹਾਡੀ ਗਵਾਹੀ ਦੇਵਾਂਗੇ ਸੋ ਜਿਹੜਾ ਸਿਸਟਮ ਆ ਕ੍ਰੈਡਿਟ ਯੂਨੀਅਨ ਹੋ ਗਿਆ ਜਾਂ ਆਪਣਾ ਸੋਰੀ ਐਕੁਇਫੈਕਸ ਹੋ ਗਿਆ ਟਰਾਂਸ ਯੂਨੀਅਨ ਹੋ ਗਿਆ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਇੱਕ ਸਾਰਾ ਬੈਲੈਂਸ ਸ਼ੀਟ ਬਣਾ ਕੇ ਰੱਖਦੀਆਂ ਨੇ ਤੁਹਾਨੂੰ ਪਤਾ ਕਰਦੇ ਕਿ ਭਾਈ ਇਹਨੇ ਬੰਦੇ ਨੇ ਕਿਹੜੇ ਕਿਹੜੇ ਛੋਟੇ ਫਾਈਨੈਂਸਿਸ ਤੋਂ ਜਾਂ ਜਿਹੜੇ ਛੋਟੀਆਂ ਸੰਸਥਾਵਾਂ ਨੇ ਕਿੱਥੋਂ ਕਿੱਥੋਂ ਕਿਹੜੀਆਂ ਕਿਹੜੀਆਂ ਇਹਦੇ ਕੋਲ ਪ੍ਰੋਡਕਟ ਹੈਗੇ ਨੇ ਪਰ ਬੇਸਿਕਲੀ ਜਿਹੜਾ ਆਪਾਂ ਇੱਕ ਮੇਨ ਕਹਿ ਦਈਏ ਇੱਕ ਕ੍ਰੈਡਿਟ ਕਾਰਡ ਬੇਸਿਕਲੀ ਤੁਹਾਡਾ ਦੇਖਦੇ ਆ ਵੀ ਕ੍ਰੈਡੀਬਿਲਿਟੀ ਬੰਦੇ ਦੀ ਕਿੰਨੀ ਕੁ ਹੈਗੀ ਲੁਕਿੰਗ ਐਟ ਦ ਯੋਰ ਪ੍ਰੀਵੀਅਸ ਰੈਕਡ ਕੀ ਹੈਗਾ ਵੀ ਕਿੱਦਾਂ ਤੁਸੀਂ ਪੈਸਾ ਮੈਨੇਜ ਕਰਦੇ ਹੋ ਕਿੰਨਾ ਕੁ ਤੁਸੀਂ ਚੱਕਦੇ ਹੋ ਕਿਵੇਂ ਪੇ ਆਫ ਕਰਦੇ ਹੋ ਰਾਈਟ ਉਹਨੂੰ ਇੱਕ ਪ੍ਰੋਪਰ ਉਹਨੂੰ ਵਿਜੂਅਲਾਈਜ਼ ਕਰਕੇ ਉਹ ਕ੍ਰੈਡਿਟ ਸਕੋਰ ਤੁਹਾਨੂੰ ਐਕਚੁਅਲੀ ਮੋਟਾ ਮੋਟਾ ਉਹਦੀ ਪਿਕਚਰ ਦਿੰਦਾ ਹੈ ਹਾਂਜੀ ਕ੍ਰੈਡਿਟ ਸਕੋਰ ਇੱਕ ਨੰਬਰ ਹੁੰਦਾ ਵਾ ਇੱਕ ਬੀਕਨ ਸਕੋਰ ਜਿਹਨੂੰ ਕਹਿੰਦੇ ਆ ਕਿ ਜਿਹੜਾ ਕਿ ਇੱਕ 0 to 900 ਤੱਕ ਹੁੰਦਾ ਵਾ ਜੇ ਤੁਸੀਂ 600 ਤੱਕ ਹੈਗੇ ਤਾਂ ਬੈਡ ਜਿਹਾ ਹੀ ਹੁੰਦਾ ਉਹ ਉਸ ਤੋਂ ਬਾਅਦ ਥੋੜ੍ਹਾ ਜਿਹਾ ਫੇਰ ਆ ਜਾਂਦਾ ਆ ਫਿਰ ਗੁੱਡ ਆ ਜਾਂਦਾ ਫਿਰ ਵੈਰੀ ਗੁੱਡ ਐਕਸਲੈਂਟ ਆ ਜਾਂਦਾ ਜਿਹੜਾ ਕਿ ਅਬਵ 800 ਹੁੰਦਾ ਹੈ ਨਾ ਸੋ ਜਿੰਨਾ ਤੁਹਾਡਾ ਕ੍ਰੈਡਿਟ ਸਕੋਰ ਹਾਈ ਆ ਉਹਨਾਂ ਮਤਲਬ ਇਹ ਇੱਕ ਪੈਰਾਮੀਟਰ ਬਣ ਜਾਂਦਾ ਵੀ ਤੁਹਾਡਾ ਲੈਣ ਦੇਣ ਕਿੰਨਾ ਕੁ ਵਧੀਆ ਹੈਗਾ ਵਾ ਹਨਾ ਬੈਂਕਾਂ ਦੇ ਨਾਲ ਜਾਂ ਕਿਸੇ ਵੀ ਇੰਸਟੀਟਿਊਸ਼ਨ ਨਾਲ ਤੁਸੀਂ ਇਹ ਚੀਜ਼ਾਂ ਵਰਕਆਊਟ ਕਰਦੇ ਪਏ ਹੋ ਰਾਈਟ ਸੋ ਉਸ ਦੇ ਬੇਸ ਤੇ ਜਿਹੜਾ ਕ੍ਰੈਡਿਟ ਸਕੋਰ ਨਿਰਧਾਰਿਤ ਕੀਤਾ ਜਾਂਦਾ ਆ ਤੇ ਜਿਹੜਾ ਮੇਨ ਇਹਦੇ ਵਿੱਚ ਹੈਗੇ ਨੇ ਖਾਸ ਕਰਕੇ ਜਦੋਂ ਤੁਸੀਂ ਇਹ ਕ੍ਰੈਡਿਟ ਬਣਾਉਣਾ ਹੁੰਦਾ ਤਾਂ ਮੇਨ ਜਿਹੜੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਉਹ ਹੈਗਾ ਕਿ ਤੁਸੀਂ ਛੋਟੇ ਕਿਸੇ ਵੀ ਬੈਂਕ ਨਾਲ ਜਿੱਥੇ ਵੀ ਤੁਹਾਡਾ ਲੈਣ ਦੇਣ ਹੈਗਾ ਵਾ ਤੁਹਾਨੂੰ ਉਹ ਕੋਈ ਨਾ ਕੋਈ ਜਿਹੜੀ ਚੀਜ਼ ਹੈਗੀ ਆ ਉਹ ਜਿਵੇਂ ਕ੍ਰੈਡਿਟ ਕਾਰਡ ਹੋ ਗਿਆ ਫੋਰ ਐਗਜ਼ਾਮਪਲ ਕ੍ਰੈਡਿਟ ਕਾਰਡ ਤੋਂ ਸ਼ੁਰੂ ਕਰਦੇ ਆ ਕਿ ਕੋਈ ਤੁਹਾਨੂੰ $500 ਦਾ ਕ੍ਰੈਡਿਟ ਕਾਰਡ ਦਿੱਤਾ ਕਿ ਬਈ ਤੁਸੀਂ ਇਹ $500 ਆ ਇਹਦੇ 'ਤੇ ਤੁਸੀਂ ਵਰਕਆਊਟ ਕਰੋ ਇੱਥੋਂ ਸ਼ੁਰੂ ਕਰੋ ਫਿਰ ਤੁਹਾਡੀ ਲਿਮਿਟ ਵਧੂਗੀ ਫਿਰ ਇਹ ਹੋਈ ਹੈ ਨਾ ਕਿ ਜਿਵੇਂ ਜਿਵੇਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਪਰਫਾਰਮ ਕਰੋਗੇ ਕਿ ਤੁਸੀਂ ਕੁਛ ਲਵੋਗੇ ਫਿਰ ਇਹਨੂੰ ਪੇ ਆਫ ਕਰੋਗੇ ਜਿਵੇਂ ਜਿਵੇਂ ਹਿਸਟਰੀ ਤੁਹਾਡੀ ਬਣਦੀ ਜਾਏਗੀ ਇਸ ਕੰਟਰੀ ਦੇ ਵਿੱਚ ਉਵੇਂ ਉਵੇਂ ਅਸੀਂ ਤੁਹਾਡੀ ਜਿਹੜੀ ਕ੍ਰੈਡਿਟ ਦੀ ਲਿਮਿਟ ਵਧਾਉਂਦੇ ਜਾਵਾਂਗੇ ਇਹਦੇ 'ਚ ਕਿਹੜੇ ਕਿਹੜੇ ਫੈਕਟਰ ਆ ਪਹਿਲਾਂ ਪੇਮੈਂਟ ਹਿਸਟਰੀ ਹੋ ਗਈ ਰਾਈਟ ਜੀ ਸੋ ਪੇਮੈਂਟ ਹਿਸਟਰੀ ਕਿੰਨਾ ਕੁ ਫੈਕਟਰ ਹੁੰਦਾ ਵੇਟ ਇਜ਼ ਸੋ ਯੂਜ਼ਲੀ ਇਹ 'ਚ ਵਿੱਚ ਭਾਜੀ ਦੇਖੋ ਜੇ ਤੁਸੀਂ ਕ੍ਰੈਡਿਟ ਕਾਰਡ ਲੈ ਲੈਣੇ ਆ ਮੀਨਸ ਤੁਹਾਡੇ ਕੋਲ $500 ਦਾ ਡੈਟ ਆ ਗਿਆ ਉਹ 'ਚ ਤੁਸੀਂ ਕਿੰਨਾ ਯੂਜ਼ ਕਰਨਾ ਵਾ ਕਿੰਨਾ ਤੁਸੀਂ ਕਿੰਨੇ ਟਾਈਮ ਤੇ ਪੇ ਕਰਨਾ ਸੋ ਬੇਸਿਕਲੀ ਕੀ ਹੁੰਦਾ ਜੇ ਤੁਸੀਂ ਕੋਈ ਵੀ $500 ਤੁਹਾਡਾ ਕ੍ਰੈਡਿਟ ਕਾਰਡ ਆ $100 ਤੁਸੀਂ ਯੂਜ਼ ਕੀਤਾ ਉਹਦੇ ਚੋਂ ਤਾਂ ਯੂਜ਼ਲੀ ਕੀ ਹੁੰਦਾ ਕਿ 20 ਦਿਨ ਬਾਅਦ ਉਹਦੀ ਨਾ ਇੱਕ ਸਟੇਟਮੈਂਟ ਜਾਰੀ ਹੁੰਦੀ ਆ ਰਾਈਟ ਜੋ ਜਾਰੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ ਟਾਈਮ ਦਿੱਤਾ ਜਾਂਦਾ ਹੈ ਮਹੀਨੇ ਦੇ ਵਿੱਚ ਹੈ ਨਾ ਕਿ ਮਹੀਨੇ ਅਗਲੇ 20 ਦਿਨਾਂ ਦੇ ਵਿੱਚ ਸਾਈਕਲ ਹੁੰਦਾ ਤਾਂ ਤੁਸੀਂ ਉਹਦੇ ਵਿੱਚ ਪੇ ਕਰਨਾ ਹੁੰਦਾ ਵਾ ਰਾਈਟ ਜਦੋਂ ਤੁਸੀਂ ਉਸ ਪੇਮੈਂਟ ਨੂੰ ਉਸ ਡੈਡਲਾਈਨ ਤੋਂ ਪਹਿਲਾਂ ਕਰਦੇ ਆ ਮੀਨਸ ਕਿ ਉਹ ਇੱਕ ਰਜਿਸਟਰ ਹੋ ਜਾਂਦਾ ਵਾ ਐਕੁਇਫੈਕਸ ਹੋ ਗਿਆ ਜਾਂ ਕੋਈ ਵੀ ਹੋਰ ਬੈਂਕ ਹੋ ਗਈ ਵੀ ਇਹਨੇ ਲਿਆ ਸੀ ਇੰਨੇ ਪੈਸੇ ਯੂਜ਼ ਕੀਤੇ ਸੀ ਸਾਡੇ ਇਹਨੇ ਸਾਨੂੰ ਟਾਈਮ ਨਾਲ ਮੋੜ ਦੇ ਫਿਰ ਉਸੇ ਹਿਸਾਬ ਦੇ ਨਾਲ ਜਿਹੜੀ ਕ੍ਰੈਡਿਟ ਹਿਸਟਰੀ ਬਣਨੀ ਸ਼ੁਰੂ ਹੁੰਦੀ ਹੈ ਜਦੋਂ ਵੀ ਕੋਈ ਬੰਦਾ ਇਸ ਕੰਟ
ਤੇ ਜੇ ਤੁਸੀਂ ਇਹਨੂੰ ਗਲਤ ਤਰੀਕੇ ਨਾਲ ਯੂਜ਼ ਕਰੋ ਤੇ ਫਿਰ ਇੱਕ ਸ਼ਰਾਬ ਦੀ ਤਰ੍ਹਾਂ ਵੀ ਜਿਹੜਾ ਵਰਕ ਕਰਦਾ ਬੇਸਿਕਲੀ ਤੁਹਾਨੂੰ ਅਸੈਸ ਕਰਦੇ ਨੇ ਵੀ ਤੁਹਾਡੀ ਹੈਬਿਟ ਕੀ ਆ ਰਾਈਟ ਮਤਲਬ ਰਾਈਟ ਉਹਦੇ ਨਾਲ ਇਹ ਜਿਹੜੀ ਚੀਜ਼ ਹੁੰਦੀ ਨਾ ਭਾਜੀ ਇਹ ਦੱਸਦੇ ਨਹੀਂ ਹੈਗੇ ਕਿ ਇਹਦੇ ਜੇ ਤੁਸੀਂ ਟਾਈਮ ਤੇ ਨਾ ਪੇ ਕੀਤੇ ਬਸ ਇੰਨੇ ਕੁ ਦੱਸਦੇ ਕ੍ਰੈਡਿਟ ਪਰ ਉਹਦੇ ਨਾਲ ਇਹ ਜਾਣੀ ਹੁਣ ਆਪਾਂ ਤੁਹਾਨੂੰ ਦੱਸ ਰਹੇ ਹਾਂ ਅੰਡਰਸਟੈਂਡ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿ ਜੇ ਇੱਕ ਵਾਰੀ ਕ੍ਰੈਡਿਟ ਖਰਾਬ ਹੋ ਜਾਏ ਤਾਂ ਫਿਰ ਉਹ ਕਾਫੀ ਤੁਹਾਨੂੰ ਲੱਗ ਜਾਂਦਾ ਸਹੀ ਕਰਨ ਦੇ ਲਈ ਰਾਈਟ ਕਿ ਅੱਗੇ ਤੁਹਾਨੂੰ ਕੋਈ ਜਿਹੜੀ ਬੈਂਕ ਆ ਉਹ ਕੋਈ ਲੋਨ ਜਾਂ ਕੋਈ ਕਰਜ਼ਾ ਨਹੀਂ ਦਿੰਦੀ ਹੈਗੀ ਰਾਈਟ ਸੋ ਇੱਕ ਜਦੋਂ ਤੁਸੀਂ ਇਹ ਪੇਮੈਂਟ ਆ ਲੈ ਲਿਆ ਵਰਤ ਲਿਆ ਅਗਲੇ ਇੱਕ ਮਹੀਨੇ ਤੋਂ ਸ਼ੁਰੂ ਕੀਤਾ ਫਿਰ ਦੂਜਾ ਮਹੀਨਾ ਫਿਰ ਤੀਜਾ ਮਹੀਨਾ ਜਿਵੇਂ ਜਿਵੇਂ ਤੁਸੀਂ ਇਹ ਟਾਈਮ ਟੂ ਟਾਈਮ ਲੰਘਦਾ ਜਾਂਦਾ ਉਵੇਂ ਉਵੇਂ ਤੁਹਾਡੀ ਇੱਕ ਕ੍ਰੈਡਿਟ ਹਿਸਟਰੀ ਬਣਦੀ ਰਹਿੰਦੀ ਹੈ ਸੋ ਇੱਕ ਤਾਂ ਕ੍ਰੈਡਿਟ ਹਿਸਟਰੀ ਹੋ ਗਈ ਜਿਹੜਾ ਮੇਨ ਕੈਲਕੂਲੇਟਡ ਫੈਕਟਰ ਹੈਗਾ ਇਹਦੇ ਚ ਕ੍ਰੈਡਿਟ ਸਕੋਰ ਰਾਈਟ ਹਾਂਜੀ ਸੋ ਦੂਜਾ ਵੀ ਅਮਾਊਂਟ ਵੀ ਆ ਕਿੰਨੀ ਕੁ ਅਮਾਊਂਟ ਉਹਦੇ 'ਚ ਯੂਜ਼ ਕਰਦੇ ਹੋ ਤੁਸੀਂ ਲੈਸੇ ਤੁਹਾਡੇ ਕੋਲ 1000 ਦਾ ਲੈਸੇ ਬੇਸਿਕਲੀ 1000 ਦੇ ਵਿੱਚ ਆਪਾਂ ਮੰਨ ਲਈ 50-60% ਜੇ ਬੰਦਾ ਯੂਜ਼ ਕਰਦਾ ਉਹਨੂੰ ਆਈ ਥਿੰਕ ਠੀਕ ਮੰਨਿਆ ਜਾਂਦਾ ਹਾਂਜੀ ਨਹੀਂ ਅਸਲ ਦੇ ਵਿੱਚ ਜਿਹੜੇ ਨੰਬਰ ਹੈਗੇ ਉਹ ਇਦੋਂ ਵੀ ਘੱਟ ਹੈਗੇ ਨੇ ਸੋ ਜਦੋਂ ਤੁਸੀਂ ਕੋਈ ਵੀ ਕ੍ਰੈਡਿਟ ਕਾਰਡ ਮੰਨ ਲਓ ਤੁਸੀਂ ਯੂਜ਼ ਕੀਤਾ ਤਾਂ ਉਹ ਤੁਹਾਡਾ ਇੱਕ ਕ੍ਰੈਡਿਟ ਸਕੋਰ ਡਿਫਾਈਨ ਹੋਣਾ ਸ਼ੁਰੂ ਹੋ ਜਾਂਦਾ ਮੈਂ ਪਹਿਲਾਂ ਕ੍ਰੈਡਿਟ ਸਕੋਰ ਕੀਤਾ ਤਾਂ ਉਹ 0 to 900 ਤੱਕ ਹੁੰਦਾ ਆ ਜੀ ਰਾਈਟ ਤੇ ਹੁਣ ਇਹ ਜਿਹੜਾ ਡਿਸਾਈਡ ਕੀਤਾ ਕਿੱਦਾਂ ਕੀਤਾ ਜਾਂਦਾ ਜਿਹੜਾ 0 to 900 ਆ ਇਹਦੇ ਵੀ ਅੱਗੇ ਫੈਕਟਰ ਹੈਗੇ ਨੇ 4-5 ਜਿਹੜੀਆਂ ਚੀਜ਼ਾਂ ਦੇਖਦੇ ਨੇ ਖਾਸ ਕਰਕੇ ਜਿਹੜੀ ਇੱਕ ਪਹਿਲੀ ਚੀਜ਼ ਹੈਗੀ ਪੇਮੈਂਟ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਆ ਜਾਂਦਾ ਕਿ ਕਿੰਨਾ ਤੁਸੀਂ ਯੂਜ਼ ਕਰਦੇ ਹੋ ਰਾਈਟ ਜਿਹੜਾ ਕੁਛ ਵੀ ਹਿਸਾਬ ਆ ਜਿਹੜਾ ਪੇਮੈਂਟ ਆ ਅਬਾਊਟ 30 to 35 ਜਿਹੜਾ ਡਿਪੈਂਡ ਕਰਦਾ ਕੁਝ ਜਿਹੜਾ ਕ੍ਰੈਡਿਟ ਹੈਗਾ ਨਾ ਇਹ 4-5 ਚੀਜ਼ਾਂ ਬਣਾ ਕੇ ਫਿਰ ਇੱਕ ਇਕੱਠਾ ਇੱਕ ਨੰਬਰ ਨਿਚੋੜ ਕਰਕੇ ਫਿਰ ਤੁਹਾਨੂੰ ਕ੍ਰੈਡਿਟ ਸਕੋਰ ਦੱਸਦੇ ਆ ਕਿ ਬਈ ਸੋ ਇਹਦੇ ਵਿੱਚ ਵੇਟੇਜ ਜਿਹੜੀ ਸਭ ਤੋਂ ਜ਼ਿਆਦਾ ਹਾਈ ਹੈਗੀ ਤੁਹਾਡੀ ਪੇਮੈਂਟ ਹਿਸਟਰੀ ਦੀ ਪੇਮੈਂਟ ਹਿਸਟਰੀ ਰਾਈਟ ਉਸ ਤੋਂ ਬਾਅਦ ਤੁਸੀਂ ਕਿੰਨਾ ਯੂਜ਼ ਕਰਦੇ ਕਿੰਨਾ ਯੂਜ਼ ਕਰਦੇ ਸੋ ਜਿਹੜਾ ਰਾਈਟ ਅਮਾਊਂਟ ਹੈਗਾ ਜੀ ਜਿਹੜਾ ਸਹੀ ਅਮਾਊਂਟ ਹੈਗਾ ਜਿਹਦੇ ਨਾਲ ਤੁਹਾਡਾ ਕ੍ਰੈਡਿਟ ਸਕੋਰ ਕਾਫੀ ਹਾਈ ਜਾ ਸਕਦਾ ਉਹ ਹੈਗਾ 30% ਰਾਈਟ 30% ਮੰਨ ਲਓ ਕਿ ਜੇ ਤੁਹਾਡੇ ਕੋਲ $100 ਦਾ ਕ੍ਰੈਡਿਟ ਕਾਰਡ ਆ ਤਾਂ ਤੁਸੀਂ $30 ਉਤੋਂ ਯੂਜ਼ ਕੀਤੇ ਤੇ $30 ਜਦੋਂ ਉਹਦੀ ਸਟੇਟਮੈਂਟ ਇਨੀਸ਼ੀਏਟ ਹੁੰਦੀ ਆ ਤਾਂ ਤੁਸੀਂ ਉਹਨੂੰ $30 ਨੂੰ ਪੇ ਕਰਤਾ ਫੁੱਲੀ ਅਮਾਊਂਟ ਦੇ ਵਿੱਚ ਰਾਈਟ ਪਰ ਕ੍ਰੈਡਿਟ ਕਾਰਡ ਦੇ ਵਿੱਚ ਇੱਕ ਆਪਸ਼ਨ ਹੁੰਦਾ ਵਾ ਜਿਹੜਾ ਕਿ ਇੱਕ ਮਿਨੀਮਮ ਪੇਮੈਂਟ ਹੁੰਦਾ ਤੁਸੀਂ ਉਹ ਵੀ ਕਰ ਸਕਦੇ ਆ ਜੇ ਤੁਸੀਂ 100 ਚੋਂ $30 ਲਏ ਆ ਤੇ $30 ਤੁਹਾਡੇ ਕੋਲ ਅਗਲੇ ਮਹੀਨੇ ਦੇ ਐਂਡ ਤੇ ਜਦੋਂ ਦੀ ਡਿਊ ਡੇਟ ਹੈਗੀ ਉਦੋਂ ਨਹੀਂ ਹੈਗੀ ਉਦੋਂ ਤੱਕ ਰਾਈਟ ਤਾਂ ਤੁਸੀਂ ਉਹਦੇ ਇੱਕ ਮਿਨੀਮਮ ਹੋਊਗਾ ਜਿਵੇਂ $2 ਜਾਂ $3 ਕਿ ਵੀ ਜੇ ਤੁਸੀਂ $30 ਨਹੀਂ ਪੇ ਕਰਨੇ ਤਾਂ ਤੁਸੀਂ ਸਾਨੂੰ ਮਿਨੀਮਮ ਪੇਮੈਂਟ ਜਾਂ $3 ਆ ਉਹ ਤੁਹਾਨੂੰ ਪੇ ਕਰ ਦਿਓ ਪਰ ਜਿਹੜੇ $27 ਰਹਿ ਗਏ ਉਹਦੇ ਤੇ ਅਸੀਂ ਤੁਹਾਨੂੰ ਜਿਹੜਾ 19% ਇੰਟਰਸਟ ਚਾਰਜ ਕਰਾਂਗੇ ਸੋ ਇਹਨਾਂ ਦਾ ਜਿਹੜੇ ਕ੍ਰੈਡਿਟ ਕਾਰਡ ਹੁੰਦੇ ਨੇ ਇਹਨਾਂ ਦਾ ਇੰਟਰਸਟ ਜਿਹੜਾ ਉਹ ਕਾਫੀ ਹਾਈ ਹੁੰਦਾ ਹੈ ਸੋ ਅਬਾਊਟ 20% ਜਿਹੜਾ ਕ੍ਰੈਡਿਟ ਕਾਰਡ ਲਾਉਂਦੇ ਨੇ ਖਾਸ ਕਰਕੇ ਜਦੋਂ ਤੁਸੀਂ ਮਿਨੀਮਮ ਪੇ ਕਰਦੇ ਹੋ ਮਿਨੀਮਮ ਪੇਮੈਂਟ ਕਰਦੇ ਆ ਜਿਹੜਾ ਉਹਦੇ ਤੇ ਬੈਲੈਂਸ ਰਹਿ ਜਾਂਦਾ ਉਹਦੇ ਤੇ ਜਿਹੜਾ ਇੰਨਾ ਲਾ ਦਿੰਦੇ ਨੇ ਰਾਈਟ ਨੇ ਇੰਟਰਸਟ ਲਾ ਦਿੰਦੇ ਮੈਨੂੰ ਲੱਗਦਾ ਬਹੁਤ ਲੋਕਾਂ ਨੂੰ ਪਤਾ ਹੀ ਹੈ ਬੇਸਿਕਲੀ ਚੱਲ ਆਪਾਂ ਥੋੜ੍ਹਾ ਡਿਟੇਲ 'ਚ ਜਾ ਰਹੇ ਹਾਂ ਬਟ ਫਿਰ ਵੀ ਆਪਾਂ ਕਈ ਵਾਰੀ ਜੇ ਲੈਸ ਕੋਈ ਸਟੂਡੈਂਟ ਦੇਖ ਰਿਹਾ ਜਾਂ ਨਵਾਂ ਬਿਲਕੁਲ ਸੋ ਉਹ ਹੁੰਦਾ ਹੈਗਾ 21 ਦਿਨ ਦਾ ਕਹਿੰਦੇ ਗ੍ਰੇਸ ਪੀਰੀਅਡ ਹੁੰਦਾ ਤਾਂ ਬਿਲਕੁਲ ਜੀ ਸੋ ਇਹਦੇ ਵਿੱਚ ਜਿਹੜੇ ਫੈਕਟਰ ਨੇ ਪਹਿਲੀ ਗੱਲ ਪੇਮੈਂਟ ਹਿਸਟਰੀ 35% ਵੇਟੇਜ ਉਹਦੀ ਆ ਨਾ ਉਹਨੂੰ ਦੇਖਿਆ ਜਾਂਦਾ ਕੈਲਕੂਲੇਸ਼ਨ ਦੇ ਵਿੱਚ ਵੀ ਕਿੱਦਾਂ ਦੀ ਹੈਗੀ ਦੂਜੀ ਤੁਹਾਡੀ ਜਿਹੜਾ ਅਮਾਊਂਟ ਕਿੰਨਾ ਉਹਦਾ 30% ਫੈਕਟਰ ਹੈਗਾ ਤੀਜਾ ਲੈਂਥ ਆਫ ਜਿਹੜੇ ਕ੍ਰੈਡਿਟ ਹਿਸਟਰੀ ਮਤਲਬ ਉਹ ਇੰਪੋਰਟੈਂਟ ਹੈਗੀ ਆ ਵੀ ਕਿਸੇ ਦਾ ਲੈਸੇ 2 ਸਾਲ ਦੀ ਹਿਸਟਰੀ ਹੈ ਕਿਸੇ 2 ਮਹੀਨੇ ਦੀ ਹਿਸਟਰੀ ਹੈ ਰਾਈਟ ਉਹਦਾ ਇੰਪੈਕਟ ਪੈਂਦਾ ਆ ਵੀ ਕਿੰਨਾ ਚਿਰ ਦੀ ਹਿਸਟਰੀ ਉਹਨਾਂ ਕੋਲ ਹੈਗੀ ਆ ਤੁਹਾਡੇ ਕ੍ਰੈਡਿਟ ਸਕੋਰ ਦੀ ਕੈਲਕੂਲੇਸ਼ਨ ਦੇ ਉੱਪਰ ਜੀ ਸੋ ਇਹ ਆ ਵੀ ਲੈਸੇ 2 ਸਾਲ ਦੇ ਟਾਈਮ ਦੇ ਵਿੱਚ ਕਿਸੇ ਦਾ 2 ਮਹੀਨੇ ਦਾ ਕ੍ਰੈਡਿਟ ਬੈਡ ਹੋ ਸਕਦਾ ਬਟ ਦੇ ਟੇਕ ਟੋਟੈਲਿਟੀ ਇਨਟੂ ਦਾ ਅਕਾਊਂਟ ਰਾਈਟ ਜੀ ਸੋ ਇਹ ਚੀਜ਼ ਵੀ ਇਫੈਕਟ ਕਰਦੀ ਤੁਹਾਡੀ ਜਿਹੜੀ ਓਵਰਆਲ ਕੈਲਕੂਲੇਸ਼ਨ ਦੇ ਵਿੱਚ ਤੇ ਦੂਜੀ ਟਾਈਪਸ ਆਫ ਕ੍ਰੈਡਿਟ ਵੀ ਕਰਦੀ ਰਹੀ ਹਾਂਜੀ ਸੋ ਉਸ ਤੋਂ ਬਾਅਦ ਟਾਈਪ ਆਫ ਕ੍ਰੈਡਿਟ ਆ ਜਾਂਦਾ ਕਿ ਕਿੰਨਾ ਨਵਾਂ ਕ੍ਰੈਡਿਟ ਆ ਕਿੰਨਾ ਪੁਰਾਣਾ ਕ੍ਰੈਡਿਟ ਆ ਸੋ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਵੀ ਇੱਕ ਡਿਸਕ੍ਰਾਈਬ ਕਰਦੀਆਂ ਵੀ ਤੁਹਾਡੇ ਇੱਕ ਪਹਿਲਾਂ ਜਿਹੜਾ ਕਰਜ਼ਾ ਉਹ ਕਿਸ ਟਾਈਪ ਦਾ ਕਰਜ਼ਾ ਆ ਤੁਸੀਂ ਮੋਰਗੇਜ ਲਈ ਸੀ ਜਾਂ ਤੁਸੀਂ ਕੋਈ ਲੋਨ ਲਿਆ ਸੀ ਕੋਈ ਯੂਨੋ ਜਿਹੜਾ ਅਨਸਿਕਿਉਰਡ ਲੋਨ ਲਿਆ ਸੀ ਜਾਂ ਤੁਸੀਂ ਕ੍ਰੈਡਿਟ ਕਾਰਡ ਲਿਆ ਵਾ ਜਾਂ ਤੁਸੀਂ ਲਾਈਨ ਆਫ ਕ੍ਰੈਡਿਟ ਲਈ ਆ ਸੋ ਉਹਨਾਂ ਦੀ ਵੀ ਅਲੱਗ ਅਲੱਗ ਟਾਈਪਸ ਆਫ ਮਤਲਬ ਕਾਹਦੇ ਵਾਸਤੇ ਤੁਸੀਂ ਯੂਜ਼ ਕਰ ਰਹੇ ਹੋ ਰਾਈਟ ਤੁਸੀਂ ਸਪੈਂਡਿੰਗ ਵਾਸਤੇ ਯੂਜ਼ ਕਰ ਰਹੇ ਹੋ ਕ੍ਰੈਡਿਟ ਕਾਰਡ ਤੋਂ ਜਾਂ ਫਿਰ ਤੁਸੀਂ ਇਨਵੈਸਟਮੈਂਟ ਵਾਸਤੇ ਕੋਈ ਮੋਰਗੇਜ ਲੈ ਕੇ ਕੁਛ ਕਰ ਰਹੇ ਹੋ ਰਾਈਟ ਉਹਨੂੰ ਵੀ ਉਸ ਤਰ੍ਹਾਂ ਫਿਰ ਉਹਦਾ ਵੀ ਵੇਟੇਜ ਥੋੜ੍ਹੀ ਜਿਹੀ ਹੁੰਦੀ ਹੈ ਕੈਲਕੂਲੇਸ਼ਨ ਦੇ ਵਿੱਚ ਹਾਂਜੀ ਰਾਜ ਭਾਈ ਹੁਣੀ ਇੱਕ ਚੀਜ਼ ਹੋਰ ਐਡ ਕਰ ਰਹੇ ਨੇ ਕਹਿੰਦੇ ਕਿ ਜੇ ਇੱਕ ਪੇਮੈਂਟ ਮਿਸ ਹੋ ਜਾਏ ਨਾ ਤੁਹਾਡੀ ਕ੍ਰੈਡਿਟ ਕਾਰਡ ਦੀ ਜਾਂ ਕੋਈ ਪੇਮੈਂਟ ਜਿਹੜਾ ਤੁਸੀਂ ਉਹ ਮਿਸ ਕਰ ਦਿਓ ਤਾਂ ਉਹ 6 ਸਾਲ ਤੁਹਾਡੇ ਕ੍ਰੈਡਿਟ ਤੇ ਰਹਿੰਦੀ ਆ ਰਾਈਟ ਸੋ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਕਰੋ ਖਾਸ ਕਰਕੇ ਹੁਣ ਇੱਕ ਤਾਂ ਜੇ ਆਪਾਂ ਤੁਹਾਨੂੰ ਗੱਲਬਾਤ ਦੱਸ ਰਹੇ ਹਾਂ ਕਿ ਕ੍ਰੈਡਿਟ ਕੀ ਹੁੰਦਾ ਇਸ ਤੋਂ ਬਾਅਦ ਕਿ ਕ੍ਰੈਡਿਟ ਨੂੰ ਤੁਸੀਂ ਕਿੱਦਾਂ ਯੂਜ਼ ਕਰ ਸਕਦੇ ਹੋ ਕਿੱਦਾਂ ਲੈਵਰੇਜ ਕਰ ਸਕਦੇ ਹੋ ਅਤੇ ਕਿੱਦਾਂ ਤੁਸੀਂ ਇਹਨਾਂ ਜਾਣੇ ਜਾਂ ਨਾ ਅਣਜਾਣੇ ਦੇ ਵਿੱਚ ਤੁਸੀਂ ਕੋਈ ਚੀਜ਼ ਇੱਦਾਂ ਦੀ ਕਰਦੇ ਹੋ ਕਿ ਤੁਹਾਡਾ ਕ੍ਰੈਡਿਟ ਸਕਰੂ ਅਪ ਹੋ ਜਾਂਦਾ ਅਤੇ ਕੀ ਇੰਪੈਕਟ ਤੁਹਾਡੀ ਲਾਈਫ ਦੇ ਉੱਤੇ ਅੱਗੇ ਜਾ ਕੇ ਪੈ ਸਕਦੇ ਨੇ ਖਾਸ ਕਰਕੇ ਜੇ ਤੁਸੀਂ ਕੋਈ ਚੀਜ਼ ਬਾਏ ਕਰਨ ਬਾਰੇ ਸੋਚ ਰਹੇ ਹੋ ਜਿੱਥੇ ਤੁਹਾਨੂੰ ਇੱਕ
ਇਹ ਚੀਜ਼ਾਂ ਐਂ ਨਹੀਂ ਹੈਗਾ ਕਿ ਆਪਾਂ ਨੂੰ ਕੱਲ੍ਹ ਨੂੰ ਕੁਛ ਲੋਨ ਚਾਹੀਦਾ ਅਤੇ ਆਪਾਂ ਕਹਾਂਗੇ ਜੀ ਮੇਰਾ ਤਾਂ ਕ੍ਰੈਡਿਟ ਖਰਾਬ ਆ, ਮੇਰਾ ਤਾਂ ਕ੍ਰੈਡਿਟ ਸਕੋਰ ਥੱਲੇ ਆ ਅਤੇ ਮੈਂ ਹੁਣ ਕੱਲ੍ਹ ਤੱਕ ਕਿਵੇਂ ਫਿਕਸ ਕਰਾਂ, ਇਹ ਓਵਰ ਦਾ ਨਾਈਟ ਕੁਛ ਨਹੀਂ ਹੁੰਦਾ ਹੈਗਾ। ਸੋ ਇਸੇ ਕਰਕੇ ਵਾਰ ਵਾਰ ਕਹਿੰਦੇ ਹਾਂ ਕਿ ਤੁਹਾਨੂੰ ਜਾਣਕਾਰੀ ਦਿੰਦੇ ਰਹਿੰਦੇ ਹਾਂ ਕਿ ਭਾਈ ਜੇ ਕੋਈ ਬੰਦਾ ਇਸ ਕੰਟਰੀ ਦੇ ਵਿੱਚ ਨਵਾਂ ਆਇਆ ਵਾ ਉਹਨੂੰ ਇਹ ਜਿਹੜੀ ਸਾਡੀ ਰਿਕਾਰਡਡ ਵੀਡੀਓ ਉਹ ਤੁਸੀਂ ਸ਼ੇਅਰ ਕਰ ਦਿਓ ਜਾਂ ਉਹਨਾਂ ਨੂੰ ਮਾੜਾ ਮੋਟਾ ਅੱਗੇ ਨਾ ਕਿਸੇ ਨੂੰ ਦੱਸਦੇ ਰਹੋ, ਤਾਂ ਕਿ ਕਈ ਵਾਰ ਇੱਦਾਂ ਹੁੰਦਾ ਕਿ ਬੰਦਾ ਜਿਹੜੇ ਸਟ੍ਰੈਸਫੁਲ ਪੀਰੀਅਡ ਤੋਂ ਵਿੱਚੋਂ ਪਹਿਲਾਂ ਹੀ ਜਾਣ ਤੋਂ ਬਚ ਜਾਂਦਾ। ਰਾਈਟ ਜੀ, ਲੋਕਾਂ ਨੂੰ ਸਿਰਫ ਤੇ ਸਿਰਫ ਡਿਸਿਪਲਿਨ ਨਹੀਂ ਹੁੰਦਾ ਜਾਂ ਮੈਨੇਜਬਿਲਟੀ ਨਹੀਂ ਹੁੰਦੀ, ਉਹਦੇ ਕਰਕੇ ਆਪਣੇ ਕ੍ਰੈਡਿਟ ਸਕੋਰ ਕਈ ਵਾਰ ਖਰਾਬ ਕਰ ਲੈਂਦੇ ਨੇ। ਹਾਂਜੀ, ਕਈ ਵਾਰ ਪਤਾ ਹੀ ਨਹੀਂ ਹੁੰਦਾ ਕਿ ਕ੍ਰੈਡਿਟ ਕਾਰਡ ਜਦੋਂ ਦੇ ਦਿੰਦੇ ਆ ਚਿੱਠੀ ਵੀ ਨਾਲ ਦਿੱਤੀ ਹੁੰਦੀ, ਕਿਹੜਾ ਬੰਦਾ ਪੜ੍ਹਦਾ ਵਾ ਕਿ ਤੁਹਾਨੂੰ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ, ਕੀ ਕੰਡੀਸ਼ਨ ਕੀ ਨਹੀਂ ਹੈਗੀਆਂ। ਰਾਈਟ, ਸੋ ਇੱਕ ਵਾਰੀ ਜਿੱਥੇ ਆਪਾਂ ਨਵੇਂ ਆਏ ਹੁੰਦੇ ਉੱਥੇ ਕਿਹੜਾ ਜਵਾਕਾਂ ਕੋਲ ਕ੍ਰੈਡਿਟ ਕਾਰਡ ਹੁੰਦੇ ਨੇ ਆਪਣੇ ਇੰਡੀਆ ਤੁਸੀਂ ਵਰਤੇ ਹੁੰਦੇ, ਉੱਥੇ ਤਾਂ ਕਈ ਵਾਰ ਬੈਂਕਿੰਗ ਦਾ ਵੀ ਨਹੀਂ ਪਤਾ ਹੁੰਦਾ ਉਸ ਹਿਸਾਬ ਦੇ ਨਾਲ। ਰਾਈਟ, ਤੇ ਜਦੋਂ ਜਿਹੜਾ ਬੰਦਾ ਕੋਈ ਮੈਚਿਓਰ ਲਾਈਫ ਦੇ ਵਿੱਚ ਆਇਆ ਉਹਨੂੰ ਤਾਂ ਚਲੋ ਬਹੁਤ ਕਾਫੀ ਜ਼ਿਆਦਾ ਚੀਜ਼ਾਂ ਦੀ ਅੰਡਰਸਟੈਂਡਿੰਗ ਹੁੰਦੀ ਹੈ, ਪਰ ਕਈ ਵਾਰ ਐਂ ਹੁੰਦਾ ਕਿ ਖਾਸ ਕਰ ਜਿਹੜੇ ਯੰਗ ਬਲੱਡ ਇੱਥੇ ਆਉਂਦੇ ਨੇ ਹਨਾ ਭਾਈ ਭੈਣ ਆਪਣੇ, ਫਿਰ ਉਹੀ ਫਸ ਜਾਂਦੇ ਨੇ, ਖਾਸ ਕਰ ਯੰਗ ਜਿਹਨਾਂ ਦੇ ਕ੍ਰੈਡਿਟ ਸਕੋਰ ਖਰਾਬ ਹੁੰਦਾ, ਫਿਰ ਉਹਨਾਂ ਨੂੰ ਜਿਹੜੀ 8% ਤੇ ਲੈਂਡਿੰਗ ਹੋ ਸਕਦੀ ਹੈ ਗੱਡੀ ਦੀ, ਉਹ ਫਿਰ 12-13% ਦੇ ਲੱਗਦੇ ਨੇ ਆਗੇ। ਰਾਈਟ, ਯਾ ਸੋ ਹੁਣ 12-13% ਤੇ ਹੋ ਗਿਆ, ਫਿਰ ਬੈਂਕਾਂ ਲੋਨ ਨਹੀਂ ਦਿੰਦੀਆਂ ਹੈਗੀਆਂ। ਕੱਲ੍ਹ ਨੂੰ ਤੁਹਾਨੂੰ ਕੋਈ ਹੋਰ ਚਾਹੀਦਾ, ਕੋਈ ਬਿਜ਼ਨਸ ਤੁਸੀਂ ਕਰਨਾ, ਮੰਨ ਲਓ ਅੱਜ ਤੱਕ ਤੁਸੀਂ ਯੰਗ ਹੈ, ਅੱਜ ਕੁਛ ਭਾਈ ਜਿਵੇਂ ਭਾਈ ਉਹਨਾਂ ਨੇ ਕਿਹਾ ਤੁਹਾਡੀ ਕ੍ਰੈਡਿਟ 6 ਸਾਲ ਰਹਿੰਦੀ ਆ, ਕੱਲ੍ਹ ਨੂੰ ਤੁਸੀਂ ਕੋਈ ਬਿਜ਼ਨਸ ਕਰਨਾ, ਲੋਨ ਲੈਣਾ ਮਾੜਾ ਮੋਟਾ, ਤਾਂ ਤੁਸੀਂ ਜਦੋਂ ਤੁਹਾਨੂੰ ਏ ਲੈਂਡਰ ਨਹੀਂ ਦਿੰਦੇ, ਫਿਰ ਤੁਸੀਂ ਬੀ ਲੈਂਡਰ ਜਾਂ ਤੁਸੀਂ ਹੋਰ ਛੋਟੇ ਜਿਹੇ ਪ੍ਰਾਈਵੇਟ ਹੈਗੇ ਉਹਨਾਂ ਤੋਂ ਲੈਂਦੇ ਹਾਂ, ਤਾਂ ਫਿਰ ਜਦੋਂ ਉਹਨਾਂ ਕੋਲ ਜਾਂਦੇ ਹਾਂ ਤਾਂ ਉਹ ਬਹੁਤ ਵੱਡਾ ਜਿਹੜਾ ਅਮਾਊਂਟ ਤੁਹਾਨੂੰ ਚਾਰਜ ਕਰਦੇ ਆ, ਖਾਸ ਕਰਕੇ ਵਿਆਜ ਦੇ ਰੂਪ ਦੇ ਵਿੱਚ, ਲੈਂਡਿੰਗ ਫੀਸ ਦੇ ਰੂਪ ਦੇ ਵਿੱਚ, ਅਤੇ ਹੋਰ ਬਹੁਤੀਆਂ ਚੀਜ਼ਾਂ ਐਡ ਆਨ ਹੋ ਜਾਂਦੀਆਂ ਨੇ। ਅਤੇ ਐਂਡ ਆਫ ਦਾ ਡੇ ਉਹੀ ਹੈ ਕਿ ਜੇ ਤੁਹਾਡਾ ਬੈਡ ਕ੍ਰੈਡਿਟ ਹੋਏਗਾ ਤਾਂ ਤੁਹਾਡੇ ਜਿਹੜੇ ਪੈਸੇ ਆ ਉਹ ਲੋਨ ਨੂੰ ਬੋਰੋ ਕਰਨ ਦੀ ਆ ਪਾਵਰ ਆ ਇੱਕ ਤਾਂ ਘਟੇਗੀ, ਤੇ ਬਹੁਤ ਮਹਿੰਗਾ ਲੋਨ ਤੁਹਾਨੂੰ ਅੱਗੇ ਜਾ ਕੇ ਮਿਲਦਾ ਆ। ਰਾਈਟ ਜੀ, ਸੋ ਮੁਸ਼ਕਲ ਬਹੁਤ ਬਣਦੀ ਹੈ ਇਹਦੇ ਨਾਲ। ਹਾਂਜੀ, ਸੋ ਜਿਹੜੀਆਂ ਪੇਮੈਂਟਾਂ ਦੇ ਵਿੱਚ ਹੈਗਾ, ਸੋ ਜੇ ਇਹ ਕ੍ਰੈਡਿਟ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਆਹ ਚੀਜ਼ਾਂ ਇਨਵੋਲਵ ਹੁੰਦੀ ਹੈ, ਅਤੇ ਉਸ ਤੋਂ ਬਾਅਦ ਜੇ ਕੋਈ ਕ੍ਰੈਡਿਟ ਤੁਸੀਂ ਸ਼ੁਰੂ ਕਰ ਰਹੇ ਹਾਂ ਤਾਂ ਕਿੱਦਾਂ ਤੁਸੀਂ ਉਹ ਕ੍ਰੈਡਿਟ ਨੂੰ ਮੈਨੇਜ ਕਰ ਸਕਦੇ ਹਾਂ, ਕਿਹੜੀ ਮੇਨ ਚੀਜ਼ਾਂ ਹੈਗੀਆਂ ਨੇ, 4-5 ਆਪਾਂ ਡਿਸਕਸ ਕਰਾਂਗੇ। ਮਲਕੀਤ ਕੌਰ ਜੀ ਕਹਿ ਰਹੇ ਆ, ਕਹਿੰਦੇ ਆਈ ਪੇ ਟੂ ਇਕੁਇਫੈਕਸ ਟੂ ਮੋਨੀਟਰ ਮਾਈ ਕ੍ਰੈਡਿਟ ਯੂ ਨੋ ਕ੍ਰੈਡਿਟ ਆਈ ਨੈਵਰ ਸੀ R1 ਔਰ R2 ਐਨੀਵੇਅਰ। ਸੋ ਇਹ ਆਈ ਥਿੰਕ ਇਟਸ ਗੁੱਡ ਪ੍ਰੈਕਟਿਸ, ਜੇ ਤੁਹਾਡੇ ਕੋਲ ਕੋਈ ਤੁਹਾਡੀ ਸਰਵਿਸ ਇੱਦਾਂ ਦੀ ਹੈਗੀ, ਤੁਹਾਡਾ ਮੋਨੀਟਰ ਕਰਕੇ ਤੁਹਾਨੂੰ ਦੱਸ ਰਹੀ ਹੈ ਵੀ ਹਾਂ ਇੱਥੇ ਤੁਸੀਂ ਆਹ ਕਰੋ, ਤਾਂ ਦੈਟਸ ਐਕਚੁਲੀ ਵਧੀਆ ਚੀਜ਼ ਹੈਗੀ ਆ ਜੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਜ਼ਰੂਰੀ ਹੈਗੀਆਂ ਇਹਨਾਂ ਕੰਟਰੀਆਂ ਦੇ ਵਿੱਚ, ਆਪਾਂ ਕਈ ਵਾਰ ਯੂ ਨੋ ਹਾਸੇ ਮਜ਼ਾਕ ਤਾਂ ਚਲੋ ਕਰਦੇ ਰਹਿੰਦੇ ਹਾਂ ਚੀਜ਼ਾਂ, ਨਾ ਤਾਂ ਤੁਹਾਨੂੰ ਦੱਸਣ ਵਾਲੇ, ਨਾ ਤਾਂ ਇੱਥੇ ਆਇਆਂ ਨੂੰ ਕੋਈ ਦੱਸਦਾ ਵਾ, ਕੋਈ ਕਈ ਵਾਰ ਪੇਰੈਂਟਸ ਨਹੀਂ ਹੁੰਦੇ, ਕਈ ਵਾਰ ਰਿਸ਼ਤੇਦਾਰ ਤੁਹਾਡੇ ਉਨੇ ਕੁ ਪਤਾ ਹੁੰਦੇ ਆ ਹਨਾ, ਅਤੇ ਕਈ ਵਾਰ ਲੋਕ ਬੜੇ ਗਾਂਹ ਵਧੂ ਹੁੰਦੇ ਨੇ, ਬਹੁਤ ਮਿਹਨਤੀ ਹੁੰਦੀ ਨੇ, ਪਰ ਜਦੋਂ ਰੁਕਾਵਟ ਆ ਜਾਂਦੀ ਹੈ ਨਾ ਕ੍ਰੈਡਿਟ ਦੀ ਗੱਲ ਕਰਦੇ ਆ, ਅਤੇ ਕਈ ਵਾਰ ਉੱਥੇ ਆ ਕੇ ਬੰਦੇ ਨੂੰ ਝਟਕਾ ਲੱਗ ਜਾਂਦਾ, ਕਿਉਂਕਿ ਉੱਥੇ ਨਾ ਤਾਂ ਕੋਈ ਤੁਹਾਡਾ ਸਾਕ ਸੰਬੰਧੀ ਫਿਰ ਪੈਸੇ ਦਿੰਦਾ ਆ, ਅਤੇ ਤੁਹਾਨੂੰ ਲੋਨ ਲੈਣਾ ਪੈਂਦਾ ਬੈਂਕਾਂ ਤੋਂ ਲੈਣਾ ਪੈਂਦਾ, ਜੋ ਏ ਲੈਂਡਰ ਨਹੀਂ ਦਿੰਦੇ, ਤੁਸੀਂ ਬੀ ਜਾਂ ਸੀ ਜਾਂ ਕਿਸੇ ਵੀ XYZ ਤੋਂ ਜਾਂਦੇ ਹੋ, ਤਾਂ ਉੱਥੇ ਬੜਾ ਮਹਿੰਗਾ ਪੈਂਦਾ, ਅਤੇ ਉਹ ਹਨਾ, ਅਤੇ ਉਹ ਜਿਹੜੀਆਂ ਚੀਜ਼ਾਂ ਤੁਸੀਂ ਅਵੋਇਡ ਕਰ ਸਕਦੇ ਸੀ ਪਹਿਲਾਂ ਹੀ ਜਾਣ ਜੀ। ਸ਼ਰੋਤਿਆਂ ਨੂੰ ਬੇਨਤੀ ਹੈ ਜੀ, ਕਾਲ ਕਰਕੇ ਤੁਸੀਂ ਪਾਰਟੀਸਪੇਟ ਕਰ ਸਕਦੇ ਹੋ, ਤੁਹਾਨੂੰ ਕੀ ਲੱਗਦਾ ਵੀ ਕ੍ਰੈਡਿਟ ਕਿੰਨਾ ਕੁ ਇੰਪੋਰਟੈਂਟ ਇਹਨਾਂ ਕੰਟਰੀ ਦੇ ਵਿੱਚ, ਅਤੇ ਕੀ ਕ੍ਰੈਡਿਟ ਤੋਂ ਬਿਨਾਂ ਲਾਈਫ ਚੱਲ ਸਕਦੀ ਹੈ, ਔਰ ਜੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਵੀ ਕਿੱਦਾਂ ਮੈਨੇਜ ਕਰਨਾ ਚਾਹੀਦਾ, ਅਤੇ ਓਵਰ ਲੈਵਰੇਜ ਕ੍ਰੈਡਿਟ ਦਾ ਮਤਲਬ ਹੈ ਤੁਹਾਨੂੰ ਇੱਕ ਤਰ੍ਹਾਂ ਦੀ ਲੈਵਰੇਜ ਦਿੰਦਾ, ਲੈਵਰੇਜ ਦਾ ਮਤਲਬ ਇੱਕ ਤਰ੍ਹਾਂ ਦੀ ਫੈਸਿਲਿਟੀ ਹੈ ਇਹ। ਰਾਈਟ, ਸੋ ਇੱਕ ਤਰ੍ਹਾਂ ਦੀ ਪਾਵਰ ਹੈ ਤੁਹਾਡੇ ਹੱਥ ਵਿੱਚ, ਹੁਣ ਉਹਨੂੰ ਪਾਵਰ ਨੂੰ ਤੁਸੀਂ ਕਿੱਦਾਂ ਯੂਜ਼ ਕਰਦੇ ਹੋ, ਠੀਕ ਹੈ ਨਾ, ਅਤੇ ਉਹ ਬਹੁਤ ਇੰਪੋਰਟੈਂਟ ਹੈ ਜਿਹਦਾ ਆਪਾਂ ਰੋਜ਼ ਆਪਾਂ ਡਿਸਕਸ ਕਰਦੇ ਰਹਿੰਦੇ ਹਾਂ, ਅਤੇ ਅੱਜ ਵੀ ਆਪਾਂ ਤੁਸੀਂ ਦੱਸੋ ਵੀ ਜਿਹੜੇ ਜ਼ਿਆਦਾ ਮੈਨੇਜ ਨਹੀਂ ਕਰ ਪਾਉਂਦੇ ਓਵਰ ਲੈਵਰੇਜ ਲੈ ਲੈਂਦੇ, ਇਹਦੇ ਵਿੱਚ ਵੀ ਭਾਜੀ ਇੱਕੜੀ ਚੀਜ਼ ਹੈਗੀ ਆ ਜਿਹੜੀ ਮੈਂ ਖਾਸ ਕਰਕੇ ਡਿਸਕਸ ਕਰਨਾ ਚਾਹੁੰਦਾ, ਕਿ ਗੁੱਡ ਡੈਟ ਅਤੇ ਬੈਡ ਡੈਟ, ਜਦੋਂ ਇਹ ਗੱਲ ਉੱਥੇ ਤੱਕ ਚਲੀ ਜਾਂਦੀ ਹੈ ਨਾ, ਜਦੋਂ ਤੁਸੀਂ ਗੁੱਡ ਡੈਟ ਅਤੇ ਬੈਡ ਡੈਟ ਦੇ ਵਿੱਚ ਆ ਜਾਂਦੇ ਹੋ ਜੀ, ਕਿ ਇੱਕ ਤਾਂ ਹੁੰਦਾ ਜਦੋਂ ਖਾਸ ਕਰਕੇ ਇਹਨਾਂ ਕੰਟਰੀਆਂ ਦੇ ਵਿੱਚ ਆਉਂਦੇ ਹਾਂ, ਤੁਹਾਨੂੰ ਕਿਹਾ ਜਾਂਦਾ ਕਿ ਬਈ ਨਹੀਂ ਨਹੀਂ ਕਰਜ਼ਾ ਲੈ ਲਓ ਹਨਾ, ਛੇਤੀ ਘਰ ਲੈ ਲਓ ਤੁਸੀਂ, ਗੱਡੀਆਂ ਲੈ ਲਓ, ਸ਼ੌਂਕ ਪੂਰੇ ਕਰਨ ਨੂੰ ਆਪਾਂ ਗੱਡੀਆਂ ਚੱਕ ਲੈਂਦੇ ਹਾਂ, ਮਹਿੰਗੇ ਭਾਅ ਦੇ ਇੰਟਰਸਟ ਹੁੰਦੇ ਨੇ। ਰਾਈਟ, ਉਹ ਵੀ ਚੀਜ਼ਾਂ ਤੁਹਾਡੇ ਕ੍ਰੈਡਿਟ 'ਤੇ ਕਾਫੀ ਇੰਪੈਕਟ ਪਾਉਂਦੀਆਂ ਨੇ ਹਨਾ, ਅਤੇ ਉਹਨਾਂ ਚੀਜ਼ਾਂ 'ਤੇ ਵੀ ਯਾਦ ਕਰਾਂਗੇ, ਪਰ ਉੱਥੇ ਜਾਣ ਤੋਂ ਪਹਿਲਾਂ ਕਿ ਕ੍ਰੈਡਿਟ ਕਿੱਦਾਂ ਤੁਸੀਂ ਇੰਪਰੂਵ ਕਰ ਸਕਦੇ ਹਾਂ। ਰਾਈਟ, ਆਪਾਂ ਫਿਨਿਸ਼ ਕਰ ਲੈਂਦੇ ਹਾਂ ਆਪਾਂ ਟੈਕਨੀਕਲ ਚੀਜ਼ਾਂ। ਰਾਈਟ, ਸੋ ਇੱਕ ਤਾਂ ਪਹਿਲਾਂ ਜਿਹੜੀ ਮੋਟੀ ਮੋਟੀ ਚੀਜ਼ ਹੈਗੀ ਹੈ ਜੀ, ਕਿ ਜਿਹੜੇ ਤੁਹਾਡੇ ਬਿੱਲ ਹੈਗੇ ਨੇ, ਜਦੋਂ ਵੀ ਕੋਈ ਜਿਹੜੀ ਕ੍ਰੈਡਿਟ ਕਾਰਡ ਦੀ ਕੋਈ ਵੀ ਡੇਟ ਆਉਂਦੀ ਆ, ਉਹ ਡੇਟ ਨੂੰ ਮਿਸ ਨਾ ਕਰੋ, ਖਾਸ ਕਰਕੇ ਜਿਹੜੇ ਤੁਹਾਡੇ ਕ੍ਰੈਡਿਟ ਹੈਗੇ ਨੇ, ਕਾਰਡ ਹੈਗੇ ਜਿਹੜੇ ਤੁਸੀਂ ਰੈਗੂਲਰ ਬੇਸਿਸ 'ਤੇ ਯੂਜ਼ ਕਰਦੇ ਆ, ਉਹਨਾਂ ਦੇ ਜੇ ਤੁਸੀਂ ਭੁਲੱਕੜ ਹੋ, ਥੋੜ੍ਹਾ ਮੋਟਾ ਤੁਹਾਨੂੰ ਚੇਤਾ ਨਹੀਂ ਰਹਿੰਦਾ ਹੈਗਾ,
ਬਿਲਕੁਲ ਯੂਜ਼ ਕਰੋ ਉਹਨੂੰ ਟਾਈਮ 'ਤੇ ਪੇ ਕਰਦੇ ਰਹੋ, ਉਹਦੇ ਨਾਲ ਇੱਕ ਤੁਹਾਡੀ ਹਿਸਟਰੀ ਬੈਟਰ ਬਣ ਜਾਂਦੀ ਹੈ ਰਾਈਟ। ਅਤੇ ਕਈ ਵਾਰ ਆਪਾਂ ਨਾ ਜਿੰਨਾ ਕੁ ਦੇਖਿਆ ਵਾ ਕਿ ਜਿਹੜੇ ਕ੍ਰੈਡਿਟ ਕਾਰਡ ਨੇ ਜਾਂ ਕੋਈ ਇੱਦਾਂ ਦੇ ਹੈਗੇ ਨੇ ਅਕਾਊਂਟ ਵਗੈਰਾ, ਕਈ ਵਾਰ ਨਾ ਆਪਾਂ ਬਹੁਤ ਚੱਕ ਲੈਂਦੇ ਹਾਂ, ਜਿਵੇਂ ਕਿਸੇ ਨੇ ਤਿੰਨ ਤਿੰਨ ਚੱਕੇ ਹੁੰਦੇ ਨੇ, ਵਾਲਮਾਰਟ ਗਿਆ ਉੱਥੋਂ ਲੈ ਲਿਆ, ਕੈਨੇਡੀਅਨ ਟਾਇਰ ਗਿਆ ਉੱਥੋਂ ਵੀ ਲਿਆਂਦਾ, ਕਿਤੇ ਹੋਰ ਗਏ ਬੈਸਟ ਬਾਏ ਉੱਥੋਂ ਲਿਆਇਆ, ਫਿਰ ਉਹ ਕਈ ਵਾਰ ਟਰੈਕ ਨਹੀਂ ਕਰਦੇ ਹੈਗੇ ਅਤੇ ਉਹ ਪੇਮੈਂਟਾਂ ਮਿਸ ਹੁੰਦੀਆਂ, ਅਤੇ ਜਿੰਨੇ ਤੁਹਾਡੇ ਜ਼ਿਆਦਾ ਹੁੰਦੇ ਨੇ ਉਹ ਇੱਕ ਰਿਵੋਲਵਿੰਗ ਕ੍ਰੈਡਿਟ ਦੇ ਵਿੱਚ ਆ ਜਾਂਦੇ ਨੇ। ਅੱਛਾ ਮੈਂ ਇੱਥੇ ਇੱਕ ਪਾਇਆ ਹੋਇਆ ਵੀ ਤੁਸੀਂ ਕਲੋਜ਼ ਨਾ ਕਰੋ ਕ੍ਰੈਡਿਟ ਕਾਰਡ ਅਕਾਊਂਟ, ਮੈਂ ਤਾਂ ਸੋਚ ਰਿਹਾ ਸੀ ਇੱਕ ਦੋ ਅਕਾਊਂਟ ਮੈਂ ਨਹੀਂ ਯੂਜ਼ ਕਰਦਾ, ਤਾਂ ਮਤਲਬ ਇਟ ਡਜ਼ ਇਟ ਇਫੈਕਟ ਤਾਂ ਉਹ ਥੋੜਾ ਜਿਹਾ ਕ੍ਰੈਡਿਟ ਜੇ ਤੁਸੀਂ ਇਟਸੈਲਫ ਕਰਾਉਂਦੇ ਹੋ ਨਾ ਭਾਜੀ ਕਿਤੇ ਨਾ ਕਿਤੇ ਇੰਪੈਕਟ ਪੈਂਦਾ ਆ ਉਹਦੇ, ਪਰ ਉਹ ਇੰਨਾ ਨਹੀਂ ਜ਼ਿਆਦਾ ਹੁੰਦਾ ਭਾਅ ਜੇ ਤੁਸੀਂ ਉਹ ਉਹਨੂੰ ਰੈਦਰ ਦੈਨ ਮਿਸ ਕਰਨੋ ਤਾਂ ਫਿਰ ਵੀ ਬੈਟਰ ਹੈਗਾ ਆ। ਪਰ ਪਹਿਲੀ ਗੱਲ ਹੈ ਕਿ ਤੁਸੀਂ ਲਓ ਹੀ ਨਾ, ਜਿਵੇਂ ਹੁਣ ਆਪਾਂ ਕਈ ਵਾਰ ਕੈਨੇਡੀਅਨ ਟਾਇਰ ਜਾਂਦੇ ਹਾਂ, ਕੋਸਕੋ ਦਾ ਲੈ ਲਿਆ, ਸਾਰੇ ਚੱਕੀ ਜਾਂਦੇ ਆ, ਟਰਾਈ ਕਰੋ ਵੀ ਇੱਕ ਦੋ ਹੀ ਰੱਖੋ ਕਿ ਟਰੈਕ ਕਰਨੇ ਸੌਖੇ ਰਹਿੰਦੇ ਨੇ, ਤੁਹਾਨੂੰ ਪਤਾ ਰਹਿੰਦਾ ਵਾ ਕਿ ਤੁਸੀਂ ਕਿੰਨੇ ਕੁ ਮੈਨੇਜ ਕਰ ਪਾ ਰਹੇ ਹੋ। ਜੇ ਤੁਸੀਂ ਮੈਨੇਜ ਕਰ ਪਾ ਰਹੇ ਹੋ ਫਿਰ ਇੱਕ ਅੱਧਾ ਐਡ ਕਰ ਲਓ, ਪਰ ਤੁਹਾਨੂੰ ਲੋੜ ਨਹੀਂ ਹੁੰਦੀ, ਤੁਸੀਂ ਇੱਕ ਅੱਧਾ ਵੀ ਆਪਣਾ ਜਿਹੜਾ ਜਾ ਕੇ ਉਹਨੂੰ ਟਾਈਮ ਟੂ ਟਾਈਮ ਸਹੀ ਤਰੀਕੇ ਨਾਲ ਸੰਭਾਲੋ। ਤਾਂ ਆਈ ਥਿੰਕ ਦੋ ਜਾਂ ਤਿੰਨ ਕ੍ਰੈਡਿਟ ਕਾਰਡ ਹੋਣ, ਵਧੀਆ ਹਾਈ ਲਿਮਿਟਸ ਹੋਣ, ਤੇ ਬਹੁਤ ਬੰਦੇ ਜ਼ਿੰਦਗੀ 'ਚ ਹੈ ਨਾ ਜੀ। ਸੋ ਉਹੀ ਹੈ ਕਿ ਉਹ ਇੱਕ ਨਾ ਹਿਸਟਰੀ ਬਣਦੀ ਰਹਿੰਦੀ ਹੈ ਤੁਹਾਡੇ, ਇੱਕ ਜਿਹੜਾ ਵੀ ਤੁਹਾਡਾ ਬੈਂਕਿੰਗ ਹੈਗਾ ਆ, ਜਿਹੜੇ ਬੈਂਕਿੰਗ ਨਾਲ ਤੁਸੀਂ ਜ਼ਿਆਦਾ ਟਾਈਮ ਰਹਿੰਦੇ ਹਾਂ ਨਾ, ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਿੰਨਾ ਇੱਕ ਬੈਂਕ ਨਾਲ ਤੁਸੀਂ ਜ਼ਿਆਦਾ ਸਮਾਂ ਇੱਕ ਪ੍ਰੋਡਕਟ ਯੂਜ਼ ਕਰੋਗੇ, ਕੁਝ ਰਿਵੋਲਵਿੰਗ ਹੀ ਚਾਹੀਦਾ ਨਾ। ਹੁਣ ਜੇ ਤੁਸੀਂ ਲੈ ਲਿਆ ਯੂਜ਼ ਨਹੀਂ ਕੀਤਾ ਉਹਦਾ ਵੀ ਕੀ ਫਾਇਦਾ ਹੈਗਾ, ਉਹਦਾ ਸੈਟਿੰਗ ਆ। ਅੱਛਾ ਜਿਹੜੀਆਂ ਕ੍ਰੈਡਿਟ ਲਾਈਨਸ ਵੀ ਲੋਕ ਯੂਜ਼ ਕਰਦੇ ਨੇ ਇੰਪਰੂਵ ਕਰਨ ਵਾਸਤੇ ਕ੍ਰੈਡਿਟ, ਸੋ ਜੇ ਲੱਸੇ ਤੁਸੀਂ ਕ੍ਰੈਡਿਟ ਲਾਈਨ ਹੀ ਲੋਕ ਜਾਂ ਮਤਲਬ ਕਈ ਵਾਰ ਦੇ ਦਿੰਦੇ ਆ ਬੈਂਕ ਵਾਲੇ ਪਏ ਹੁੰਦੇ ਆਪਾਂ ਯੂਜ਼ ਨਹੀਂ ਕਰਦੇ, ਆਈ ਥਿੰਕ ਉਹ ਵੀ ਯੂਜ਼ ਕਰ ਲੈਣੀ ਚਾਹੀਦੀ ਕਦੇ ਕਦੇ ਰਾਈਟ। ਤੇ ਹਾਂਜੀ ਲਾਈਕ ਇਹ ਚੀਜ਼ਾਂ ਨੇ ਨਾ, ਕਿ ਉਸ ਕ੍ਰੈਡਿਟ ਕਾਰਡ ਦਾ ਇਦਾਂ ਵਾ ਕਿ ਤੁਸੀਂ ਤੁਹਾਨੂੰ ਦਿੱਤਾ ਜਾਂਦਾ ਆ, ਪਰ ਤੁਸੀਂ ਯੂਜ਼ ਕਰੋ ਉਹਨੂੰ ਟਾਈਮ ਤੇ ਪੇ ਕਰ ਦਿਓ। ਮੇਰੇ ਹਿਸਾਬ ਨਾਲ ਤੁਹਾਨੂੰ ਯੂਜ਼ ਉਹਨਾਂ ਕੀ ਕਰਨਾ ਚਾਹੀਦਾ ਵਾ ਕਿ ਜਿੰਨਾ ਕੁ ਤੁਸੀਂ ਪੇ ਕਰ ਸਕਦੇ ਆ। ਕਈ ਵਾਰ ਕਿੱਥੇ ਗਲਤੀ ਕਿੱਥੇ ਹੁੰਦੀ ਆ ਨਾ, ਕਿ ਜਦੋਂ ਤੁਸੀਂ ਕ੍ਰੈਡਿਟ ਕਾਰਡ ਦੀ ਇੱਕ ਆਦਤ ਪਾ ਲੈਂਦੇ ਆ ਨਾ, ਜਦੋਂ ਆਦਤ ਪਾ ਲੈਂਦੇ, ਮੰਨ ਲਓ ਕਿ ਹੁਣ ਆਪਣੀ ਜੋ ਵੀ ਆਪਣੀ ਕਮਾਈ ਆ ਰਾਈਟ, ਆਪਾਂ ਨੂੰ ਪਤਾ ਕਿ ਆਪਾਂ ਇੰਨੇ ਕੁ ਪੈਸੇ ਕਮਾਉਂਦੇ ਹਾਂ, ਹੁਣ ਤੁਹਾਨੂੰ ਪਤਾ ਕਿ ਉਹ ਜਿਹੜੀ ਚੀਜ਼ ਮੈਂ ਦੇਖ ਰਿਹਾ ਤੁਹਾਨੂੰ ਕੋਈ ਸੋਹਣੀ ਜੈਕਟ ਆ ਜਾਂ ਤੁਹਾਡੀ ਕੋਈ ਸੋਹਣੀ ਜੁਵੈਲਰੀ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਲੈ ਲਈਏ, ਜਾਂ ਕੋਈ ਗੱਡੀ ਚੱਕਣ ਦੀ ਸੋਚ ਰਹੇ ਹੋ, ਪੈਸੇ ਤੁਹਾਡੇ ਕੋਲ ਹੈ ਨਹੀਂ ਗੇ, ਫਿਰ ਆਪਾਂ ਨੂੰ ਹੁੰਦਾ ਕਿ ਲੋਨ 'ਤੇ ਲੈ ਲਈਏ ਜਾਂ ਕੋਈ ਕ੍ਰੈਡਿਟ ਕਾਰਡ 'ਤੇ ਬਾਏ ਕਰ ਲਈਏ। ਫਿਰ ਜਦੋਂ ਇਹਦੇ ਉਹ ਹੁੰਦੇ ਨੇ ਕਿ ਮੂੰਹ ਨੂੰ ਖੂਨ ਲੱਗਣ ਵਾਲੀ ਗੱਲ ਹੋ ਜਾਂਦੀ ਆ, ਜਦੋਂ ਇੱਕ ਵਾਰੀ ਇਹ ਮੂੰਹ ਨੂੰ ਖੂਨ ਲੱਗ ਜਾਂਦਾ ਫਿਰ ਇਹ ਤੋਂ ਹਟਣਾ ਕਈ ਵਾਰ ਬਹੁਤ ਮੁਸ਼ਕਿਲ ਹੋ ਜਾਂਦਾ, ਜੇ ਤੁਹਾਡਾ ਸੈਲਫ ਕੰਟਰੋਲ ਤੁਹਾਡੇ 'ਤੇ ਜ਼ਿਆਦਾ ਹੈ ਨਹੀਂਗਾ ਰਾਈਟ, ਕਿ ਫਿਰ ਤੁਹਾਨੂੰ ਇੱਕ ਆਦਤ ਪੈ ਜਾਂਦੀ ਹੈ ਕਿ ਚਲੋ ਯਾਰ ਬਾਏ ਕਰਨੀ ਕ੍ਰੈਡਿਟ ਕਾਰਡ ਤੋਂ ਲੈ ਲਈਏ। ਹਾਂ ਜੇ ਉਹ ਅਕਾਊਂਟ 'ਚ ਪੈਸੇ ਹੈ ਨਹੀਂ ਗੇ, ਕਿੱਥੇ ਤਾਂ ਸੀਗੇ ਤੁਹਾਡੇ ਕੋਲ, ਹੋਣੇ ਚਾਹੀਦੇ ਸੀ ਪੈਸੇ, ਫਿਰ ਤੁਸੀਂ ਬਾਏ ਕਰਦੇ ਆ ਰਾਈਟ, ਤੇ ਕਿੱਥੇ ਹੁੰਦਾ ਕਿ ਤੁਹਾਡੇ ਕੋਲ ਪੈਸੇ ਹੈ ਨਹੀਂ, ਤੁਸੀਂ ਇਹਦਾ ਚਲੋ ਕ੍ਰੈਡਿਟ ਕਾਰਡ ਦੇ ਲੈਣਾ ਫਿਰ ਪੇ ਕਰਦਾਂਗੇ। ਫੈਸਿਲਿਟੀ ਨੂੰ ਰੋਂਗਲੀ ਯੂਜ਼ ਕਰਦੇ ਨੇ, ਜਦੋਂ ਤੁਸੀਂ ਅਕਾਊਂਟ ਖੋਲਦੇ ਹੋ ਤੁਹਾਡੇ ਲਈ ਇੱਕ ਅਕਾਊਂਟ 'ਚ ਤੁਹਾਨੂੰ ਪਤਾ ਹੈ ਵੀ ਕਿੰਨਾ ਤੁਸੀਂ ਅਕਾਊਂਟ 'ਚ ਹੈਗਾ ਅਤੇ ਕਿੰਨਾ ਤੁਸੀਂ ਉਹ ਕਰਦੇ ਹੋ ਰਾਈਟ ਬੈਂਕ ਨੂੰ ਰਾਈਟ, ਉੱਥੋਂ ਤੁਹਾਨੂੰ ਸਟੇਟਮੈਂਟ ਪਤਾ ਲੱਗ ਜਾਂਦੀ ਹੈ, ਅਤੇ ਉਹ ਤੁਸੀਂ ਜੇ ਤੁਹਾਡਾ ਨੈਗੇਟਿਵ ਦੇ ਵਿੱਚ ਹੈਗਾ ਤਾਂ ਦੈਨ ਯੂ ਆਰ ਸਕਰੂਡ, ਸਿੱਧੀ ਜਿਹੀ ਗੱਲ ਆ, ਅਤੇ ਇਹ ਇਹ ਬਹੁਤ ਜ਼ਰੂਰੀ ਹੈਗਾ ਜੀ ਨੋਟ ਕਰਨਾ। ਬਿਕੋਜ਼ ਕੀ ਹੋਏਗਾ ਜਦੋਂ ਤੁਸੀਂ ਉਹ ਕੋਈ ਚੀਜ਼ ਬਾਏ ਕਰ ਲਉਂਗੇ ਨਾ, ਉਸ ਤੋਂ ਬਾਅਦ ਤੁਹਾਡੇ ਕੋਲ ਪੈਸੇ ਹੀ ਨਹੀਂ ਹੈਗੇ, ਤੁਸੀਂ ਕਿੱਦਾਂ ਪੇ ਕਰੋਗੇ, ਫਿਰ ਤੁਹਾਡਾ ਰਿਵੋਲਵਿੰਗ ਕ੍ਰੈਡਿਟ ਦੇ ਵਿੱਚ ਚਲਾ ਜਾਂਦਾ ਆ, ਕਿ ਮੀਨਸ ਤੁਸੀਂ ਮਿਨੀਮਮ ਪੇਮੈਂਟ ਕੀਤੀ ਹੈ, ਮਿਨੀਮਮ ਪੇਮੈਂਟ ਤੋਂ ਕਰਨ ਬਾਅਦ ਹੁਣ ਤੁਹਾਡੇ ਕੋਲ ਪੈਸੇ ਹੈ ਨਹੀਂ ਗੇ, ਅਤੇ ਉਹ ਤੁਸੀਂ ਸੋਚਦੇ ਹੋ ਕਿ ਅਗਲੇ ਮਹੀਨੇ ਪੇ ਕਰ ਦਾਂਗੇ, ਅਤੇ ਅਗਲੇ ਮਹੀਨੇ ਦੀ ਗਾਂ ਫਿਰ ਉਹ ਗਾਂ ਦੀਆਂ ਰਿਵੋਲਵਿੰਗ ਹੋਣਾ ਸ਼ੁਰੂ ਹੋ ਜਾਂਦਾ ਆ, ਫਿਰ ਕੋਈ ਨਾ ਕੋਈ ਚੀਜ਼ ਆ ਗਈ, ਚਲੋ ਯਾਰ ਕੋਈ ਨਾ ਕ੍ਰੈਡਿਟ ਕਾਰਡ, ਫਿਰ ਆਪਾਂ ਨਾ ਮਿਨੀਮਮ ਪੇਮੈਂਟ 'ਤੇ ਆ ਜਾਂਦੇ ਹਾਂ ਰਾਈਟ। ਖਾਸ ਕਰਕੇ ਕਈ ਵਾਰ ਹੁੰਦਾ ਨਾ ਕਿ ਤੁਸੀਂ ਮਿਨੀਮਮ ਪੇਮੈਂਟ ਕਰਦੇ ਰਹਿੰਦੇ, ਅਤੇ ਜਦੋਂ ਮਿਨੀਮਮ ਪੇਮੈਂਟ ਦੇ ਵਿੱਚ ਸਿਲਸਿਲੇ ਦੇ ਵਿੱਚ ਆਉਂਦੇ ਹੋ ਨਾ, ਤਾਂ ਉਹ ਵੀ ਤੁਹਾਡੇ ਜਿਹੜੇ ਕ੍ਰੈਡਿਟ ਨੂੰ ਹਿੱਟ ਕਰਨਾ ਸ਼ੁਰੂ ਕਰ ਦਿੰਦਾ ਆ ਜੀ। ਆਪਾਂ ਕਾਲ ਲੈ ਲੈਂਦੇ ਹਾਂ ਜੀ। ਹਾਂਜੀ 800 ਔਨ ਏਅਰ, ਸਤਿ ਸ਼੍ਰੀ ਅਕਾਲ। ਜੇ ਤੁਹਾਡੇ ਕੋਲ ਜਿੱਦਾਂ ਅੱਜ ਕੱਲ ਹਾਲਾਤ ਆ, ਕੋਈ ਪ੍ਰੋਬਲਮ ਹੋਈ ਹੋਵੇ
ਇਹ ਨਾ ਤੁਹਾਡਾ ਰੈਕਡ ਤਬਾਹ ਕਰ ਦਿੰਦੇ ਬੈਂਕਾਂ ਦੇ ਜਿਹੜੇ ਨਾ ਫਲੈਕਸੀਬਲ ਹੁੰਦੇ ਆ ਜੀ ਬੈਂਕਾਂ ਦੇ ਨਾਲੇ ਜੋ ਤੁਸੀਂ ਨਹੀਂ ਜਿਆਦਾ ਦੇ ਯੂਜ਼ ਕਰਦੇ ਤੁਹਾਨੂੰ ਕੋਈ ਪ੍ਰਮੋਸ਼ਨਲ ਦੇ ਦਿੰਦੇ ਆ ਇੱਕ ਕਿਸਾਨ ਨੇ ਤੁਸੀਂ ਪੈਸਾ ਲੈ ਲਓ ਟ੍ਰਾਂਸਫਰ ਲੈ ਲਓ ਪਿੱਛੇ ਇਹਨਾਂ ਨੇ ਬੜਾ ਦਿੱਤਾ ਬੈਂਕਾਂ ਨੇ ਨਾ ਸਾਰਿਆਂ ਨੇ ਪੀ ਐਮ ਓ ਹੋ ਗਿਆ ਸਕੋਸ਼ੀਆ ਬੈਂਕ ਹੋ ਗਿਆ ਜੀ ਉਹ 1% 2% ਦੇ ਉੱਤੇ ਏਦਾਂ ਉਹ ਬੈਟਰ ਆ ਇਹਨਾਂ ਨਾਲੋਂ ਉਹਨਾਂ ਕੋਲ ਨਾ ਜਿਹੜੇ ਜਿਹੜੀ ਕਾਰਡ ਵੀ ਬਹੁਤ ਜ਼ਿਆਦਾ ਕੈਟਾਗਰੀ ਦੇ ਹੁੰਦੇ ਨੇ ਜੇ ਤੁਸੀਂ ਟਰੈਵਲ ਜ਼ਿਆਦਾ ਕਰਦੇ ਹੋ ਲੈਸ ਏ ਬਿਜ਼ਨਸ ਟ੍ਰਿਪ ਜ਼ਿਆਦਾ ਕਰਦੇ ਹੋ ਉਹਨਾਂ ਨੂੰ ਉਹ ਟਰੈਵਲ ਵਾਸਤੇ ਮਾਈਲਸ ਵਾਸਤੇ ਵਧੀਆ ਕਾਰਡ ਹੁੰਦੇ ਨੇ ਰਾਈਟ ਅਤੇ ਹੁਣ ਨੇਚਰ ਆਫ ਬਿਜ਼ਨਸ ਤੁਹਾਡਾ ਕੀ ਹੈਗਾ ਕਿੱਦਾਂ ਦੀ ਜੋਬ ਕਰਦੇ ਹੋ ਉਸ ਹਿਸਾਬ ਨਾਲ ਕਾਰਡ ਤੁਹਾਨੂੰ ਕਰਦੇ ਨੇ ਇਹਨਾਂ ਕੋਲ ਮੋਸਟਲੀ ਇੱਕ ਜਾਂ ਦੋ ਹੀ ਪ੍ਰੋਡਕਟ ਹੁੰਦੇ ਨੇ ਜਿਵੇਂ ਵਾਲਮਾਰਟ ਵਾਲੇ ਜਾਂ ਮਾਸਟਰ ਕਾਰਡ ਹੀ ਹੁੰਦਾ ਇਹਨਾਂ ਦੇ ਕੋਲ ਨਾ ਜ਼ਿਆਦਾ ਉਹ ਇਹਨਾਂ ਦਾ ਇੰਨਾ ਵਧੀਆ ਨਹੀਂ ਹੈਗਾ ਜਿਹੜਾ ਬੰਦੇ ਨੂੰ ਕ੍ਰੈਡਿਟ ਕਾਰਡ ਏਦਾਂ ਰੱਖਣੇ ਚਾਹੀਦੇ ਇੱਕ ਦੋ ਜ਼ਿਆਦਾ ਨੀ ਹੋਣੇ ਚਾਹੀਦੇ ਦੋ ਹੀ ਰੱਖੋ ਦੋ ਤਿੰਨ ਰੱਖੋ ਜਿਹੜੇ ਮੈਨੇਜ ਕਰਨੇ ਵੀ $40-50 ਕਹਿਣਗੇ ਤੁਸੀਂ ਕਿਸੇ ਸਟੋਰ ਤੇ ਚਲੇ ਜਾਓ $50 ਦੀ ਗਰੋਸਰੀ ਕਰ ਲਓ ਬੰਦੇ $50 ਦੇ ਵਿੱਚ ਨਾ 100 points ਥੱਲੇ ਕਰ ਲੈਂਦੇ ਸਕੋਰ ਸਹੀ ਗੱਲ ਹੈ ਕ੍ਰੈਡਿਟ ਹਿੱਟ ਮਾਰ ਜੇ ਨਾ ਉਹ ਪਤਾ ਨੀ ਜਿਸ ਤਰ੍ਹਾਂ ਆਹ ਜਿਹੜੀ ਲਾਈਨ ਆਫ ਕ੍ਰੈਡਿਟ ਆ ਜਾਂ ਇਹਦਾ ਕੋਈ ਕ੍ਰੈਡਿਟ ਸਕੋਰ ਤੇ ਕਿਸੇ ਨੂੰ ਪਤਾ ਅਫੈਕਟ ਕਰਦੀ ਆ ਕਿ ਜਾਂ ਦੂਸਰੇ ਜਿਹੜਾ ਸੀਪਾ ਲੋਨ ਆ ਹੁਣ ਜਿਹੜੇ ਬੰਦਿਆਂ ਨੇ ਨਹੀਂ ਪੇ ਕਰਨਾ ਜਾਂ ਉਹਨਾਂ ਤੋਂ ਨਹੀਂ ਹੋਣਾ ਮੋਸਟਲੀ ਮੈਜੋਰਟੀ ਕੋਲ ਨਹੀਂ ਹੋਣਾ ਮੈਨੂੰ ਲੱਗਦਾ ਜਿਹੜੀ ਲਾਈਨ ਆਫ ਕ੍ਰੈਡਿਟ ਦਾ ਤਾਂ ਬਿਲਕੁਲ ਅਕਾਊਂਟ ਹੁੰਦਾ ਆ ਉਹਦੇ 'ਚ ਜਿਹੜਾ ਤੁਸੀਂ ਕਰਦੇ ਹੋ ਪਰ ਸ਼ੀਬਾ ਵਾਲਾ ਥੋੜ੍ਹਾ ਜਿਹਾ ਡਿਫਰੈਂਟ ਚੀਜ਼ ਹੈ ਇਹਨਾਂ ਨੇ ਉਹ 'ਚ ਪਾਇਆ ਹੈਗਾ ਜਾਂ ਕਿਵੇਂ ਪਾਇਆ ਇਹ ਥੋੜ੍ਹਾ ਜਿਹਾ ਰੀਡ ਕਰਨਾ ਪੈਣਾ ਸਰਚ ਕਰਨੀ ਪੈਣੀ ਹੈ ਇਹਦੇ 'ਤੇ ਵੀ ਕਿਸ ਤਰ੍ਹਾਂ ਅਫੈਕਟ ਕਰਦੀ ਹੈ ਜਾਂ ਨਹੀਂ ਕਰਦਾ ਜੀ ਜੇ ਲਾਈਨ ਆਫ ਕ੍ਰੈਡਿਟ ਬਣ ਗਿਆ ਫਿਰ ਤਾਂ ਪੱਕਾ ਉਹਦੇ 'ਚ ਆ ਜਾਣਾ ਫਿਰ ਤਾਂ ਟ੍ਰਾਂਸ ਯੂਨੀਅਨ ਦੇ ਵਿੱਚ ਹਾਂਜੀ ਫਿਰ ਤਾਂ ਆਏਗਾ ਤੇ ਫਿਰ ਉਹ ਤੇ ਐ ਨਾ ਕਿ ਉਹਨਾਂ ਨੇ ਫਿਰ ਉਸ ਹਿਸਾਬ ਦੇ ਨਾਲ ਜਿਹੜਾ ਲੋਨ ਲੈਣਾ ਵਾ ਹੁਣ ਬੈਂਕ ਨੇ ਲਾਤਾ ਬੈਂਕ ਨੇ ਪ੍ਰਾਈਮ ਪਲੱਸ ਉਹ ਲੈਣਾ ਵਾ ਰਾਈਟ ਜੋ ਵੀ ਉਹਨਾਂ ਦਾ ਹੈਗਾ ਆ ਫਿਰ ਤੁਹਾਨੂੰ ਅਕਾਊਂਟ ਹੋ ਜਾਣਾ ਤੁਹਾਡਾ ਆਲਰੇਡੀ ਇੰਨੀ ਦੇਣਦਾਰੀ ਖੜੀ ਹੈਗੀ ਹੈ ਹਾਂਜੀ ਹਾਂਜੀ ਇਹ ਕਹਿੰਦੇ ਆ 5% ਦੇ ਮੇਰਾ ਖਿਆਲ ਆ ਕਹਿੰਦੇ ਬੈਂਕ ਜਿਹੜੇ ਨਾ 5% ਦੇ ਉੱਤੇ ਲਾਈਨ ਆਫ ਕ੍ਰੈਡਿਟ ਜਿਹੜਾ ਇਹਨੂੰ ਲੈਣਗੇ ਉਹ ਲੋਨ ਬਣਾ ਲੈਣਗੇ ਨਾ ਕਿਸ਼ਤਾਂ 40,000 ਜਿਹੜਾ ਵਾ ਉਹ ਵੀ ਕਹਿੰਦੇ ਅਸੀਂ ਪੇ ਕਰ ਦਾਂਗੇ ਉਹ ਵੇਵ ਕਰ ਦਾਂਗੇ ਤੇ ਮੈਜੋਰਟੀ ਆ ਮੈਨੂੰ ਲੱਗਦਾ ਇਹ ਕਰਨਾ ਹੀ ਪੈਣਾ ਵਾ ਇਹ ਉਹਦੇ ਕੋਈ ਆਪਸ਼ਨ ਨਹੀਂ ਹੈਗੀ ਉਹਦੀ ਵਜ੍ਹਾ ਵਾ ਕਿ ਬਹੁਤ ਬੰਦਿਆਂ ਨੇ ਲੈ ਕੇ ਖਾ ਲਿਆ ਵਾ ਕਿਸੇ ਨੇ ਘਰ ਲੈ ਲਿਆ ਕਿਸੇ ਨੇ ਕੁਛ ਲੈ ਲਿਆ ਜੀ ਹੁਣ ਜਿਹਨਾਂ ਨੇ ਘਰ ਮੈਜੋਰਟੀ ਲਏ ਉਹਨਾਂ ਦੇ ਘਰ ਵੀ ਥੱਲੇ ਆ ਗਏ ਆ ਜਿੰਨੇ ਪ੍ਰਾਈਸ 'ਚ ਬਾਏ ਕੀਤੇ ਸੀਗੇ ਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਇਹ ਤੇ ਹੁਣ ਇਹਨਾਂ ਨੂੰ ਗਵਰਨਮੈਂਟ ਨੂੰ ਕੋ ਥੋੜਾ ਜਿਹਾ ਇੱਥੇ ਹੱਥ ਵਾਲਾ ਰੱਖਣਾ ਹੀ ਪੈਣਾ ਵਾ ਹੁਣ ਦੇਖੋ ਕੀ ਕਰਦੇ ਆ ਲੇਕਿਨ ਅੱਗੇ ਇਹ ਤੇ ਵਕਤ ਹੀ ਦੱਸੂਗਾ ਜੀ ਦੂਸਰੀ ਕਾਲ ਚੱਕਣ ਦੀ ਕੋਸ਼ਿਸ਼ ਕੀਤੀ ਸੀ 090 ਤੁਸੀਂ ਕਾਲ ਦੁਬਾਰੇ ਕਰ ਲਿਓ ਜੀ ਕਾਲ ਚੱਕਦੇ ਚੱਕਦੇ ਉਹ ਜਿਹੜੀ ਕਾਲ ਕੱਟ ਹੋ ਗਈ ਸੋ ਆਪਾਂ ਉਹ ਡਿਸਕਸ ਕਰ ਰਹੇ ਸੀ ਵੀ ਕਿੱਦਾਂ ਇੰਪਰੂਵ ਕਰ ਸਕਦੇ ਹਾਂ ਆਪਣਾ ਸਕੋਰ ਰਾਈਟ ਸਕੋਰ ਇੱਕ ਤਾਂ ਵੀ ਪੇਮੈਂਟ ਤੁਸੀਂ ਟਾਈਪ ਕਰਨੀ ਆ ਬਾਕੀ ਜਿਹੜੇ ਜਿਹੜੀਆਂ ਲਾਈਨਾਂ ਬਣਾਈਆਂ ਹੁੰਦੀਆਂ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਕਿਤੇ ਨਾ ਕਿਤੇ ਜੋ ਵੀ ਹੈ ਨਾ ਪਰ ਕਰਕੇ ਭਾਜੀ ਹੋਈ ਹੈ ਕਿ ਇੱਕ ਤਾਂ ਜ਼ਿਆਦਾ ਰਿਵੋਲਵਿੰਗ ਕ੍ਰੈਡਿਟ ਨਾ ਲਓ ਕਿ ਐਂ ਨਹੀਂ ਹੋਵੇਗਾ ਤੁਸੀਂ 3-4 ਕ੍ਰੈਡਿਟ ਕਾਰਡ ਚੱਕੀ ਫਿਰਦੇ ਹੋ ਤਾਂ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੈ ਨਾ ਸੋ ਉਹ ਚੀਜ਼ਾਂ ਵੀ ਹੈਗੀਆਂ ਕਿ ਜਿੰਨੀਆਂ ਤੁਸੀਂ ਘੱਟ ਰੱਖੋਨੀਆਂ ਬੈਟਰ ਰਹਿੰਦੀਆਂ ਕਿਉਂਕਿ ਮੈਨੇਜੇਬਲ ਰਹਿੰਦਾ ਵਾ ਹੈ ਨਾ ਤੁਹਾਨੂੰ ਕ੍ਰੈਡਿਟ ਟਰੈਕ ਕਰਨਾ ਆਪਣਾ ਸਹੀ ਰਹਿੰਦਾ ਆ ਅਤੇ ਦੂਸਰੀ ਹੈਗੀ ਕਿ ਪੇਮੈਂਟ ਆਪਣੀ ਜਿਹੜੀ ਟਾਈਮ ਟੂ ਟਾਈਮ ਕਰਦੇ ਰਹੋ ਅਤੇ ਜਿੰਨੀ ਹੈਗੀ ਜਿਹੜੇ ਜਿੰਨਾ ਤੁਸੀਂ ਫੁੱਲ ਅਮਾਊਂਟ ਦੇ ਵਿੱਚ ਪੇ ਕਰਦੇ ਹੋ ਉਨਾ ਤੁਹਾਡਾ ਜਿਹੜਾ ਬੈਟਰ ਉਹ ਇੰਪੈਕਟ ਪੈਂਦਾ ਕ੍ਰੈਡਿਟ ਸਕੋਰ ਦੇ ਉੱਤੇ ਰਾਈਟ ਅਤੇ ਇੱਕ ਜਿੰਨਾ ਕੁ ਤੁਸੀਂ ਘੱਟ ਕਰ ਸਕਦੇ ਰਿਵੋਲਵਿੰਗ ਕ੍ਰੈਡਿਟ ਘੱਟ ਰੱਖਿਆ ਕਰੋ ਰਾਈਟ ਜੀ ਹੁਣ ਦੋ ਕਾਲਾਂ ਆ ਰਹੀਆਂ ਪਹਿਲਾਂ ਪਹਿਲੇ ਵਾਲੀ ਚੱਕ ਲਈ ਨਹੀਂ ਥੱਲੇ ਵਾਲੀ 090 ਔਨ ਏਅਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ ਜਿਹੜਾ ਕਰੈਕਟਰ ਤੇ ਕ੍ਰੈਡਿਟ
ਬਹੁਤ ਜ਼ਰੂਰੀ ਆ ਵਧੀਆ ਹੋਣੇ ਜੀ। ਜੇ ਤੁਹਾਡਾ ਕਰੈਕਟਰ ਵੀ ਮਾੜਾ ਤੇ ਉਹ ਵੀ ਕੋਈ ਲਾਈਫ ਵਧੀਆ ਨਹੀਂ, ਤੇ ਜੇ ਤੁਹਾਡਾ ਕਰੈਕਟਰ ਮਾੜਾ ਉਹ ਵੀ ਬਹੁਤ ਔਖਾ ਹੁੰਦਾ ਜੀ। ਜੀ ਬਹੁਤ ਸਹੀ ਗੱਲ ਕੀਤੀ ਤੁਸੀਂ। ਤੇ ਇਹਨਾਂ ਨੂੰ ਮੰਨ ਲਓ ਜਿੰਨੀ ਅਰਲੀ ਏਜ ਤੋਂ ਹੋ ਸਕੇ ਇਹਨਾਂ ਤੇ ਕੰਮ ਕਰਨਾ ਚਾਹੀਦਾ। ਇਹ ਨਾ ਹੋਵੇ ਵੀ ਜੇ ਤੁਸੀਂ ਯੰਗ ਹੁੰਦੇ ਵੀ ਕੋਈ ਫਰਕ ਨਹੀਂ, ਕੋਈ ਫਰਕ ਨਹੀਂ, ਤੇ ਸਾਨੂੰ ਬੜੀ ਅਰਲੀ ਏਜ ਤੇ ਕੰਮ ਕਰਨਾ ਚਾਹੀਦਾ ਇਹਨਾਂ ਦੋਹਾਂ ਚੀਜ਼ਾਂ ਤੇ। ਨਹੀਂ ਬਹੁਤ ਗੁੱਡ ਪੁਆਇੰਟ ਆ ਬਾਈ ਜੀ, ਹਾਂਜੀ ਮੈਂ ਕਿਹਾ ਬਹੁਤ ਗੁੱਡ ਪੁਆਇੰਟ ਆ ਤੁਹਾਡਾ। ਹਾਂਜੀ ਹਾਂਜੀ ਹਾਂਜੀ। ਤੇ ਸੈਕਿੰਡ ਇੱਕ ਹੋਰ ਗੱਲਾਂ ਹੈ ਤੇ ਛੋਟੀਆਂ ਗੱਲਾਂ ਕ੍ਰੈਡਿਟ ਕਾਰਡ ਬਾਰੇ ਉਹ ਸਾਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਮੰਨ ਲਓ ਜਾਂ ਪਤਾ ਵੀ ਹੁੰਦੀ ਆ। ਇੱਕ ਜਦੋਂ ਨਾ ਆਪਾਂ ਕ੍ਰੈਡਿਟ ਕਾਰਡ ਦੇ ਮਿਨੀਮਮ ਪੇਮੈਂਟ ਦੇ ਦਿੰਦੇ ਆ ਜੀ, ਉਹਦੀ ਐਕਚੁਅਲੀ ਉਹਦਾ ਜਿਹੜਾ ਇੰਟਰਸਟ ਰੇਟ ਆ ਨਾ ਉਹ ਉਸ ਦਿਨ ਤੋਂ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਕੋਈ ਚੀਜ਼ ਪਰਚੇਜ ਕਰ ਲੈਂਦੇ ਆ। ਅੱਛਾ ਉਸ ਦਿਨ ਤੋਂ ਲੱਗਦਾ ਉਹ। ਹਾਂ ਹਾਂ, ਮਤਲਬ ਇਹ ਬਹੁਤ ਵੱਡਾ ਕੈਚ ਹੈ, ਉਹ ਗ੍ਰੇਸ ਪੀਰੀਅਡ ਨਹੀਂ ਹੁੰਦਾ, ਉਸ ਦਿਨ ਤੋਂ ਸ਼ੁਰੂ ਕਰ ਲੈਂਦੇ ਨੇ। ਜੇ ਤੁਸੀਂ 1.5 ਮਹੀਨੇ ਬਾਅਦ 45 ਦਿਨ ਦੇ ਸਾਈਕਲ ਤੋਂ ਬਾਅਦ ਤੁਸੀਂ ਮਿਨੀਮਮ ਪੇਮੈਂਟ ਕਰਤੀ ਹੈ ਤਾਂ ਪਿਛਲੇ 45 ਦਿਨ ਦਾ ਵੀ ਲੱਗ ਜਾਣਾ ਇੰਟਰਸਟ। ਹਾਂ ਬਿਲਕੁਲ ਬਿਲਕੁਲ ਉਹ ਵੀ ਲੱਗਣਾ ਤੁਹਾਨੂੰ। ਸੋ ਮਤਲਬ ਕਿ ਤੁਸੀਂ ਫੁੱਲ ਪੇਮੈਂਟ ਕਰੋ ਜਦੋਂ ਤੁਹਾਡੀ ਆਉਂਦੀ ਹੈ, ਹੈਨਾ, ਜੇ ਉਸ ਚੀਜ਼ ਤੋਂ ਬਚਣਾ। ਹਾਂ ਜੀ, ਇਸੇ ਲਈ ਕ੍ਰੈਡਿਟ ਕਾਰਡ ਕੰਪਨੀਆਂ ਚਾਹੁੰਦੀਆਂ ਵੀ ਮਿਨੀਮਮ ਪੇਮੈਂਟ ਕਰੋ, ਉਹਨਾਂ ਨੂੰ ਫਾਇਦਾ ਉਸ ਵਿੱਚ। ਇੱਕ ਤਾਂ ਉਹਨਾਂ ਨੂੰ ਪੇਮੈਂਟ ਵੀ ਆਈ ਜਾਂਦੀ ਤੇ ਇੱਕ ਉਹ ਆਪਣਾ ਇੰਟਰਸਟ ਵੀ, ਕਿਉਂਕਿ ਇਹੀ ਉਹਨਾਂ ਦਾ ਬਿਜ਼ਨਸ ਹੈ। ਜਦੋਂ ਤੁਸੀਂ ਪੇਮੈਂਟ ਕਰਨ ਵੀ ਜਾਂਦੇ ਹੋ ਨਾ ਕਈ ਵਾਰ ਕਾਰਡ ਦੀ ਸਾਈਟ ਤੇ ਖੋਲ ਕੇ, ਉੱਥੇ ਪਹਿਲੀ ਆਪਸ਼ਨ ਆਉਂਦੀ ਹੈ ਵੀ ਮਿਨੀਮਮ ਪੇਮੈਂਟ ਵੀ ਤੁਸੀਂ ਆਹ ਕਰੋ। ਤੇ ਸੈਕਿੰਡ ਇੱਕ ਬਹੁਤ ਹੋਰ ਚੀਜ਼ ਯਾਦ ਰੱਖਣ ਵਾਲੀ ਹੈ, ਜਿਹੜਾ ਇੱਕ ਕੈਸ਼ ਬੈਕ ਹੁੰਦਾ ਨਾ ਕ੍ਰੈਡਿਟ ਕਾਰਡ ਤੇ। ਹਾਂਜੀ, ਉਹਦੇ ਤੇ ਵੀ ਜਦੋਂ ਆਪਾਂ ਉਹ ਯੂਜ਼ ਕਰ ਲੈਂਦੇ ਆ ਉਸ ਦਿਨ ਤੋਂ ਹੀ ਇੰਟਰਸਟ ਰੇਟ ਸ਼ੁਰੂ ਹੋ ਜਾਂਦਾ। ਉਹਦੇ ਉਹਦੇ ਤੇ ਕਿਵੇਂ ਇੰਟਰਸਟ ਲੱਗਦਾ ਹੈ ਕੈਸ਼ ਬੈਕ ਤੇ? ਜਿਹੜੀ ਕੈਸ਼ ਬੈਕ ਆਪਸ਼ਨ ਹੁੰਦੀ ਹੈ ਨਾ, ਕੈਸ਼ ਬੈਕ ਤੇ ਆਪਣੀ ਜਿਹੜੀ ਆਪਾਂ ਕੈਸ਼ ਬੈਕ ਮੀਨ ਜਦੋਂ ਆਪਾਂ ਕੋਈ ਮਤਲਬ ਕ੍ਰੈਡਿਟ ਕਾਰਡ ਨੂੰ ਨਾ ਏਟੀਐਮ ਤੇ ਜਾ ਕੇ ਉਹ ਚੋਂ ਕੈਸ਼ ਕਢਾ ਲੈਂਦੇ ਹਾਂ, ਨਹੀਂ ਪਰਚੇਜ਼ ਕਰਦੇ, ਜੀ ਜੀ ਜੀ, ਉਹਦਾ ਇੰਟਰਸਟ ਰੇਟ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਂਦਾ। ਜੀ ਬਿਲਕੁਲ, ਉਹ ਕਾਫੀ ਖਤਰਨਾਕ ਚੀਜ਼ ਹੈ ਐਕਚੁਅਲੀ। ਮੈਂ ਦੇਖਿਆ ਜੇ ਤੁਸੀਂ ਕਈ ਵਾਰ ਅਸੀਂ ਸੋਚਦੇ ਆ ਨਾ ਵੀ ਸ਼ਾਇਦ ਹੋ ਸਕਦਾ ਇਹਦੇ ਵੀ ਸਾਨੂੰ 21 ਗ੍ਰੇਸ ਡੇਜ਼ ਮਿਲ ਜਾਣਗੇ ਜਾਂ ਮਹੀਨਾ ਮਿਲ ਜਾਏਗਾ, ਨਹੀਂ ਉਹ ਉਸ ਦਿਨ ਤੋਂ ਸ਼ੁਰੂ ਹੋ ਜਾਂਦਾ। ਬਿਲਕੁਲ ਜੀ, ਡੈਬਿਟ ਕਾਰਡ ਯੂਜ ਕਰੋ, ਜੇ ਤੁਹਾਡੇ ਅਕਾਊਂਟ 'ਚ ਪੈਸੇ ਪਿਆ ਉੱਥੇ ਏਟੀਐਮ ਜਾ ਕੇ ਕਢਾਓ, ਏਟੀਐਮ ਦੇ ਵਿੱਚ ਕ੍ਰੈਡਿਟ ਕਾਰਡ ਕਦੇ ਨਾ ਪਾਓ ਜਾ ਕੇ। ਬਿਲਕੁਲ ਬਿਲਕੁਲ ਜੀ। ਤੀਸਰਾ ਇੱਕ ਬਹੁਤ ਵਧੀਆ ਆਪਸ਼ਨ ਹੈ, ਕਿਉਂਕਿ ਕਈ ਵਾਰੀ ਨਾ ਕ੍ਰੈਡਿਟ ਕਾਰਡ ਅਸੀਂ ਬਾਈ ਮਿਸਟੇਕ ਹੀ ਸਾਡੇ ਕੋਲ ਬਿੱਲ ਲੇਟ ਹੋ ਜਾਂਦਾ ਜਾਂ ਕਈ ਵਾਰੀ ਬਿੱਲ ਲੇਟ ਹੋ ਜਾਂਦਾ ਜਾਂ ਕੁਛ ਨਾ ਕੁਛ ਹੋ ਜਾਂਦਾ ਨਾ, ਸਭ ਨਾਲੋਂ ਵਧੀਆ ਆਪਸ਼ਨ ਇਹਦੀ ਇਹ ਕ੍ਰੈਡਿਟ ਕਾਰਡ ਦੀ ਨਾ ਕਿਸੇ ਵੀ ਬੈਂਕ ਕੋਲ ਸਾਡੇ ਕੋਲ ਆਪਸ਼ਨ ਹੈਗੀ ਆ ਆਟੋ ਪੇ ਜੀ। ਐਟ ਲੀਸਟ ਕ੍ਰੈਡਿਟ ਕਾਰਡ ਦਾ ਨਾ ਹਰ ਬੰਦਾ ਆਟੋ ਪੇ ਤੇ ਰੱਖੇ ਜੀ, ਸੋ ਉਹ ਆਟੋਮੈਟਿਕਲੀ ਪੇਮੈਂਟ ਹੋ ਜਾਣੀ ਆ ਉਸ ਦਿਨ ਨੂੰ, ਤੇ ਤੁਹਾਡਾ ਕਦੇ ਵੀ ਲੇਟ ਨਹੀਂ ਹੋਏਗੀ ਪੇਮੈਂਟ ਜੀ, ਕਿਉਂਕਿ ਕਈ ਵਾਰ ਬਾਈ ਮਿਸਟੇਕ ਹੀ ਹੋ ਜਾਂਦੀ ਹੈ, ਭੁੱਲ ਜਾਂਦਾ ਭੁੱਲ ਜਾਂਦਾ ਬੰਦਾ ਜੀ, ਬਿਲਕੁਲ ਕੋਈ ਬਿੱਲ ਬੁੱਲ ਰਹਿ ਜਾਂਦਾ ਹੁੰਦਾ ਪੇ ਕਰਨਾ। ਸੋ ਇਹ ਚੀਜ਼ਾਂ ਮੰਨ ਲਓ ਰੱਖਣੀਆਂ ਥੋੜ੍ਹੀਆਂ ਨਾ ਬਹੁਤ ਜ਼ਰੂਰੀ ਨੇ। ਭਾਜੀ ਆਟੋ ਪੇ ਦੇ ਵਿੱਚ ਉਹ ਵੀ ਆਪਸ਼ਨ ਆਉਂਦੀ ਵੀ ਮਿਨੀਮਮ ਪੇਮੈਂਟ ਦੀ ਹੁੰਦੀ ਹੈ, ਵੀ ਤੁਸੀਂ ਮਿਨੀਮਮ ਪੇਮੈਂਟ ਤਾਂ ਕਰ ਹੀ ਦਿਓ ਰਾਈਟ, ਜੇ ਜਸਟ ਇਨ ਕੇਸ ਇਹ ਤੁਹਾਡੀ ਮਰਜ਼ੀ ਹੈ ਮਿਨੀਮਮ ਪੇਮੈਂਟ ਜਾਂ ਫੁੱਲ ਬੈਲੈਂਸ। ਹਾਂਜੀ ਇਹ ਤੁਹਾਡੀ ਵੀ ਤੁਹਾਡੀ ਮਰਜ਼ੀ ਹੈ ਨਾ, ਮੰਨ ਲਓ ਮਿਨੀਮਮ ਪੇਮੈਂਟ ਤਾਂ ਉਹੀ ਕਰਦਾ ਜੇ ਕਈ ਵਾਰੀ ਉਹਦੀ ਥੋੜ੍ਹੇ ਜਿਹੇ ਟਫ ਟਾਈਮ 'ਚ ਜਾ ਰਿਹਾ ਵੀ ਜਿਹੜਾ ਨਹੀਂ ਕਰ ਸਕਦਾ ਨਾ ਜੀ, ਜਿਹੜਾ ਹੁਣ ਮੰਨ ਲਓ ਕਰ ਰਿਹਾ ਵੀ ਪ੍ਰੋਪਰ, ਉਹ ਤੇ ਜਿਸ ਤਰ੍ਹਾਂ ਬਾਕੀ ਹੁੰਦੇ ਨਾ ਆਮ ਬਿੱਲ ਪੇ ਉਹਨਾਂ ਨੂੰ ਉਸ ਦਿਨ ਪੇ ਹੋਏ ਨਾ ਜੀ, ਹਰ ਇੱਕ ਫ੍ਰੀ ਹੁੰਦੀ ਹੈ ਸਾਡੇ ਆਪਸ਼ਨ, ਮਤਲਬ ਉਹਦਾ ਕੋਈ ਚਾਰਜ ਨਹੀਂ, ਹਰ ਬੈਂਕ ਦਿੰਦੀ ਹੈ ਸਾਨੂੰ ਇਹ ਆਪਸ਼ਨ ਜੀ। ਜੀ ਇੱਕ ਕੁਐਸਚਨ ਸੀ ਭਾਈ ਤੁਹਾਡੇ ਲਈ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਯੰਗ ਏਜ ਦੇ ਵਿੱਚ ਕਈ ਵਾਰ ਬੰਦੇ ਨੂੰ ਨਹੀਂ ਪਤਾ ਲੱਗਦਾ, ਤੁਹਾਡਾ ਕੀ ਓਪੀਨੀਅਨ ਹੈ ਕਿ ਜਿਹੜੀ ਇਹ ਚੀਜ਼ਾਂ ਹੈਗੀਆਂ ਨੇ ਬਿਕੋਜ਼ ਇਹ ਤੁਹਾਡੀ ਜਿਹੜੀ ਪਰਸਨਲ ਲਾਈਫ ਆ ਤੇ ਬਹੁਤ ਵੱਡਾ ਇੰਪੈਕਟ ਪਾਉਂਦੀਆਂ ਨੇ ਰਾਈਟ, ਤੁਹਾਡਾ ਕੀ ਓਪੀਨੀਅਨ ਹੈ ਕਿ ਜਿਹੜੀ ਇਹ ਸਾਰੀ ਬੇਸਿਕ ਫਾਈਨੈਂਸ਼ੀਅਲ ਐਜੂਕੇਸ਼ਨ ਆ ਇਹ ਮੈਂਡੇਟਰੀ ਨਹੀਂ ਹੋਣੀ ਚਾਹੀਦੀ ਸਕੂਲ ਦੇ ਵਿੱਚ? ਦੇਖੋ ਹੋਣੀ ਤੇ ਚਾਹੀਦੀ ਹੈ, ਪਰ ਮੈਂ ਅੱਜ ਦੇ ਟਾਈਮ ਵਿੱਚ ਇਹ ਕਿਸੇ ਨੂੰ ਬਲੇਮ ਨਹੀਂ ਦੇ ਸਕਦਾ, ਕਿਉਂਕਿ ਇੰਨੀ ਇਨਫੋਰਮੇਸ਼ਨ ਪਈ ਹੈ ਨਾ ਹਰ ਪਾਸੇ, ਇੰਨੀ ਅਵੇਲੇਬਲ ਹੈ ਨਾ, ਜਿਸ ਤੋਂ ਤੁਹਾਡਾ ਸ਼ੋਅ ਆ, ਈਵਨ ਆਮ ਮੇਨ ਜਿਹੜਾ ਮੀਡੀਆ, ਇੰਨੇ ਸ਼ੋਅ ਨੇ, ਇੰਨੀ ਇਨਫੋਰਮੇਸ਼ਨ ਹੈ ਨਾ, ਮੰਨ ਲਓ ਮੇਰਾ ਖਿਆਲ ਜਿਹੜਾ ਥੋੜ੍ਹਾ ਬਹੁਤਾ ਵੀ ਮੰਨ ਲਓ ਜਾਣਦਾ ਉਹਨੂੰ ਅਵੇਲੇਬਲ ਹੈ। ਈਵਨ ਤੁਸੀਂ ਹੋਰ ਤੇ ਹੋਰ ਨੇ ਨਾ, ਜਿਹੜਾ ਕ੍ਰੈਡਿਟ ਕਾਰਡ ਤੁਸੀਂ ਅਪਲਾਈ ਕਰਦੇ ਐਪਲੀਕੇਸ਼ਨ ਉਹੀ ਪੜ੍ਹ ਲਓ, ਜਿਹਦੇ ਉਹਦੇ ਨਾਲ ਲੈਟਰ ਆਉਂਦਾ ਨਾ ਬਾਅਦ ਵਿੱਚ ਜਦੋਂ ਤੁਹਾਨੂੰ ਕਾਰਡ ਦਿੱਤਾ ਜਾਂਦਾ, ਉਹੀ ਪੜ੍ਹ ਲਓ ਨਾ, ਉਹਦੇ ਚ ਕਾਫੀ ਇਨਫੋਰਮੇਸ਼ਨ ਹੈ ਜੀ। ਸਾਡੀ ਪ੍ਰੋਬਲਮ ਇਹ ਹੈ ਅਸੀਂ ਵੱਲੋਂ ਟਰਾਈ ਨਹੀਂ ਕਰਦੇ, ਅੱਖਾਂ ਮੀਚ ਕੇ ਕਹਿੰਦੇ ਵੀ ਚਲੋ ਹੋਊਗਾ ਦੇਖੀ ਜਾਊਗਾ। ਈਵਨ ਜੇ ਆਪਾਂ ਫਰੈਂਡ ਚ ਵੀ ਬੈਠੇ ਆ ਉਹ ਇਹ ਗੱਲਾਂ ਸਾਨੂੰ ਤਿਆਰ ਹੀ ਨਹੀਂ ਜੀ, ਮੰਨ ਲਓ ਸਾਨੂੰ ਕਈ ਤਰ੍ਹਾਂ ਦੇ ਕਹਿਣਗੇ ਯਾਰ ਤੂੰ ਕਿਹੜੀਆਂ ਗੱਲਾਂ ਕਰਦਾ, ਕਿਉਂਕਿ ਜੂਸੀ ਕਰਦਾ ਦਿਸ ਐਂਡ ਦੈਟ, ਮੰਨ ਲਓ ਨਾ ਉਹ ਇਸ ਦੀ ਗੱਲ ਸਾਨੂੰ ਤਿਆਰ ਹੀ ਨਹੀਂ। ਮਤਲਬ ਜਿੱਦਾਂ ਹੁਣ ਮੰਨ ਲਓ ਮੈਂ ਕਿਹਾ ਵੀ ਜੇ ਤੁਸੀਂ ਏਟੀਐਮ ਤੇ ਗਏ ਆਪਣਾ ਕ੍ਰੈਡਿਟ ਕਾਰਡ ਨਾ ਯੂਜ਼ ਕਰੋ, ਡੈਬਿਟ ਕਾਰਡ ਯੂਜ਼ ਕਰ ਲਓ ਜੇ ਵਿਦਡਰਾ ਕਰਨੀ ਆ, ਉਹਨਾਂ ਨੂੰ ਲੱਗਦਾ ਵੀ ਜਿਹੜੀ ਵੀ ਈਜ਼ੀ ਐਮ ਉਹਦੇ ਆਇਆ ਉਹੀ ਯੂਜ਼ ਕਰ ਲਓ।
ਗੱਲ ਤਾਂ ਹਾਂਜੀ ਗੱਲ ਬਿਲਕੁਲ ਕਨਵੀਨੀਅੰਸ ਦੇ ਉੱਪਰ ਹੀ ਆਪਣੇ ਡਿਸੀਜਨ ਲੈ ਜਾਂਦੇ ਆ ਬੇਸਿਕਲੀ ਔਰ ਇਗਨੋਰੈਂਸ ਹੈਗੀ ਆ ਜੀ ਮੇਰੇ ਹਿਸਾਬ ਨਾਲ ਭਾਜੀ ਮੈਂ ਜਿਹਨੂੰ ਦੂਸਰੇ ਲੋਟ ਦੇਖਦਾ ਵਾਂ ਹਨਾ ਹੁਣ ਦੇਖੋ ਜਿਹੜੀ ਇੱਕ ਤਾਂ ਚੀਜ਼ ਹੁੰਦੀ ਜਿਹੜੀ ਤੁਹਾਡੀ ਲਾਈਫ ਦੇ ਲਈ ਬਹੁਤ ਯੂਜ਼ਫੁਲ ਹੁੰਦੀ ਆ ਹਨਾ ਕਿ ਮੰਨ ਲਓ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਯੂਜ਼ ਕਰੋਗੇ ਲਾਈਕ ਇੱਕ ਮੁੱਢਲੀ ਲੋੜ ਹੁੰਦੀ ਹੈ ਜਿਹਨੂੰ ਆਪਾਂ ਕਹਿ ਦਈਏ ਹਨਾ ਅਤੇ ਆਈ ਥਿੰਕ ਉਹ ਬੈਟਰ ਆ ਹੁਣ ਲਾਈਕ ਜੇ ਹੁਣ ਆਪਾਂ ਦੇਖੀਏ ਕੈਮਿਸਟਰੀ ਹੁਣ ਆਪਾਂ ਕਿੰਨੀ ਕੁ ਯੂਜ਼ ਕਰਦੇ ਹਾਂ 12 ਸਾਲ ਪੜ੍ਹੀ ਹੈ ਨਾ ਰਾਈਟ ਫਿਜ਼ਿਕਸ ਕਿੰਨੀ ਕੁ ਯੂਜ਼ ਕਰਦੇ ਹਾਂ 12 ਸਾਲ ਪੜ੍ਹੀ ਹੈ ਨਾ ਸਾਇੰਸ ਥੀਟਾ ਕੋਸ ਥੀਟਾ ਦੇ ਰੱਟੇ ਤਾਂ ਲਾਏ ਹੈ ਨਾ ਆਪਾਂ ਉਹ ਤਾਂ ਆਪਣੇ ਸੰਘ ਥਾਈ ਦੀ ਕੱਢ ਦਿੰਦੇ ਆ ਪਰ ਉਹਦਾ ਆਪਣੀ ਐਕਚੁਅਲ ਲਾਈਫ ਦੇ ਵਿੱਚ ਕਿੰਨਾ ਇੰਪੈਕਟ ਆ ਮੈਂ ਉਸ ਗੱਲ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਇੱਕ ਮੁੱਢਲੀ ਐਜੂਕੇਸ਼ਨ ਹੋਣੀ ਚਾਹੀਦੀ ਆ ਉਹ ਮੁੱਢਲੀਆਂ ਲੋੜਾਂ ਦੇ ਹਿਸਾਬ ਦੇ ਨਾਲ ਹੋਣੀ ਚਾਹੀਦੀ ਕਿ ਯਾਰ ਇਹ ਬੰਦਾ ਕੁਛ ਵੀ ਕਰੇ ਡਾਕਟਰ ਬਣੇ ਕੁਛ ਮਰਜ਼ੀ ਕਰੇ ਇਹਨੂੰ ਇਹ ਚੀਜ਼ ਤਾਂ ਹੈਂਡਲ ਕਰਨੀ ਪੈਣੀ ਆ ਜੀ ਕਿੰਨੇ ਸਾਲ ਪੜ੍ਹੀ ਉਹ ਪਲੱਸ ਗ੍ਰੇਡ ਗ੍ਰੇਡ 12 ਤੱਕ ਹਨਾ ਤੇ ਹੁਣ ਤੁਸੀਂ ਕੈਮਿਸਟਰੀ ਲਾ ਲਓ ਮੈਂ ਹੁਣ ਜੇ ਜਾਂ ਤਾਂ ਮੈਂ ਉਹ ਕਰੀਅਰ ਪਰਸਿਊ ਕਰਦਾ ਫਿਰ ਤਾਂ ਸੀਗੀ ਪਰ ਜੇ ਮੈਂ ਉਹ ਕਰੀਅਰ ਪਰਸਿਊ ਕਰ ਲੈਂਦਾ ਚਾਹੇ ਜੋ ਅੱਜ ਮੈਂ ਜ਼ਿੰਦਗੀ 'ਚ ਕਰ ਰਿਹਾ ਉਹ ਕਰ ਰਿਹਾ ਪਰ ਮੈਨੂੰ ਜਿਹੜੀ ਇੱਕ ਲੋੜ ਮੈਨੂੰ ਪਰਿਵਾਰ ਚਲਾਉਣ ਲਈ ਜਾਂ ਮੈਂ ਤੁਸੀਂ ਇੱਕ ਆਪ ਜੋ ਉਸ ਅੱਗੇ ਹੋ ਜਾਂਦੇ ਹੋ ਘਰ ਤੋਂ ਬਾਹਰ ਨਿਕਲਦੇ ਆ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਸਾਹਮਣੀਆਂ ਸ਼ੁਰੂ ਕਰਦੇ ਆ ਉਹਦੇ ਲਈ ਤਾਂ ਤੁਹਾਨੂੰ ਜ਼ਰੂਰੀ ਜ਼ਰੂਰੀ ਹੈਗੀ ਹੋਈ ਹੈਗੀ ਆ ਉਹ ਜੀ ਰਾਈਟ ਪਰ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਇਹ ਬੜੀ ਅਟੈਂਸ਼ਨਲ ਚੀਜ਼ ਆ ਕਿ ਇਹਨਾਂ ਨੇ ਦੱਸੀ ਨਹੀਂ ਹੋਈ ਹੈਗੀ ਰਾਈਟ ਬਿਕੋਜ਼ ਗੱਲ ਤੁਸੀਂ ਦੇਖੋ ਟ੍ਰਿਕ ਕਿੱਥੇ ਹੈਗੀ ਆ ਹੈਗੀਆਂ ਅਵੇਲੇਬਲ ਆ ਪਰ ਜਦੋਂ ਤੁਸੀਂ ਐਜੂਕੇਟ ਕਰ ਦੋਗੇ ਅਟੈਂਸ਼ਨਲੀ ਕਿਸੇ ਨੂੰ ਤਾਂ ਉਹ ਬੰਦਾ ਆਪਣੀਆਂ ਚੋਇਸਿਸ ਹੈਗੀਆਂ ਬਹੁਤ ਕਰੈਕਟ ਕਰ ਲੂਗਾ ਉਹਨੂੰ ਪਤਾ ਲੱਗ ਜੂ ਕਿ ਬਈ ਜਿਹੜੀ ਤੁਸੀਂ ਲਾਇਬਿਲਟੀਜ਼ ਬਾਏ ਕਰ ਰਹੇ ਆ ਕੀ ਕਰ ਰਹੇ ਨੂੰ ਕਿਵੇਂ ਮੈਨੇਜ ਕਰਨਾ ਤਾਂ ਜਿਹੜੀਆਂ ਤੁਸੀਂ ਰੋਂਗ ਬਾਇੰਗ ਕਰਨੀ ਆ ਰੋਂਗ ਪਰ ਇਹ ਚ ਉਹ ਕਨਫਲਿਕਟ ਆਫ ਇੰਟਰਸਟ ਆਉਂਦਾ ਬਿਜ਼ਨਸ ਟਰਸਟ ਹੈਗਾ ਬੈਂਕਾਂ ਦਾ ਕਿਉਂਕਿ ਆਪਣੀ ਮਿਸਟੇਕ ਉਹਨਾਂ ਦਾ ਪ੍ਰੋਫਿਟ ਆ ਸਿੱਧੀ ਜੀ ਗੱਲ ਹੈ ਸੋ ਜੀ ਸੋ ਆਪਾਂ ਨੂੰ ਉਸ ਚੀਜ਼ ਪ੍ਰਤੀ ਅਨਐਜੂਕੇਟ ਰੱਖਣਾ ਆਪਣੇ ਲਈ ਲਾਇਬਿਲਟੀ ਆ ਉਹਨਾਂ ਲਈ ਉਹ ਐਸੈਟ ਆ ਜੀ ਰਾਈਟ ਜਿਹੜੇ ਇਸ ਚੀਜ਼ ਗੋ ਥਰੂ ਹੋਏ ਆ ਉਹ ਵੀ ਗੱਲ ਨੀ ਕਰਦੇ ਸਭ ਤੋਂ ਵੱਡੀ ਗੱਲ ਜੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਲੰਘਿਆ ਨਾ ਕੋਈ ਕ੍ਰੈਂਕ ਨਹੀਂ ਉਹ ਵੀ ਗੱਲ ਨੀ ਕਰਦਾ ਉਹਨਾਂ ਦਾ ਇਹ ਚੀਜ਼ ਆ ਦੂਸਰੇ ਨੂੰ ਦੱਸੇ ਆਪਣੇ ਭੈਣ ਭਾਈ ਨੂੰ ਵੀ ਆਹ ਪ੍ਰੋਬਲਮ ਮੈਨੂੰ ਆਈ ਸੀ ਪਲੀਜ਼ ਤੁਸੀਂ ਆਪਣਾ ਟਰਾਈ ਬਚ ਕੇ ਰਹੋ ਟੈਕਨੀਕਲ ਚੀਜ਼ਾਂ ਹੁੰਦੀਆਂ ਇਹ ਵੀ ਮਿਲਣਾ ਕਿਤੇ ਨਾ ਕਿਤੇ ਜ਼ਰੂਰ ਕਰਨਾ ਚਾਹੀਦਾ ਭਾਜੀ ਕਾਲਸ ਆ ਰਹੀਆਂ ਹੋਰ ਤੁਸੀਂ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ ਥੈਂਕ ਯੂ ਜੀ ਥੈਂਕ ਯੂ 534 ਤੁਸੀਂ ਆਨ ਹੋ ਜੀ ਸਤਿ ਸ੍ਰੀ ਅਕਾਲ ਇੰਟਰਸਟ ਪੈਂਦਾ ਇੱਕ ਇਹਦੇ ਚ ਹੋਰ ਵੀ ਗੱਲ ਹੈ ਇੰਟਰਸਟ ਵੀ ਕੰਪਾਊਂਡ ਲਾਉਂਦੇ ਆ ਮੈਨੂੰ ਲੱਗਦਾ ਜਿੰਨੀ ਤੁਹਾਡੀ ਕੱਲ ਵਾਲੀ ਅਮਾਉਂਟ ਤੇ ਜਮਾ ਲਾ $1 $10 ਹੋ ਗਿਆ ਤੇ ਦੂਸਰੇ ਦਿਨ ਇਹਨਾਂ ਨੇ $1 $10 ਤੇ ਲਾਉਣਾ ਪਰ ਮੈਂ ਜਿਵੇਂ ਮੇਰੀ ਉਮਰ 25 ਸਾਲ ਆ ਵੀਰੇ ਮੈਂ 5 ਸਾਲ ਪਹਿਲਾਂ ਕੈਨੇਡਾ ਆਇਆ ਫਾਈਨੈਂਸ਼ੀਅਲ ਨੋਲੇਜ ਦੀ ਪਰ ਹੁਣ ਆਪਣੀ ਉੱਥੇ ਨਹੀਂ ਹੈਗੀ ਵੀਰੇ ਉੱਥੇ ਮੈਨੂੰ ਪਤਾ ਚਲੋ ਮੇਰੀ ਫੈਮਿਲੀ ਠੀਕ ਹੈ ਐਜੂਕੇਟਡ ਸੀ ਪਰ ਫਿਰ ਵੀ ਆਪਾਂ ਨੂੰ ਉੱਥੇ ਇਹੀ ਪਤਾ ਹੁੰਦਾ ਵੀ ਕਾਰਡ ਸਿਰਫ ਇੱਕ ਹੀ ਹੁੰਦਾ ਜਿਹਨੂੰ ਆਪਾਂ ਕਹਿੰਦੇ ਏਟੀਐਮ ਕਾਰਡ ਉੱਥੇ ਡੈਬਿਟ ਕ੍ਰੈਡਿਟ ਦਾ ਤਾਂ ਪਤਾ ਹੀ ਨਹੀਂ ਹੁੰਦਾ ਜੀ ਉਹ ਬਸ ਇਹੀ ਹੁੰਦਾ ਵੀ ਇਹਦੇ ਤੋਂ ਬਸ ਪੈਸੇ ਕਢਾਉਣੇ ਨੇ ਕਿਉਂਕਿ ਅੱਜ ਤੋਂ 5-7 ਸਾਲ ਪਹਿਲਾਂ ਤਾਂ ਆਪਣੇ ਚੱਲੀ ਨਹੀਂ ਸੀ ਇੰਨੀਆਂ ਪੇਮੈਂਟ ਆਨਲਾਈਨ ਹੋਣੀਆਂ ਬਸ ਇਹੀ ਹੁੰਦਾ ਵੀ ਜੇ ਕਿਤੇ ਪੈਸੇ ਦੀ ਲੋੜ ਪੈ ਗਈ ਏਟੀਐਮ ਦੇ ਨਾਲ ਸਿਰਫ ਪੈਸੇ ਹੀ ਨਿਕਲਦੇ ਆ ਜਿੰਨੀ ਕੁ ਆਪਾਂ ਨੂੰ ਉੱਥੇ ਨੌਲੇਜ ਹੁੰਦੀ ਸੀ ਬਟ ਉਸ ਤੋਂ ਬਾਅਦ ਮੈਂ ਕਹਿੰਦਾ ਵੀ ਇੱਥੇ ਆ ਕੇ ਨਾ ਜਿਵੇਂ ਇੱਕ 3D ਮੂਵੀ ਦੇ ਵਿੱਚ ਡਾਇਲੋਗ ਆ ਵੀ ਤੁਹਾਨੂੰ ਜਿੱਥੋਂ ਗਿਆਨ ਬਣਦਾ ਲੈ ਲੈਣਾ ਚਾਹੀਦਾ ਹੈਗਾ ਮੁਫ਼ਤ ਦਾ ਗਿਆਨ ਜਿੱਥੇ ਮਿਲਦਾ ਲੈ ਲਓ ਕੋਈ ਹਰਜ ਨਹੀਂ ਜੀ
ਹੁਣ ਜੇ ਇੱਥੇ ਆਪਾਂ ਕਹੀਏ ਵੀ ਆਪਾਂ ਕਹਿੰਦੇ ਠੀਕ ਹੈ ਫਾਈਨੈਂਸ਼ੀਅਲ ਨੌਲੇਜ ਨਹੀਂ ਮਿਲਦੀ ਸਕੂਲ ਦੇ ਵਿੱਚ, ਮੈਨੂੰ ਵੀ ਨਹੀਂ ਮਿਲੀ, ਪਰ ਮੈਂ ਅੱਜ ਦੀ ਤਰੀਕ ਦੇ ਵਿੱਚ ਕਹਿੰਦਾ ਵੀ ਠੀਕ ਆ ਬੰਦਾ ਆ ਕੇ ਆਪਦੇ ਆਲੇ ਦੁਆਲੇ, ਤੁਸੀਂ ਆਪਾਂ ਇੰਸਟਾਗ੍ਰਾਮ ਤੇ ਸਾਰੇ ਦਿਨ ਰੀਲਾਂ ਸਕਰੋਲ ਕਰਦੀਆਂ ਹਨ, ਉਹ ਚ ਤੁਸੀਂ ਇੰਟਰਸਟ ਆਪਦਾ ਕੋਈ ਫਾਈਨੈਂਸ ਵਾਲਾ ਬਣਾਓ, ਤੁਹਾਨੂੰ ਉਹ ਜੀ ਰੀਲ ਆਉਣ ਲੱਗ ਜਾਣਗੀਆਂ, ਬੰਦੇ ਨੌਲੇਜ ਮਿਲਦੀ ਆ, ਯੂਟਿਊਬ ਤੇ ਬਹੁਤ ਕੁਛ ਪਿਆ ਗਾ। ਤੇ ਜਿਵੇਂ ਹੁਣ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਲਾ ਕੇ ਚੱਲੀਏ, ਇੱਕ ਮੇਰਾ ਫਰੈਂਡ ਆ ਉਹਨੇ ਕਹਿੰਦਾ ਵੀ ਮੇਰੇ ਕੋਲ $30,000 ਵੀਰੇ ਅਕਾਊਂਟ ਸੇਵਿੰਗ ਪਿਆ, ਬਟ ਔਨ ਅਦਰ ਹੈਂਡ ਉਹਨੇ $25,000 ਦੀ ਗੱਡੀ ਲਿੱਤੀ ਹੈਗੀ 9.9% ਇੰਟਰਸਟ ਤੇ। ਮੈਂ ਕਿਹਾ ਤੇਰੇ ਵਰਗੇ ਕਸਟਮਰ ਨੂੰ ਤਾਂ ਬੈਂਕ ਲਵ ਕਰਨਗੇ ਬਰੂ, ਕਹਿੰਦਾ ਕੀ ਹੋ ਗਿਆ। ਮੈਂ ਕਿਹਾ ਤੇਰੇ ਵਰਗੇ ਉਹਨਾਂ ਨੂੰ ਕਹਿਣਗੇ ਸਾਡੇ ਕੋਲ ਰੋਜ਼ ਆਉਣ, ਕਹਿੰਦਾ ਕੀ ਹੋ ਗਿਆ, ਕਹਿੰਦਾ ਮੇਰੇ ਕੋਲ ਪੈਸੇ ਪੈਣੇ ਸੇਵਿੰਗ ਚ। ਮੈਂ ਕਿਹਾ ਨਹੀਂ 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 ਇਹ ਗੱਲ ਤਾਂ ਹੈਗੀ ਤੈਨੂੰ ਦਿਮਾਗ ਚ ਭੁਲੇਖਾ, ਹੁਣ ਸੇਵਿੰਗ ਚ ਤੁਸੀਂ ਲੈ ਰਹੇ 1.5% ਇੰਟਰਸਟ ਤੇ ਉੱਧਰ ਤੈਨੂੰ ਦੇ ਰਹੇ 10%। ਮੈਂ ਕਿਹਾ ਸਟਿਲ ਉਹਦਾ ਤੈਨੂੰ ਪੈਸਾ ਤੇਰਾ ਲੈ ਕੇ ਰੱਖ ਵੀ ਰਹੇ ਨੇ ਤੈਨੂੰ, ਮੈਂ ਕਿਹਾ ਬੋਰੋ ਵੀ ਕਰਾ ਰਿਹਾ, ਤੈਨੂੰ ਉਹਨਾਂ ਨੇ ਬੌਂਡ ਵੀ ਕਰ ਲਏ ਤੇ 8.5% ਰਿਟਰਨ ਵੀ ਲੈ ਰਹੇ ਨੇ ਉਹ, ਜੇ ਉਹਨੂੰ ਫੇਰ ਵੀ ਸਮਝ ਨਹੀਂ ਲੱਗੀ ਗੱਲ, ਉਹਨੂੰ ਕਹਿ ਕੇ ਟੀਚਰ ਜੀ ਕਰਕੇ ਅੱਗੇ ਲੰਘ ਗਿਆ। ਤੇ ਉਹ ਕਹਿੰਦਾ ਮੇਰੇ ਕੋਲ 20,000 ਸੇਵਿੰਗ ਹੈਗੀ ਆ, ਮੈਂ ਮੰਥਲੀ ਪੇਮੈਂਟ ਦੇਈ ਜਾਣਾ, ਕਹਿੰਦਾ ਮੈਂ ਤਾਂ ਨਿਆਰੇ ਜਮਾ ਹਾਏ ਤਾਂ ਹੈ। ਹੁਣ ਜੇ ਬੰਦਾ ਸਮਝਾ ਰਿਹਾ ਮੂਹਰਲਾ ਬੰਦਾ ਆਰਗੂ ਕਰਨ ਲੱਗ ਗਿਆ, ਉੱਥੇ ਤਾਂ ਕੋਈ ਫਾਇਦਾ ਹੀ ਨਹੀਂ ਕਰਦਾ। ਵੀ ਲੋਕਾਂ ਨੂੰ ਆਪਣੇ ਨਾ ਇਹ ਚੀਜ਼ ਸਮਝਾਉਣ ਦੀ ਲੋੜ ਹੈਗੀ ਆ ਕਿ ਬਹੁਤ ਜ਼ਿਆਦਾ ਵੀ ਤੁਸੀਂ ਬੈਂਕਿੰਗ ਸਿਸਟਮ ਨੂੰ ਸਮਝੋ ਵੀ ਕਿਵੇਂ ਵਰਕ ਕਰਦਾ। ਬਿਲਕੁਲ, ਤੋ ਇਹ ਵੀ ਡੈਟ ਦੇਖੋ ਆਪਾਂ ਨੂੰ ਪਤਾ ਡੈਟ ਜ਼ਰੂਰੀ ਹੈ ਇੱਥੇ ਕਿਤੇ ਨਾ ਕਿਤੇ ਪੁਆਇੰਟ 'ਤੇ ਆਪਾਂ ਨੂੰ ਯੂਜ਼ ਕਰਨਾ ਚਾਹੀਦਾ, ਫੈਸਿਲੀਟੇਟ ਕਰਦਾ ਤੁਹਾਡੀ ਲਾਈਫ ਨੂੰ, ਬਟ ਕਿੰਨਾ ਕੁ ਹੋਣਾ ਚਾਹੀਦਾ ਡੈਟ ਅਗਰ ਦੇਖਿਆ ਜਾਵੇ ਇੱਕ ਆਮ ਬੰਦੇ ਦੀ ਲਾਈਫ 'ਚ? ਇੱਕ ਹੋਰ ਜੀ, ਨਹੀਂ ਨਹੀਂ ਡੈਟ ਵੀ ਮੈਂ ਕਹਿੰਦਾ ਡੈਟ ਮਾੜਾ ਨਹੀਂ ਹੈਗਾ, ਮੈਂ ਡੈਟ ਨੂੰ ਮਾੜਾ ਨਹੀਂ, ਕਿਉਂਕਿ ਡੈਟ ਤੋਂ ਬਿਨਾਂ ਬੰਦਾ ਕੋਈ ਅਜੇ ਤੱਕ ਅਮੀਰ ਨਹੀਂ ਬਣਿਆ ਜੀ। ਹੁਣ ਇੱਕ ਮੇਰਾ ਹੋਰ ਦੋਸਤ, ਉਹਨੇ ਜੀਪ ਜੋ ਕੀ ਲੈਤੀ ਸੀਗੀ ਡਿਊਰਿੰਗ ਕੋਵਿਡ, ਉਹਨੂੰ 0.99 ਤੇ ਮਿਲੀ ਸੀ ਬ੍ਰੈਂਡ ਨਿਊ ਕਾਰ, ਠੀਕ ਹੈ ਜੀ, 0.99 ਤੇ ਬ੍ਰੈਂਡ ਨਿਊ ਕਾਰ। ਉਹ ਕਹਿੰਦਾ ਮੈਂ ਪੇ ਆਫ ਕਰਨ ਲੱਗਿਆ, ਮੈਂ ਕਿਹਾ ਤੂੰ ਪੇ ਆਫ ਕਰਨ ਕਿਉਂ ਲੱਗਿਆ, ਅੱਜ ਤੈਨੂੰ ਬੈਂਕ GIC ਤੇ 5% ਰਿਟਰਨ ਦੇ ਰਹੇ ਨੇ ਤੇ ਤੂੰ ਉਧਰ 1% ਰਿਟਰਨ ਦੇ ਰਹੇ, ਮੈਂ ਕਿਹਾ ਤੂੰ ਲੈਵਰੇਜ ਇੰਜੋਏ ਕਰ ਜਿਹੜੀ ਤੇਰੀ 40-45,000 ਦੀ ਵਧ ਰਹੀ ਆ। ਐਬਸੋਲੂਟਲੀ ਯਾ, ਉਹੀ ਗੱਲ ਹੈ ਨਾ ਵੀ ਤੁਸੀਂ ਡਿਪੈਂਡ ਇਹ ਨਹੀਂ ਕਰਦਾ ਤੁਸੀਂ ਡੈਟ ਲਿੱਤਾ ਕਿੰਨਾ ਹੋਇਆ, ਡਿਪੈਂਡ ਕਰਦਾ ਤੁਸੀਂ ਡੈਟ ਲਿੱਤਾ ਕਿਹੜੇ ਰੇਟ ਤੇ ਆ ਜੀ। ਜੇ ਤੁਸੀਂ ਚੀਪ ਰੇਟ ਤੇ ਲੈਤਾ ਤੁਹਾਨੂੰ ਦੂਸਰੇ ਪਾਸੇ ਮਿਲ ਰਿਹਾ ਹੈਗਾ ਤੁਹਾਨੂੰ ਵੀ ਉਹ ਚੀਜ਼ ਨੂੰ ਇੰਜੋਏ ਕਰਨ ਦੇ ਲਈ, ਤੁਸੀਂ ਕਰੋ, ਵਾਈ ਨਾਟ। ਬਿਲਕੁਲ, ਮੈਂ ਦੂਜੀ ਗੱਲ ਇਨਵੈਸਟਮੈਂਟ ਦੀ ਵੀ ਇਹੀ ਆ ਜੀ ਫੰਡਾ, ਜੇ ਤੁਸੀਂ 6% ਤੇ ਲੈ ਕੇ ਲੋਨ ਲੈ ਕੇ ਜੇ ਤੁਸੀਂ 12% ਜਨਰੇਟ ਕਰਦੇ ਹੋ ਤਾਂ ਵੈਲ ਐਂਡ ਗੁੱਡ, ਫਿਰ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਵੈਰੀ ਗੁੱਡ, ਹਾਂਜੀ ਹਾਂਜੀ। ਜਿਹੜੇ ਵੱਡੇ ਬਿਜ਼ਨਸਮੈਨ ਨੇ ਉਹ ਇੱਕ ਟ੍ਰਿਕ ਬਣਾਉਂਦੇ ਆ, ਜਿਹੜੇ ਆਪਾਂ ਲੋਕ ਕਹਿੰਦੇ ਵੀ ਕੀ ਸਟੂਪਿਡਿਟੀ ਹੈਗੀ, ਪਰ ਜਦੋਂ ਤੁਸੀਂ ਟ੍ਰਾਂਜੈਕਸ਼ਨ ਮੰਥਲੀ ਕਰੋੜਸ ਦੇ ਵਿੱਚ ਕਰਨੀ ਹੈ, ਇੰਡੀਅਨ ਦੀ ਗੱਲ ਕਰਦਾ ਮੈਂ ਜੀ, ਕੀ ਕਰਦੇ ਨੇ ਉਹ ਤੁਹਾਡੇ ਕੋਲ ਸੇਵਿੰਗ ਦੇ ਵਿੱਚ, ਮੰਨ ਲਓ ਕਹਿ ਲਓ ਵੀ ਤੁਸੀਂ ਆਪਣੇ ਨੋਰਮਲ ਡੈਬਿਟ ਚੈਕਿੰਗ ਦੇ ਵਿੱਚ ਪਏ ਨੇ ਪੈਸੇ, ਉਹ ਯੂਜ਼ ਨਹੀਂ ਕਰਦੇ, ਉਹ ਕ੍ਰੈਡਿਟ ਕਾਰਡ ਸਾਰਾ ਮੰਥ ਯੂਜ਼ ਕਰਦੇ ਆਪਦਾ, ਉਸ ਤੋਂ ਬਾਅਦ ਤੁਹਾਨੂੰ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਆ ਗਈ, ਆਫਟਰ ਦੈਟ ਤੁਹਾਡੇ ਕੋਲ 21 ਦਿਨ ਫੇਰ ਨੇ, ਰਫਲੀ ਤੁਹਾਡੇ ਕੋਲ ਕਹਿ ਲਓ ਵੀ ਤੁਹਾਡੇ ਕੋਲ 21 ਤੇ 30 ਦਿਨ 52, ਤੁਹਾਡੇ ਕੋਲ ਚਲੋ ਕਹਿ ਲਓ ਤੁਸੀਂ ਵੀ 1.5 ਮਹੀਨਾ ਹੋ ਗਿਆ ਰਫਲੀ, ਉਹ 1.5 ਮਹੀਨਾ ਆਪਦਾ ਪੈਸਾ ਸੇਵਿੰਗ ਦੇ ਵਿੱਚ ਜਾਂ ਕਿਤੇ ਹਾਈ ਇੰਟਰਸਟ ਜਿੱਥੇ ਮਿਲਦਾ ਉਹਨੂੰ ਉੱਥੇ ਇਨਵੈਸਟ ਕਰਕੇ ਰੱਖਦੇ ਆ ਜੀ। ਆਫਟਰ ਦੈਟ ਕ੍ਰੈਡਿਟ ਕਾਰਡ ਦਾ ਬਿੱਲ ਪੇ ਕਰ ਦੋ, ਜੇ ਤੁਹਾਡੀ ਟ੍ਰਾਂਜੈਕਸ਼ਨ ਦੀ ਅਮਾਊਂਟ ਵੱਡੀ ਹੈ ਸਟਿਲ ਤੁਹਾਡੇ ਕੋਲ ਬਹੁਤ ਪੈਸਾ ਬਣ ਜਾਣਾ ਜਿਹੜਾ ਤੁਹਾਨੂੰ ਰਿਟਰਨ ਨਹੀਂ ਮਿਲ ਜਾਣ 1.5 ਮਹੀਨੇ ਚ। ਮੈਂ ਏਦਾਂ ਦੇ ਬੰਦੇ ਦੇਖੇ ਨੇ ਸਟਾਕ ਮਾਰਕੀਟ 'ਚ, ਵੱਡੇ ਵੱਡੇ ਬੰਦੇ ਜਿਹੜੇ ਕਰੋੜਾਂ ਦੀ ਟਰਨ ਓਵਰ ਹੈ ਜਿਹਨਾਂ ਦੀ, ਜਿਹੜੇ ਏਦਾਂ ਕਰਦੇ ਨੇ ਲੋਨ ਚੱਕਦੇ ਨੇ ਯੂਨੋ, ਤੇ ਲੋਨ ਚੱਕ ਕੇ ਉਹਨੂੰ ਵਿਦਇਨ 30 ਡੇਜ਼ ਵਿੱਚ ਜਿਹੜਾ ਇੰਟਰਸਟ ਫਰੀ ਲੋਨ ਚੱਕ ਕੇ ਉਹਨੂੰ ਪੇ ਕਰ ਦਿੰਦੇ ਨੇ, ਤੇ ਉਹਦੇ 'ਚ ਆਪਣੀ 5-7% ਮਹੀਨੇ ਦੀ ROI ਕ੍ਰੀਏਟ ਕਰ ਲੈਂਦੇ ਨੇ ਆਰਾਮ ਨਾਲ ਕਰ ਦਿੰਦੇ ਨੇ ਜੀ। ਇਹੀ ਗੱਲ ਨਾ, ਮੈਂ ਉਹੀ ਗੱਲ ਜਿਵੇਂ ਆਪਾਂ ਆਮ ਵੱਡੇ ਇਨਵੈਸਟਰਾਂ ਨੂੰ ਸੁਣ ਲੈਂਦੇ ਆਪਾਂ ਵੀ ਡੈਟ ਬੈਡ ਨਹੀਂ ਹੈਗਾ, ਤੁਹਾਨੂੰ ਡੈਟ ਯੂਜ਼ ਕਰਨਾ, ਆਪਾਂ ਉਹਨਾਂ ਦੀ ਇੱਕ ਅੱਧੀ ਲੈਣ ਸੁਣ ਕੇ ਡੈਟ ਚੱਕ ਲੈਂਦੇ ਪਰ ਯੂਜ਼ ਕਿਵੇਂ ਕਰਨਾ ਉਹ ਨਹੀਂ ਸੁਣਦੇ ਆਪਾਂ। ਉਹੀ ਇੱਕ ਮੇਨ ਵੱਡੀ ਚੀਜ਼ ਹੈ ਨਾ ਵੀਰੇ, ਕੁਝ ਉਹ ਕਈ ਵਾਰ ਜਿਹੜੀ ਹੈਡਲਾਈਨ ਪੜ੍ਹ ਕੇ ਤੁਸੀਂ ਚੀਜ਼ਾਂ ਸਾਰੀਆਂ ਸਮਝ ਲੈਂਦੇ ਆ ਨਾ, ਉਹ ਜਿਵੇਂ ਉਹੀ ਗੱਲ ਹੁੰਦੀ ਆ ਜਿਵੇਂ ਉਹ ਸੰਜੂ ਮੂਵੀ ਚ ਦਿਖਾਉਂਦੇ ਹੁੰਦੇ ਨੇ ਵੀ ਇਹਦਾ ਕੈਰੀਅਰ ਫਲੋਪ ਹੋ ਗਿਆ, ਪਿੱਛੇ ਸਾਈਨ ਆਫ ਇੰਟਰੋਗੇਸ਼ਨ ਪਾਇਆ ਹੋਇਆ, ਆਪਾਂ ਉਹ ਨਹੀਂ ਦੇਖਣਾ। ਜਿਵੇਂ ਆਪਣੀ ਵੀਡੀਓ 30 ਮਿੰਟ ਦੀ, ਆਪਾਂ ਥੰਬਨੇਲ ਦੇਖ ਕੇ ਉਹਦੇ ਪਿੱਛੇ ਬਸ 2 ਮਿੰਟ ਦਾ ਹਾਈਲਾਈਟ ਦੇਖ ਕੇ ਕਹਿ ਦੇਣਾ ਵੀ ਲੈ ਵੀ ਇਹ ਕਹਿੰਦਾ ਡੈਟ ਵੀਡੀਓ ਚੱਕ ਲਓ, ਪਿਛਲੀ ਗੱਲ ਆਪਾਂ ਦੇਖਦੇ ਨੀ ਜੀ। ਹੁਣ ਡੈਟ ਤਾਂ ਬਿਜ਼ਨਸ ਵੀ ਚੱਕਦੇ ਨੇ, ਔਰ ਬਿਜ਼ਨਸ ਕਈ ਵਾਰ ਹਾਈ ਰੇਟ ਤੇ ਮਿਲਦਾ ਉਹਨਾਂ ਨੂੰ, ਫਿਰ ਵੀ ਬਿਜ਼ਨਸ ਕਰਦੇ ਨੇ। ਬਿਜ਼ਨਸ ਪ੍ਰਾਈਮ ਤੁਹਾਨੂੰ ਪ੍ਰਾਈਮ 3+3 ਥਰੂ ਤੇ ਮਿਲਦਾ ਹੀ ਮਿਲਦਾ ਬਿਜ਼ਨਸ, ਹਾਂ 8-10% ਹੁੰਦਾ ਹੀ ਆ ਜੀ ਹਾਂਜੀ। ਉਸ ਤੋਂ ਬਾਅਦ ਵੀ ਨਿਬੜ ਜਾਂ ਤੁਹਾਨੂੰ ਬਿਜ਼ਨਸ ਤੁਹਾਡਾ 15% ਰਿਟਰਨ ਦੇ ਰਿਹਾ, ਤਾਂ ਡੈਟ ਸੂਟ ਨਹੀਂ ਬੈਡ। ਹਾਂਜੀ ਐਗਜ਼ੈਕਟ, ਨਹੀਂ ਬਿਜ਼ਨਸ ਦੀ ਟਰਨ ਕਈ ਵਾਰੀ 25-30% ਲੋਕ 40-40% ਵੀ ਕਰ ਲੈਂਦੇ ਆ। ਚਲੋ ਮਿਨੀਮਮ ਕ੍ਰਾਈਟੇਰੀਆ ਲਾ ਕੇ ਚੱਲੀਏ ਵੀ ਜੇ ਇੰਨਾ ਵੀ ਦੇ ਰਿਹਾ ਤੁਹਾਨੂੰ ਤਾਂ ਵੀ ਬੈਡ ਨਹੀਂ ਆ, ਪਰ ਜੇ ਤੁਹਾਨੂੰ ਡੈਟ ਤੁਹਾਨੂੰ ਜਦੋਂ ਕਈ 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 ਬਿਜ਼ਨਸ ਨੇ ਵੀਰੇ ਜਿਨ੍ਹਾਂ ਦੇ ਵਿੱਚ ਤੁਹਾਡੀ ਕਹਿ ਵੀ ਟਰਨਓਵਰ ਜ਼ਿਆਦਾ ਹੁੰਦੇ ਪਰ ਮਾਰਜਨਲ ਕੈਪ ਥੋੜਾ ਜਿਹਾ ਘੱਟ ਹੁੰਦਾ ਗਾ, ਉਹਦੇ ਵਿੱਚ ਤੁਹਾਨੂੰ ਦੇਖਣਾ ਪੈਣਾ ਜੇ ਤੁਸੀਂ ਉੱਥੇ ਲੈ ਰਹੇ ਹੋਗੇ ਤਾਂ ਤੁਹਾਨੂੰ ਦੇਖਣਾ ਪੈਣਾ ਤੁਹਾਡੇ ਨੰਬਰ ਕ੍ਰੈਸ਼ ਹੋ ਰਹੇ ਨੇ ਕਿ ਨਹੀਂ।
ਆਪਾਂ ਉਹਨੂੰ ਚਲਾਉਂਦੇ ਨੀ ਜਾਂ ਚਲਾਉਣ ਦਾ ਹਿਸਾਬ ਨੀ ਹੁੰਦਾ। ਮੈਂ ਕਹਿੰਦਾ ਉਹ ਪਲਾਟ ਕਦੇ ਬੰਦ ਨਾ ਕਰੋ, ਰੱਖੋ। ਜਿਵੇਂ ਹੁਣ ਮੇਰੇ ਕੋਲ ਵੀ ਹੈਗਾ, ਮੈਂ ਕੀ ਕੀਤਾ, ਤੁਹਾਡੀ ਇੱਕ ਸਾਰੇ ਲਈ ਬਹੁਤ ਵਧੀਆ ਐਡਵਾਈਸ ਰਹੂਗੀ ਇਹ, ਜੇ ਬੰਦਾ ਸੋਚੂ। ਨੈਟਫਲਿਕਸ ਆ ਤੁਹਾਡੀ, ਐਮਾਜ਼ੋਨ ਪ੍ਰਾਈਮ ਆ, ਐਕਸ ਵਾਈ ਜ਼ੈਡ, ਕੋਈ ਵੀ ਤੁਹਾਡੀ ਸਬਸਕ੍ਰਿਪਸ਼ਨ ਆ, ਤੁਹਾਡੀ ਤੁਹਾਨੂੰ ਪਤਾ ਵੀ ਛੋਟੀ ਅਮਾਊਂਟ ਜਾਣੀ ਆ ਬਟ ਫ੍ਰੀਕੁਐਂਟਲੀ ਜਾਣੀ ਆ, ਜਾਂ ਤੁਸੀਂ ਕੋਈ ਆਨਲਾਈਨ ਟ੍ਰਾਂਜੈਕਸ਼ਨ ਕਰਨੀ ਆ, ਮੈਂ ਉਹਦੇ ਲਈ ਅਸੂਲ ਰੱਖਿਆ, ਮੈਂ ਉਹ $1,000 ਵਾਲਾ ਹੀ ਕਾਰਡ ਰੱਖਦਾ ਉਹਦੇ ਲਈ। ਅੱਛਾ, ਜੇ ਤੁਹਾਡੀ ਕੋਈ ਪ੍ਰਾਈਵੇਸੀ, ਮੰਨ ਲਓ ਤੁਹਾਡਾ ਕਾਰਡ ਨੰਬਰ ਜਾਂ ਕੁਛ, ਤੁਹਾਨੂੰ ਨਹੀਂ, ਕਈ ਵਾਰ ਸਿਕਿਓਰ ਵੈਬਸਾਈਟ ਹੁੰਦੀ ਤੁਸੀਂ ਕੁਛ ਪਰਚੇਸ ਕਰਨਾ ਹੁੰਦਾ ਜੀ, ਤਾਂ ਤੁਹਾਡੇ ਕੋਲ ਫਿਰ ਵੀ ਲਿਮਿਟ ਘੱਟ ਵਾਲਾ ਕਾਰਡ ਉੱਥੇ, ਤੁਸੀਂ ਉਹ ਕੋਹਨੂੰ ਉਹਦੇ ਵਾਸਤੇ ਰੱਖੋ। ਬਿਲਕੁਲ, ਜੇ ਤੇ ਹੋ ਗਿਆ ਤਾਂ ਦੂਸਰਾ ਕਾਰਡ ਮੇਰੇ ਕੋਲ ਹੈਗਾ ਜਿਹਦੀ ਵੱਡੀ ਲਿਮਿਟ ਵਾਲਾ, ਉਹ ਮੈਂ ਕਦੇ ਆਨਲਾਈਨ ਫਿਲ ਹੀ ਨਹੀਂ ਕਰਦਾ। ਬਿਲਕੁਲ, ਇਹ ਵੀ ਇੱਕ ਵਧੀਆ ਚੀਜ਼ ਹੈ। ਔਰ ਦੂਜੀ ਗੱਲ, ਕਹਿੰਦੇ ਜਿਹੜਾ ਡੈਬਿਟ ਕਾਰਡ ਹੁੰਦਾ ਉਹਨੂੰ ਕਦੇ ਨਾ ਯੂਜ਼ ਕਰੋ, ਡੈਬਿਟ ਕਾਰਡ ਨੂੰ, ਰਾਈਟ, ਆਨਲਾਈਨ ਟ੍ਰਾਂਜੈਕਸ਼ਨ ਵਾਸਤੇ, ਕਿਉਂਕਿ ਜਿਹੜੀ ਆਪਣੀ ਇਹਦੀ ਪ੍ਰੋਟੈਕਸ਼ਨ ਹੁੰਦੀ ਆ, ਤੁਸੀਂ ਜੇ ਉਹਨੂੰ ਚੈਲੰਜ ਕਰ ਸਕਦੇ ਹੋ, ਹੈ ਸਕੈਮ ਹੋ ਜਾਂ ਕ੍ਰੈਡਿਟ ਕਾਰਡ ਦੇ ਉੱਪਰ, ਰਾਈਟ, ਜੇ ਤੁਸੀਂ ਪੇ ਨਹੀਂ ਕਰਨਾ ਹੈਗਾ, ਰਾਈਟ। ਸੋ ਕਾਲ ਡਿਸਕਨੈਕਟ ਹੋ ਗਈ, ਨੈਕਸਟ ਕਾਲ ਚੱਕ ਲਈ ਫਿਰ। ਹਰਜੋਤ, ਹਾਂਜੀ, ਨੰਗੇ ਹੋ ਵੀਰੇ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਵੀਰੇ, ਤੁਸੀਂ ਦੱਸੋ ਕਿੱਦਾਂ, ਕੀ ਹਾਲ ਚਾਲ ਨੇ? ਵਧੀਆ 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 ਬਾਈ, ਬਹੁਤ ਵਧੀਆ ਟੌਪਿਕ ਅੱਜ ਦਾ ਆਪਣਾ ਹੈ ਨਾ। ਤੇ ਇੱਕ ਬਾਈ ਮੈਂ ਦੱਸਣੀ, ਮਤਲਬ ਆਪਣਾ ਈਕੋਫਿਕਸ ਤੇ ਇੱਕ ਫ੍ਰੀ ਵਾਲਾ ਅਕਾਊਂਟ ਹੁੰਦਾ ਹੈ ਨਾ ਜੀ, ਤੇ ਉਹ ਸਭ ਤੋਂ ਬੈਸਟ ਆ ਜਿੰਦਗੀ ਟਰੈਕ ਕਰਨਾ। ਟਰਾਂਸ ਯੂਨੀਅਨ ਤੇ ਪੇਡ ਹੁੰਦਾ, ਤੇ ਜਿਹੜਾ ਬਾਈ ਪਹਿਲਾਂ ਬਰੋਵਾਲ ਵਾਲਾ ਕਹਿੰਦੇ ਸੀਗੇ, ਉਹ ਮਤਲਬ ਕ੍ਰੈਡੀਬਲ ਨੀ ਹੈਗਾ, ਉਹਨਾਂ ਦਾ ਕੋਈ ਪਤਾ ਨੀ, ਉਹ ਕਦੇ ਕੁਛ ਦਿਖਾਉਣ ਤੇ ਕਦੇ ਕੁਛ ਦਿਖਾਉਂਦੇ ਹਨ, ਮਤਲਬ ਉਹ ਵੀ ਟਰੈਕ, ਮਤਲਬ ਤੁਹਾਡੇ ਕੋਲੇ ਜਾਂ ਐਪ ਰਾਹੀਂ ਕਰਦੇ ਆ ਕਿਦਾਂ? ਅੱਛਾ ਹਰਜੋਤ, ਇਹ ਤਾਂ ਚਲੋ ਟੈਕਨੀਕਲ ਗੱਲਾਂ ਆ, ਪਰਸਨਲੀ ਕਿੰਨਾ ਕੁ ਲੋਨ ਚੱਕਣਾ, ਕ੍ਰੈਡਿਟ ਚੱਕਣਾ ਕੰਫਰਟੇਬਲ ਹੋਏਗਾ, ਮਤਲਬ ਕਿੰਨਾ ਕੁ ਲੈਣਾ ਚਾਹੀਦਾ ਬੰਦੇ ਨੂੰ? ਫਿਰ ਵੀ ਕਿੰਨਾ ਕੁ ਵੱਡਾ, 2-3 ਮਿਲੀਅਨ ਦਾ ਬੰਦੇ ਦਾ ਲੋਨ ਹੋਣਾ ਹੀ ਚਾਹੀਦਾ, ਫਿਰ ਬੰਦੇ ਨੂੰ ਕੰਫੀਡੈਂਸ ਜਿਹਾ ਫੀਲ ਕਰਦਾ। ਨਹੀਂ ਫਿਰ ਲੋਨ ਲੋਨ ਵੱਡਾ ਹੋਵੇ ਤਾਂ ਫਿਰ ਬੈਂਕ ਵਾਲੇ ਵੀ ਫੋਨ ਕਰਕੇ ਚੈੱਕ ਕਰਦੇ ਵੀ ਠੀਕ ਠਾਕ ਤੁਸੀਂ ਬੰਦਾ ਹੈਗਾ ਨਾ। ਬਿਲਕੁਲ, ਕਾਫੀ ਸਾਰੀ ਕਾਲਾਂ ਵੱਜ ਰਹੀਆਂ ਜੀ। ਇੱਕ ਭਾਈ ਜਿਹੜਾ ਆਪਣਾ ਕ੍ਰੈਡਿਟ ਕਾਰਡ ਹੁੰਦਾ, ਇਹ ਭਾਈ ਆਪਾਂ ਨੂੰ ਜ਼ਰੂਰ ਚੂਜ਼ ਕਰਨਾ ਚਾਹੀਦਾ ਹੈ ਨਾ,
ਕਿਉਂਕਿ ਇਹਦੇ ਵਿੱਚ ਜਿਹੜੇ ਆਪਣੇ ਪੁਆਇੰਟਸ ਵਾਲੇ ਆਪਸ਼ਨ ਨੇ ਨਾ ਕਈ ਬਹੁਤ ਵਧੀਆ ਵਧੀਆ ਦਿੰਦੇ ਨੇ ਹੁਣ ਟੀ ਡੀ ਵਾਲੇ 1,00,000 ਪੁਆਇੰਟ ਤੱਕ ਦਾ ਆਪਸ਼ਨ ਦੇ ਰਹੇ ਆ ਹਨਾ ਉਹ ਆਈ ਥਿੰਕ $2,000 ਉਹਦੀ ਕੈਸ਼ ਵੈਲਿਊ ਆ ਹਨਾ ਸੋ ਬੇਸਿਕਲੀ ਜਿਹੜਾ ਕ੍ਰੈਡਿਟ ਕਾਰਡ ਆ ਕਦੇ ਵੀ ਇੱਦਾਂ ਨਾ ਯੂਜ਼ ਕਰੋ ਕਿ ਅੱਛਾ ਇਹ ਫ੍ਰੀ ਆ ਤੇ ਇਹ ਲੈ ਲਓ ਇਹਦੀ ਪੇਮੈਂਟ ਦੀ ਇਹ ਦੇਖੋ ਕਿ ਉਹ ਤੁਹਾਨੂੰ ਦੇ ਕੀ ਰਹੇ ਆ ਪੁਆਇੰਟਾਂ ਦੇ ਵਿੱਚ ਕੀ ਦੇ ਰਹੇ ਆ ਜੀ ਬਹੁਤ ਇੰਪੋਰਟੈਂਟ ਆ ਜੇ ਤੁਸੀਂ ਜ਼ਿਆਦਾ ਸਪੈਂਡ ਕਰਦੇ ਹੋ ਕਾਰਡ ਤੋਂ ਤੁਸੀਂ 2,000-4,000 ਈਵਨ ਜੇ ਤੁਸੀਂ ਬਿਜ਼ਨਸ ਦੇ ਵਿੱਚ ਯੂਜ਼ ਕਰਦੇ ਹੋ ਤੁਸੀਂ ਈਵਨ $10,000-15,000 ਤੱਕ ਵੀ ਬਣਾ ਸਕਦੇ ਹੋ ਡਿਪੈਂਡ ਅਪਾਨ ਯੋਰ ਟ੍ਰਾਂਜੈਕਸ਼ਨ ਹਨਾ ਬਿਲਕੁਲ ਆਪਣਾ ਕ੍ਰੈਡਿਟ ਕਾਰਡ ਜ਼ਰੂਰ ਯੂਜ਼ ਕਰੋ ਵੀ ਮੰਨ ਲਓ ਫੀਸ ਦੇਖੋ ਤੁਹਾਨੂੰ ਦੇ ਕੀ ਰਿਹਾ ਜੇ ਇਹ ਨਾ ਥੈਂਕ ਯੂ ਸਾਡੀ ਫੀਸ ਕਿੰਨੀ ਆ ਥੈਂਕ ਯੂ ਜੋ ਵੀ ਥੈਂਕ ਯੂ ਤਿੰਨ ਕਾਲਾਂ ਵੱਜ ਰਹੀਆਂ ਵੀਰੇ ਥੈਂਕ ਯੂ ਜੀ ਥੈਂਕ ਯੂ ਹਾਂਜੀ 282 ਤੁਸੀਂ ਆਨ ਰਹੇ ਹੋ ਜੀ ਹੈਲੋ ਹਾਂਜੀ ਭਾਜੀ ਹਾਂਜੀ ਮੈਂ ਇੱਕ ਕੁਐਸਚਨ ਹੈ ਆਪਣਾ ਲਿਬਰਲ ਗਵਰਨਮੈਂਟ ਨੇ ਜੀ GST ਐਡਜਸਟੀ ਖਤਮ ਕੀਤਾ ਉਹਨਾਂ ਚਲੋ ਬਿਲਡਿੰਗਾਂ ਤੋਂ ਜੀ ਇਹ ਚ ਆਮ ਬੰਦੇ ਨੂੰ ਕੀ ਫਾਇਦਾ ਹੋਏਗਾ ਮਾਰਕੀਟ ਚ ਵਾਧਾ ਆ ਸਕੇ ਰਾਈਟ ਬਈ ਇਹ ਵੀ ਥੋੜਾ ਜਿਹਾ ਚੀਪ ਲਾ ਦੇਣਗੇ ਇਹ ਭਾਜੀ ਹੁਣ ਗਾਹ ਇਹਨਾਂ ਦਾ ਕੀ ਜੀ ਨਹੀਂ ਇਹ ਪ੍ਰਾਈਜ਼ਿੰਗ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੋ ਸਕਦਾ ਭਾਅ ਜੀ ਜਿੱਦਾਂ ਲੈਸੇ ਉਹਨੂੰ ਲੈਸੇ 50,000 ਕੋਸਟ ਘੱਟ ਪੈ ਗਈ GST ਕਰਕੇ ਉਹਨੂੰ ਇੱਕ ਯੂਨਿਟ ਦੀ ਰਾਈਟ ਸੋ ਹੋ ਸਕਦਾ ਉਹ 50,000 ਡਿਸਕਾਊਂਟ ਦੇ ਦੇਵੇ ਬੰਦੇ ਕਿਉਂਕਿ ਉਹਦੀ ਪ੍ਰੋਫਿਟੇਬਿਲਿਟੀ ਤਾਂ ਉਨੀ ਮੇਨਟੇਨ ਹੋਗੀ ਨਾ ਤੇ ਹੋ ਸਕਦਾ ਉਹਨੂੰ 50,000 ਬੇਸਿਕਲੀ ਭਾਅ ਜੀ ਰੈਂਟਲ ਯੂਨਿਟਸ ਦੇ ਉੱਤੇ ਲਗਾ ਰਹੇ ਆ GST ਨਾ ਜਿਹੜੀਆਂ ਰੈਂਟਲ ਯੂਨਿਟਾਂ ਨੇ ਮੈਨੂੰ ਲੱਗਦਾ ਉਹਦਾ ਪਰ ਮੈਂ ਰੈਂਟ ਨਹੀਂ ਘਟੇਗਾ ਨਾ ਨਹੀਂ ਰੈਂਟ ਇਹਦਾ ਮਤਲਬ ਇਹ ਹੋਏਗਾ ਕਿ ਜੇ ਅੱਜ 10 ਘਰ ਰੈਂਟ ਤੇ ਆ ਤਾਂ ਹੁਣ ਜਦੋਂ 20-25 ਘਰ ਆ ਗਏ ਤਾਂ ਓਬੀਅਸਲੀ ਫਿਰ ਜਦੋਂ ਇਨਵੈਂਟਰੀ ਵੱਧ ਜਾਂਦੀ ਹੈ ਮਾਰਕੀਟ ਦੇ ਵਿੱਚ ਤਾਂ ਉਹ ਅਕਸਰ ਇਦਾਂ ਹੁੰਦਾ ਕਿ ਫਿਰ ਉਹ ਰੈਂਟ ਘਟਾਉਣਾ ਪੈਂਦਾ ਜੇ ਬੰਦੇ ਨੇ ਰੈਂਟ ਆਊਟ ਕਰਨਾ ਪਰ ਰੈਂਟ ਤਾਂ ਫਿਰ ਉਹਨੂੰ ਡਿਵੈਲਪਰ ਹੀ ਕੰਟਰੋਲ ਕਰੂਗਾ ਨਾ ਫਿਰ ਉਹਦੇ ਤੇ ਵੀ ਕੈਪ ਕੁਪ ਤਾਂ ਕਰਨਗੇ ਕੋਈ ਨਾ ਕੋਈ ਸ਼ੁੱਡ ਬੀ ਕਿ ਜੇ ਉਹਨਾਂ ਨੂੰ ਡਿਸਕਾਊਂਟ ਦਿੱਤਾ ਤਾਂ ਉਹਨਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਪਰ ਇਹਦੇ ਤੇ ਹੁਣ ਕਾਫੀ ਡਿਟੇਲ ਹੈਗੀ ਕਿ ਇਹਨਾਂ ਦੀ ਰਿਪੋਰਟ ਪੜ੍ਹਨੀ ਪੈਣੀ ਹੈ ਹਜੇ ਪੜ੍ਹੀ ਨਹੀਂ ਭਾਜੀ ਉਹ ਪਤਾ ਪੜ੍ਹ ਕੇ ਪਤਾ ਲੱਗੂਗਾ ਕੀ ਕਹਿ ਰਹੇ ਨੇ ਇਹ ਜੀ ਸਿੰਗਲ ਫੈਮਿਲੀ ਹੋਮ ਤੇ ਘਰ ਦੇ ਆਮ ਬੰਦੇ ਨੂੰ ਫਾਇਦਾ ਮਿਲਦਾ ਹੈ ਤੇ ਬਿਲਡਰਾਂ ਨੂੰ ਫਿਰ ਫਾਇਦਾ ਪਹੁੰਚਾ ਸਕਦਾ ਉਹ ਕਹਿੰਦਾ ਪੰਜਾਬੀ ਚ ਅੰਨਾ ਵੰਡੇ ਦੀ ਓੜੀਆਂ ਮੁੜ ਮੁੜ ਕੇ ਆਪਣਿਆਂ ਨੂੰ ਫਿਰ ਉਹ ਆਪਣਾ ਫੋਰਡ ਗਵਰਨਮੈਂਟ ਨੇ ਬਿਲਡਰਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਉਹ ਗ੍ਰੀਨ ਬੈਲਟ ਕੀਤੀ ਇਹਨਾਂ ਨੇ ਫਿਰ ਬਿਲਡਰਾਂ ਨੂੰ ਫਾਇਦਾ ਪਹੁੰਚਾਈ ਜਾਂਦੇ ਨੇ ਬਿਲਡਰਾਂ ਦੀ ਬਹੁਤ ਵਧੀਆ ਲੌਬੀ ਹੈ ਜੀ ਪਹਿਲਾਂ ਵੀ ਬਹੁਤ ਵਾਰੀ ਆਪਾਂ ਚੈਨਲ ਤੇ ਕਹਿ ਚੁੱਕੇ ਆ ਬਹੁਤ ਤਕੜੀ ਲੌਬੀ ਹੈਗੀ ਹੈ ਤੇ ਕੈਨੇਡਾ ਦੇ ਵਿੱਚ ਜਿਹੜੇ ਰਨ ਕਰਦੇ ਆ ਗਵਰਨਮੈਂਟ ਨੂੰ ਸੋ ਇਹ ਇਹ ਬਿਲਕੁਲ ਜਾਇਜ਼ ਗੱਲ ਆ ਜਿਹੜੀ ਤੁਸੀਂ ਕਹੀ ਆ ਕਿਤੇ ਨਾ ਕਿਤੇ ਇੰਟਰਸਟ ਤਾਂ ਇਹੀ ਹੁੰਦਾ ਹੈ ਹੋਰ ਬਹੁਤ ਤਰੀਕੇ ਸੀਗੇ ਵੀ ਲੋਕਾਂ ਨੂੰ ਰਾਹਤ ਦੇਣ ਦੇ ਰੈਂਟ ਰੈਂਟ ਸਬਸਿਡੀ ਸਿੱਧੀ ਦੇ ਦਿੰਦੇ ਲੋਕਾਂ ਨੂੰ ਠੀਕ ਹੈ ਨਾ ਵੀ ਤੁਸੀਂ ਰੈਂਟ ਤੇ ਕਦੇ ਘੱਟ ਹੋਣਾ ਹੀ ਨਹੀਂ ਅਗਰ ਆਪਣਾ ਬਿਲਡਰ ਨੇ ਯਾਨੀ ਕਿ ਵੱਡੇ ਜਿਹੜੇ ਨੇ ਇਨਵੈਸਟਰ ਨੇ ਉਹਨਾਂ ਦੀ ਬਿਲਡਿੰਗਾਂ ਨੇ ਉਹਨਾਂ ਦੇ 10 ਖਾਲੀ ਪਏ ਰਹਿਣਗੇ ਉਹਨਾਂ ਰੈਂਟ ਨਹੀਂ ਘਟਾਉਣਾ ਜੋ ਮਰਜ਼ੀ ਕਰ ਲਓ ਬਿਲਕੁਲ ਤੁਸੀਂ ਦੇਖ ਲਓ ਇੱਥੇ ਆਪਣਾ ਸੈਂਟ ਕਲੇਅਰ ਤੇ ਇਗਲਿੰਗਟਨ ਤੇ ਇੰਨੇ ਅਪਾਰਟਮੈਂਟ ਬਣੇ ਨੇ ਸਭ ਰੈਂਟਲ ਬਣ ਰਹੇ ਨੇ ਉਹ ਖਾਲੀ ਪਏ ਨੇ ਇਨਸੈਂਟਿਵ ਦੇ ਦੋ ਦੋ ਮਹੀਨੇ ਰੈਂਟ ਫ੍ਰੀ ਲੈ ਲਓ ਜਮਾਖੋਰੀ ਨੀ ਹੁੰਦੀ ਜਮਾਖੋਰੀ ਕਰਕੇ ਲੋਕ ਰੇਟ ਵਧਾਉਂਦੇ ਸੀ ਚੀਜ਼ਾਂ ਦੇ ਇਹ ਵੀ ਹੁਣ ਉਸੇ ਲਾਈਨ ਨੂੰ ਆਪਾਂ ਕਹਿ ਸਕਦੇ ਉਹੀ ਚੀਜ਼ ਕਰ ਰਹੇ ਨੇ ਇਹ ਤੇ ਜੇ ਇੰਨਾ ਚਿਰ ਉਹਨਾਂ ਨੂੰ ਪੀਨਲਾਈਜ਼ ਨਹੀਂ ਕਰਦੇ ਵੀ ਤੁਸੀਂ ਫ੍ਰੀ ਯੂਨਿਟਾਂ ਨਹੀਂ ਰੱਖ ਸਕਦੇ ਤੇ ਉਹਨਾਂ ਚਿਰ ਭਾਜੀ ਅਸਲ ਦੇ ਵਿੱਚ ਨਾ ਮੈਨੂੰ ਲੱਗਦਾ ਕਿ ਜਦੋਂ ਕੋਈ ਵੀ ਇਹ ਪਾਲਿਸੀਜ਼ ਪ੍ਰਪੋਜ਼ ਕਰਦੇ ਆ ਨਾ ਉਹਨਾਂ ਦੇ ਇੱਕ ਕੰਕਰੀਟ ਜਿਵੇਂ ਆਪਾਂ ਵਰਕ ਫਲੋ ਨਹੀਂ ਬਣਾਉਂਦੇ ਹੁੰਦੇ ਹਨਾ ਕਿ ਕੋਈ ਵੀ ਤੁਸੀਂ ਚੀਜ਼ ਕੋਈ ਵੀ ਕੰਮ ਕਰ ਰਹੇ ਹਾਂ ਤਾਂ ਐਂਡ ਤੇ ਜਾ ਕੇ ਤੁਹਾਨੂੰ ਇਹ ਚੀਜ਼ ਨਾ ਇੱਦਾਂ ਫਾਇਦਾ ਹੋਏਗਾ ਕਿ ਪਹਿਲਾਂ ਇਹ ਸੈਕਸ਼ਨ ਹੋਏਗਾ ਫਿਰ ਇਹ ਕੰਪਲੀਟ ਹੋਏਗਾ ਫਿਰ ਐਂਡ ਦਾ ਡੇ ਜਿਹੜਾ ਤੁਹਾਡਾ ਰਿਜ਼ਲਟ ਆ ਉਹ ਨਿਕਲੇਗਾ ਇੱਕ ਇੱਦਾਂ ਦੀ ਕੋਈ ਨਾ ਕੋਈ ਇਹਨਾਂ ਨੂੰ ਪਬਲਿਕ ਪਾਲਿਸੀ ਦੇ ਉੱਤੇ ਬਣਾਉਣੀ ਚਾਹੀਦੀ ਹੈ ਕਿ ਜਿਹੜਾ ਬੰਦਾ ਨੂੰ ਹੁਣ ਤੁਸੀਂ ਪਾਲਿਸੀ ਬਣਾ ਦਿੱਤੀ GST HST ਓਕੇ ਰਿਪੀਟ ਦਿੱਤਾ ਪਰ ਇਹਦੇ ਵਿੱਚ ਆਪਾਂ ਕੱਢ ਕੀ ਰਹੇ ਐਂਡ ਦਾ ਡੇ ਰਾਈਟ ਕਿ ਤੁਸੀਂ ਕਿਹੜੇ ਬੰਦੇ ਨੂੰ ਜ਼ਿਆਦਾ ਫਾਇਦਾ ਹੋਏਗਾ ਕਿਵੇਂ ਹੋਏਗਾ ਹੁਣ ਆਮ ਬੰਦੇ ਨੂੰ ਜੇ ਤੁਸੀਂ ਦੱਸਤਾ ਹੁਣ 100% ਇਨਫੋਰਮੇਸ਼ਨ ਗਈ ਹੈ ਨਾ ਜੇ ਤੁਸੀਂ ਕੰਕਰੀਟ ਪਾਲਿਸੀ ਦਾ ਰਿਜ਼ਲਟ ਦੇ ਰੂਪ ਦੇ ਵਿੱਚ ਜੋ ਤੁਸੀਂ ਪ੍ਰਪੋਜ਼ ਕਰ ਰਹੇ ਹੋ ਤੁਸੀਂ ਸਾਰਿਆਂ ਨੂੰ ਪ੍ਰੈਜੈਂਟ ਕਰੋ ਕਿ ਭਾਈ ਜੀ ਆਹ ਅਸੀਂ ਡਿਸੀਜਨ ਲੈ ਰਹੇ ਹਾਂ ਪਾਲਿਸੀ ਬਣਾ ਰਹੇ ਹਾਂ ਤੇ ਇਹਦੇ ਨਾਲ ਤੁਹਾਨੂੰ ਇਹ ਫਾਇਦਾ ਹੋਏਗਾ ਆਹ ਲਈ ਤੁਸੀਂ ਡਾਇਗਰਾਮ ਦੇਖੋ
ਇਹਦੇ ਵਿੱਚ ਆਹ ਚੀਜ਼ਾਂ ਅਸੀਂ ਪ੍ਰਪੋਜ਼ ਕਰ ਰਹੇ ਹਾਂ। ਹੁਣ ਜਦੋਂ ਆਪਾਂ ਇਕੱਲੀ ਇੱਕ ਨਿਊਜ਼ ਆ ਜਾਂਦੀ ਵੀ HSC ਡਿਬੇਟ, ਹੁਣ ਅੱਧੇ ਨੂੰ ਤਾਂ ਪਤਾ ਹੀ ਲੱਗਦਾ ਕਿ ਇਹ ਕੀ ਹੋਇਆ। ਬਿਲਕੁਲ ਰਾਈਟ, ਇਹਦਾ ਕੀ ਫਾਇਦਾ ਹੋਏਗਾ, ਕਿਵੇਂ ਫਾਇਦਾ ਹੋਏਗਾ, ਰਾਈਟ? ਸੋ ਡਿਟੇਲ ਬਾਅਦ ਚ ਆਉਂਦੀ ਆ, ਹੌਲੀ ਹੌਲੀ ਦੇਖੋ। ਅੱਛਾ ਭਾਜੀ, ਅੱਜ ਦਾ ਟੋਪਿਕ ਡੈਟ ਦਾ ਹੈਗਾ, ਤੇ ਡੈਟ ਕਿੰਨਾ ਕੁ ਹੋਣਾ ਚਾਹੀਦਾ ਆਮ ਬੰਦੇ ਤੇ, ਕਿੰਨਾ ਕੁ ਲੈਣਾ ਚਾਹੀਦਾ, ਔਰ ਕਿਸ ਤਰ੍ਹਾਂ ਦਾ ਡੈਟ ਜ਼ਿਆਦਾ ਪ੍ਰੀਫਰਡ ਹੋਣਾ ਚਾਹੀਦਾ? ਜਿੰਨਾ ਤੁਸੀਂ ਹੈਂਡਲ ਕਰ ਸਕਦੇ ਹੋ, ਮਤਲਬ ਹੈ ਨਾ, ਕੰਫਰਟੇਬਲੀ। ਥੈਂਕ ਯੂ ਜੀ, ਥੈਂਕ ਯੂ। ਸੋ ਬਿਲਕੁਲ ਗੱਲ ਫਿਰ ਉਹੀ ਡੈਟ 'ਤੇ ਚੱਲਦੀ ਹੈ। ਬੜਾ ਇਹ ਕਿਹੜਾ ਸਬਜੈਕਟਿਵ ਜਿਹਾ ਹੈਗਾ, ਕਿਸੇ ਦੀ ਐਪੀਟਾਈਟ ਬਹੁਤ ਹੁੰਦੀ ਆ ਗੱਲ ਕਰਦੇ ਹੋ, ਤੁਸੀਂ ਕਰਦੇ ਕਿਉਂ ਡੈਟ ਨਾਲ? ਸੋ ਕਈਆਂ ਦੇ ਬਹੁਤ ਹੀ ਵਧੀਆ ਆਈਡੀਆ ਵੀ ਹੁੰਦੇ ਆ, ਸਮਟਾਈਮ ਡਜ਼ਨਟ ਵਰਕ ਆਊਟ, ਅਤੇ ਲੋਕ ਰਿਸਕ ਲੈਂਦੇ ਆ ਡੈਟ ਲੈ ਕੇ, ਐਂਡ ਡੈਟ ਲੈ ਕੇ ਫਿਰ ਬਿਜ਼ਨਸ ਕਰਦੇ ਆ, ਐਂਡ ਕਈ ਵਾਰ ਉਹਨਾਂ ਦਾ ਚੱਲਦਾ ਵੀ ਹੈਗਾ। ਸੋ ਪਰ ਮੈਨੂੰ ਲੱਗਦਾ ਨਾ ਕਿ ਭਾਅ ਜੀ ਫਲੋ ਹੁੰਦਾ ਨਾ, ਜਦੋਂ ਤੁਸੀਂ ਇੱਕ ਕਰਜ਼ਾ ਲੈ ਲੈਂਦੇ ਹਾਂ, ਉਸ ਤੋਂ ਬਾਅਦ ਇੱਕ ਜਿਵੇਂ ਹੁਣ ਇੱਕ 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 ਇੰਸਟੀਟਿਊਸ਼ਨ ਤੋਂ ਤੁਹਾਨੂੰ ਪੈਸਾ ਮਿਲ ਗਿਆ, ਉਹ ਪੈਸੇ ਨਾਲ ਤੁਸੀਂ ਕੀ ਬਾਏ ਕਰਦੇ ਆ, ਤੁਸੀਂ ਕਿੱਥੇ ਉਹ ਪੈਸਾ ਲਾਉਂਦੇ ਹੋ, ਉਹ ਡਿਟਰਮਿਨ ਕਰਦਾ ਕਿ ਤੁਹਾਡਾ ਡਾਟਾ ਉਹ ਬੈਡ ਆ ਜਾਂ ਗੁੱਡ ਆ, ਕਿ ਤੁਹਾਨੂੰ ਉਹ ਅੱਗੇ ਅਗਲੇ ਫਿਊਚਰ ਲੈਣੇ ਤੋਂ ਤੁਹਾਨੂੰ ਕਿੱਥੇ ਲੈ ਕੇ ਜਾਏਗਾ ਉਹ ਚੀਜ਼ ਨੂੰ। ਇਨਵੈਸਟਮੈਂਟ ਵਾਲਾ ਡੈਟ ਇਟ ਓਕੇ, ਇਟ ਵਰਕਸ ਓਨਲੀ ਜਦੋਂ ਤੁਹਾਡੀ ਰੀਅਲ ਵੈਲਿਊ 'ਤੇ ਕੋਈ ਸਹੀ ਜਗ੍ਹਾ 'ਤੇ ਤੁਸੀਂ ਕਰਦੇ ਹੋ, ਐਂਡ ਤੁਹਾਨੂੰ ਫਿਰ ਵੀ ROI ਜਿਹੜੀ ਹੈਗੀ ਓਵਰਆਲ ਤੁਹਾਨੂੰ ਲੱਗਦਾ ਵੀ 10-15 ਸਾਲ ਦੇ ਵਿੱਚ ਡਿਵਾਈਡ ਕਰਕੇ ਜਾਓਗੇ ਵੀ ਬੈਟਰ ਹੋਊਗੀ, ਜਿਵੇਂ ਤੁਸੀਂ ਇੰਟਰਸਟ ਰੇਟ ਪੇ ਕਰ ਰਹੇ ਹੋ ਜਾਂ ਬਾਕੀ ਜਿਹੜੀ ਕੋਸਟ ਹੋਗੀ ਆ ਉਸ ਇਨਵੈਸਟਮੈਂਟ ਦੀ, ਰਾਈਟ? ਬਟ ਜੇ ਤੁਸੀਂ ਇੱਕ ਬਿਜ਼ਨਸ ਨੂੰ ਕਰਨ ਵਾਸਤੇ ਡੈਟ ਲੈਂਦੇ ਹੋ, ਚਾਹੇ ਮਹਿੰਗੇ ਭਾਅ 'ਤੇ ਲੈਂਦੇ ਹੋ ਤੁਸੀਂ ਡੈਟ, ਉਹ ਕਰਨ ਕਈ ਵਾਰ ਵਰਕਆਊਟ ਹੋ ਜਾਂਦਾ ਬਹੁਤ ਵਧੀਆ, ਹੋ ਸਕਦਾ ਕਈ ਵਾਰ ਬਿਜ਼ਨਸ ਫੇਲ ਵੀ ਹੋ ਜਾਵੇ, ਅਤੇ ਲੋਕਾਂ ਨੂੰ ਲੱਗਦਾ ਹੁੰਦਾ ਵੀ ਨਹੀਂ ਬਿਜ਼ਨਸ ਵਾਲਾ ਰਿਸਕੀ ਆ, ਰਿਸਕੀ ਤਾਂ ਹੁੰਦਾ ਪਰ ਉਹਦੇ 'ਚ ਦੂਜੇ ਤਰੀਕੇ ਵੀ ਹੁੰਦੇ ਆ, ਜੇ ਤੁਸੀਂ ਤਰੀਕਾ ਅਪਣਾ ਕੇ ਪ੍ਰੋਪਰ ਤੁਸੀਂ ਕਾਰਪੋਰੇਸ਼ਨ ਕਰੋ ਵੀ ਤੁਹਾਡੀ ਪਰਸਨਲ ਲਾਇਬਿਲਿਟੀ ਨਾ ਬਣੇ ਉਹ ਚੀਜ਼, ਰਾਈਟ? ਜੇ ਫੇਲ ਵੀ ਹੋ ਜਾਂਦਾ ਤਾਂ ਤੁਹਾਡੇ ਹੱਥ ਖੜੇ ਆ, ਠੀਕ ਆ, ਤੁਹਾਡੀ ਉਹ ਕਾਰਪੋਰੇਸ਼ਨ ਦੇ ਨਾਲ ਹੀ ਹੈਗਾ ਲਿੰਕ ਸਾਰਾ ਕੁਛ, ਪਰ ਆਪ ਨੋਰਮਲੀ ਲੋਕ ਕਰਦੇ ਨਹੀਂ ਇੱਦਾਂ, ਅਤੇ ਪਰਸਨਲੀ ਲੋਨ ਚੱਕ ਕੇ ਆਪਦੇ ਉਹ ਕੰਮ ਕਰਦੇ ਨੇ, ਫਿਰ ਉਹਦੇ ਵਿੱਚ ਰਿਸਕ ਜ਼ਿਆਦਾ ਹੋ ਜਾਂਦਾ ਹੈ ਆਫਕੋਰਸ। ਸੋ ਜਦੋਂ ਬਿਜ਼ਨਸ ਕਰਦੇ ਹੋ ਫਿਰ ਮੈਨੂੰ ਲੱਗਦਾ ਜੇ ਉਹ ਚੀਜ਼ ਵਰਕਆਊਟ ਹੋ ਜਾਂਦੀ ਹੈ ਫਿਰ ਡੈਟ ਤੋਂ ਕਈ ਗੁਣਾ ਰਿਟਰਨ ਜਨਰੇਟ ਕਰ ਸਕਦਾ ਆ, ਬਟ ਜਿਹੜੀ ਇਨਵੈਸਟਮੈਂਟ ਦੇ ਵਿੱਚ ਹੁੰਦੀ ਆ ਰਿਟਰਨ ਕਈ ਵਾਰ ਹੋ ਜਾਂਦੀ ਹੈ ਬਟ ਰਾਈਟ ਵੈਲਿਊ 'ਤੇ ਅਗਰ ਤੁਸੀਂ ਉਹਨੂੰ ਪਿੱਕ ਕਰਦੇ ਹੈਗੇ ਉਹ ਚੀਜ਼ ਨੂੰ, ਰਾਈਟ? ਸੋ ਇਹ ਮੈਨੂੰ ਲੱਗਦਾ ਵੱਡਾ ਡਿਫਰੈਂਸ ਆ, ਜੋ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਡੈਟ ਲੈਣ ਵੇਲੇ ਵੀ ਕਾਹਦੇ ਵਾਸਤੇ ਡੈਟ ਲੈ ਰਹੇ ਹਾਂ, ਜਿਹੜੀ ਸਪੈਂਡਿੰਗ ਵਾਸਤੇ ਡੈਟ ਲੈ ਰਹੇ ਹਾਂ, ਦੈਟ ਇਜ਼ ਅ ਵਰਸਟ ਥਿੰਗ ਯੂ ਕੈਨ ਡੂ, ਐਂਡ ਓਨਲੀ ਜੇ ਤੁਸੀਂ ਕਰਨਾ ਤਾਂ ਸਿਰਫ ਆਪਣਾ ਕ੍ਰੈਡਿਟ ਸਕੋਰ ਬਣਾਉਣ ਵਾਸਤੇ ਕਰਨਾ ਚਾਹੀਦਾ, ਦੈਟਸ ਇਟ ਆਈ ਗੈਸ ਜੀ। ਸੋ ਕਾਲ ਆ ਗਈ ਜੀ, ਕਾਲ ਲੈ ਲੈਂਦੇ ਹਾਂ। ਮੈਂ 922 ਤੁਸੀਂ ਆਨਲਾਈਨ ਹੋ ਜੀ? ਹਲੋ ਹਾਂਜੀ, ਸਭ ਤੇ ਭਾਜੀ ਕੀ ਹਾਲ ਹੈ? ਬਹੁਤ ਵਧੀਆ ਭਾਜੀ, ਤੁਸੀਂ ਦੱਸੋ ਠੀਕ ਠਾਕ ਹੋ? ਬਹੁਤ ਵਧੀਆ ਜੀ ਭਾਈ। ਭਾਜੀ ਡੈਟ ਦੀ ਤੁਸੀਂ ਗੱਲਾਂ ਕਰ ਰਹੇ ਵੈਸੇ ਤਾਂ ਡੈਟ ਮਾੜਾ ਹੀ ਹੁੰਦਾ ਨਾ ਬਾਈ, ਜਿੱਦਾਂ ਪੁਰਾਣੇ ਤਾਂ ਅਗਰ ਮੈਂ ਆਪਣੇ ਡੈਡੀ ਉਹਨਾਂ ਨੂੰ ਯਾਦ ਮਤਲਬ ਗੱਲਾਂ ਯਾਦ ਕਰਾਂ, ਮੈਂ ਉਹਨਾਂ ਨੇ ਕਹਿਣਾ ਜੇ ਪੈਸੇ ਹੋਊਗੇ ਫਿਰ ਕੰਮ ਕਰ ਲਾਂਗੇ, ਲੋਨ ਨਹੀਂ ਚੱਕਣਾ, ਘਰ ਪਾਉਣਾ ਤਾਂ ਪੈਸੇ ਜਦ ਇਕੱਠੇ ਕਰ ਲਾਂਗੇ ਤਾਂ ਪਾ ਲਾਂਗੇ, ਪਹਿਲਾਂ ਤਾਂ ਗੱਲ ਮੇਰੇ ਖਿਆਲ ਨਾਲ ਉਹ ਉੱਚ ਬੰਦਾ ਜ਼ਿਆਦਾ ਟੈਨਸ਼ਨ ਫਰੀ ਰਹਿੰਦਾ ਹੁੰਦਾ ਜੀ। ਮੈਂ ਬਾਈ ਦੱਸਾਂ, ਮੈਂ ਤਾਂ ਨਾ 2010 ਚ ਸਟੂਡੈਂਟ ਆਇਆ ਸੀ, ਉਸ ਵੇਲੇ ਤੁਹਾਨੂੰ ਸ਼ਾਇਦ ਪਤਾ ਹੋਵੇ ਇੱਕ SPP ਪ੍ਰੋਗਰਾਮ ਚੱਲਦਾ ਸੀ, ਉਸ 'ਚ ਹੁੰਦਾ ਕਿ ਸਾਨੂੰ ਲੋਨ ਲੈ ਕੇ ਹੀ ਲੈਣਾ ਹੀ ਪੈਂਦਾ ਸੀ, ਹਨਾ, ਜਾਂ ਕੈਨੇਡਾ ਲਈ ਸਟੂਡੈਂਟ ਫਾਈਲ ਲਾਈ ਦੀ ਸੀ, ਉਹ 'ਚ ਹੁੰਦਾ ਸੀਗਾ ਮੇਰੇ ਖਿਆਲ ਨਾਲ 8 ਜਾਂ 10 ਲੱਖ ਦਾ ਲੋਨ ਮੈਂਡੇਟਰੀ ਸੀ ਜਿਹੜਾ ਚੱਕਣਾ ਪੈਂਦਾ ਸੀ, ਤਾਂ ਉਸ ਵੇਲੇ ਕਰਦੇ ਹੁੰਦੇ ਸੀਗੇ ਕਿ ਉਹ ਲੋਨ 'ਚ ਹੀ ਪਹਿਲੀ ਫੀਸ ਭੇਜੋ ਤਾਂ ਕਿ ਐਮਐਸਸੀ ਨੂੰ ਹੋਵੇ ਕਿ ਹਾਂ ਬੰਦੇ ਨੇ ਐਜੂਕੇਸ਼ਨ ਲੋਨ ਲਿਆ ਆ, ਤਾਂ ਮਤਲਬ ਜੈਨੂਇਨ ਕੇਸ ਆ ਨਾ, ਜਿੰਨੀ ਤੁਹਾਡੀ ਸਾਲ ਦੀ ਇਨਕਮ ਆ ਬਿਲਕੁਲ ਗੱਲ, ਇਹ ਜਿਹੜੀ ਇੰਡੀਆ ਦਾ ਸੈਟਅਪ ਹੈ ਅਤੇ ਇੱਥੋਂ ਦਾ ਸੈਟਅਪ ਬਹੁਤ ਡਿਫਰੈਂਟ ਹੈ। ਇੰਡੀਆ ਦੇ ਵਿੱਚ ਪਹਿਲੀ ਗੱਲ ਤਾਂ ਲੋਨ ਮਿਲਦਾ ਉੱਥੇ ਔਖਾ ਆ, ਐਂਡ ਮਹਿੰਗਾ, ਬਹੁਤ ਮਹਿੰਗਾ ਮਿਲਦਾ ਉਸ ਟਾਈਮ ਵੀ, 2% 2 ਰੁਪਈਏ 'ਤੇ ਵਿਆਜ 'ਤੇ ਮਿਲਦਾ ਸੀ, 20-25% ਸਾਲ ਦੇ ਉੱਤੇ। ਸੋ ਉਹ ਲੋਨ ਨਾ ਇੱਦਾਂ ਦੇ ਲੋਨ ਹੁੰਦੇ ਸੀ ਜਿਹੜੇ ਬਾਣੀਆਂ ਨੇ ਡਿਜ਼ਾਇਨ ਕੀਤੇ ਹੁੰਦੇ ਸੀ, ਵੀ ਸਾਰੀ ਸਾਰੀ ਉਮਰ ਲੋਕਾਂ ਦੀ ਜਨਰੇਸ਼ਨ ਨਿਕਲ ਜਾਂਦੀ ਸੀ, ਅਗਲੀ ਜਨਰੇਸ਼ਨ ਨੂੰ ਵੀ ਪਾਸ ਹੋ ਜਾਂਦਾ ਸੀ ਲੋਨ। ਸੋ ਉਹ ਉੱਥੇ ਕੋਨਸੈਪਟ ਇੱਦਾਂ ਸੀਗਾ, ਤਾਂ ਕਰਕੇ ਲੋਕ ਡਰੇ ਹੋਏ ਸੀ, ਉਹਨਾਂ 'ਚ ਸਹਿਮ ਸੀਗਾ ਲੋਨ ਨੂੰ ਲੈ ਕੇ, ਕਰਜ਼ੇ ਨੂੰ ਲੈ ਕੇ। ਸੋ ਉਹ, ਲੇਕਿਨ ਹੁਣ ਚੀਜ਼ਾਂ ਇੰਡੀਆ 'ਚ ਵੀ ਬਹੁਤ ਜਲਦੀ ਚੀਜ਼ਾਂ ਚੇਂਜ ਹੋ ਰਹੀਆਂ,
ਜਿੱਦਾਂ ਜਿੱਦਾਂ ਔਰਗਨਾਈਜ਼ ਹੋ ਰਹੀਆਂ ਚੀਜ਼ਾਂ ਹੈ ਨਾ, ਮੈਨੇਜ ਪ੍ਰੋਪਰ ਸਟਰਕਚਰ ਦੇ ਵਿੱਚ ਆ ਰਹੀਆਂ, ਲੋਨ ਉੱਥੇ ਹੁਣ ਈਜ਼ੀ ਹੋ ਗਏ ਆ, ਲੋਕ ਲੈਂਦੇ ਵੀ ਆ, ਅਤੇ ਡਿਪੈਂਡ ਕਰਦਾ ਵੀ ਹੁਣ ਨੀਡਸ ਵੀ ਵੱਧ ਗਈ। ਪਹਿਲਾਂ ਕੀ ਹੁੰਦੇ ਸੀ, ਲੋਨ ਲੈ ਕੇ ਕਰਦਾ ਵੀ ਕੀ ਸੀ ਬੰਦਾ, ਇੰਨੇ ਕੋਈ ਬਿਜ਼ਨਸ ਆਈਡੀਆ ਤਾਂ ਹੁੰਦੇ ਨਹੀਂ ਸੀ ਬੰਦੇ ਕੋਲ, ਖੇਤੀਬਾੜੀ ਵਾਲਿਆਂ ਨੂੰ ਤਾਂ ਵੈਸੇ ਹੀ ਡਰ ਬਹੁਤ ਰਹਿੰਦਾ ਸੀ ਨਾ ਵੀ ਸਾਡੀ ਜ਼ਮੀਨ ਨਾ ਦੱਬੀ ਜਾਵੇ। ਸੋ ਹੁਣ ਲੇਕਿਨ ਮਾਹੌਲ ਚੇਂਜ ਹੋ ਗਿਆ, ਹੁਣ ਕੈਨੇਡਾ ਦੇ ਵਿੱਚ ਆ ਕੇ ਤੁਹਾਨੂੰ ਕ੍ਰੈਡਿਟ ਈਜ਼ੀ ਵੀ ਆ ਮਿਲ ਜਾਂਦਾ, ਅਤੇ ਸਸਤਾ ਵੀ ਮਿਲ ਜਾਂਦਾ, ਅਤੇ ਇੱਥੇ ਆਪਸ਼ਨ ਵੀ ਬਹੁਤ ਜ਼ਿਆਦਾ ਆ, ਕੈਪੀਟਲਿਜ਼ਮ ਇੱਥੇ ਬਹੁਤ ਫਲਰਿਸ਼ ਕਰਦਾ ਹੈ, ਰਾਈਟ? ਤੁਸੀਂ ਬਿਜ਼ਨਸ ਬਹੁਤ ਆਈਡੀਆਜ਼ ਬਹੁਤ ਹੁੰਦੇ ਨੇ ਬੰਦੇ ਕੋਲ। ਸੋ ਨੈਕਸਟ ਕਾਲ ਆ ਰਹੀ ਹੈ ਬਾਈ ਜੀ, ਆਪਾਂ ਨੈਕਸਟ ਕਾਲ ਲੈ ਲਈਏ ਵੀਰੇ। ਹਾਂਜੀ ਹਾਂਜੀ ਹਾਂਜੀ, ਓਕੇ ਜੀ, ਓਕੇ, ਥੈਂਕ ਯੂ ਥੈਂਕ ਯੂ ਜੀ। 911 ਤੁਸੀਂ 991 ਤੁਸੀਂ ਆਨ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਬਾਈ, ਮੈਂ ਗੱਲ ਕਰਨੀ ਸੀਗੀ, ਤੁਸੀਂ ਵਿੱਚ ਦੀ ਐਜੂਕੇਸ਼ਨ ਦੀ ਗੱਲ ਛੇੜੀ ਸੀ, ਤੇ ਜਿੱਦਾਂ ਉਹ ਬਹੁਤ ਹੀ ਜ਼ਿਆਦਾ ਸੀਰੀਅਸ ਟੌਪਿਕ ਜਾਂ ਸੀਰੀਅਸ ਗੱਲ ਕਹਿ ਲਓ, ਕਿਉਂਕਿ ਇਹ ਆਪਣੇ ਕੱਲ ਨੂੰ ਬੱਚਿਆਂ ਦਾ ਫਿਊਚਰ ਵੀ ਦੇਖੀਏ, ਆਪਣੇ ਨਾਲ ਤਾਂ ਜੋ ਹੋ ਲਿਆ ਪਰ ਉਹ ਤੁਹਾਨੂੰ ਵੀ ਪਤਾ ਵੀ ਕਿੱਡੀ ਜ਼ਿਆਦਾ ਗਲਤ ਚੀਜ਼ ਆ, ਰਾਈਟ? ਐਜੂਕੇਸ਼ਨ ਸਿਸਟਮ ਏ ਟੂ ਜੈਡ ਫਾਲਸ ਆ, ਝੂਠਾ, ਮਤਲਬ ਤੁਸੀਂ ਸਿੱਧਾ ਹੀ ਫੇਕ ਫੇਕ ਕਹਿ ਸਕਦੇ ਹੋ, ਉਹ ਫੇਕ ਆ, ਰਾਈਟ? ਜੇ ਮੈਂ ਆਪਣੀ ਖੁਦ ਦੀ ਜ਼ਿੰਦਗੀ ਤੇ ਲੈ ਜਾਂ ਤਾਂ ਮੈਂ ਦਸਵੀਂ ਤੋਂ ਬਾਅਦ ਕਿਤਾਬ ਨੂੰ ਹੱਥ ਨਹੀਂ ਲਾਇਆ, ਰਾਈਟ? ਨਾ ਮੈਂ ਓਨਰ ਓਪਰੇਟਰ 23 ਸਾਲ ਦਾ, ਹਨਾ, 30 ਸਾਲ ਦਾ ਮੈਂ, ਤੇ ਕੈਨੇਡਾ ਦੇ ਵਿੱਚ ਇੱਥੇ ਦਸਵੀਂ ਤੋਂ ਬਾਅਦ ਮੈਂ ਉੱਥੇ ਕਦੇ ਪੜ੍ਹਿਆ ਨਹੀਂ ਸੀਗਾ, ਤੇ ਇੱਥੇ ਮੈਂ ਆਈਲੈਟਸ ਜਾਂ ਕੁਛ ਵੀ ਕਰਕੇ ਇੱਦਾਂ ਦਾ ਕੁਛ ਨਹੀਂ ਆਇਆ। ਬਟ ਜਿਹੜੀ ਗੱਲ ਆ ਦੇਖਣ ਵਾਲੀ, ਇਹ ਗੱਲ ਆ ਕਿ ਮੈਂ ਮਾਸਟਰਸ ਵਾਲਿਆਂ ਤੋਂ ਵਧੀਆ ਜਿਹੜੇ ਮਾਸਟਰਸ ਕਰਕੇ ਟਰੱਕ ਚਲਾ ਰਹੇ ਆ, ਰਾਈਟ? ਉੱਥੋਂ ਪਤਾ ਇਹ ਲੱਗ ਜਾਂਦਾ ਕਿ ਐਜੂਕੇਸ਼ਨ ਸਿਸਟਮ ਕਿੱਡਾ ਵੱਡਾ ਲਾਏ ਆ, ਕਿੱਡਾ ਵੱਡਾ ਝੂਠ ਆ ਤੁਹਾਡੀ ਜ਼ਿੰਦਗੀ ਦੇ ਵਿੱਚ। ਉਹਨੂੰ ਜਾਣਨਾ ਬਹੁਤ ਜ਼ਰੂਰੀ ਆ ਆਪਣੇ ਲਈ, ਤਾਂ ਕਿ ਥੋੜ੍ਹਾ ਸ਼ਾਇਦ ਆਪਾਂ ਅੱਗੇ ਨੂੰ ਥੋੜ੍ਹਾ ਚੇਂਜ ਕਰਕੇ ਉਹਦੇ ਖਿਲਾਫ਼ ਬੋਲ ਕੇ ਕੁਛ ਬੈਟਰਮੈਂਟ ਲਈ ਕਰ ਸਕੀਏ ਜੀ। ਐਜੂਕੇਸ਼ਨ ਮੈਂ ਥੋੜ੍ਹਾ ਡੈਫਰੈਂਸ ਲਈ ਕਰੂੰਗਾ ਤੁਹਾਡੇ ਨਾਲ ਇਸ ਗੱਲ 'ਤੇ। ਐਜੂਕੇਸ਼ਨ ਸਿਸਟਮ ਟੋਟਲ ਕੰਪਲੀਟ ਤਾਂ ਨਹੀਂ ਲਾਏ ਹੈਗਾ, ਪਰ ਇਹਦੇ ਵਿੱਚ ਇਹ ਆ ਵੀ ਇਹਨੂੰ ਸੁਧਾਰਨ ਦੀ ਬਹੁਤ ਲੋੜ ਆ, ਕਿਉਂਕਿ ਆਬਸਲੀਟ ਹੋ ਚੁੱਕਿਆ, ਜਿਹੜਾ ਰਿਐਲਿਟੀ ਦੇ ਨਾਲ ਸਿੰਕ ਨਹੀਂ ਕਰ ਰਿਹਾ ਇਹ ਚੀਜ਼ਾਂ, ਰਾਈਟ? ਬਹੁਤ ਸਾਰੀਆਂ ਚੀਜ਼ਾਂ ਹੁਣ ਕਾਫੀ ਜਿਹੜੇ ਸਕਿੱਲਸ ਹੈਗੇ ਨੇ ਵੱਡੀਆਂ ਯੂਨੀਵਰਸਿਟੀਆਂ 'ਚ ਲੋਕ ਕਰਦੇ ਨੇ ਪੜ੍ਹ ਕੇ, ਵਧੀਆ ਵਧੀਆ ਪੈਕੇਜ ਵੀ ਲੈਂਦੇ ਨੇ। ਸੋ ਜੇ ਤੁਸੀਂ ਕੋਈ ਬਹੁਤ ਵੱਡਾ ਕੋਈ ਸਕਿੱਲ ਸਿੱਖਣਾ ਤਾਂ ਤੁਹਾਨੂੰ ਇੱਕ ਸਟਰਕਚਰ ਐਜੂਕੇਸ਼ਨ ਫਿਰ ਵੀ ਚਾਹੀਦੀ ਹੋਊਗੀ, ਚਾਹੇ ਤੁਸੀਂ ਡਾਕਟਰ ਬਣਨਾ ਹੈ ਜਾਂ ਕੋਈ ਲਾਇਰ ਬਣਨਾ ਆ। ਸੋ ਇਟ ਨੀਡਸ ਇੰਟੈਂਸਿਵ ਐਜੂਕੇਸ਼ਨ, ਰਾਈਟ? ਇਹ ਤੁਸੀਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਉੱਦਾਂ ਹੀ ਬੰਦਾ ਕੋਈ ਸਰਜਰੀ ਕਰ ਦੇਗਾ ਜਾ ਕੇ, ਰਾਈਟ? ਸੋ ਇਹ ਇਹ ਚੀਜ਼ 'ਤੇ ਥੋੜ੍ਹਾ ਜਿਹਾ ਡੈਫਰ ਕਰਾਂਗੇ। ਬਟ ਬਾਕੀ ਜਿਹੜੀ ਜਨਰਲ ਜਿਹੜੀ ਲੇਬਰ ਵਾਲੀ ਗੱਲ ਆ ਜਾਂ ਹੋਰ ਹੈਗੀ ਆ, ਉੱਥੇ ਅਫਕੋਰਸ ਜਾਂ ਖਾਸ ਕਰ ਬਿਜ਼ਨਸ ਦੇ ਵਿੱਚ ਵੀ ਮੈਂ ਨਹੀਂ ਮੰਨਦਾ ਵੀ ਐਮ ਬੀ ਏ ਕਰਕੇ ਕੋਈ ਬੈਟਰ ਬਿਜ਼ਨਸ ਕਰ ਸਕਦਾ, ਰਾਈਟ? ਜੀ। ਸੋ ਮੈਂ ਵੀ ਖੁਦ ਹੀ ਐਮ ਬੀ ਏ ਕੀਤੀ ਹੋਈ ਆ। ਸੋ ਇਹ ਇਹ ਇਸ ਗੱਲ 'ਤੇ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹੋ ਸਕਦਾ ਵੀ ਜੇ ਕਿਹੜਾ ਕੋਮਨ ਸੈਂਸ ਵਾਲੀਆਂ ਚੀਜ਼ਾਂ ਹੈਗੀਆਂ ਉਹ ਸਾਰਿਆਂ ਦਾ ਮਾਇੰਡ ਬਰਾਬਰ ਹੀ ਹੁੰਦਾ ਹੈ, ਚਾਹੇ ਕੋਈ ਤੁਸੀਂ 10th ਕੀਤੀ ਹੋਈ ਹੈ ਜਾਂ ਕਿਸੇ ਨੇ ਐਮ ਬੀ ਏ ਕੀਤੀ ਹੋਈ ਹੈ, ਪਰ ਜਿਹੜੀ ਸਕਿੱਲਡ ਕੋਈ ਕੈਟਾਗਰੀਜ਼ ਹੁੰਦੀਆਂ ਉੱਥੇ ਉਹਦਾ ਫਰਕ ਹੁੰਦਾ ਹੈ। ਬਟ ਸਕੂਲ ਦੇ ਵਿੱਚ ਬਿਲਕੁਲ ਇਹ ਗੱਲ ਹੈਗੀ ਹੈ ਜੀ, ਬਹੁਤ ਸਾਰੀਆਂ ਚੀਜ਼ਾਂ ਪਿੱਛੇ ਚੱਲ ਰਹੀਆਂ ਜਾਂ ਉਹਨਾਂ ਦੀ, ਹੈ ਨਾ? ਤੁਸੀਂ ਵੀ ਕਹੋਗੇ ਕੀ ਕੀ ਸੁਧਾਰ ਹੋ ਸਕਦਾ ਜੀ, ਆਪ ਤੁਹਾਡੇ ਵੀ ਬੱਚੇ ਹੋਣੇ ਆ, ਅਤੇ ਤੁਹਾਨੂੰ ਕੀ ਲੱਗਦਾ ਵੀ ਕਿੱਥੇ ਕਿੱਥੇ ਚੇਂਜਸ ਕਰਨੀਆਂ ਚਾਹੀਦੀਆਂ ਸਕੂਲ ਦੇ ਵਿੱਚ? ਹੁਣ ਜਿਵੇਂ ਕਿ ਤੁਸੀਂ ਬਾਈ ਜੀ ਕਿਹਾ, ਹਨਾ, ਕਿ ਹਾਂ ਜਿਹੜੇ ਮੈਡੀਕਲ ਆ ਜਾਂ ਕੋਈ ਵੀ ਸਕਿੱਲ ਆ, ਬਿਲਕੁਲ 100% ਉਹਦੀ ਐਜੂਕੇਸ਼ਨ ਤੋਂ ਬਿਨਾਂ ਉਹ ਚੀਜ਼, ਉਹ ਸਕਿੱਲ ਇੱਥੇ ਐਗਜ਼ਿਸਟ ਵੀ ਨਹੀਂ ਕਰੂਗੀ, ਹਨਾ, ਆਪਣੇ ਵਰਲਡ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ। ਪਰ ਤੁਸੀਂ ਮੈਨੂੰ ਦੱਸੋ, ਜਿਹੜੇ ਬੰਦੇ ਨੇ ਡਾਕਟਰ ਬਣਨਾ ਜਾਂ ਜਿਹੜੇ ਬੰਦੇ ਨੇ ਉਹ ਕਰਨਾ, ਉਹਨੂੰ ਕੈਮਿਸਟਰੀ ਪੜ੍ਹਾਉਣ ਦਾ ਕੀ ਫਾਇਦਾ? ਉਹਨੂੰ ਤਾਂ ਕੋਈ ਫਾਇਦਾ ਨਹੀਂ। 8th ਤਾਂ ਠੀਕ ਹੈ, ਜੋ ਬੇਸਿਕ ਨੌਲੇਜ ਆ ਉਹ ਤੁਹਾਨੂੰ ਹੋਣੀ ਚਾਹੀਦੀ ਆ, ਜੋ ਜਿੰਨੀ ਕੁ ਤੁਹਾਨੂੰ ਬੇਸਿਕ ਮੈਥਾਮੈਟਿਕ ਦੀ ਹੋਣੀ ਚਾਹੀਦੀ ਆ, ਜਿੰਨੀ ਕੈਮਿਸਟਰੀ ਜਾਂ ਫਿਜ਼ਿਕਸ ਦੀ, ਉਹ ਬਿਲਕੁਲ ਰਾਈਟ ਤੁਹਾਨੂੰ ਹੋਣੀ ਚਾਹੀਦੀ ਆ। ਬਟ ਉਹ ਬੰਦਾ 12th ਤੱਕ 10 ਸਬਜੈਕਟ ਪੜ੍ਹ ਕੇ ਆਉਂਦਾ ਜੀ, ਜਿਹਨੇ ਮੈਡੀਕਲ ਵੀ ਲੈਣਾ ਹੁੰਦਾ ਐਂਡ ਦੇ ਵਿੱਚ, ਰਾਈਟ? ਤਾਂ ਮੋਟਾ ਮੋਟਾ ਪਤਾ ਲੱਗ ਜਾਂਦਾ ਵੀ ਆਪਣੇ ਕਿਹੜੇ ਰਾਜੇ ਮਹਾਰਾਜੇ ਹੋਏ ਆ, ਕਿੰਨੇ ਗੁਰੂ ਹੋਏ ਨੇ, ਰਾਈਟ? ਸੋ ਕਿਹੜੀ ਜੀਓਗ੍ਰਾਫੀ ਹੈਗੀ ਆ, ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਦੈਟ ਇਜ਼ ਨੋਟ ਸਪੈਸ਼ਲਾਈਜੇਸ਼ਨ, ਉਹ ਬੇਸਿਕ ਹੈਗੀ ਆ, ਚਾਹੇ ਤੁਹਾਡੀ ਫਿਜ਼ੀਕਲ ਐਜੂਕੇਸ਼ਨ ਆ ਜਾਂਦੀ ਹੈ, ਯੂ ਨੋ, ਚਾਹੇ ਮੈਥ ਆ ਜਾਂਦਾ ਹੈ, ਪਰ ਇਹ ਆ ਵੀ ਉਹਨੂੰ ਕਿੰਨਾ ਐਕਸਟੈਂਡ ਤੇ ਕਰੀਏ। ਹਾਂਜੀ, ਜਿਹੜੀ, ਸੌਰੀ ਮੈਂ ਤੁਹਾਨੂੰ ਇੰਟਰਪਟ ਕੀਤਾ, ਤੁਸੀਂ ਮੈਨੂੰ ਦੱਸੋ ਵੀ ਜਿਹੜੀ ਕੋਈ ਵੀ ਸਬਜੈਕਟ ਆ, ਹਿਸਟਰੀ ਦੀ ਉਹ ਗੱਲ ਕਰ ਲੈਣੇ ਆਪਾਂ, 10th ਤੱਕ ਵੀ ਜੇ ਰਹਿੰਦੀ ਹੈ ਅੱਧੇ ਸਕੂਲਾਂ 'ਚ, ਕਈਆਂ ਦੇ ਤਾਂ 12th 'ਚ ਵੀ ਵਗ ਜਾਂਦੀ ਹੈ, ਜੇ ਤੁਸੀਂ ਸਬਜੈਕਟ ਉਹ ਵੀ ਕਰ ਲੈਣੇ ਹੋ, ਹਨਾ, ਆਪਣਾ ਚੁਣ ਵੀ ਲੈਂਦੇ ਹੋ ਇੱਕ,
ਪਰ ਤੁਸੀਂ ਮੈਨੂੰ ਦੱਸੋ ਕਿ ਕਿੰਨੇ ਕੁ ਨੂੰ ਪਤਾ ਹੋਣਾ ਕਿ ਬਾਬਰ ਕਿਹੜੇ ਸਾਲ ਚ ਆਇਆ ਸੀਗਾ ਆਪਣੇ, ਕਿੰਨੇ ਕੁ ਡਾਕਟਰਾਂ ਨੂੰ ਪਤਾ ਹੋਣਾ ਉਹ, ਜਾਂ ਫਿਰ ਕਿੰਨੇ ਕੁ ਮੈਥਮੈਟੀਸ਼ੀਅਨਸ ਨੂੰ ਪਤਾ ਹੋਣਾ ਕਿ ਪਹਾੜੀ ਚੇਤੇ ਕਰਾਉਂਦੇ ਹੁੰਦੇ ਸੀਗੇ ਕਿ ਇੰਨੇ ਦਾ ਪਹਾੜਾ ਚੇਤਾ ਵਾ, ਹੁਣ ਜਿਹੜਾ ਇੱਥੋਂ ਵਾਲੇ ਬੰਦੇ ਉਹ ਕਹਿੰਦੇ ਤੁਸੀਂ ਸਟੂਪਿਡ ਹੋ, ਇੰਨੇ ਜਿੱਤੇ ਕਰੀ ਇਹਨੇ ਕੈਲਕੂਲੇਟਰ ਤੁਹਾਡੇ ਕੋਲ ਬਣਾਇਆ ਕਾਹਦੇ ਲਈ ਇਹ, ਇਸੇ ਕਰਕੇ ਤਾਂ ਬੁਲਾਇਆ ਕਿ ਤੁਹਾਨੂੰ ਆਹ ਕੁਛ ਨਾ ਕਰਨਾ ਪਵੇ। ਹੁਣ ਗੱਲ ਹੈਗੀ ਕਿ ਕਈ ਚੀਜ਼ਾਂ ਹੁਣ ਤੁਸੀਂ ਗੂਗਲ ਤੋਂ ਲੱਭ ਸਕਦੇ ਆ, ਤੁਹਾਨੂੰ ਨਹੀਂ ਪਤਾ ਤੁਸੀਂ ਗੂਗਲ ਕਰੋ ਤੁਹਾਨੂੰ ਉਹ ਚੀਜ਼ ਦੇ ਉੱਤੇ ਟੋਪਿਕ ਤੇ ਬਹੁਤ ਕੁਛ ਚੀਜ਼ਾਂ ਮਿਲ ਜਾਂਦੀਆਂ ਨੇ, ਰਾਈਟ? ਆਈ ਥਿੰਕ ਜਿਵੇਂ ਹੁਣ ਹੋਰ ਚੀਜ਼ਾਂ ਹੈਗੀਆਂ ਨੇ, ਉਹ ਚੀਜ਼ਾਂ ਬਿਲਕੁਲ ਟੈਕਨੋਲੋਜੀ ਯੂਜ਼ ਕਰੋ, ਉਹਨਾਂ ਨੂੰ ਬੈਟਰ ਕਰੋ, ਬਟ ਮੈਨੂੰ ਲੱਗਦਾ ਜਿਹੜੀ ਮਾਇੰਡ ਦੀ ਕੈਲਕੂਲੇਸ਼ਨ ਕੁਛ, ਮੈਂ ਨਹੀਂ ਕਹਿੰਦਾ ਵੀ ਹੁਣ ਬੈਟਰ ਨਹੀਂ ਹੋ ਸਕਦਾ, ਬੈਟਰ ਹੋਣਾ ਚਾਹੀਦਾ, ਬਟ ਜਿਹੜਾ ਤੁਸੀਂ ਕਹਿੰਦੇ ਹੋ ਵੀ ਹਿਸਟਰੀ ਜਾਂ ਹੋਰ ਚੀਜ਼ਾਂ, ਮੈਨੂੰ ਤਾਂ ਲੱਗਦਾ ਜੀ ਚਲੋ ਬਾਬਰ ਦਾ ਆਪਾਂ ਨੂੰ ਜਨਮ ਤਰੀਕ ਨਹੀਂ ਪਤਾ ਹੋਊਗੀ ਜਾਂ ਕਿਹੜੇ ਸਥਾਨ 'ਚੋਂ ਇੰਡੀਆ ਆਇਆ, ਸ਼ਾਇਦ ਉਹ ਨਹੀਂ ਪਤਾ ਹੋਊਗਾ, ਰਾਈਟ? ਯਾਦ ਨਹੀਂ ਰਹਿੰਦੀਆਂ, ਉਸ ਟਾਈਮ ਤਾਂ ਯਾਦ ਸੀਗਾ ਵੀ 15 ਦੇ ਵਿੱਚ ਜਾਂ ਸੈਂਚਰੀ 'ਚ ਆਇਆ ਸੀ, ਰਾਈਟ? ਬਟ ਲੇਕਿਨ ਇਹ ਤਾਂ ਸੀਗਾ ਵੀ ਬਾਬਰ ਵੀ ਕੋਈ ਸੀਗਾ, ਉਹਦੇ ਗਾਹਾਂ ਬੱਚੇ ਵੀ ਸੀਗੇ, ਹੈ ਨਾ, ਅਤੇ ਉਹਨਾਂ ਨੇ ਰਾਜ ਕੀਤਾ ਇੰਨੇ ਸਾਲ, ਅਤੇ ਉਦੋਂ ਬਾਅਦ ਸਿੱਖਾਂ ਨੇ ਫਾਈਟ ਕੀਤੀ, ਮੋਟਾ ਮੋਟਾ ਤਾਂ ਤੁਹਾਨੂੰ ਕੁਛ ਨਾ ਕੁਛ ਤਾਂ ਯਾਦ ਰਹਿੰਦਾ ਆ ਬੇਸਿਕਲੀ, ਜੇ ਤੁਸੀਂ ਉਸ ਥਰੂ ਉਸ ਪ੍ਰੋਸੈਸ ਦੇ ਥਰੂ ਹੋਇਆ, ਨਹੀਂ ਤਾਂ ਫਿਰ ਪੜ੍ਹਾਇਆ ਕੀ ਜਾਊਗਾ ਬੱਚਿਆਂ ਨੂੰ? ਫਿਰ ਤਾਂ ਫਿਰ ਆਪਾਂ ਕਹੀਏ ਵੀ ਫਿਰ ਕੀ ਕੀ ਸਿਖਾਇਆ ਜਾਊਗਾ ਬੱਚਿਆਂ ਨੂੰ? ਇਹ ਇਹ ਇੱਕ ਬੜਾ ਡਿਬੇਟੇਬਲ ਚੀਜ਼ ਹੈ ਜੀ ਜੀ। ਇਹਨਾਂ ਨੈਕਸਟ ਚੀਜ਼ ਚ ਹੋਣਾ ਕੀ ਚਾਹੀਦਾ? ਹੁਣ ਜਦੋਂ ਤੱਕ ਮੈਂ ਦਸਵੀਂ ਦੇ ਵਿੱਚ ਸੀਗਾ ਜੀ, ਮੈਨੂੰ ਅੱਜ ਤੱਕ ਗੱਲ ਯਾਦ ਆਉਂਦੀ ਹੈ, ਮੇਰੀ ਟੀਚਰ ਦੀ ਗਈ ਹਿੰਦੀ ਵਾਲੀ ਮੈਡਮ ਦੀ, ਹੈ ਨਾ, ਸਾਡੇ ਸਕੂਲ ਚ ਹਿੰਦੀ ਓ ਬੋਲੀ ਜਾਂਦੀ ਹੁੰਦੀ ਸੀ ਤੇ ਮੈਂ ਹਿੰਦੀ ਬੋਲਦਾ ਨੀ ਸੀ ਹੁੰਦਾ ਜ਼ਿਆਦਾ, ਹੈ ਨਾ, ਤੇ ਜਮੀ ਤੁਸੀਂ ਕਹਿ ਲਓ ਵੀ ਨਲਾਇਕੇ ਸੀ, ਹੈ ਨਾ, ਪੜ੍ਹਾਈ ਚ। ਹਿੰਦੀ ਵਾਲੀ ਮੈਡਮ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਆਪਣੇ ਘਰਦਿਆਂ ਨੂੰ ਇੱਕ ਟਾਈਮ ਆ ਜਾਊਗਾ ਕਿ ਰੋਟੀ ਤੱਕ ਵੀ ਨਹੀਂ ਦੇ ਸਕੇਗਾ, ਤੇਰੇ ਵਰਗੇ ਬੱਚਿਆਂ ਦਾ ਇਹੀ ਹਾਲ ਹੁੰਦਾ, ਰਾਈਟ? ਉਹ ਹਮੇਸ਼ਾ ਯਾਦ ਆਉਂਦੀ ਆ ਮੈਨੂੰ ਗੱਲ, ਤੇ ਉਸ ਤੋਂ ਹੀ ਮੇਰਾ ਇਹ ਨੈਰੇਟਿਵ ਬਣਿਆ ਸੀਗਾ ਕਿ ਕਿੰਨਾ ਜ਼ਿਆਦਾ ਥੱਲੇ ਸਿੱਟ ਦਿੱਤਾ ਜਾਂਦਾ। ਹੁਣ ਉਹੀ ਗੱਲ ਮੈਂ ਕਰਨਾ ਚਾਹੁੰਦਾ ਕਿ ਅਸਲੀ ਟੈਲੈਂਟ ਤਾਂ ਦੇਖਿਆ ਹੀ ਨਹੀਂ ਜਾਂਦਾ ਬੱਚੇ ਦਾ। ਮੈਨੂੰ ਸ਼ੁਰੂ ਤੋਂ ਹੀ ਹਿਸਟਰੀ ਦੇ ਵਿੱਚ ਬਹੁਤ ਜ਼ਿਆਦਾ ਨੌਲੇਜ ਹੁੰਦੀ ਸੀਗੀ ਜੇ ਮੈਂ ਛੋਟਾ ਵੀ ਹੁੰਦਾ ਸੀ, ਹੈ ਨਾ, ਮੈਨੂੰ ਮੇਰੇ ਹੋਰ ਕਿਸੇ ਸਬਜੈਕਟ 'ਚੋਂ ਕੋਈ, ਚਾਹੇ ਮੈਂ ਫੇਲ ਵੀ ਹੁੰਦਾ ਸੀ ਹਿਸਟਰੀ 'ਚੋਂ, ਮੈਂ ਬਹੁਤ ਜ਼ਿਆਦਾ ਅੱਗੇ ਹੁੰਦਾ ਸੀ ਸਾਰਿਆਂ ਤੋਂ, ਇੱਥੋਂ ਤੱਕ ਕਿ ਮੇਰੇ ਕਲਾਸ ਦੇ ਟੋਪਰ ਤੋਂ 92 ਤੋਂ ਵੀ ਅੱਗੇ ਸੀਗਾ, ਮੈਂ 94 ਲਏ ਸੀ, ਹੈ ਨਾ, ਕਿਉਂਕਿ ਹਿਸਟਰੀ 'ਚ ਮੈਨੂੰ ਬਹੁਤ ਜ਼ਿਆਦਾ ਉਹ ਹੁੰਦਾ ਸੀ, ਜੀਓ ਪੋਲੀਟਿਕਸ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੁੰਦਾ ਸੀ, ਇਕਨੋਮਿਕਸ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੁੰਦਾ ਸੀ, ਰਾਈਟ? ਫਾਈਨਾਂਸ ਕਿਵੇਂ ਬੈਟਰ ਕਰਨਾ ਆਪਣਾ ਜ਼ਿੰਦਗੀ ਚ, ਤਾਂ ਐਜੂਕੇਸ਼ਨ ਸਿਸਟਮ ਤਾਂ ਪੂਰੇ ਵਰਲਡ ਦੇ ਵਿੱਚ ਹੀ ਲਾਏ, ਮੈਂ ਤਾਂ ਹੀ ਕਹਿਣਾ ਝੂਠ ਤਾਂ ਹੀ ਕਹਿਣਾ, ਕਿਉਂਕਿ ਇਹ ਹੋਰ ਕੁਛ ਤੁਹਾਨੂੰ ਬੈਟਰਮੈਂਟ ਕਰਦੇ, ਮਤਲਬ ਜਦੋਂ ਤੁਸੀਂ ਪੂਰਾ ਕਰ ਲਓ ਐਜੂਕੇਸ਼ਨ ਆਪਣੀ, ਹੋਰ ਕੁਛ ਤੁਸੀਂ ਬਣੋ ਚਾਹੇ ਨਾ ਬਣੋ, ਸਲੇਬ ਤੁਸੀਂ ਪੱਕੇ ਬਣ ਜਾਣ। ਤੁਹਾਨੂੰ ਪਤਾ ਹੋਊਗਾ ਸਵੇਰੇ 9 ਵਜੇ ਉੱਠ ਕੇ 9 ਵਜੇ ਜੋਬ ਤੇ ਜਾ ਕੇ 5 ਵਜੇ ਫ੍ਰੀ ਕਿਵੇਂ ਹੋਣਾ, ਰਾਈਟ? ਤੇ ਤੁਹਾਡਾ ਮਾਇੰਡ ਆਲਰੇਡੀ ਪ੍ਰਿਪੇਅਰਡ ਹੋਣਾ ਉਸ ਚੀਜ਼ ਲਈ, ਤੇ ਤਾਂ ਕਰਕੇ ਮੈਂ ਲਾਈ ਕਹਿਣਾ ਕਿ ਹੋਰ ਸ਼ਾਇਦ ਤੁਸੀਂ ਡਾਕਟਰ ਨਾ ਬਣੋ, ਪਰ ਤੁਹਾਨੂੰ ਇਹ ਪਤਾ ਹੋਊਗਾ ਕਈ ਹੋਰ ਜੋਬ ਤੇ ਵੀ ਜਾਣਾ, 9 ਵਜੇ ਕਿਵੇਂ ਪਹੁੰਚਣਾ, ਮੈਨੂੰ ਪੜ੍ਹ ਲਓ ਜੋਬ ਲੈਣੀ ਆ, ਆਪਣੇ ਤਾਂ ਅਕਸਰ ਇਹੀ ਗੱਲਾਂ ਕੀਤੀ ਜਾਂਦੀ ਨਾ ਕਿ ਪੜ੍ਹ ਲਿਖ ਲਓ ਫਿਰ ਤੁਹਾਨੂੰ ਜੋਬ, ਲੇਕਿਨ ਤੁਸੀਂ ਦੇਖੋ ਕਿ ਉਹ ਕੰਡੀਸ਼ਨਿੰਗ ਕਿੰਨੀ ਪੱਕੀ ਹੋ ਜਾਂਦੀ ਬੰਦੇ ਨੇ, ਹਨਾ, ਜਦੋਂ ਤੱਕ ਬੰਦੇ ਨੇ ਮੈਚਿਓਰ ਹੋਣਾ ਜਾਂ ਜੇ ਨਹੀਂ ਜਾਣਾ, ਹਨਾ, ਤਾਂ ਫਿਰ ਖਾਸ ਕਰਕੇ ਜਦੋਂ ਤੁਸੀਂ ਰਿਸਕ ਟੇਕਿੰਗ ਦੀ ਗੱਲ ਕਰਦੇ ਆ ਨਾ ਕਿ ਬਹੁਤ ਬੰਦੇ, ਉਹ ਪੂਰਾ ਸੋਸ਼ਲ ਸਟਰਕਚਰ ਇੱਦਾਂ ਹੈ, ਆਪਾਂ ਜੇ ਕਹਿ ਦਈਏ ਵੀ ਉਹਨਾਂ ਨੇ ਸਕੂਲ ਦਾ ਵੀ ਉਹ ਡੈਲੀਬਰੇਟਲੀ ਕਰਦੇ ਆ, ਆਪਣੇ ਘਰ ਦੇ ਵੀ ਤਾਂ ਇਹੀ ਕਹਿੰਦੇ ਪੜ੍ਹ ਕੇ ਜੋਬ ਕਰ ਲਓ, ਪਰ ਗੱਲ ਨਹੀਂ ਕਿ ਉਹ ਕਿਤੋਂ ਤੋਂ ਸ਼ੁਰੂ, ਆਈ ਮੀਨ ਲਾਈਕ ਉਹੀ ਭਾਜੀ ਗੱਲ ਕਰਦੇ, ਪਰ ਗੱਲ ਉਹੀ ਹੈ ਕਿ ਇਹ 'ਚ ਨਾ ਬੈਟਰਮੈਂਟ ਦੀ, ਕਿ ਇੱਕ ਬੰਦੇ ਨੂੰ ਇੱਕ ਜਵਾਕ ਦਾ ਜਿਹੜਾ ਮੁੱਢਲੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਨਾ, ਉਹ ਸਿਰਫ ਅਗਲੇ ਸਾਲ ਹੀ ਹੋਣੇ ਕਿ ਇਹ ਬੰਦਾ ਬੈਟਰ ਕਿੱਥੇ ਕਿਹੜੇ ਫੀਲਡ 'ਚ ਕਰ ਰਿਹਾ, ਇਹਨੂੰ ਉੱਧਰ ਨੂੰ ਧੱਕੋ। ਗੱਲ ਤਾਂ ਇਹ ਹੈ ਵੀ ਜਿਹੜਾ ਸਟਰਕਚਰ ਆ ਸਕੂਲਾਂ ਦਾ, ਜੇ 8ਵੀਂ ਸੌਰੀ ਬਾਈ ਜੀ, ਜੇਕਰ ਮੈਨੂੰ 8ਵੀਂ ਤੋਂ ਬਾਅਦ ਚ ਜੇਕਰ ਮੈਨੂੰ ਜ਼ਿੰਦਗੀ ਦੇ ਵਿੱਚ ਅਸਲੀ ਗੱਲਾਂ ਬਾਰੇ ਪੜ੍ਹਾਇਆ ਜਾਂਦਾ, ਜੇਕਰ ਮੈਨੂੰ ਫਾਈਨੈਂਸ ਬਾਰੇ ਪੜ੍ਹਾਇਆ ਜਾਂਦਾ, ਜਾਂ ਜੇਕਰ ਮੈਨੂੰ 2 ਸਾਲ ਉਸ ਟਾਈਮ ਮੈਨੂੰ ਡੈਬਟ ਮੈਨੇਜਮੈਂਟ ਜਾਂ ਫਿਰ ਲਾਇਬਿਲਿਟੀ ਐਸੈਟਸ ਦੱਸ ਦਿੱਤੇ ਜਾਂਦੇ, ਜੇ ਮੈਨੂੰ 20ਵੇਂ ਸਾਲ ਚ ਪਤਾ ਹੁੰਦੇ, ਤਾਂ ਮੈਨੂੰ ਪਤਾ ਕਿ ਇਸ ਟਾਈਮ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਸਿਚੁਏਸ਼ਨ। ਭਾਜੀ ਕਿੰਨੀ ਏਜ ਹੈ ਤੁਹਾਡੀ? 23 ਹੈ ਜੀ। ਤੁਸੀਂ ਤਾਂ ਯੰਗ ਹੀ ਆ ਫਿਰ, ਮੈਂ ਤਾਂ ਦੇਖਿਆ ਯਾਰ, ਇੱਥੇ ਤਾਂ ਆਪਾਂ ਕਹਿੰਦੇ ਹਾਂ ਵੀ 8ਵੀਂ ਤੋਂ ਬਾਅਦ ਹੀ ਪੜ੍ਹਾ ਦੇਣਾ ਚਾਹੀਦਾ, ਵਧੀਆ ਗੱਲ ਹੈ, ਪਰ ਜਿਹਨਾਂ ਨੂੰ ਤੁਸੀਂ 18 ਸਾਲਾਂ ਨੇ 20 ਸਾਲਾਂ ਨੇ ਦੱਸਦੇ ਆ ਕੁਛ, ਉਹ ਕਿਹੜਾ ਸੁ
ਮਤਲਬ ਗੱਲ ਤਾਂ ਇਹ ਵੀ ਇੰਟਰਸਟ ਦੀ ਵੀ ਗੱਲ ਹੁੰਦੀ ਹੈ ਜੀ। ਅੱਜ ਦੀ ਡੇਟ 'ਚ ਇਨਫੋਰਮੇਸ਼ਨ ਬਹੁਤ ਪਈ ਹੈ, ਥੋੜ੍ਹਾ ਬਹੁਤ ਜੇ ਤੁਸੀਂ ਉਹਨਾਂ ਨੂੰ ਕਹੋਗੇ ਵੀ ਦੱਸੋਗੇ, ਤੁਸੀਂ ਵੀ ਆ ਦੇਖ ਲਿਓ ਬੱਚੇ ਹੋਣਗੇ ਆਪਦੇ, ਅਤੇ 18 ਸਾਲ ਵਾਲੇ ਵੀ ਨਹੀਂ ਗੱਲ ਸੁਣਦੇ ਜੇ ਉਹਨਾਂ ਨੇ ਕਹਿਣਾ ਵੀ ਇਹ ਮਾਹੌਲ ਜਿਹਾ ਵੀ ਥੋੜ੍ਹਾ ਜਿਹਾ ਇੱਦਾਂ ਹੈਗਾ ਜੀ। ਬਾਕੀ ਸਕੂਲ ਦੇ ਵਿੱਚ ਜਿਹੜੀ ਚੇਂਜਸ ਲਿਆਉਣ ਵਾਲੀਆਂ, ਬਿਲਕੁਲ ਚੇਂਜਸ ਲਿਆਉਣੀਆਂ ਚਾਹੀਦੀਆਂ ਹੈਗੀਆਂ, ਪਰ ਉਹਦੇ ਵਾਸਤੇ ਜਿਹੜੀ ਐਫਰਟ ਵੀ ਆਪਾਂ ਨੂੰ ਐਜ਼ ਏ ਸਮਾਜ ਕਰਨੀ ਪੈਣੀ ਆ, ਅਤੇ ਆਪਾਂ ਨੂੰ ਕਰਨੀ ਪੈਣੀ ਆ, ਚਾਹੇ ਪੋਲੀਟੀਸ਼ੀਅਨ ਦੇ ਥਰੂ ਕਰਵਾਈਏ, ਚਾਹੇ ਆਪ ਨਾਰੇ ਲਾ ਕੇ ਕਰਵਾਈਏ, ਰਾਈਟ? ਸੋ ਇਟਸ ਅ ਰਿਫਲੈਕਸ਼ਨ ਆਫ ਸੋਸਾਇਟੀ। ਹਾਂਜੀ ਜੀ, ਲਾਸਟ ਦੇ ਵਿੱਚ ਮੈਂ ਇਹੀ ਚੀਜ਼ ਕਹਿਣਾ ਚਾਹੁੰਦਾ, ਦੋ ਹੀ ਗੱਲਾਂ ਨੇ। ਪਹਿਲੀ ਗੱਲ ਕਿ ਐਜੂਕੇਸ਼ਨ ਜਿਸ ਹਿਸਾਬ ਨਾਲ ਟੈਕਨੋਲੋਜੀ ਹੋ ਚੁੱਕੀ ਆ, ਟੋਟਲੀ ਚੇਂਜ ਹੋ ਜਾਣੀ ਚਾਹੀਦੀ ਆ, ਐਜੂਕੇਸ਼ਨ ਸਿਸਟਮ ਚੇਂਜ ਹੋ ਜਾਣਾ ਚਾਹੀਦਾ। ਬਹੁਤ ਜ਼ਿਆਦਾ ਟੈਕਨੋਲੋਜੀ ਅੱਗੇ ਹੈ, ਤੁਸੀਂ ਅੱਜ ਕੁਛ ਵੀ ਕਰ ਸਕਦੇ ਹੋ, ਤੇ ਉਹ ਠੀਕ ਆ, ਤੁਸੀਂ ਕਹੋਗੇ ਵੀ ਉਹਤੇ ਡਿਪੈਂਡ ਨਹੀਂ ਹੋਣਾ ਚਾਹੀਦਾ, ਬਟ ਜੇ ਤੁਸੀਂ ਦੇਖੋ ਤਾਂ ਆਲਰੇਡੀ ਬਹੁਤ ਜ਼ਿਆਦਾ ਡਿਪੈਂਡ ਹੋ, ਜੇ ਅੱਜ ਕੰਪਲੀਟਲੀ ਸ਼ਟ ਡਾਊਨ ਹੋ ਜਾਵੇ ਹਨਾ, ਮੇਰੇ ਖਿਆਲ ਚ ਜੇ ਅਨਪੜ੍ਹ ਬੰਦਾ ਵੀ ਹੈ ਜਿਹੜਾ, ਸ਼ਾਇਦ ਉਹ ਸਰਵਾਈਵ ਕਰ ਜੇ, ਪੜ੍ਹੇ ਲਿਖੇ ਸਰਵਾਈਵ ਨਾ ਕਰ ਪਾਉਣ। ਥੈਂਕ ਯੂ ਜੀ, ਕੰਪਲੀਟਲੀ ਟੈਕਨੋਲੋਜੀ ਵੱਲੋਂ ਸ਼ਟ ਡਾਊਨ। ਥੈਂਕ ਯੂ ਵੀਰੇ, ਕਾਲ ਲਾ ਰਹੇ ਹੋ। ਇੱਕ ਬਾਈ ਜੀ, ਲਾਸਟ ਤੁਸੀਂ ਜ਼ਰੂਰ, ਆਮ ਸੌਰੀ ਰੇਡੀ ਸੌਰੀ, ਬਟ ਤੁਸੀਂ ਇਹ ਜ਼ਰੂਰ ਦੇਖਿਓ ਕਿ ਉਹਨਾਂ ਫੈਮਿਲੀਜ਼ ਤੇ ਜ਼ਰੂਰ ਸਰਚ ਕਰਨ ਲੋਕ ਜਿੰਨੇ ਵੀ ਸੁਣਦੇ ਆ, ਜਿਨ੍ਹਾਂ ਨੇ ਐਜੂਕੇਸ਼ਨ ਸਿਸਟਮ ਵੈਸਟਰਨ ਕੰਟਰੀਆਂ ਦੇ ਵਿੱਚ ਸਟਾਰਟ ਕੀਤਾ, ਕਿਉਂ ਤੇ ਕਿਵੇਂ ਕੀਤਾ ਸੀਗਾ, ਪਰਫੈਕਟ, ਤਾਂ ਉਹ ਤੋਂ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਦਾ। ਥੈਂਕ ਯੂ, ਥੈਂਕ ਯੂ। ਕਾਲ ਦੋ ਤਿੰਨ ਵਾਰੀ ਮਿਸ ਹੋ ਗਈ ਬਾਈ, ਦੁਬਾਰੇ ਕਰ ਲਿਓ ਜੀ ਕਾਲ। ਬਾਈ ਜੀ, ਉਹਨਾਂ ਨੇ ਬਹੁਤ ਵਧੀਆ ਜਿਹੜੀਆਂ ਗੱਲਬਾਤ ਰੱਖੀ, ਯੰਗ ਮੁੰਡਾ ਸੀਗਾ ਪਰ ਉਸ ਹਿਸਾਬ ਨਾਲ ਵੀ ਪੁਆਇੰਟ ਆਫ ਵਿਊ ਵਧੀਆ, ਜਿਹੜਾ ਉਹਨਾਂ ਦਾ ਪੁਆਇੰਟ ਆਫ ਵਿਊ ਸੀ ਬਹੁਤ ਵਧੀਆ ਸੀਗਾ, ਤੇ ਖਾਸ ਕਰਕੇ ਇਹ ਵੀ ਚੀਜ਼ਾਂ ਕਈ ਵਾਰ ਸਿੱਖਣ ਵਾਲੀਆਂ ਹੁੰਦੀਆਂ ਕਿ ਐਜੂਕੇਸ਼ਨ ਸਿਸਟਮ ਕਿੱਥੋਂ, ਖਾਸ ਕਰਕੇ ਜਦੋਂ ਆਪਾਂ ਕਹਿੰਦੇ ਨੇ ਯਾਰ ਪੈਸਾ ਆਪਾਂ ਕਮਾਈ ਤਾਂ ਜਾਂਦੇ ਹਾਂ, ਭੁੱਜਦੇ ਫਿਰਦੇ, ਪਰ ਪੈਸਾ ਹੈ ਕੀ ਹੈ, ਕਿਹਨੇ ਸ਼ੁਰੂ ਕੀਤਾ, ਕਦੋਂ ਸ਼ੁਰੂ ਹੋਇਆ, ਲੇਕਿਨ ਕਈ ਵਾਰ ਤਾਂ ਮੈਨੂੰ ਬੜਾ ਨਾ ਸਰਪ੍ਰਾਈਜ਼ ਜਿਹਾ ਲੱਗਦਾ ਜੇ ਤੁਹਾਨੂੰ ਚੀਜ਼ਾਂ ਪਤਾ ਲੱਗਣ ਹਨਾ, ਕਿ ਇਹਨਾਂ ਚੀਜ਼ਾਂ ਬਾਰੇ ਅਸਲੀਅਤ 'ਚ ਤੁਸੀਂ ਜਾਣੋ ਨਾ। ਮੈਂ ਪਤਾ ਕੀ ਗੱਲਾਂ, ਗੱਲਾਂ ਤਾਂ ਠੀਕ ਸੀ ਬਾਈ ਦੀਆਂ, ਪਰ ਜਦੋਂ ਤੁਸੀਂ ਬਲੈਕ ਐਂਡ ਵਾਈਟ ਚੀਜ਼ ਦੇਖਦੇ ਹੋ ਨਾ, ਨੈਗੇਟਿਵ ਪੋਜ਼ਿਟਿਵ ਦੇ ਵਿੱਚ ਚੀਜ਼ ਦਿੰਦੇ ਹੋ, ਫਿਰ ਉਹਦੀ ਥੋੜ੍ਹੀ ਇਸ਼ੂ ਹੁੰਦਾ ਮੈਨੂੰ ਲੱਗਦਾ। ਹਰ ਚੀਜ਼ ਇਵੋਲਵ ਹੁੰਦੀ ਹੈ ਥਰੂ, ਰਾਈਟ? ਪਹਿਲਾਂ ਕਿਸੇ ਟਾਈਮ ਐਜੂਕੇਸ਼ਨ ਦੇਖਿਆ ਜਾਵੇ ਤਾਂ ਗੁਰੂ ਆਪਣੇ ਚੇਲਿਆਂ ਨੂੰ ਪੜ੍ਹਾਉਂਦੇ ਹੁੰਦੇ ਸੀ ਨਾ, ਇੱਕ ਫਿਰ ਉਹ ਖਾਸ ਕਰ ਇਸਲਾਮਿਕ ਦੇ ਵਿੱਚ ਮਦਰਸੇ ਚੱਲਦੇ ਹੁੰਦੇ ਸੀ, ਆਪਣੇ ਵੀ ਮੰਦਰਾਂ ਦੇ ਵਿੱਚ ਸਨਾਤਨ ਧਰਮ ਦੇ ਵਿੱਚ ਉਹ ਪੜ੍ਹਾਈ ਜਾਂਦੀ ਸੀ, ਰਾਈਟ? ਉੱਥੋਂ ਐਜੂਕੇਸ਼ਨ ਇਵੋਲਵ ਹੋਇਆ ਹੌਲੀ ਹੌਲੀ, ਫਿਰ ਸਕੂਲਾਂ ਦਾ ਰੂਪ ਲਿਆ, ਉਹ ਉਸ ਕਰਕੂਲਮ ਵੀ ਟਾਈਮ ਨਾਲ ਚੇਂਜ ਹੋਏ। ਹੁਣ ਠੀਕ ਹੈ, ਹੁਣ ਗਵਰਨਮੈਂਟ ਦੇ ਹੱਥ 'ਚ ਚੀਜ਼ਾਂ ਹੈਗੀਆਂ, ਬਟ ਉੱਥੇ ਵੀ ਡਿਸੀਜਨ ਹੁੰਦੀ ਆ ਵੀ ਆਹ ਚੀਜ਼ ਪੜ੍ਹਾਉਣੀ ਆ, ਇਹ 'ਚ ਨਹੀਂ ਹੁੰਦੀ। ਕਿੰਨਾ ਕੁ ਲੋਕ, ਕਿੰਨਾ ਕੁ ਡੀਪਲੀ ਜਾ ਕੇ ਉਹਨਾਂ ਦੇ ਫੋਰਮ 'ਤੇ ਜਾ ਕੇ ਦੇਖਦੇ ਵੀ ਕੀ ਡਿਸਾਈਡ ਹੋ ਰਿਹਾ, ਨੈਕਸਟ ਈਅਰ ਕੀ ਚੇਂਜ ਕਰ ਰਹੇ ਨੇ, ਨੋਬਡੀ ਕੇਅਰ ਐਕਚੁਲੀ। ਮੈਂ ਤਾਂ ਹੋਰ ਵਰਡ ਨਿਕਲ ਗਿਆ ਸੀ, ਫਿਰ ਇੱਥੇ ਆ ਕੇ ਆਪਾਂ ਬਹੁਤ ਗਿਆਨ ਆਪਾਂ ਕਰਦੇ ਹੈਗੇ ਹਾਂ, ਬਟ ਜਦੋਂ ਐਂਡ ਆਫ ਦਾ ਡੇ ਜਦੋਂ ਆਪਾਂ ਚੀਜ਼ਾਂ ਚੇਂਜ ਕਰਨੀਆਂ ਹੁੰਦੀਆਂ, ਨੋਬਡੀ ਪੇ ਅਟੈਨਸ਼ਨ। ਹੁਣ ਬੋਰਡ ਦੇ ਉੱਤੇ ਜਿਹੜੀਆਂ ਵੈਬਸਾਈਟਾਂ ਦੇ ਉੱਤੇ ਕਾਫੀ ਸਾਰੀ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ ਉਹਨਾਂ ਨੇ, ਤੋ ਕਾਫੀ ਲੋਕ ਕੰਮ ਕਰ ਵੀ ਰਹੇ ਨੇ, ਚੇਂਜਸ ਤੇ ਵੀ ਕਰ ਰਹੇ ਨੇ, ਬਟ ਆਪਾਂ ਨੂੰ ਪਤਾ ਤਾਂ ਹੋਣਾ ਚਾਹੀਦਾ ਵੀ ਆਪਾਂ ਚੇਂਜਸ ਕਿੱਦਾਂ ਦੀਆਂ ਚਾਹੁੰਦੇ ਹਾਂ, ਕੀ ਕੀ ਚਾਹੁੰਦੇ ਹਾਂ, ਰਾਈਟ? ਜੇ ਉਹਨਾਂ ਨੂੰ ਐਡਵੋਕੇਟ ਕਰਾਂਗੇ ਤਾਂ ਫਿਰ ਬਿਲਕੁਲ ਹੋ ਸਕਦੀਆਂ ਹੈਗੀਆਂ। ਬਾਕੀ ਆਈ ਡੋਨਟ ਨੋ, ਜੇ ਜਦੋਂ ਆਪਾਂ ਕਹਿੰਦੇ ਹਾਂ ਵੀ ਸਾਰਾ ਕੁਛ ਬੈਡ ਆ ਜਾਂ ਕੋਈ ਕੌਨਸਪਰੇਸੀ ਦੇ ਥਰੂ ਮੇਰੇ ਹਿਸਾਬ ਨਾਲ ਹੋ ਰਹੀਆਂ ਉਹ ਚੀਜ਼ਾਂ ਨਹੀਂ ਹੁੰਦੀਆਂ। ਡੈਫੀਨਿਟਲੀ ਗੱਲ ਜਿਵੇਂ ਉਹ ਵੀ ਕਰ ਰਹੇ ਸੀ ਕਿ ਜਦੋਂ ਐ ਹੁੰਦਾ ਨਾ ਕਿ ਤੁਸੀਂ ਵੀ ਇਵੋਲਵ ਕਿਹਾ ਕਿ ਜਿਹੜੀਆਂ ਚੀਜ਼ਾਂ ਇਵੋਲਵ ਹੁੰਦੀਆਂ ਨੇ, ਪਰ ਜਿਹੜੀ ਹੁਣ ਐਜੂਕੇਸ਼ਨ ਦਾ ਢਾਂਚਾ ਹੈਗਾ ਉਹ ਆਈ ਥਿੰਕ ਇਵੋਲਵ ਹੋ ਜਾਣਾ ਚਾਹੀਦਾ ਸੀ ਹੁਣ ਤੱਕ, ਕਿ ਉਹ 'ਚ ਬੈਟਰਮੈਂਟ ਹੋ ਜਾਣੀ ਚਾਹੀਦੀ ਸੀ ਕਿ ਆਪਾਂ ਬਹੁਤ ਪਿੱਛੇ ਚੱਲ ਰਹੇ ਹਾਂ ਜਿਹੜੇ ਹਿਸਾਬ ਦੇ ਨਾਲ। ਹੁਣ ਆਪਾਂ ਪਹਿਲਾਂ ਜਿਵੇਂ ਤੁਸੀਂ ਗੁਰੂ ਚੇਲੇ ਦੀ ਗੱਲ ਕਰਦੇ ਸੀ, ਉਨੀ ਕੁ ਤਰੱਕੀ ਬੰਦੇ ਦੀ ਲਾਈਫ ਦੇ ਵਿੱਚ ਹੁੰਦੀ ਸੀ ਅਤੇ ਉਨਾ ਕੁ ਬੰਦੇ ਨੂੰ ਪਤਾ ਲੱਗਦਾ ਸੀ, ਪਰ ਜਿਹੜੇ ਪੇਸ ਦੇ ਹੁਣ ਜਿਹੜੀਆਂ ਚੀਜ਼ਾਂ ਅੱਗੇ ਲੰਘ ਰਹੀਆਂ ਨੇ, ਅੱਗੇ ਵੱਧ ਰਹੀਆਂ ਨੇ, ਅਤੇ ਉਸੇ ਹਿਸਾਬ ਨਾਲ ਜਿਹੜੀ ਆਪਣੀ ਐਜੂਕੇਸ਼ਨ ਆਈ ਥਿੰਕ ਉਹ 'ਚ ਵਿੱਚ ਕਾਫੀ ਗੈਪ ਪੈ ਰਿਹਾ ਕਿ ਉਹ ਐਜੂਕੇਸ਼ਨ ਉਨੀ ਕੀਪਿੰਗ ਅਪ ਨਹੀਂ ਹੋ ਪਾ ਰਹੀ, ਰਾਈਟ? ਪਹਿਲਾਂ ਕਿਸੇ ਟਾਈਮ ਮੋਰੈਲਿਟੀ ਦੀਆਂ ਚੀਜ਼ਾਂ ਚੱਲਦੀਆਂ ਸੀ, ਮੋਰਲ ਐਜੂਕੇਸ਼ਨ ਦਿੱਤੀ ਜਾਂਦੀ, ਤੁਸੀਂ ਇੱਦਾਂ ਵਰਤਣਾ, ਇੱਦਾਂ ਰਹਿਣਾ, ਰਿਲੀਜਨ ਐਜੂਕੇਸ਼ਨ ਦਿੱਤੀ ਜਾਂਦੀ ਸੀ। ਫਿਰ ਜਿੱਦਾਂ ਜਿੱਦਾਂ ਹੁਣ ਫੀਲਡ ਆਈਆਂ, ਹਰ ਫੀਲਡ ਦੇ ਵਿੱਚ ਮੈਡੀਸਨ ਦੀ ਅੱਡ, ਐਗਰੀਕਲਚਰ ਦੀ ਅੱਡ, ਹੈ ਨਾ, ਹਰ ਉਹਨੂੰ ਕੀਤਾ। ਇਸ ਲਈ ਆਪਾਂ ਫਾਈਨਾਂਸ ਦੇ ਵਿੱਚ ਵੀ ਆਪਾਂ ਇਸ ਲਈ ਪਤਾ ਆ ਆਪਾਂ ਨੂੰ ਵੀ ਇੱਥੇ ਵੀਕਨੈਸ ਹੈਗੀ ਆ, ਕਿਉਂਕਿ ਫਾਈਨਾਂਸ ਜਿਹੜੀ ਇੱਦਾਂ ਦੀ ਚੀਜ਼ ਆ ਹਰ ਬੰਦੇ ਨੂੰ ਇੰਪੈਕਟ ਕਰਦੀ ਆ ਅੱਜ ਦੀ ਲਾਈਫ ਦੇ ਵਿੱਚ। ਸੋ ਇਹਨੂੰ ਕਿਤੇ ਨਾ ਕਿਤੇ ਹੁਣ ਕਰਿਕੁਲਮ ਬਣਾ ਕੇ ਐਡ ਕਰਨਾ ਚਾਹੀਦਾ, ਪ੍ਰੋਪਰ ਸਟਰਕਚਰ ਬਣਾ ਕੇ। ਬਟ ਹੁਣ ਇਹ ਉਹੀ ਹੈ ਨਾ, ਬਿਜ਼ਨਸ ਕਨਫਲਿਕਟ ਹੋ ਗਿਆ, ਦੂਜੀ ਪਾਸੇ ਕੈਪੀਟਲਿਜ਼ਮ ਜਿਹੜਾ ਕੰਟਰੋਲ ਕਰਦਾ ਆ ਗਵਰਨਮੈਂਟ ਨੂੰ, ਜਿਨ੍ਹਾਂ ਨੇ ਡਿਸਾਈਡ ਕਰਨਾ ਕਰਿਕੁਲਮ ਅਤੇ ਉਹ ਬੈਂਕਾਂ ਵਾਲੇ ਦੇ ਲੋਬੀਇਸਟ ਹੈਗੀ, ਉਹਨਾਂ ਨੂੰ ਪਤਾ ਵੀ ਕਿੰਨਾ ਕੁ ਪੜ੍ਹਾਉਣਾ, ਕਿੰਨਾ ਕੁ ਨਹੀਂ ਪੜ੍ਹਾਉਣਾ। ਉਹ ਵੀ ਗੱਲ ਆਪਾਂ ਜਿਵੇਂ ਕਰਦੇ ਸੀਗੇ ਨਾ, ਕਿ ਜਿਵੇਂ ਹੁਣ ਇਹੀ ਜਿਹੜਾ ਤੁਹਾਨੂੰ ਫਾਈਨੈਂਸ਼ਲੀ ਇਲਿਟਰੇਟ ਰੱਖਣਾ, ਲੇਕਿਨ ਨਾਟ ਫਾਈਨੈਂਸ਼ਲੀ, ਮਤਲਬ ਜਿਹੜੀ ਉਹ ਇੱਕ ਉਸ ਚੀਜ਼ ਦੇ ਉੱਤੇ ਟੋਪਿਕ ਦੇ ਉੱਤੇ ਗੱਲ ਨਹੀਂ ਕਰਦਾ ਜਾਂ ਉਹ ਸਬਜੈਕਟ ਹਾਲੇ ਤੱਕ ਕਿਉਂ ਨਹੀਂ ਬਣਾਇਆ ਗਿਆ, ਮੈਨੂੰ ਲੱਗਦਾ ਕਿ ਇਹ ਚੀਜ਼ ਨਾ
ਕਈ ਵਾਰ ਤਾਂ ਉਹ ਦੇਖੇ ਕਿ ਬਹੁਤ ਹਾਈਲੀ ਐਜੂਕੇਟਡ ਪੀਪਲ ਹੁੰਦੇ ਨੇ ਹਨਾ ਕਿ ਬਹੁਤ ਉਹਨਾਂ ਦੀ ਜਿਹੜੀ ਸਿੱਖਿਆ ਉਹ ਬਹੁਤ ਜ਼ਿਆਦਾ ਹਾਈ ਹੁੰਦੀ ਆ ਅਤੇ ਫਿਰ ਵੀ ਉਹ ਤੁਸੀਂ ਉਹ ਡੈਟ ਲੂਪ ਦੇ ਵਿੱਚ ਫਸ ਜਾਂਦੇ ਆ ਰਾਈਟ ਬਿਕੋਜ਼ ਇਹੀ ਚੀਜ਼ ਹੁੰਦੀ ਹੈ ਕਿ ਜਦੋਂ ਤੁਸੀਂ ਪੈਸਾ ਵੀ ਵੱਧ ਬਣਾਉਣ ਲੱਗ ਜਾਂਦੇ ਆ ਪਰ ਕਈ ਵਾਰ ਜਦੋਂ ਤੁਸੀਂ ਗਲਤੀਆਂ ਉੱਦਾਂ ਦੀਆਂ ਕਰਦੇ ਆ ਤਾਂ ਉਹ ਅਕਸਰ ਬੰਦਾ ਉਸ ਚੀਜ਼ ਦੇ ਵਿੱਚ ਫਿਰ ਰੂਪ ਹੋ ਜਾ ਜਾਂਦਾ ਰਾਈਟ ਗੱਲ ਤਾਂ ਇਹ ਆ ਨਾ ਹਰ ਬੰਦੇ ਦੀ ਇੱਕ ਆਪਣੀ ਇੱਕ ਐਕਸਪਰਟੀਜ਼ ਹੁੰਦੀ ਆ ਚਾਹੇ ਕੋਈ ਕੋਈ ਲਾਇਰ ਆ ਜਾਂ ਡਾਕਟਰ ਹੈ ਜਾਂ ਕੋਈ ਵੀ ਵੱਡਾ ਐਕਸਪਰਟ ਹੈ ਕੋਈ ਕੈਮੀਕਲ ਇੰਜੀਨੀਅਰ ਆ ਕੋਈ ਆਈ ਟੀ ਇੰਜੀਨੀਅਰ ਆ ਉਹ ਆਪਣੀ ਪ੍ਰੋਫੈਸ਼ਨ ਦੇ ਵਿੱਚ ਬਹੁਤ ਵਧੀਆ ਹੋਊਗਾ ਨੋ ਡਾਊਟ ਬਟ ਵੈਨ ਇਟ ਕਮਸ ਟੂ ਮਨੀ ਮੈਨੇਜਮੈਂਟ ਜਾਂ ਹੋਰ ਚੀਜ਼ਾਂ ਦੇ ਵਿੱਚ ਉਹ ਬੀਟ ਨਹੀਂ ਕਰ ਸਕਦਾ ਜਿਹੜੇ ਬੰਦੇ ਫੁੱਲ ਟਾਈਮ ਉਹ ਕੰਮ ਕਰਦੇ ਨੇ ਰਾਈਟ ਈਵਨ ਆਈ ਕੈਨੋਟ ਬੀ ਆ ਗੁੱਡ ਪਲੰਬਰ ਜਿਹੜਾ ਬੰਦਾ ਜਿਹਨੇ ਬੰਦੇ ਨੇ 10 ਮਿੰਟ ਜਾ ਕੇ ਟੂਟੀ ਕੱਸ ਦੇਣੀ ਆਪਾਂ ਨੂੰ ਸਾਰਾ ਦਿਨ ਲੱਭਣ ਲੱਗ ਜਾਣੇ ਪਾਈਪਾਂ ਰਾਈਟ ਜੀ ਸੋ ਕਾਲ ਲੈ ਲੈਂਦੇ ਆਪਾਂ 963 ਸਤਿ ਸ਼੍ਰੀ ਅਕਾਲ ਜੀ ਔਨ ਏਅਰ ਵਧੀਆ ਜੀ ਵਧੀਆ $100-$200 ਕਰਕੇ ਕਰਦਾ ਰਹਿੰਦਾ ਹੋਣਾ ਪੇਮੈਂਟਾਂ ਪੀਕ ਚ ਕਰਤੀ ਜਿੱਦਾਂ ਰੈਗੂਲਰ ਕਰਦਾ ਰਹਿੰਦਾ ਹੁੰਦਾ ਉਹ ਕਈ ਵਾਰੀ ਜਿੱਦਾਂ ਜਿੰਨਾ ਲਿਮਿਟ ਹੁੰਦੀ ਆ ਮੰਨ ਲਓ ਜਿੱਦਾਂ ਮੇਰਾ ਕ੍ਰੈਡਿਟ ਯੂਜੇ ਜੀਰੋ ਉਤੋਂ ਜਿੱਦਾਂ ਮੈਂ $100 ਐਕਸਟਰਾ ਪੇ ਕਰ ਦੇਣਾ ਉਹ ਜਿੱਦਾਂ $100 ਉਹਨਾਂ ਚ ਕ੍ਰੈਡਿਟ ਚ ਲੈ ਜਾਂਦਾ ਮੇਰਾ ਐਕਸਟਰਾ ਵੱਧ ਮੇਰੇ ਵੱਲੋਂ ਬੇਸਿਕਲੀ ਕਈ ਵਾਰ ਹੁੰਦਾ ਆ ਵੀ ਲੈਸੇ ਤੁਸੀਂ ਤੁਹਾਡਾ $900 ਬਣਿਆ ਤੁਸੀਂ ਪੇ ਕਰਨਾ ਤਾਂ ਮੈਂ $1,000 ਇਕੱਠੀ ਪੇਮੈਂਟ ਕਰ ਦਿੰਦਾ ਵੀ ਚੱਲ ਹੋਰ ਆਪਾਂ ਕੱਲ ਨੂੰ $1,000 ਦੀ ਲਿਮਿਟ ਦੇ ਉੱਤੇ $5,000 ਪੇ ਕਰਤਾ ਉਹਨਾਂ ਨੂੰ ਪਹਿਲਾਂ ਉਹ ਅਲੱਗ ਚੀਜ਼ ਹੈ $5,000 ਦਾ ਫਰਨੀਚਰ ਲੈਣਾ ਇਹ ਕਰਨਾ ਹਨਾ ਸੋ ਅਸੀਂ ਕਿਹਾ ਯਾਰ ਵੀ ਕਿੱਦਾਂ ਹੋਊਗਾ ਤੇ ਫਿਰ ਉਹਨੂੰ ਪੁੱਛਿਆ ਫੋਨ ਕਰਿਆ ਮੈਂ ਯਾਰ ਕ੍ਰੈਡਿਟ ਲਿਮਿਟ ਵਧਾ ਦੋ ਕਹਿੰਦੇ ਤੁਸੀਂ ਨਵੇਂ ਆਏ ਹਾਂ ਅਸੀਂ ਤਾਂ ਵਧਾ ਨਹੀਂ ਸਕਦੇ ਤੇ ਮੈਂ ਫਿਰ ਕਿੱਦਾਂ ਯੂਜ਼ ਕਰੀਏ ਅਸੀਂ ਕ੍ਰੈਡਿਟ ਸਕੋਰ ਬਣਾਈਏ ਕਿੱਦਾਂ ਜਿਹੜੀਆਂ ਵੱਡੀਆਂ ਪੇਮੈਂਟਾਂ ਜੇ ਕਿਤੇ ਇੰਟਰਨੈਸ਼ਨਲ ਟਰੈਵਲ ਕਰਨਾ ਤਾਂ ਵੀ 3-4,000 ਦੀ ਟਿਕਟ ਹੈ ਰਾਈਟ ਫਿਰ ਉਹ ਕਹਿੰਦੇ ਤੁਸੀਂ ਪਾ ਕੇ ਇਹਨੂੰ ਉਹ ਪਹਿਲਾਂ ਪੈਸੇ ਪਾਓ ਇਹਦੇ 'ਚ ਅਤੇ ਫਿਰ ਤੁਸੀਂ ਕਰ ਸਕਦੇ ਹੋ ਯੂਜ਼ ਇਹ ਕਿਤੇ ਜਿਵੇਂ ਪ੍ਰੀਪੇਡ ਨਹੀਂ ਹੁੰਦਾ ਹੁੰਦਾ ਹੈ ਨਾ ਕਿ ਉਹ ਥੋੜ੍ਹਾ ਰੱਖ ਲੈਂਦੇ ਆ ਉਹ ਹਿਸਾਬ ਦਾ ਉਹ ਚੀਜ਼ ਹੁੰਦੀ ਆ ਬਟ ਬਾਈ ਜੀ ਆਪਾਂ ਨੂੰ ਕਮੈਂਟ ਆਇਆ ਉਹ ਕਹਿੰਦੇ ਇਟ ਵਿਲ ਇੰਪਰੂਵ ਯੂਅਰ ਕ੍ਰੈਡਿਟ ਸਕੋਰ ਅੱਛਾ ਜੀ ਫਿਰ ਤਾਂ ਠੀਕ ਕੰਮ ਕਰ ਰਹੇ ਆਪਾਂ ਹਾਂਜੀ ਪਰ ਇਹਨਾਂ ਨੇ ਵਧੀਆ ਕੀਤਾ ਵੀਰੇ ਉਦਾਂ ਮੈਨੂੰ ਸਾਲੀ ਹੋਇਆ ਇਹਨੂੰ ਮੇਰੇ 1000 ਸੀਗਾ ਤੇ ਹੁਣ ਮੇਰੀ ਲਿਮਿਟ ਇਹਨਾਂ ਨੇ 10000 ਕਰਤੀ ਮੈਂ ਵਰਤਦਾ ਮੈਂ 900 ਤੱਕ ਹੁੰਦਾ 1000 1500 ਤੱਕ ਜੀ ਜੀ ਪਰ ਇਹਨਾਂ ਨੇ ਲਿਮਿਟ ਵਧੀਆ ਛੇਤੀ ਵਧਾਤੀ ਜਿੱਦਾਂ 10000 ਕਰਤੀ ਆ ਸਾਲ 'ਚ ਮੇਰੀ ਜੀ ਠੀਕ ਠੀਕ ਨਹੀਂ ਉਹ ਚੀਜ਼ ਦਾ ਫਿਰ ਪਤਾ ਲੱਗ ਜਾਂਦਾ ਉਹਨਾਂ ਨੂੰ ਕਿ ਇਹ ਹੈਗਾ ਕਿ ਤੁਹਾਡੇ ਕੋਲ ਪੈਸੇ 4 ਹੈਗੇ ਆ ਤਾਂ ਫਿਰ ਬੰਦੇ ਨੂੰ ਜਿਹਦੇ ਕੋਲ ਹੈਗੀ ਉਹਨੂੰ ਤਾਂ ਫਿਰ ਵੱਧ ਹੀ ਦਿੰਦੇ ਆ ਵੀ ਬੈਂਕ ਮੇਰੇ ਹਿਸਾਬ ਨਾਲ ਜੇ ਤੁਸੀਂ ਸਹੀ ਚੱਲਦੇ ਹੋ ਤਾਂ ਤੁਹਾਨੂੰ ਮਤਲਬ ਵੀ ਕੋਟੀ ਡਿਗਰੀ ਕਰਦੇ ਹੋ ਜਿਸ ਤੱਕ ਲੱਗਦਾ ਸੀ ਫੀਲ ਹੋਇਆ ਹੁਣ ਵੀ ਕੋਲ ਕੋਲ ਉਹਨਾਂ ਦੀ ਆਉਂਦੀ ਰਹਿੰਦੀ ਹੈ ਵੀ ਹੋਰ ਇਨਕਰੀਜ਼ ਕਰਾਉਣੀ ਆ ਜਿੱਦਾਂ ਤਾਂ ਪਰ ਮੈਨੂੰ ਲੱਗਦਾ ਵੀ ਜੇ ਤੁਸੀਂ ਸਹੀ ਚੱਲਦੇ ਹੋ ਪਰ ਵੀਰ ਇੱਕ ਮੇਰਾ ਦੋਸਤ ਸੀ ਉਹ ਮਿਨੀਮਮ ਤੇ ਚੱਲਦਾ ਰਿਹਾ ਹੁਣ ਤੱਕ ਮਿਨੀਮਮ ਪੇਮੈਂਟ ਲਿਖਿਆ ਸੀ ਪੇਮੈਂਟ ਕਰਤੀ ਮੈਂ ਤਾਂ ਮੈਂ ਕਿਹਾ ਬਾਕੀ ਦੀ ਪੇਮੈਂਟ ਕੌਣ ਕਰੂਗਾ ਉਸ ਤੇ ਲੋਨ ਨਹੀਂ ਬਚੀ ਉਹੀ ਤਾਂ ਜਵਾਬ ਕਈ ਵਾਰ ਧਿਆਨ ਨਹੀਂ ਦਿੰਦੇ ਹੈਗੇ ਉਹ ਜਿੱਦਾਂ ਮੈਂ ਤੁਹਾਡੇ ਨਾਲ ਆਫ ਏਅਰ ਕਾਲ ਕਰਨ ਨੂੰ ਤੁਹਾਨੂੰ ਕਦੋਂ ਕਰਾਂ ਥੋੜੀ ਇਨਵੈਸਟਮੈਂਟ ਵਾਲੀ ਦੇਖਣਾ ਸੀਗਾ ਸਟਾਕਸ ਵਗੈਰਾ ਹੁਣ ਥੋੜਾ ਜਿਹਾ ਮੈਂ ਕਿਹਾ ਵੀ ਤੁਸੀਂ ਟਾਈਮ ਬੁੱਕ ਕਰ ਸਕਦੇ ਹੋ ਤੁਸੀਂ ਨਾ ਨੰਬਰ ਨੋਟ ਕਰ ਲਓ ਮੇਰਾ ਨੰਬਰ ਤਾਂ ਹੈਗਾ ਵੀਰੇ ਮੇਰੇ ਕੋਲੇ ਆਪਾਂ ਮੈਂ ਤੁਹਾਡੇ ਤੋਂ ਕਲਾਸਾਂ ਵੀ ਲਈਆਂ ਸੀ ਪਿਛਲੇ ਸਾਲ ਸਾਰੀਆਂ ਅੱਛਾ ਅੱਛਾ ਕੋਈ ਚੱਕਰ ਨਹੀਂ ਫਿਰ ਤਾਂ ਮੈਸੇਜ ਕਰ ਲਿਓ ਵਟਸਐਪ ਤੇ ਆਪਾਂ ਟਾਈਮ ਸੈੱਟ ਕਰ ਲਾਂਗੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਮੈਸੇਜ ਆਪਣੀ ਪਹਿਲਾਂ ਗੱਲਬਾਤ ਹੋਈ ਹੋਈ ਹੈ ਬਹੁਤ ਵਾਰ ਅੱਛਾ 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 ਤੁਹਾਡਾ ਸਾਰਾ ਕੋਰਸ ਵੀ ਕੀਤਾ ਸੀਗਾ ਮੈਂ ਜਿਹੜਾ ਤੁਸੀਂ ਚਾਰੇ ਮੋਡਿਊਲ ਕਰਾਏ ਪਿਛਲੇ ਸਾਲ ਕੀ ਬਾਤ ਹੈ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕੋਈ ਚੱਕਰ ਹੀ ਨਹੀਂ ਫਿਰ ਵੀਰੇ ਮੈਸੇਜ ਮਾਰ ਲਿਓ ਆਪਾਂ ਕਰ ਲਾਂਗੇ ਬੈਠ ਕੇ ਗੱਲਬਾਤ ਕੋਈ ਚੱਕਰ ਨਹੀਂ ਥੈਂਕ ਯੂ ਜੀ ਥੈਂਕ ਯੂ ਜਦੋਂ ਕਰਦਾ ਆਪਾਂ ਨੇ ਕੋਈ ਕਾਲ ਲੱਗੀ ਹੁੰਦੀ ਆ
ਸੋਨੀ ਮਿਲਾ ਦਾ ਲਾਸਟ ਨੇਮ ਬਾਈ ਅਭਿਸ਼ੇਕ ਅਭਿਸ਼ੇਕ ਸੋਨੀ ਕਰਕੇ ਸੀ ਸ਼ਾਇਦ ਹਾਂਜੀ ਵੀਰੇ ਤੁਸੀਂ ਕਾਲ ਦੁਬਾਰੇ ਕਰ ਲਿਓ ਸੌਰੀ ਹੈ ਨਾ ਕਾਲ ਆਈ ਹੋਈ ਸੀਗੀ ਤੇ ਅਸੀਂ ਉਹੀ ਦੇਖ ਰਹੇ ਸੀਗੇ ਵੈਸੇ ਤੇ ਆਪਾਂ ਵੇਟ ਕਰਦੇ ਹਾਂ ਕਾਲ ਲੈਂਦੇ ਹਾਂ ਇੱਕ ਅੱਧੀ ਅਤੇ ਲਾਸਟ ਫਿਰ ਆਪਾਂ ਸਮ ਅਪ ਕਰਾਂਗੇ ਮੇਰੇ ਵਾਲਾ ਚਾਰਜ ਤੇ ਸਵਿੱਚ ਕਰਦੇ ਯਾਰ ਚਾਰਜ ਮੇਰਾ ਰੈਡ ਹੋਇਆ ਪਿਆ ਨਹੀਂ ਹੈਗਾ ਹੈ ਵਾਹ ਵਾਹੀ ਆ ਕੱਟ ਜਿੰਨਾ ਜਾਂਦੇ ਠੀਕ ਹੈ ਠੀਕ ਹੈ ਅਤੇ ਸੋ ਇਹ ਗੱਲਬਾਤ ਸੀ ਜੀ ਕ੍ਰੈਡਿਟ ਡੈਟ ਦੀ ਗੱਲਬਾਤ ਕਰ ਰਹੇ ਸੀਗੇ ਅੱਜ ਤੇ ਬਹੁਤ ਵਧੀਆ ਸੁਝਾਅ ਅਤੇ ਬਹੁਤ ਕਾਫੀ ਚਲੋ ਟੋਪਿਕ ਥੋੜ੍ਹਾ ਜਿਹਾ ਹੋਰ ਪਾਸੇ ਵੀ ਚਲਾ ਜਾਂਦਾ ਕਿੰਨਾ ਕੁ ਕਰਨਾ ਚਾਹੀਦਾ ਡੈਟ ਤੂੰ ਕਿੰਨਾ ਕੁ ਚੱਕਿਆ ਮੈਂ ਤਾਂ ਭਾਜੀ ਪਹਿਲਾਂ ਵਾਹਵਾ ਸੀਗਾ ਪਰ ਹੁਣ ਜਦੋਂ ਦੀਆਂ ਚੀਜ਼ਾਂ ਅਕਲ ਆਈ ਹੈ ਨਾ ਫਿਰ ਉਦੋਂ ਤਾਂ ਸਾਰੀਆਂ ਚੀਜ਼ਾਂ ਮੈਂ ਤਾਂ ਇਹ ਹੁੰਦਾ ਨਾ ਕਿ ਜਿਹੜੀ ਲਾਇਬਿਲਟੀ ਆ ਉਹ ਤੁਸੀਂ ਪੇ ਆਫ ਹੀ ਰੱਖੋ ਗੱਡੀ ਤੁਹਾਡੀ ਪੇ ਆਫ ਹੋਵੇ ਰਾਈਟ ਕਿ ਜਿਹੜੀ ਕਿਸ਼ਤ ਮੈਂ ਇੱਦਾਂ ਸੀ ਮੇਰੀ ਕਾਰ ਜਿਹੜੀ ਮੇਰੇ ਕੋਲ ਸੀਗੀ ਹੁਣ ਮੈਂ 2-3 ਸਾਲ ਹੋ ਗਏ ਪੇ ਆਫ ਕਰਤੀ ਪਰ ਉਹਨਾਂ ਕੁ ਹੈਗਾ ਕਿ ਜੇ ਹੁਣ ਸੋਚਣ ਵਾਲੀ ਗੱਲ ਹੁੰਦੀ ਹੈ ਪਹਿਲਾਂ ਮੈਂ ਲੱਗਦਾ ਹੁੰਦਾ ਯਾਰ ਇਨਵੈਸਟ ਮੈਂ ਕਿੱਥੇ ਕਰੂੰ ਮੇਰੇ ਕੋਲ ਤਾਂ ਪੈਸੇ ਨਹੀਂ ਹੈ ਨਾ ਉਹਨੇ ਜਦੋਂ ਤੁਹਾਡੀ ਇੱਕ ਸੋਚ ਡਿਵੈਲਪ ਹੁੰਦੀ ਹੈ ਅਤੇ ਫਿਰ ਮੈਂ ਜਦੋਂ ਉਹ ਪਿੰਨ ਪੁਆਇੰਟ ਆਪਾਂ ਕਈ ਵਾਰ ਗੱਡੀਆਂ ਲੈ ਲੈਂਦੇ ਹਾਂ ਨਾ ਖਾਸ ਕਰਕੇ ਮੈਂ ਗੱਡੀ ਦੀ ਇਗਜ਼ਾਮਪਲ ਹੀ ਦਿੰਦਾ ਆਪਾਂ ਲੱਗਦਾ ਹੁੰਦਾ ਯਾਰ 7 ਸਾਲ ਕੋਈ ਨਾ ਲੈ ਲਓ ਪਰ ਉਹਨਾਂ ਉਹ ਜਦੋਂ ਹੱਟਦੀ ਨਹੀਂ ਨਾ 7 ਸਾਲ ਬਹੁਤ ਹੁੰਦੇ ਨੇ ਤਾਂ ਉਹ ਇੱਕ ਟਾਈਮ 'ਤੇ ਹਰ ਇੱਕ ਮੰਥ ਤੁਹਾਡੀ 4-5 ਸੌ ਜਾਣੀ ਮੈਂ ਕਿਹਾ ਯਾਰ ਇਹ ਕਦੋਂ ਮੁੱਕੂਗੀ ਫਿਰ ਮੈਨੂੰ ਜਦੋਂ ਸੀਗਾ ਮੈਂ ਕਿਹਾ ਇਹਨੂੰ ਪੇ ਆਫ ਕਰਾਂ ਪਹਿਲਾਂ ਪਰ ਉਸ ਤੋਂ ਬਾਅਦ ਮੈਂ ਕੀ ਚੀਜ਼ ਕੀਤੀ ਕਿ ਜਿਹੜਾ ਮੈਂ $400-500 ਉਹ 'ਚ ਪਾਉਂਦਾ ਸੀ ਉਹ ਮੈਂ ਦੂਸਰੇ ਅਕਾਊਂਟਾਂ 'ਚ ਰੀਡਾਇਰੈਕਟ ਕਰਤਾ ਕਿ ਇਨਵੈਸਟਮੈਂਟ ਦੇ ਵਿੱਚ ਹੈ ਨਾ ਕਿ ਮੈਂ ਪਤਾ ਕਿ ਆਹ ਚੀਜ਼ ਲੈਣੀ ਹੈ ਤਾਂ ਮੈਂ $100 ਦਾ ਕੋਈ ਸਟੋਕ ਲੈ ਰਿਹਾ ਵਾਂ ਜਾਂ ਕਿਤੇ ਪਾ ਰਿਹਾ ਵਾਂ ਤਾਂ ਮੈਂ ਉੱਧਰ ਨੂੰ ਰੀਡਾਇਰੈਕਟ ਕਰਤਾ ਮੈਂ ਕਿਹਾ ਯਾਰ ਜੇ ਮੈਂ$400-500 ਇਹਦੇ ਕੱਢ ਸਕਦਾ ਵਾਂ ਤਾਂ ਉਹੀ ਮੈਂ ਪੈਸੇ ਇਹਦੇ ਕੱਢ ਸਕਦਾ ਫਿਰ ਉਹ ਜਿਹੜੀਆਂ ਲਾਇਬਿਲਟੀਆਂ ਸੀਗੀਆਂ ਤੁਹਾਡੀਆਂ ਜੇ ਤੁਸੀਂ ਉਹੀ ਪੈਸੇ ਲਾਇਬਿਲਟੀ 'ਚ ਵੀ ਤੁਸੀਂ ਕੱਢਦੇ ਹੋ ਜਿੱਥੋਂ ਮਰਜ਼ੀ ਕੱਢੋ ਤੁਸੀਂ ਕੱਢਦੇ ਹੋ ਤੁਸੀਂ ਉਹ ਨਹੀਂ ਕਰਦੇ ਪਰ ਗੱਲ ਹੁੰਦੀ ਜਦੋਂ ਇਨਵੈਸਟਮੈਂਟ ਦੇ ਆਉਂਦੇ ਯਾਰ ਆਪਣੇ ਕੋਲ ਪੈਸੇ ਨਹੀਂ ਹੁੰਦੇ ਹੈਗੇ ਪਰ ਜੇ ਹੁਣ ਉਸ ਹਿਸਾਬ ਨਾਲ ਮੈਂ ਕੀ ਤੁਹਾਡੇ ਦਿਮਾਗ ਨੂੰ ਟ੍ਰਿਕ ਕਰਨਾ ਪੈਂਦਾ ਉਹ ਆਟੋਮੈਟਿਕ ਕਰਤਾ ਤੁਸੀਂ ਕਿ ਜੇ ਹੁਣ ਪੇਮੈਂਟ ਆਟੋਮੈਟਿਕਲੀ ਚੈੱਕ ਹੁੰਦੀ ਸੀਗੀ ਤਾਂ ਆਟੋਮੈਟਿਕਲੀ ਉਹ ਅਕਾਊਂਟ ਉੱਥੋਂ ਵਿਦਡਰਾਅਲ ਕਰ ਲੈਂਦੇ ਅਤੇ ਉਹ ਦੂਸਰੇ ਅਕਾਊਂਟ ਦੇ ਵਿੱਚ ਜਾ ਕੇ ਉਹ ਆਟੋਮੈਟਿਕਲੀ ਜੋ ਵੀ ਮੈਂ ਬਾਏ ਕਰਦਾ ਸਟੋਕਸ ਵਗੈਰਾ ਹੋ ਗਏ ਜੋ ਵੀ ਹੋ ਗਿਆ ਹੈ ਨਾ ਚਾਹੇ ਅਕਿਊਮੂਲੇਟ ਹੀ ਕਰ ਰਹੇ ਹਾਂ ਪਰ ਉਹ ਡਿਫਰੈਂਟ ਅਕਾਊਂਟ ਦੇ ਵਿੱਚ ਕਰਤੇ ਹੈ ਨਾ ਘੁੰਮਣ ਫਿਰਨ ਦਾ ਅਕਾਊਂਟ ਅਲੱਗ ਹੋਣਾ ਚਾਹੀਦਾ ਹੈ ਤਾਂ ਤੁਹਾਡਾ ਕੋਈ ਐਮਰਜੈਂਸੀ ਹੋ ਗਿਆ ਜਿਵੇਂ ਕੋਈ ਕਾਰ ਖਰਾਬ ਹੋ ਗਈ ਕੁਛ ਹੋਰ ਹੋ ਗਿਆ ਇਹਨਾਂ ਚੀਜ਼ਾਂ ਲਈ ਤੁਸੀਂ ਪੈਸੇ ਪਹਿਲਾਂ ਹੀ ਕੱਢਦੇ ਰਹੋ ਚਾਹੇ ਤੁਸੀਂ $100 ਕੱਢ ਰਹੇ ਹੋ ਹਨਾ ਕਿ ਐਵਰੀ ਮੰਥ ਤੁਸੀਂ $100 ਕਿਤੇ ਐਕਸਟਰਾ ਰੱਖਤਾ ਸਿਰਫ ਉਹ ਉਸੇ ਕੰਮ ਲਈ ਹੈ ਕਿ ਮੰਨ ਲਓ ਕਿ ਹੁਣ ਇੱਕ ਤਾਂ ਹੈਗਾ ਕਿ ਤੁਸੀਂ ਸਾਲ ਦੇ ਵਿੱਚ ਕਿਤੇ ਘੁੰਮਣਾ ਜਾਣਾ ਵਾ ਤਾਂ ਤੁਸੀਂ ਉਸੇ ਅਕਾਊਂਟ ਨੂੰ ਯੂਜ਼ ਕਰਨਾ ਜਿੱਥੇ ਹੁਣ ਸੇਵਿੰਗ ਅਕਾਊਂਟ ਸਾਰੇ ਲਈ ਖਾਲੀ ਹੁੰਦੇ ਨੇ ਇਹਦੇ ਤੇ ਆਪਾਂ ਕਰਾਂਗੇ ਪਰਸਨਲ ਫਾਈਨਾਂਸ ਤੇ ਉੱਪਰ ਇੱਕ ਦਿਨ ਇੱਕ ਟੌਪਿਕ ਕਰਾਂਗੇ ਹਾਂ ਸੇਵਿੰਗ ਅਕਾਊਂਟ ਦੀ ਕੋਈ ਫੀਸ ਨਹੀਂ ਹੁੰਦੀ ਸਾਰੇ ਦੇਖਣ ਵਾਲਿਆਂ ਨੂੰ ਜੇ ਵੀ ਤੁਸੀਂ ਬੈਂਕ ਨਾਲ ਕਰ ਰਹੇ ਹੋ ਸੇਵਿੰਗ ਅਕਾਊਂਟ ਦੇ ਮੰਥਲੀ ਕੋਈ ਚਾਰਜਸ ਨਹੀਂ ਹੁੰਦੇ ਹੈਗੇ ਤਾਂ ਤੁਸੀਂ ਸੇਵਿੰਗ ਅਕਾਊਂਟ ਖੁਲਾ ਕੇ ਉਹਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਸੇਵਿੰਗ ਖੁਲਾ ਲਓ ਤੇ ਉਹਨਾਂ ਦੇ ਨਾਂ ਅਲੱਗ-ਅਲੱਗ ਰੱਖ ਸਕਦੇ ਆ ਐਮਰਜੈਂਸੀ ਫੰਡ ਹੋ ਗਿਆ ਤੁਹਾਡਾ ਜਿਹਦੇ ਵਿੱਚ ਤੁਹਾਡਾ 6 ਮਹੀਨੇ ਦਾ ਖਰਚਾ ਜੋ ਵੀ ਤੁਸੀਂ ਰੱਖਣਾ ਵਾ ਉਹਨੂੰ ਭਰਦੇ ਰਹੋ ਜੇ ਤੁਸੀਂ ਐਮਰਜੈਂਸੀ ਫੰਡ ਹਾਲੇ ਤੱਕ ਨਹੀਂ ਬਣਾਇਆ ਆਈ ਥਿੰਕ 100% ਤੁਹਾਨੂੰ ਬਣਾਉਣਾ ਚਾਹੀਦਾ ਜਿਸ 'ਚ ਘੱਟੋ ਘੱਟ ਤੁਹਾਡਾ 6 ਮਹੀਨਿਆਂ ਦਾ ਸਾਰਾ A-Z ਖਰਚਾ ਹੋਵੇ ਇਕੱਠਾ ਨਹੀਂ ਵੀ ਭਰੂਗਾ ਪਰ ਉਹਨੂੰ ਭਰਨਾ ਸ਼ੁਰੂ ਕਰ ਦਿਓ ਜਿਵੇਂ ਆਪਾਂ ਗੱਲਾਂ ਲਾਉਂਦੇ ਹੁੰਦੇ ਸੀ ਇੰਡੀਆ 'ਚ ਇੱਕ ਬਾਕਸ ਲੈ ਲਿਆ ਉਹ ਗੱਲਾਂ ਭਰੀ ਜਾਂਦਾ ਹੈ ਨਾ ਸੋ ਇਹਦੇ ਨਾਲ ਨਾ ਇੱਕ ਤੁਹਾਨੂੰ ਜਿਹੜੀ ਇੱਕ ਤਾਂ ਅਚਨਚੇਤ ਕੋਈ ਚੀਜ਼ ਆ ਜਾਂਦੀ ਹੈ ਐਮਰਜੈਂਸੀ ਪੈ ਜਾਂਦੀ ਹੈ ਇੱਕ ਤਾਂ ਸ਼ੋਰਟ ਟਰਮ ਐਮਰਜੈਂਸੀ ਮੰਨ ਲਓ ਕਿ ਖੜੇ ਪੈਰ ਕੋਈ ਚੀਜ਼ ਇੱਦਾਂ ਦੀ ਹੋ ਗਈ ਕਿ ਤੁਹਾਨੂੰ ਉਹ ਫੰਡ ਚਾਹੀਦਾ ਤਾਂ ਤੁਸੀਂ ਉਸੇ ਅਕਾਊਂਟ ਦੇ ਵਿੱਚ ਰਹਿਣਾ ਜਿਹੜਾ ਤੁਹਾਡਾ ਰੈਗੂਲਰ ਆਈ ਚਲਾਈ ਹੈ ਉਹ ਚੱਲਦੀ ਰਹਿਣੀ ਚਾਹੀਦੀ ਹੈ ਉਵੇਂ ਉਸ ਤੋਂ ਬਾਅਦ ਤੁਹਾਡਾ 6 ਮਹੀਨੇ ਦਾ ਹੋ ਗਿਆ ਕਿ ਮੰਨ ਲਓ ਕਿ ਕੋਈ ਚੀਜ਼ ਤੁਹਾਡਾ ਕੋਈ ਜੋਬ ਲਾਸ ਹੋ ਗਿਆ ਜਾਂ ਕੁਛ ਹੋ ਗਿਆ ਉਹ ਵੀ ਫੰਡ ਤੁਹਾਡੇ ਕੋਲ ਸੋ ਕਾਫੀ ਸਟਰਕਚਰ ਬਣਾ ਕੇ ਚੱਲਦਾ ਆਪਾਂ ਉਹਨੂੰ ਆਪਾਂ ਇਹਨੂੰ ਕਰਾਂਗੇ ਪਰਸਨਲ ਫਾਈਨਾਂਸ ਤੇ ਪ੍ਰੈਗਨੈਂਟ ਹਾਂ ਨਹੀਂ ਮੈਂ ਜੇ ਸੱਟਕ ਲੱਗਦੀ ਹੈ ਫੇਰ ਹੀ ਬੰਦਾ ਸਟਰਕਚਰ ਕਰ ਜਲਦੀ ਸਮਝ ਗਿਆ ਆਪਦੀ ਏਜ ਦੇ ਹਿਸਾਬ ਨਾਲ ਮੈਂ ਦੇਖਿਆ ਬਹੁਤ ਹੀ ਮੈਚੁਰ ਹੋ ਗਿਆ ਤੂੰ ਨਾ ਬਹੁਤ ਵਧੀਆ ਗੱਲ ਆ ਮਾ ਵੀ ਨਹੀਂ ਭਾਜੀ ਅਸਲ 'ਚ ਨਾ ਕੁਝ ਜਦੋਂ ਕਈ ਚੀਜ਼ਾਂ ਨਾ ਕਈ ਵਾਰ ਤੁਹਾਨੂੰ ਸਮਝ ਤਾਂ ਕੁਝ ਕਿਸੇ ਨੇ ਸਿਖਾਇਆ ਨਹੀਂ ਸੀ ਕਈ ਵਾਰ ਤੁਹਾਡੇ ਘਰ ਦੇ ਵੀ ਉਸ ਹਿਸਾਬ ਨਾਲ ਹੁੰਦੇ ਆ ਉਹਨੇ ਕਿ ਐਜੂਕੇਟਡ ਆਪਣੇ ਹਿਸਾਬ ਨਾਲ ਸਾਰੇ ਸਮਝਾ ਦਿੰਦੇ ਆ
ਪਰ ਉਹੀ ਹੈ ਕਿ ਜਦੋਂ ਤੁਸੀਂ ਕਈ ਵਾਰ ਇਹ ਸਿਚੁਏਸ਼ਨ ਦੇ ਵਿੱਚ ਪੈ ਕੇ ਸਮਝਦੇ ਹੋ ਤੇ ਉਹ ਕਈ ਵਾਰ ਜਦੋਂ ਦੇਖਣ ਜੇ ਮੱਛੀ ਪੱਥਰ ਚੱਟ ਗਿਆ ਜੇ ਠੀਕ ਹੈ ਨਹੀਂ ਤਾਂ ਜਿਵੇਂ ਭਾਜੀ ਨੇ ਕੱਲ੍ਹ ਕਿਹਾ ਸੀ ਨਹੀਂ ਤਾਂ ਢੂਹੀ ਛਲਾ ਕੇ ਆਉਂਦੀ ਉਹ ਚੀਜ਼ਾਂ ਹੈਗੀਆਂ ਨੇ ਕਈ ਵਾਰ ਏਦਾਂ ਹੁੰਦਾ ਕਿ ਜੇ ਤੁਸੀਂ ਟਾਈਮ ਨਾਲ ਇਹਨਾਂ ਚੀਜ਼ਾਂ ਨੂੰ ਸਮਝ ਲਓ ਕਿਉਂਕਿ ਐਂਡ ਆਫ ਦਾ ਡੇ ਗੱਲ ਤਾਂ ਤੁਹਾਡੀ ਆਪਣੀ ਔਰ ਮੈਨੇਜਮੈਂਟ ਹੈ ਰਾਈਟ ਹਰ ਚੀਜ਼ ਨੂੰ ਤੁਸੀਂ ਪ੍ਰੋਪਰ ਮੈਨੇਜ ਕਰਕੇ ਚੱਲੋਗੇ ਤਾਂ ਬਹੁਤ ਵਧੀਆ ਗੱਲ ਹੈ ਬਟ ਫਿਰ ਵੀ ਇੱਕ ਜਸਟ ਲਾਸਟ ਕੁਐਸਚਨ ਜੇ ਲੱਸੇ ਅੱਜ ਆਪਾਂ ਨੂੰ ਆਫਰ ਹੋਵੇ ਵੱਡਾ ਲੋਨ 10 million ਮਿਲ ਰਿਹਾ ਚੱਕੋਗੇ ਡਿਪੈਂਡ ਕਰਦਾ ਕਿਹੜੇ ਦੇ ਇੰਟਰਸਟ ਰੇਟ ਤੇ ਦੇ ਰਹੇ ਆ ਦੱਸਿਆ ਯੂਜ਼ ਲਾ 8-10% ਦੇ ਆਸ 8% ਦੇ ਮਿਲੀਅਨ ਦਾ ਹਾਂ ਇਹ ਆਪਾਂ ਦੁਬਾਰੇ ਟਾਪਿਕ ਰੱਖ ਦਿਆ ਕਰਦੇ ਨੇ ਵੀ ਦੱਸ 10 million ਦਾ 10 million ਦਾ ਵਾਟ ਡੂ ਯੂ ਗਾਇਸ ਡੂ ਯੂ ਗਾਇਸ ਹੈਵ ਐਨੀ ਪਲਾਨ ਆਪਾਂ ਮੈਂ ਚੱਕ ਲੂੰਗਾ ਮੈਂ ਵੀ ਚੱਕ ਲੂੰਗਾ ਲੈਟਸ ਸੀ ਵੀ ਦੇਣ ਵਾਲਾ ਬਣੇ ਚੱਕ ਲੂੰਗਾ ਕੁਝ ਉਹਨਾਂ ਚ ਗੱਲ ਹੈ ਕਿ ਤੁਸੀਂ ਕੀ ਬਾਏ ਕਰਨਾ ਉਹਦਾ ਐਂਡ ਦੇ ਤੁਹਾਡੇ ਕੋਲ ਪਲਾਨ ਹੈਗਾ ਵਾ ਕਿ ਤੁਸੀਂ ਉਹ ਪੈਸੇ ਦਾ ਕੀ ਬਾਏ ਕਰੋਗੇ ਹੈ ਨਾ ਜੇ ਤੁਹਾਨੂੰ 8% ਤੇ ਦੇ ਰਿਹਾ ਕੋਈ ਮਿਲੀਅਨ ਡਾਲਰ ਜੇ ਤੁਸੀਂ ਉਹਦੀ ਨਹੀਂ ਆਪਾਂ ਅੱਜ ਦੱਸਣਾ ਨਹੀਂ ਵੀ ਕੀ ਕਰਨਾ ਅੱਜ ਇੱਕ ਕੁਐਸਚਨ ਦੇ ਨਾਲ ਆਪਾਂ ਛੱਡ ਕੇ ਜਾਂਦੇ ਹਾਂ ਇਹ ਤੇ ਕੱਲੂ ਕਰਦੇ ਆ ਕੱਲੂ ਕਰਦੇ ਆ ਸੋ ਕੱਲ ਨੂੰ ਇਹੀ ਟੌਪਿਕ ਰਹੇਗਾ ਜੀ 7-9 ਕਿ ਜੇ ਤੁਹਾਡੇ ਕੋਲ ਮਿਲੀਅਨ ਡਾਲਰ ਹੋਵੇ ਜੇ ਤੁਹਾਨੂੰ ਕੋਈ ਲੋਨ ਦੇ ਦੇਵੇ ਲੋਨ ਹੋਵੇ ਨਾ ਕਿ ਤੁਹਾਨੂੰ ਪੈਸੇ ਲੋਟਰੀ ਲੱਗੇ ਹਾਂ ਲੋਟਰੀ ਨਹੀਂ ਲਾਣ ਦਾ ਸੋ ਕੱਲ ਨੂੰ ਇਹ 7 ਦਾ ਟੌਪਿਕ ਆ ਤੇ ਤੁਸੀਂ ਇਹ ਚੀਜ਼ ਤੇ ਜ਼ਰੂਰ ਆਪਦਾ ਲਿਖਤ ਪੜਤ ਕਰਕੇ ਆਇਓ ਜਿਹੜੇ ਵੀ ਆਪਣੇ ਨਾਲ ਜੁੜਦੇ ਨੇ ਇਸ ਟਾਈਮ ਦੇ ਉੱਤੇ ਜੇ ਮਿਲੀਅਨ ਡਾਲਰ ਦਾ ਲੋਨ ਮਿਲਦਾ ਹੋਵੇ ਕੀ ਤੁਸੀਂ ਲਓਗੇ ਚੱਕੋਗੇ ਜੇ ਚੱਕੋਗੇ ਮਿਲੀਅਨ ਲੈ ਕੇ 10 million ਦੇ ਵਿੱਚ ਤੁਹਾਨੂੰ ਲੋਨ ਮਿਲ ਰਿਹਾ ਆਫਰ ਹੋ ਰਿਹਾ ਵੀ ਕੀ ਕਰੋਗੇ ਤੁਹਾਡਾ ਵਟ ਵੁੱਡ ਬੀ ਦਾ ਯੋਰ ਪਲਾਨ ਵਟ ਵੁੱਡ ਬੀ ਦਾ ਪਲਾਨ ਯਾ ਸੋ ਇਹ ਇੱਕ ਇੰਟਰਸਟਿੰਗ ਕੁਐਸਚਨ ਨਾਲ ਤੁਹਾਨੂੰ ਛੱਡ ਕੇ ਜਾ ਰਿਹਾ ਇੰਟਰਸਟਿੰਗ ਕੁਐਸਚਨ ਤੇ ਕੱਲ ਨੂੰ ਇਹ ਟੌਪਿਕ ਹੋਊਗਾ ਜੀ ਤੇ ਆਪਾਂ ਲੈਸ ਡਿਸਕਸ ਟੁਮਾਰੋ 7-9 ਜੀ 7-9 ਆਪਾਂ ਕੱਲ ਨੂੰ ਫਿਰ ਜੁੜਾਂਗੇ ਸੋ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਥੈਂਕ ਯੂ ਜੀ ਰੱਬ ਰੱਖ ਜੀ ਸ਼ੁਕਰੀਆ ਜੀ ਰੱਬ ਰੱਖ